ਬਸ ਲੜਾਈਆਂ ਝਗੜੇ ਜੇਲਾਂ ਤੱਕ ਵੀ ਕਟੀਆਂ ਹਨਾ ਸਾਰਾ ਕੁਝ ਮਤਲਬ ਘਰਦਿਆਂ ਨੂੰ ਇਹ ਨਹੀਂ ਸੀ ਪਤਾ ਹੁੰਦਾ ਵੀ ਇਹ ਨਹੀਂ ਸ਼ਾਮ ਨੂੰ ਘਰ ਵਾਪਸ ਆਉਣਾ ਕਿ ਨਹੀਂ ਆਉਣਾ ਤੇ ਮੈਂ ਨਾ 17-18 ਦਿਨ ਕਿਡਨੇ ਆਪਰੇ ਆ ਅੱਛਾ ਜੀ ਤੇ ਹਾਂ 17-18 ਦਿਨ ਕਿਡਨੇ ਆਪਰੇ ਉਹ ਜਿਹੜੀ ਕਿਡਨਾਪਿੰਗ ਜਿਹੜੀ ਹੋਈ ਨਾ ਉਹ ਮੇਰੇ ਮਾਈਂਡ ਨੂੰ ਮੇਰੇ ਸਾਰਾ ਉਹਦੇ ਵਿੱਚ 17-18 ਦਿਨ ਉਹ ਬੜਾ ਕੁਝ ਦੇਖ ਲਿਆ ਜ਼ਿੰਦਗੀ ਦੇ ਵਿੱਚ ਰੂਪੋਵਾਲ ਪਿੰਡ ਦੇ ਵਿੱਚ ਸਾਡੇ ਕੋਲ ਪਖੰਡੀ ਸੀਗਾ ਉਹ ਨਾ ਉਹ ਕਹਿੰਦਾ ਸੀ ਮੇਰੇ ਤੋਂ ਬਾਬਾ ਦੀਪ ਸਿੰਘ ਜੀ ਆਉਂਦੇ ਆ ਅੱਛਾ ਜੀ ਹਾਂ ਉਹ ਉਹਨੇ ਨਾ ਇਹਤਵਾਰ ਦਾ ਦਿਨ ਰੱਖਿਆ ਹੁੰਦਾ ਸੀ ਇਹਨ ਮੋਲਬੀਰੇ ਏਦਾਂ ਬਹਿ ਜਾਣਾ ਚੌਂਕੀ ਲਾ ਲੈਣੀ ਤਾਂ ਨਾ ਉਹਨੇ ਮਾਤਾ ਨੇ ਪਹਿਲੀ ਵਾਰ ਜ਼ਿੰਦਗੀ ਚ ਮੰਜੇ ਤੇ ਪਿਆ ਏਡਾ ਰਾਚਣ ਦੇਖਿਆ ਬੈੱਡ ਤੇ ਪਿਆ ਦੇਖਿਆ ਵੀ ਮੈਨੂੰ ਘਰ ਮੇਰੇ ਇੰਨਾ ਰਾਚਣ ਉਹਨੇ ਜਿਹੜਾ ਗੱਲ ਬੱਕੜੀ ਚ ਲਿਆ ਨਾ ਬਸ ਉਹੀ ਕਹਿ ਲਈਏ ਵੀ ਪਤਾ ਨਹੀਂ ਕੀ ਮਿਲ ਗਿਆ ਕੁੱਤਾ ਖੁਰ ਥੱਲੇ ਜਾ ਕੇ ਡੈੱਡ ਬੋਡੀ ਨੂੰ ਦੇਖ ਆਉਂਦੇ ਆ ਵਿਚ ਲਟਕਾਇਆ ਹੁੰਦੇ ਬੰਨੇ ਹੁੰਦੇ ਉੱਪਰ ਜਾ ਕੇ ਉਹਨੂੰ ਟਾਈਮ ਟਪਾਈ ਜਾਣਾ ਜਦੋਂ ਬਣ ਗਿਆ ਨਾ 30 40 ਹਜ਼ਾਰ ਇੱਕ ਦਿਨ ਦੇਖ ਲਿਆ ਫੈਮਲੀ ਖਰੀ ਆ ਡਰ ਚਾ ਉਹਨੇ ਇੱਕ ਦਿਨ ਟਪਾ ਦਾ ਉਹਨੂੰ ਦੋ ਦਿਨ ਬਕਣਾ 20000 ਰੁਪਇਆ ਚਾੜੀ ਲੱਗਣਾ ਸਰਕਾਰ ਦੀ ਮੁਆਵਜ਼ੇ ਦੀ ਲੋੜ ਨਹੀਂ ਜੇ ਮੁਆਵਜ਼ਾ ਕਹਿਣ ਦਾ ਹੈ ਜਾਂ ਮਿਲਿਆ ਨਹੀਂ ਲੋਕ ਲੜਦੇ ਦੇਣਾ ਕਿ ਨਹੀਂ ਦੇਣਾ ਜੇ ਪੈਸਾ ਉਹੀ ਵਧੀਆ ਤਰੀਕੇ ਨਾਲ ਵਰਤਿਆ ਜਾਵੇ ਨਾ ਤੇ ਸਾਨੂੰ ਕਿਸੇ ਦੀ ਲੋੜ ਨਹੀਂ ਜੇ ਮੈਨੇਜਮੈਂਟ ਤਰੀਕੇ ਨਾਲ ਹਜੇ ਤੱਕ ਵੀ ਮੇਰੀ ਦਾਦੀ ਆ ਅਸੀਂ ਪੈਸੇ ਦਾਦੀ ਆਪਣੀ ਤੋਂ ਮੰਗ ਕੇ ਲੈ ਆ ਕੇ ਜਾਂਦੇ ਮੈਂ ਕੁੜੀ ਦੀ ਫੀਸ ਤਾਂ ਨਹੀਂ ਮੈਂ ਦਾਦੀ ਤੋਂ ਮੰਗਦਾ ਸਭ ਤੋਂ ਖੂਬਸੂਰਤ ਗੱਲ ਇਸ ਪੋਡਕਾਸਟ ਦੀ ਇਹ ਹੈ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫਿਰ ਸਵਾਗਤ ਹੈ ਤੁਹਾਡਾ ਇੱਕ ਟਾਕ ਸ਼ੋਅ ਤੇ ਉਮੀਦ ਤੋਂ ਬਹੁਤ ਜ਼ਿਆਦਾ ਤੁਸੀਂ ਸਾਰੇ ਪਿਆਰ ਦੇ ਰਹੇ ਹੋ ਔਰ ਇੰਨੀ ਤਸੱਲੀ ਨਾਲ ਇੰਨੀ ਸਹਿਨਸ਼ੀਲਤਾ ਨਾਲ ਤੁਸੀਂ ਪੋਡਕਾਸਟ ਸੁਣ ਰਹੇ ਹੋ ਤੇ ਮੈਨੂੰ ਵੀ ਯਕੀਨ ਮੰਨੋ ਬਹੁਤ ਸਵਾਦ ਆ ਰਿਹਾ ਹੁਣ ਜ਼ਿੰਦਗੀ ਜੀਣ ਦਾ ਤੇ ਪ੍ਰਮਾਤਮਾ ਦਾ ਭਾਣਾ ਮੰਨਣ ਦਾ ਹੁਣ ਸਬਰ ਆ ਰਿਹਾ ਹੈ ਉਹਦੇ ਹੁਕਮ ਦੇ ਵਿੱਚ ਰਹਿਣ ਦੀ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਬੜਾ ਵਧੀਆ ਲੱਗ ਰਿਹਾ ਤੇ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ ਗੈਸਟ ਉਹ ਇਨਵਾਈਟ ਕਰਾਂ ਜਿਨ੍ਹਾਂ ਨੂੰ ਪਹਿਲਾਂ ਤਾਂ ਮੈਂ ਪਰਸਨਲੀ ਖੁਦ ਬੜਾ ਲਾਈਕ ਕਰਦਾ ਤੁਹਾਨੂੰ ਤੁਸੀਂ ਜਾਣਦੇ ਹੋ ਕਿ ਮੈਂ ਥੋੜਾ ਜਿਹਾ ਮੂੰਹ ਫੱਟ ਜਿਆਦਾ ਜੇ ਮੈਂ ਕਿਸੇ ਨੂੰ ਪਸੰਦ ਕਰਦਾ ਤਾਂ ਉਹ ਵੀ ਖੁੱਲ ਕੇ ਤਾਰੀਫ ਕਰਨ ਵਾਲਾ ਜੇ ਨਹੀਂ ਕਰਦਾ ਤਾਂ ਉਹਨਾਂ ਦਾ ਵੀ ਦੱਸਣ ਵਾਲਾ ਤਾਂ ਅੱਜ ਮੇਰੇ ਨਾਲ ਜਿਹੜੇ ਵੀਰ ਨੇ ਮਨਜੋਤ ਬਾਈ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਇਹ ਚਲਾਉਂਦੇ ਨੇ ਪਿਛਲੇ 8 ਸਾਲਾਂ ਤੋਂ ਯੂਥ ਨੇ ਐਜ਼ ਅ ਹਿਊਮਨ ਬੀਿੰਗ ਬਹੁਤ ਵਧੀਆ ਮੇਰੇ ਮਤਲਬ ਮੈਨੂੰ ਬਹੁਤ ਵਧੀਆ ਲੱਗਦੇ ਨੇ ਤੁਸੀਂ ਪੋਡਕਾਸਟ ਸੁਣਿਓ ਬੜਾ ਕੰਮ ਦਾ ਪੋਡਕਾਸਟ ਹੋਏਗਾ ਮੈਂ ਪੋਡਕਾਸਟ ਤੋਂ ਪਹਿਲਾਂ ਹੀ ਤੁਹਾਨੂੰ ਦੱਸਦਾ ਕਿ ਇਹ ਬਹੁਤ ਡੀਪ ਪੋਡਕਾਸਟ ਜਾਏਗਾ ਆਰਾਮ ਨਾਲ ਤਸੱਲੀ ਨਾਲ ਬਹਿ ਕੇ ਆਪਣਾ ਕੰਮ ਕਰ ਰਹੇ ਹੋ ਏਅਰਪອດਸ ਲਾ ਕੇ ਜਾਂ ਹੈੱਡਫੋਨ ਲਾ ਕੇ ਸੁਣੋ ਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਬਾਈ ਦੀ ਜਰਨੀ ਬਾਰੇ ਬਾਈ ਦੀ ਲਾਈਫ ਬਾਰੇ ਇਹ ਵੀ ਇੱਕ ਐਨਜੀਓ ਚਲਾਉਂਦੇ ਨੇ ਇਹ ਉਹ ਐਨਜੀਓ ਚਲਾਉਂਦੇ ਨੇ ਜਿੱਥੇ ਕਹਿ ਲਓ ਕਿ ਜਿੰਨਾ ਲੋਕਾਂ ਕੋਲੋਂ ਆਪਣੇ ਇੱਕ ਮਾਵਾਪੇ ਨਹੀਂ ਘਰੇ ਰੱਖੇ ਜਾਂਦੇ ਤੇ ਉੱਥੇ ਇਹ ਇੰਨੇ ਪਰਿਵਾਰਾਂ ਨੂੰ ਆਪਣੇ ਕੋਲ ਸਾਂਭ ਕੇ ਰੱਖਿਆ ਹੋਇਆ ਇਹਨਾਂ ਨੇ ਪੰਜਾਬ ਦੇ ਵਿੱਚ ਸ਼ਾਇਦ ਜੇ ਕਿਸੇ ਨੂੰ ਨਹੀਂ ਪਤਾ ਤਾਂ ਮੈਂ ਦੱਸ ਦੇਣਾ ਚਾਹਨਾ ਕਿ ਬਹੁਤ ਪਰਿਵਾਰ ਐਸੇ ਨੇ ਜਿਨ੍ਹਾਂ ਦੇ ਪਰਿਵਾਰਾਂ 'ਚ ਉਹਨਾਂ ਦੇ ਮੈਂਬਰ ਮੈਂਟਲੀ ਅਫਸੈਟ ਹੋ ਜਾਂਦੇ ਨੇ ਉਹ ਘਰੋਂ ਵਿਚਾਰੇ ਨਿਕਲ ਜਾਂਦੇ ਨੇ ਮੈਂਟਲੀ ਅਫਸੈਟ ਹੋ ਕੇ ਤੇ ਲੋਕ ਉਹਨਾਂ ਨੂੰ ਬੰਦੀ ਬਣਾ ਕੇ ਆਪਣੇ ਘਰ ਦਾ ਕੰਮ ਕਰਾਉਂਦੇ ਨੇ ਤੇ ਬਾਈ ਜੀ ਨੇ ਕਿੰਨੇ ਹੀ ਪਰਿਵਾਰਾਂ ਨੂੰ ਜਿਹੜੇ ਬੰਦੀ ਬਣਾ ਚੁੱਕੇ ਸੀਗੇ ਲੋਕ ਉਹਨਾਂ ਨੂੰ ਰੈਸਕਿਊ ਕੀਤਾ ਫੈਮਲੀ ਨਾਲ ਮਲਵਾਇਆ ਤੇ ਜਿਨ੍ਹਾਂ ਦੀ ਫੈਮਲੀਆਂ ਨਹੀਂ ਲੱਭੀਆਂ ਉਹਨਾਂ ਨੂੰ ਆਪਣਾ ਪਰਿਵਾਰਕ ਮੈਂਬਰ ਬਣਾ ਕੇ ਆਪਣੇ ਕੋਲ ਰੱਖਿਆ ਤੇ ਸਵਾਗਤ ਹੈ ਬਾਈ ਜੀ ਕਿਵੇਂ ਹੋ ਹਾਂਜੀ ਬਿਲਕੁਲ ਅਨਮੋਲ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਕਹਿੰਤ ਇਨਸਾਨ ਨੂੰ ਬਈ ਤੁਸੀਂ ਧੰਨਵਾਦ ਵੀਰੇ ਤੁਸੀਂ ਅੱਜ ਮੈਨੂੰ ਬੜਾ ਵਧੀਆ ਲੱਗ ਰਿਹਾ ਤੇ ਮੈਂ ਪਹਿਲੀ ਵਾਰੀ ਅਸਲ ਦੇ ਵਿੱਚ ਬੈਠਾ ਹਾਂ ਅਨਮੋਲ ਵੀਰੇ ਇਦਾਂ ਵੀ ਆ ਕਰਨ ਨੂੰ ਤੇ ਆਸ ਕਰਦੇ ਆ ਵੀ ਗੁਰੂ ਸਾਹਿਬ ਵਧੀਆ ਗੱਲਾਂ ਚਲੋ ਹੋਣਗੀਆਂ ਤੁਹਾਡੇ ਨਾਲ ਬਹੁਤ ਵਧੀਆ ਇਨਸਾਨ ਹੋ ਵੀਰੇ ਤੁਸੀਂ ਜਿੰਨੀ ਕੁ ਵੇਰੀ ਵੀ ਇੱਕ ਬੰਦੇ ਦਾ ਨਾ ਕਿਰਦਾਰ ਕਿਦਾਂ ਦਾ ਉਹਦੇ ਰਵਈਏ ਤੋਂ ਪਤਾ ਲੱਗ ਜਾਂਦਾ ਹਾਂਜੀ ਕਿ ਤੁਸੀਂ ਜਿਵੇਂ ਮਿਲਦੇ ਹੋ ਜਿਵੇਂ ਵਰਤਦੇ ਹੋ ਨਾ ਆਪਾਂ ਪਹਿਲਾਂ ਵੀ ਗੱਲ ਕੀਤੀ ਤੇ ਮੈਂ ਸ਼ੁਰੂ ਤੋਂ ਹੀ ਤਕਰੀਬਨ 5-6 ਸਾਲ ਤੋਂ ਤੁਹਾਡੇ ਟੱਚ ਚਾਪ ਜਿੱਥੇ-ਜਿੱਥੇ ਵੀ ਮਿਲਿਆ ਨਾ ਬੜਾ ਤੁਸੀਂ ਮੈਨੂੰ ਛੋਟੇ ਭਰਾ ਵਾਂਗੂ ਪਿਆਰ ਕੀਤਾ ਕਿਉਂਕਿ ਅੱਜਕੱਲ ਸਾਡੇ ਸਮਾਜ ਦੇ ਵਿੱਚ ਨਾ ਭਾਈ ਵਿਤਕਰਾ ਬੜਾ ਚੱਲ ਰਿਹਾ ਹੈ ਬਿਲਕੁਲ ਬਿਲਕੁਲ ਕਿ ਜੇ ਫਲਾਣਾ ਬੰਦਾ ਮੇਰੇ ਧਰਮ ਦਾ ਹੈ ਮੈਂ ਤਾਂ ਹੀ ਇਹਦੇ ਵੱ ਓਪੋਨੈਂਟ ਪਾਰਟੀ ਦਾ ਇਦਾਂ ਕਿਉਂ ਹੁੰਦਾ ਵੀਰੇ ਬਿਲਕੁਲ ਅਨਮੋਲ ਵੀਰੇ ਬੰਦੇ ਦੀ ਆਪਣੀ ਆਪਣੀ ਨਜ਼ਰੀਆ ਹੀ ਆ ਨਾ ਜਦੋਂ ਹੁਣ ਤੂੰ ਮੈਨੂੰ ਮਿਲਦਾ ਰਿਆਂ ਨਾ ਆਪਾਂ ਚਲੋ ਗੱਲ ਤਾਂ ਸਾਡੀ ਨਹੀਂ ਹੁੰਦੀ ਰਹੀ ਪਰ ਇੱਕ ਅੰਦਰੋਂ ਨਾ ਖਿੱਚ ਜੀ ਆਉਂਦੀ ਰਹੀ ਵੀ ਇਹ ਸਾਡੀ ਸੋਚ ਆ ਜਦਦਾ ਅਸੀਂ ਸੋਚਦੇ ਆ ਇਹ ਸੋਚ ਉਹ ਹੀ ਰੱਖਦਾ ਨਾ ਤੇ ਤੇਰੀਆਂ ਵੀਡੀਓ ਵੀ ਸੁਣੀਦੀਆਂ ਤੈਨੂੰ ਲਾਈਕ ਵੀ ਕਰੀਦਾ ਤਾਂ ਕਰਕੇ ਇੱਕ ਖਿੱਚ ਜੀ ਕਰਕੇ ਇੱਕ ਪਿਆਰ ਨਾਲ ਹੀ ਉਹ ਪਿਆਰ ਹੀ ਬਣ ਜਾਂਦਾ ਨਾ ਪਿਆਰ ਨਾਲ ਬੋਲੀਦਾ ਪਰ ਗੱਲ ਇਹ ਆ ਵੀ ਬਹੁਤ ਗਲਤ ਦਿਲ ਨੂੰ ਤਾਂ ਲੱਗਦਾ ਜਦੋਂ ਸੁਣੀਦਾ ਵੀ ਆ ਕੋਈ ਗਲਤ ਕਿਸੇ ਵਸੇ ਕਿਸੇ ਧਰਮ ਬਾਰੇ ਬੋਲਦਾ ਗਲਤ ਬੋਲਦਾ ਮਾੜੀ ਗੱਲ ਆ ਕਿਸੇ ਨੂੰ ਮੈਂ ਤਾਂ ਹੀ ਪਤਾ ਨਹੀਂ ਕਹਿੰਦਾ ਕਿੱਦਾਂ ਕਿਸੇ ਦਾ ਦਿਲ ਦਿਖਾਉਂਦੇ ਆ ਸਾਡਾ ਨਾ ਅਸੀਂ ਸਵੇਰ ਤੋਂ ਉੱਠੀਦਾ ਵੀ ਇਹ ਇਹ ਮਨ ਦੇ ਵਿੱਚ ਸੋਚ ਹੁੰਦੀ ਆ ਵੀ ਯਾਰ ਅਸੀਂ ਕਿਸੇ ਦਾ ਦਿਲ ਨਾ ਦਿਖਾਈਏ ਤੇ ਪਤਾ ਨਹੀਂ ਕਿੱਦਾਂ ਲੋਕ ਕਿੱਦਾਂ ਕਿਸੇ ਦਾ ਦਿਲ ਦਿਖਾਉਂਦੇ ਆ ਨਾ ਪਤਾ ਨਹੀਂ ਜੇ ਕਿਤੇ ਸਾਡੇ ਕੋਈ ਕਿਤੇ ਮਾੜੀ ਜੀ ਗੱਲ ਹੋ ਵੀ ਜਾਂਦੇ ਆ ਨਾ ਕਿਤੇ ਤੇ ਮੇਰੇ ਨਾਲ ਤੇ ਬੜਾ ਮਨ ਨੂੰ ਹੁੰਦੀ ਆ ਯਾਰ ਉਹਦਾ ਦਿਲ ਦੁਖਿਆ ਉਹਦੇ ਪਤਾ ਨਹੀਂ ਕੀ ਉਹਦੇ ਮੂੰਹ ਆਵਾਜ਼ ਉਹਨੇ ਦਿੱਤੀ ਹੋਗੀ ਗਲਤ ਗੱਲ ਆ ਦੇਖੋ ਮੇਰੀ ਇੰਟਰੋਡਕਸ਼ਨ ਤੁਹਾਡੇ ਪਹਿਲੇ ਜਵਾਬ ਚ ਤੁਸੀਂ ਸਿੱਧ ਹੋ ਗਿਆ ਨਾ ਕਿ ਸੋਚ ਦੇਖੋ ਕਿੰਨੀ ਬਾਕਮਾਲ ਹੈ ਕਿ ਸਵੇਰੇ ਉੱਠ ਕੇ ਮੈਂ ਸੋਚਦਾ ਕਿ ਮੈਂ ਕਿਸਦਾ ਦਿਲ ਨਾ ਦਿਖਾਵਾਂ ਬਈ ਇਹ ਨਿਸ਼ਾਨੀ ਹੈ ਤੁਹਾਡੇ ਚੰਗੇ ਇਨਸਾਨ ਹੋਣ ਦੀ ਕੋਈ ਧੰਨਵਾਦ ਬਈ ਤੁਸੀਂ ਇੱਕ ਸੋਸਾਇਟੀ ਚਲਾਉਂਦੇ ਹੋ ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਸਭ ਤੋਂ ਪਹਿਲਾਂ ਤੁਸੀਂ ਨਾਮ ਚੁਣਿਆ ਕਿੱਥੋਂ ਤੁਹਾਡੇ ਦਿਮਾਗ ਚ ਆਇਆ ਕਿੱਥੋਂ ਸ਼ੁਰੂਆਤ ਹੋਈ ਸਟਾਰਟਿੰਗ ਤੋਂ ਪਹਿਲਾਂ ਕੀ ਕਰਦੇ ਸੀ ਕਿਹੜੀ ਕਿਹੜੀ ਚੀਜ਼ ਨੇ ਕਿਹੜੇ ਇਨਸੀਡੈਂਟ ਨੇ ਤੁਹਾਨੂੰ ਇੱਧਰ ਮੋੜਤਾ ਅਨਮੋਲ ਵੀਰੇ ਪਹਿਲੀ ਤਾਂ ਜ਼ਿੰਦਗੀ ਜਿਹੜੀ ਸੀਗੀ ਨਾ ਕੋਈ ਅਸੀਂ ਸੋਚਦੇ ਵੀ ਨਹੀਂ ਹੈਗੇ ਜਿੱਦਾਂ ਵੀ ਅਸੀਂ ਬਈ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਅੱਜ ਕਿਉਂਕਿ ਨਾ ਜਿਹੜੀ ਯੂਥ ਹੈ ਬਈ ਕਿਤੋਂ ਨਿਕਲਣਾ ਚਾਹੁੰਦੇ ਉਹਨਾਂ ਚੀਜ਼ਾਂ ਤੋਂ ਜਿਵੇਂ ਉਹਨਾਂ ਗੁਰਪ੍ਰੀਤ ਬਾਈ ਨੇ ਉਹਨਾਂ ਦੀ ਵੀ ਲਾਈਫ ਬੜੀ ਦੂਜੀ ਸੀ ਹਨਾ ਪਰ ਉਹ ਕੈਮਰੇ ਮੂਰੇ ਥੋੜਾ ਥੋੜਾ ਦੱਸਦੇ ਰਹਿੰਦੇ ਨੇ ਕਿ ਸਮਾਜ ਦੇ ਵਿੱਚ ਜਿਹੜੀ ਯੂਥ ਅੱਜ ਜੋ ਬਣਨ ਨੂੰ ਤਰਸਦੀ ਹੈ ਹਾਂ ਹਾਂ ਇਹਨਾਂ ਵੀਰਾਂ ਨੇ ਉਹ ਚੀਜ਼ਾਂ ਕਰਕੇ ਛੱਡੀਆਂ ਨੇ ਹਨਾ ਤੇ ਕਿਹੜੀ ਜ਼ਿੰਦਗੀ ਸੀ ਵੀਰੇ ਪਹਿਲਾਂ ਅਨਮੋਲ ਵੀਰੇ ਜ਼ਿੰਦਗੀ ਤੇ ਬਸ ਲੜਾਈਆਂ ਝਗੜੇ ਜੇਲ੍ਹਾਂ ਤੱਕ ਵੀ ਕੱਟੀਆਂ ਹਨਾ ਸਾਰਾ ਕੁਝ ਮਤਲਬ ਘਰਦਿਆਂ ਨੂੰ ਇਹ ਨਹੀਂ ਸੀ ਪਤਾ ਹੁੰਦਾ ਵੀ ਇਹ ਨਹੀਂ ਸ਼ਾਮ ਨੂੰ ਘਰ ਵਾਪਸ ਆਉਣਾ ਕਿ ਨਹੀਂ ਆਉਣਾ ਵੀ ਮਤਲਬ ਇਦਾਂ ਦੀ ਵੀ ਜ਼ਿੰਦਗੀ ਹੁੰਦੀ ਸੀ ਕੋਈ ਟਾਈਮ ਇਹੋ ਜਿਹਾ ਵੀ ਲੰਘਿਆ ਹਨ ਤੇ ਟਾਈਮ ਲੰਘਦਾ ਗਿਆ ਲੰਘਦਾ ਗਿਆ ਫਿਰ ਜਦੋਂ ਜਵਾਨੀ ਦੇ ਵਿੱਚ ਕਈ ਗਲਤੀਆਂ ਵੀ ਹੋਈਆਂ ਅਸਲ ਦੇ ਵਿੱਚ ਅਸੀਂ ਦੁੱਖ ਦੇਖਣਾ ਨਹੀਂ ਸੀ ਚਾਹੁੰਦੇ ਕਿਸੇ ਦਾ ਦੁੱਖ ਮਤਲਬ ਜਦੋਂ ਲਾਗੇ ਕੋਈ ਦਾ ਹੋਣਾ ਦੁਖੀ ਹੋਣਾ ਤੇ ਅਸੀਂ ਲਾਗੇ ਉਹਦੀ ਮੂੰਹ ਫੇਰ ਕੇ ਲੰਘ ਜਾਣਾ ਹਨ ਤੇ ਪਰ ਜ਼ਿੰਦਗੀ ਲੰਘਦੀ ਗਈ ਟਾਈਮ ਆਉਂਦਾ ਗਿਆ ਫਿਰ ਪਰਮਾਤਮਾ ਨੇ ਬੜੀ ਚਲੋ ਕਿਰਪਾ ਕੀਤੀ ਆਪਾਂ ਵੀ 2011 ਦੇ ਵਿੱਚ ਨਾ ਅਨਮੋਲ ਵੀਰ ਮੈਂ ਇੱਕ ਜ਼ਿੰਦਗੀ ਜਿਹੜੀ ਮੇਰੀ ਸਭ ਤੋਂ ਮੈਂ ਇੱਕ ਬਹੁਤ ਘੱਟ ਗੱਲ ਉਸ ਚੀਜ਼ ਤੇ ਕੀਤੀ ਮੈਂ ਨਾ 17-18 ਦਿਨ ਕਿਡਨਾਪਰੇ ਆ ਅੱਛਾ ਜੀ ਤੇ ਹਾਂ 17-18 ਦਿਨ ਕਿਡਨਾਪਰੇ ਆ ਉਹ ਜਿਹੜੀ ਕਿਡਨਾਪਿੰਗ ਜਿਹੜੀ ਹੋਈ ਨਾ ਉਹ ਮੇਰੇ ਮਾਈਂਡ ਨੂੰ ਮੇਰੇ ਸਾਰਾ ਉਹਦੇ ਵਿੱਚ 17-18 ਦਿਨ ਉਹ ਬੜਾ ਕੁਝ ਦੇਖ ਲਿਆ ਜ਼ਿੰਦਗੀ ਦੇ ਵਿੱਚ ਵੀ ਆਪਾਂ ਕੀ ਕੁਝ ਕਰਦੇ ਰਹੇ ਆ ਮੈਂ ਨਾ ਕੈਨੇਡਾ ਨੂੰ ਅਸੀਂ ਫਾਈਲ ਲਾਈ ਸੀਗੀ ਤੇ ਨੇਪਾਲ ਦੇ ਵਿੱਚ ਜਦੋਂ ਬੜਾ ਹੁੰਦਾ ਸੀਗਾ ਵੀ ਬਾਹਰ ਨੂੰ ਜਾਣਾ ਬਾਹਰ ਨੂੰ ਜਾਣਾ ਤੇ ਮੈਂ ਆਪਣੇ ਘਰ ਵੀ ਨਹੀਂ ਦੱਸਿਆ ਵੀ ਮੈਨੂੰ ਹਨਾ ਬਾਹਰ ਇੱਕ ਏਜੰਟ ਮਿਲਿਆ ਜਦੋਂ ਉਹਨੇ ਫਰਾਡ ਚ ਉਹਨੇ ਗੱਲਾਂ ਚ ਲੈ ਲਿਆ ਮੇਰਾ ਨਾਲ ਫਰੈਂਡ ਸੀ ਉਹਨਾਂ ਨੇ ਸਾਨੂੰ ਕਹਿ ਤਾ ਤੁਹਾਨੂੰ ਕਾਠਮਾਂਡੂ ਨੇਪਾਲ ਤੋਂ ਕੈਨੇਡਾ ਲਈ ਤੁਹਾਨੂੰ ਟਿਕਟ ਦਿਖਾ ਲ ਦਿੱਤੀ ਜਾਲੀ ਇੱਥੋਂ ਤੁਹਾਨੂੰ ਕਾਠਮਾਂਡੂ ਤੋਂ ਚੜਾ ਲੈਣਾ ਦਿੱਲੀੋਂ ਸਾਨੂੰ ਅਨਮੋਲ ਮੇਰੇ ਉਹ 에어ਪੋਰਟ ਤੇ ਲੈ ਗਏ 에어ਪੋਰਟ ਤੋਂ ਕਾਠਮਾਂਡੂ ਲਾ ਲਿਆ ਕਹਿੰਦੇ ਆ ਸਵੇਰੇ ਤੁਹਾਡੀ ਟਿਕਟਾ ਦੇਖ ਲਓ ਅਸੀਂ ਤੁਹਾਨੂੰ ਇੱਕ ਰਾਤ ਦੀ ਸਟੇ ਆ ਪਰ ਜਿੱਥੇ ਸਟੇ ਕਰਾਈ ਵਸ ਉਹਨੇ ਕਟਨਾਪ ਕਾਲਿਆ ਜਦੋਂ ਅਸੀਂ ਤਾਂ ਪਹੁੰਚੇ ਆ ਜਿਵੇਂ ਫਿਲਮਾਂ ਚ ਦੇਖਦੇ ਹੁੰਨੇ ਸੀ ਉਹ ਸਾਰਾ ਸੀਨ ਮੈਂ ਉਹ ਅੱਖੀਂ ਦੇਖਿਆ ਆਪਣੇ ਕੀ ਹੋਇਆ ਬਾਈ ਉੱਥੇ ਤਾਂ ਇੰਟਰਸਟਿੰਗ ਟਾਪਿਕ ਛੇੜ ਲਿਆ ਤੁਸੀਂ ਹਾਂ ਹਾਂ ਉਹ ਨਾ ਉਹ ਜਦੋਂ ਗੱਡੀ ਚ ਲੈ ਗਿਆ ਸਾਨੂੰ ਚਾਹ ਦੇ ਬਾਗ ਦਿਖਾ ਲਦੇ ਗਏ ਸਾਨੂੰ ਗੱਲ ਉਦੋਂ ਨੂੰ ਮਾਈਂਡ ਆਉਣ ਹੀ ਨਹੀਂ ਦਿੱਤਾ ਉਹਨੇ ਆ ਦੇਖੋ ਚਾਹ ਦੇ ਬਾਗ ਮੈਂ ਆਪਣੇ ਫਰੈਂਡ ਨਾਲ ਗੱਲਬਾਤ ਕਰਾਂ ਤੇ ਉਹ ਉਦੋਂ ਨੂੰ ਜਾਣ ਹੀ ਨਾ ਦੇਣ ਬਾਈ ਰੋਡ ਸਾਨੂੰ ਉੱਥੋਂ ਨੇਪਾਲ ਦੇ ਵਿੱਚ ਐਂਟਰੀ ਕੀਤੀ ਤੇ ਜਾ ਕੇ ਤਾਂ ਇੱਕ ਕਾਠਮੰਡੂ ਜਾ ਕੇ ਲੈ ਕੇ ਤਾਂ ਉੱਥੇ ਇੱਕ ਕੋਠੀ ਦੇ ਵਿੱਚ ਕਰ ਲਿਆ ਜਦੋਂ ਅਸੀਂ ਇੱਕ ਕਮਰੇ 'ਚ ਬੈ ਗਏ ਉਹ ਆਏ ਦਾ ਜਿਹੜਾ ਇੱਕ ਸਾਡੇ ਨਾਲ ਇੱਕ ਹੋਰ ਬੰਦਾ ਉਹਨਾਂ ਦੇ ਠਾਗ ਇੱਕ ਨਾਲ ਸੀਗਾ ਜਿਹੜਾ ਵੀ ਮਾਈਂਡ ਸਾਡੇ 'ਚ ਆਉਣੀ ਨਾ ਦਵੇ ਗਲਤੀ ਉਹ ਸਾਨੂੰ ਉਹਨੀ ਦਿੱਲੀੋਂ ਉਚਾੜਿਆ ਨਾਲ ਵੀ ਇਹਦਾ ਭਰਾ ਬਾਹਰ ਰਹਿੰਦਾ ਇਹਦਾ ਮਤਲਬ ਉਹਨੀ ਸਾਨੂੰ ਜਾਲ 'ਚ ਪਸਾਰਿਆ ਫਿਲਮ ਬਣਾ ਲਈ ਉਹਨੇ ਫਿਲਮ ਬਣਾ ਲਈ ਉਹ ਨਾਲ ਸੀ ਉਹਨੂੰ ਠਾਲ ਕੇ ਸਾਈਡ ਤੇ ਲਾ ਗਿਆ ਸੀ ਦੋਨੇ ਹੀ ਫਰੈਂਡ ਰਹਿ ਗਏ ਈਦਾ ਮੂਰੇ ਉਹ ਕੁਰਸੀ ਤੇ ਬੈਠਾ ਸੀ ਉਹ ਕਹਿੰਦਾ ਆਓ ਤੁਸੀਂ ਆਰਾਮ ਕਰੋ ਇੱਕ ਬੰਦਾ ਆਇਆ ਲਿਆ ਕੇ ਉਹਨੀ ਈਦਾ ਈਦਾ ਥੱਲੇ ਗੱਦੇ ਵਿਛੇ ਸੀ ਉੱਤੇ ਬਿਠਾਇਆ ਬਸ ਫੇ ਨਹੀਂ ਫੇ ਇੱਕ ਬੰਦਾ ਆਇਆ ਅੰਦਰੋਂ ਜਾ ਕੇ ਮੂਰੇ ਬਹਿ ਗਿਆ ਉਹਨੇ ਈਦਾ ਗਨ ਗੱਡੀ ਮੂਰੇ ਰੱਖਤੀ ਕਹਿੰਦਾ ਹੁਣ ਕੋਆਪਰੇਟ ਕਰਨਾ ਪੈਣਾ ਜੇ ਕਰੋਗੇ ਤਾਂ ਠੀਕ ਰਹੋਗੇ ਨਹੀਂ ਤਾਂ ਫਿਰ ਆਪਣਾ ਨੁਕਸਾਨ ਆਇਆ ਨਾ ਜਦੋਂ ਦੇਖਿਆ ਮੈਂ ਗਨ ਵੀ ਦੇਖੀਆਂ ਸੀ ਜਾਂ ਸਾਰਾ ਕੁਝ origignal ਸਾਰਾ ਕੁਝ ਇਹਨਾਂ ਦੇ ਤਾਂ ਮੈਂ ਉਹ ਫਰੈਂਡ ਨਾਲ ਕਿਉਂਕਿ ਮੇਰੇ ਇੰਨਾ ਨਹੀਂ ਸੀ ਮੇਰਾ ਫਰੈਂਡ ਹੀ ਮੈਨੂੰ ਲੈ ਗਿਆ ਜੱਕਦਮ ਮਗਰ ਲੱਗ ਗਿਆ ਹਾਂ ਮਗਰ ਲੱਗ ਗਿਆ ਕਿਉਂਕਿ ਅਸੀਂ ਇੰਨੀ ਸੋਚ ਸਮਝ ਬਾੜੀ ਨਹੀਂ ਸੀ ਰੱਖਦੇ ਉਹ ਥੋੜਾ ਪੜਿਆ ਲਿਖਿਆ ਸੀ ਮਾਲੋ ਬਹੁਤ ਜ਼ਿਆਦਾ ਮੇਰਾ ਫਰੈਂਡ ਭਰਾਵਾ ਵਾਂਗੂ ਉਹਨੂੰ ਇਹ ਸੀ ਵੀ ਮੈਂ ਜੋ ਕਰਤਾ ਉਹ ਸਹੀ ਆ ਤੇ ਉਹਨੇ ਜਦੋਂ ਗਨ ਦੇਖੀ ਮੈਂ ਤਾਂ ਸਮਝ ਗਿਆ ਉਹਦੇ ਮੂੰਹਾਂ ਨੂੰ ਦੇਖਿਆ ਮੈਂ ਕਿ ਹੁਣ ਪੁੱਤਰਾ ਗਏ ਉਹਨੇ ਪਿੱਛੋਂ ਉਹ ਮੋਲ ਵੀਰੇ ਦੇਣ ਕੇ ਪੈਰ ਹੱਥ ਬੰਨਤੇ ਕੱਪੜੇ ਲਹਾਤ ਤੇ ਪੂਰੇ ਕੱਪੜੇ ਲਹਾਤ ਤੇ ਕਹਿੰਦੇ ਜੇ ਬੋਲੂਗੇ ਤੇ ਠੀਕ ਆ ਜੇ ਕੋਆਪਰੇਟ ਕਰੂਗੇ ਠੀਕ ਆ ਜੇ ਮਾੜਾ ਮੋਟਾ ਵੀ ਕੋਸ਼ਿਸ਼ ਕਰਦਾ ਤੁਸੀਂ ਉਹ ਮੈਂ ਇਦਾਂ ਉਹ ਫਰੈਂਡ ਮੇਰਾ ਮੜ ਗਿਆ ਮੂੰਹ ਚ ਕੁਝ ਕਹਿਣ ਲਗਾ ਇੰਨੇ ਨੂੰ ਨਹੀਂ ਢਾ ਲਿਆ ਦੇ ਜਿੱਥੇ ਪਈ ਉਹਨੇ ਡਰ ਪਾਉਣਾ ਸੀ ਬਸ ਮੁੜ ਕੇ ਫਿਰ ਇੱਕ ਦਿਨ ਨਿਕਲ ਗਿਆ ਜੋ ਕੈਨੇਡਾ ਦੀ ਐਨ ਫਲੈਟ ਜਾਂਦੀ ਆ ਸਮਝ ਲੈ ਘਰਦਿਆਂ ਨੂੰ ਹੋਵੇ ਵੀ ਇੰਨੇ ਟਾਈਮ ਨੂੰ ਪਹੁੰਚਣਾ ਆ ਤੇ ਉਸੇ ਟਾਈਮ ਉਹਨਾਂ ਨੇ ਘਰ ਫੋਨ ਕਰਾਤਾ ਵੀ ਤੁਹਾਡਾ ਮੁੰਡਾ ਕੈਨੇਡਾ ਪਹੁੰਚ ਗਿਆ ਤੇ ਗੰਨ ਤੇ ਐਨ ਆ ਫੋਨ ਰੱਖ ਕੇ ਜੋ ਮੈਨੂੰ ਵੀ ਪੈਸੇ ਦੇ ਦੋ ਅਸੀਂ ਪੈਸੇ ਦਿੱਤੇ ਉਧਰ ਸਾਡੇ ਫੈਮਲੀ ਨੇ ਮੰਨ ਲਓ 18 ਦਿਨ ਅਸੀਂ ਇੱਕ ਕੋਠੀ ਦੇ ਵਿੱਚ ਰਹੇ ਹਾਂ ਅਨਮੋਲ ਮੇਰੇ ਉਥੋਂ ਬਚਣਾ ਬਹੁਤ ਮੁਸ਼ਕਲ ਆ ਉਹ ਤੋਂ ਇਹ ਨਾ 2010 11 ਦੀਆਂ ਬਹੁਤ ਇਨਸੀਡੈਂਟ ਹੋਏ ਸੀ ਜਿਹੜੇ ਬੰਦੇ ਕਈ ਅੱਜ ਗਾਇਬ ਆ ਕਈ ਪਤਾ ਹੀ ਨਹੀਂ ਪਰਿਵਾਰਾਂ ਨੂੰ ਕਿੱਥੇ ਚਲੇ ਗਏ ਉਹ ਨੇਪਾਲ ਚ ਕਿਡਨਾਪ ਕਰਕੇ ਰੱਖਦੇ ਸੀ ਬਾਅਦ ਦੇ ਵਿੱਚ ਕੀ ਕਰਦੇ ਸੀ ਜਦੋਂ ਉਹਨਾਂ ਦੇ ਪੈਸੇ ਮਿਲ ਜਾਂਦੇ ਸੀ ਉਹ ਆਪਣੀ ਜਿਹੜੀ ਗੇਮ ਉਹ ਕਿਸੇ ਨੂੰ ਨਹੀਂ ਦੱਸਣਾ ਚਾਹੁੰਦੇ ਉੱਥੇ ਮਾਰ ਕੇ ਉੱਥੇ ਹੀ ਦੱਬ ਦੁੱਬ ਦਿੰਦੇ ਸੀ ਪੈਸੇ ਲੈ ਕੇ ਹਾਂ ਪੈਸੇ ਲੈ ਕੇ ਮਾਰ ਕੇ ਦੱਬ ਦਿੰਦੇ ਕਿਉਂਕਿ ਜੇ ਉਹਨਾਂ ਦੀ ਗੱਲ ਬਾਹਰ ਜਾਵੇ ਫਿਰ ਉਹਨਾਂ ਦੀ ਗੇਮ ਖਤਮ ਹੁੰਦੀ ਸੀ ਹਮ ਅਨਮੋਲ ਵੀਰ ਦੇ ਕੋਠੀ ਹੁੰਦੀ ਸੀ ਰਾਤ ਨੂੰ ਜਿੱਦਾਂ ਨਾ ਚੀਕਾਂ ਸੁਣਦੀਆਂ 12:00 ਵਜੇ ਨਾ ਇਦਾਂ ਲੱਗੇ ਕਮਰਿਆਂ ਦੇ ਵਿੱਚ ਚੀਕ ਸੁਣਨੀ ਉਹਨੇ ਗੱਡੀ ਸਟਾਰਟ ਹੋਣੀ 5 ਮਿੰਟ ਚ ਲੈ ਜਾਣਾ ਜਿਹਦੇ ਪੈਸੇ ਮਿਲ ਗਏ ਮਾਰ ਦਿੰਦੇ ਮਾਤਰ ਉਹ ਮੇਰਾ ਜਿਹੜਾ ਨਾ ਆਪਾਂ ਇਦਾਂ ਗੈਂਗਪਰ ਕੋਈ ਪ੍ਰਮਾਤਮਾ ਨੇ ਬੜੀਓ ਕਾਰਨ ਜਿਹੜੇ ਬੰਦੇ ਦੀ ਸਾਡੇ ਤੇ ਡਿਊਟੀ ਲਾਈ ਸੀ ਉਹ ਆ ਨੱਖਾਂ ਮੂੰਹ ਪੈਰ ਨੀਲ ਪੈਓ ਉਹ ਇੱਕ ਦੋ ਇਹਨਾਂ ਲੜਦੇ ਝਗੜਦੇ ਰਹਿੰਦੇ ਉਹਨਾਂ ਦੀਆਂ ਗੈਂਗਾਾਂ ਬੜੀਆਂ ਹੁੰਦੀਆਂ ਸੀ ਇੱਕ ਦੋ ਇਹਨਾਂ ਲੜਦੀਆਂ ਝਗੜੀਆਂ ਰਹਿੰਦੀਆਂ ਤੇ ਉਹ ਮੇਰੇ ਨਾਲ ਇਦਾਂ ਇੱਕ ਦਿਨ ਜਾਵੇ ਦੋ ਦਿਨ ਜਾਵੇ ਜਦ ਤਾ ਨਾ ਹਫਤਾ ਨਿਕਲ ਗਿਆ ਜਿਹੜੇ ਏਜੰਟ ਸਾਡਾ ਸੀਗਾ ਜਿੰਨੇ ਸਾਨੂੰ ਭੇਜਿਆ ਸੀ ਉਹ ਅੰਮ੍ਰਿਤਸਰ ਦਾ ਸੀਗਾ ਉਹਨੇ ਆਪਣੇ ਭਤੀਜੇ ਭੇਜ ਦਿੱਤੇ ਸਾਡੇ ਪਿੱਛੇ ਉਹਨਾਂ ਨੂੰ ਇਹ ਹੋ ਗਿਆ ਵੀ ਇਹਨਾਂ ਦੇ ਪਿੱਛੇ ਹੋਰ ਬੰਦੇ ਆਈ ਜਾਣੇ ਸਾਨੂੰ ਪੈਸੇ ਆਈ ਜਾਣੇ ਉਹ ਬੇਵਕੂਫ ਏਜੰਟ ਇਹੋ ਜਿਹਾ ਸੀ ਪਤਾ ਉਹਨੂੰ ਵੀ ਨਹੀਂ ਸੀ ਉਹਦੇ ਗਾਂ ਏਜੰਟ ਮਾੜੇ ਟੱਕਰ ਗਏ ਉਹਨੇ ਆਪਣੇ ਸਖਾ ਭਤੀਜਾ ਸਾਡੇ ਪਿੱਛੇ ਭੇਜ ਦਿੱਤਾ ਓਏ ਹੋਏ 10ਵੇਂ ਦਿਨ ਹਰਿਆਣੇ ਦੇ ਦੋ ਨੌਜਵਾਨ ਉਹਦਾ ਭਤੀਜੇ ਸੀ ਉਹ ਆਏ ਇੱਕ ਤਾਂ 19 ਸਾਲਾਂ ਦੇ ਸੀ ਨੌਜਵਾਨ ਉਹਨੂੰ ਇਹ ਸੀਗਾ ਵੀ ਮੈਂ ਨਹੀਂ ਕੀ ਕਰਦਾ ਕੈਨੇਡਾ ਨੂੰ ਫੋਂ ਜਦੋਂ ਕਹਿੰਦਾ ਮੈਂ ਪਹੁੰਚਾਂ ਨਹੀਂ ਮੈਂ ਕੋਈ ਕਰਾਂ ਫੋਂ ਅਨਮੋਲ ਵੀ ਮੇਰਾ 18 ਸਾਲਾਂ ਦਾ ਸੀਗਾ ਜਦੋਂ ਚਲੋ ਛੋਟਾ ਹੀ ਸੀਗਾ ਵਿਚਾਰਾ ਜਵਾਕ ਘਰਦਿਆਂ ਨੇ ਭੇਜਤਾ ਲੜਾਈ ਝਗੜਾ ਕਰਦਾ ਚੱਲ ਕੈਨੇਡਾ ਨੂੰ ਚੱਲ ਕੈਨੇਡਾ ਨੂੰ ਇਦਾਂ ਚੱਕ ਕੇ ਭੇਜ ਦਿੱਤਾ ਉਹਨਾਂ ਦੀਆਂ ਪਸਲੀਆਂ ਭੰ ਫੋਨ ਤਾਂ ਕਰਾਉਂਦੇ ਹੀ ਕਰਾਉਂਦੇ ਆ ਜੇ ਅਸੀਂ ਕਹੀਏ ਨਾ ਵੀ ਅਸੀਂ ਕਰ ਦਿੱਤਾ ਗਨ ਪੁਆਇੰਟ ਤੇ ਕਰਤਾ ਕਰਾਉਣਾ ਹੀ ਕਰਾਉਣਾ ਉਹ ਨਹੀਂ ਜਦੋਂ ਉਹਨਾਂ ਦੇ ਅਸੀਂ ਅੰਡਰ ਬੈਠੇ ਹਾਂ ਜੇ ਅਸੀਂ ਕੋਆਪਰੇਟ ਕਰਾਂਗੇ ਤਾਂ ਕਰ ਵੀ ਦੇਣਗੇ ਸ਼ਾਇਦ ਉਹਦੇ ਰਹਿਮ ਆਜੇ ਤੇ ਜੇ ਉਹਨੇ ਕੁੱਟਮਾਰ ਕਰਕੇ ਵੀ ਫੋਨ ਕਰਾ ਲਿਆ ਤਾਂ ਫੇਰ ਵੀ ਤਰ੍ਹਾਂ ਫਾਇਦਾ ਨਾ ਉਹਦੀਆਂ ਨਾ ਦੋਨੇ ਪਸਲੀਆਂ ਤੋੜਤੀਆਂ ਪਸਲੀਆਂ ਤੋੜ ਕੇ ਫੋਨ ਕਰਵਾ ਕੇ ਮੁੜ ਕੇ ਸਿੱਟ ਕੇ ਗਿਆ ਸਾਡੇ ਕੋਲ ਮੁੜ ਕੇ ਕਹਿੰਦਾ ਮੂਵ ਵੀ ਤੇ ਸਿੱਟ ਗਿਆ ਮੇਰੇ ਕੋਲ ਕਹਿੰਦਾ ਮੂਵ ਮਿਲੀ ਜਾ ਇਹਦੇ ਮਤਲਬ ਇਦਾਂ ਉਹਦੇ ਕੁੱਟਿਆ ਉਹਨੂੰ ਚਲੋ ਜੀ ਅਸੀਂ ਉਹਦੇ ਬੜਾ ਕਰਦੇ ਨੇ 10ਵਾਂ ਦਿਨ ਟੱਪ ਗਿਆ 11ਵਾਂ 12ਵਾਂ ਦਿਨ ਪਰ ਉਹ ਦਿਨ ਜਿਹੜਾ ਨਾ ਇੱਕ ਰਾਤ ਦਿਨ ਨਿਕਲਣ ਅਨਮੋਲ ਵੀਰੇ ਬੜਾ ਵੀ ਉਦੋਂ ਸਾਰਾ ਕੁਝ ਪ੍ਰਮਾਤਮਾ ਨੂੰ ਵੀ ਯਾਦ ਕੀਤਾ ਜਿਹੜੀ ਜ਼ਿੰਦਗੀ ਅਸੀਂ ਪਿੱਛੇ ਦੇਖਦੇ ਰਹਿਣਾ ਵੀ ਅਸੀਂ ਕਿਸੇ ਨੂੰ ਦਰਦ ਪਹੁੰਚਾਉਣੇ ਜਾਂ ਕਿਸੇ ਯਾਰੀ ਦੋਸਤੀ ਦੇ ਵਿੱਚ ਚੇਤੇ ਹੀ ਨਹੀਂ ਆਉਣਾ ਪ੍ਰਮਾਤਮਾ ਨੂੰ ਭੁੱਲ ਜਾਣਾ ਭੁੱਲੇ ਨਹੀਂ ਜਾਂ ਕੁਝ ਵੀ ਨਾ ਬੜਾ ਉਹਨੇ ਮਰ ਨਾਲ ਨਾ ਝੰਜੋੜਿਆ ਫਿਰ 18ਵੇਂ ਦਿਨ ਫਿਰ ਕੋਈ ਪ੍ਰਮਾਤਮਾ ਵੱਲੋਂ ਕੋਈ ਕਿਰਪਾ ਹੋਈ ਰਾਤ ਨੂੰ ਨਾ ਗੋਲੀਆਂ ਚੇਂਜ ਹੋਈਆਂ ਜਿਹੜੀ ਰੋਜ਼ ਦਵਾਈ ਦਿੰਦੇ ਸੀ ਨਾ ਨੀਂਦ ਦੀ ਉਹ ਅਲੱਗ ਸੀਗੀ ਰਾਤ ਨੂੰ ਉਦੋਂ ਗੋਲੀਆਂ ਚੇਂਜ ਹੋਈਆਂ ਤੇ ਮੈਂ ਆਪਣੇ ਭਰਾਵਾਂ ਨੂੰ ਕਿ ਯਾਰਾਂ ਤੁਸੀਂ ਉਹਨੂੰ ਵੀਰ ਨੂੰ ਕਿਹਾ ਉਹ ਵੀ ਯਾਰ ਹੀ ਬਣ ਗਿਆ ਜਿਹੜੇ ਕਿਸਮ ਦਾ ਇੱਕ ਹਨਾ ਪਰਿਵਾਰ ਚ ਰੇ ਤੇ ਮੈਂ ਉਹਨੂੰ ਇੱਕ ਗੱਲ ਕਹੀ ਮੈਂ ਕਿਹਾ ਵੀ ਅੱਜ ਗੋਲੀਆਂ ਚੇਂਜ ਹੋਈਆਂ ਹਨ ਨਹੀਂ ਕੁਛ ਨਾ ਕੁਛ ਕਰਨਾ ਵੀ ਗੋਲੀਆਂ ਅਲੱਗ ਆ ਜੀ ਵੀ ਸਿਸਟਮ ਉਹ ਸੀਗੀਆਂ ਮਾਈਂਡ ਵਾਸ਼ ਵੀ ਇਹਨਾਂ ਦਾ ਚੇਤਾ ਨਾ ਰਵੇ ਕੁਝ ਵੀ ਕਿੱਥੇ ਪਏ ਆ ਕਿੱਥੇ ਨਹੀਂ ਆ ਨਾ ਅੱਛਾ ਜੀ ਸਵੇਰੇ ਟੜਕੇ ਟੜਕੇ ਬੱਸ ਆਈ ਆ ਉਹਨਾਂ ਨੇ ਬੱਸ 'ਚ ਚੜਵਾ ਦਿੱਤਾ ਗਿਆ ਸਾਨੂੰ ਉਹ ਅਲੱਗ ਹੋਰ ਕਿਤੇ ਜਿੱਦਾਂ ਉੱਥੇ ਨਮੋਲ ਵੀਰ ਇਦਾਂ ਵੀ ਇੱਕ ਗੁੱਦੀ ਦੀ ਗੈਂਗ ਨਾ ਇੱਕ ਦੂਦੇ ਬੰਦੇ ਚੱਕਣ ਨੂੰ ਭਜਦੇ ਆ ਸਮਝ ਗਿਆ ਉਹ ਨਹੀਂ ਕਹਿਤਾ ਵੀ ਅੱਜ ਅਸੀਂ ਇਹਨਾਂ ਤੋਂ ਪੈਸੇ ਲੈ ਲੈ ਤੁਸੀਂ ਕਢਵਾ ਲਓ ਜੇ ਨਹੀਂ ਕਢਵਾਉਣੇ ਆ ਪੈਸੇ ਉਹ ਨਹੀਂ ਸਾਡੇ ਕੋਲ ਪੈਸੇ ਜਿੰਨੇ ਲੈਣੇ ਸੀ ਸਾਡੇ ਕੋਲ ਲੈ ਲੈ ਉਹ ਨਹੀਂ ਦੂਜੀ ਗੈਂਗ ਨੂੰ ਕਹਿਤਾ ਅਸੀਂ ਆਹ ਬਸ ਦੇ ਵਿੱਚ ਦੋ ਬੰਦੇ ਭੇਜਣ ਲੈ ਆ ਇੰਨੇ ਚਾਰ ਬੰਦੇ ਭੇਜਣ ਲੱਗੇ ਤੁਸੀਂ ਚੱਕ ਲਓ ਜੇ ਲਿਆਣੇ ਤਾਂ ਲੈ ਸਕਦੇ ਦੂਜੀ ਬੰਦੇ ਨੂੰ ਉਹ ਬਸ ਜਾਂਦੀ ਆ ਟਾਈਮ ਨਿਕਲ ਜਾਂਦਾ ਤੇ ਉਹ ਕਿਤੇ ਨਾ ਮਾਉਵਾਦੀਆਂ ਦੀ ਉੱਥੇ ਕੋਈ ਚੱਕਰ ਲੜਾਈ ਝਗੜਾ ਉਧਰ ਲਿਆਂ ਲੋਕਾਂ ਨਾਲ ਹੋ ਗਿਆ ਐਕਸੀਡੈਂਟ ਦੇ ਵਿੱਚ ਉਹ ਨਹੀਂ ਬਾਹਰ ਲਾਤੀ ਤੋ ਤੇ ਜਾਮ ਲਾਤਾ ਉਹ ਨਹੀਂ ਲੋਕਾਂ ਨੇ ਲੋਕਾਂ ਨੇ ਉਹ ਬੱਸ ਜਾਮ ਚ ਫਸ ਜਾਂਦੀ ਉੱਥੇ ਵੀ ਜਾਗ ਖੁੱਲਦੀ ਮੇਰੀ ਜਾਗ ਖੁੱਲਦੀ ਆ ਬਾਕੀ ਤਿੰਨੇ ਹੀ ਜਿਹੜੇ ਉਹ ਸੁੱਤੇ ਹੋ ਸੀ ਉਸ ਟਾਈਮ ਮਾਈਂਡ ਵਾਚ ਪਤਾ ਨਾ ਲੱਗੇ ਮੈਨੂੰ ਯਾਦ ਨਾ ਮੈਂ ਕਿੱਥੇ ਆਇਆ ਵੀ ਮੈਨੂੰ ਇੰਨਾ ਤਾਂ ਮੈਨੂੰ ਮਾੜਾ ਮਾੜਾ ਯਾਦ ਮੈਨੂੰ ਬੱਸੇ ਚੜਾਇਆ ਪਰ ਮੈਨੂੰ ਇਹ ਨਹੀਂ ਯਾਦ ਵੀ ਮੈਂ ਜਾਣਾ ਕਿੱਥੇ ਨੂੰ ਧੁੱਪ ਉੱਪਰੋਂ ਗਰਮੀ ਦਾ ਦਿਨ ਮੈਂ ਵਿੱਚੋਂ ਬਾਹਰ ਨਿਕਲਿਆ ਇਹਦਾ ਟਰੱਕ ਫੜਦੇ ਫੜਦੇ ਇੱਕ ਟਰੱਕ ਮ ਟਰੱਕ ਵਾਲੇ ਨਾਲ ਗੱਲ ਕੀਤੀ ਉਹਨੇ ਵਿਚਾਰੇ ਨੇ ਸਾਨੂੰ ਗੋਰਖਪੁਰ ਰੇਲਵੇ ਸਟੇਸ਼ਨ ਉਨੇ ਬਾਰਡਰ ਪਾਰ ਕਰਾ ਕੇ ਗੋਰਖਪੁਰ ਕਹਿੰਦਾ ਇੱਥੇ ਬਾਰਡਰ ਨੇਪਾਲ ਤੇ ਦੇ ਛੱਡ ਕੇ ਬਾਹਰ ਕਰਾਇਆ ਕਹਿੰਦਾ ਗੋਰਖਪੁਰ ਉੱਥੋਂ ਚੱਲ ਜਾ ਉੱਥੇ ਟ੍ਰੇਨ ਫੜ ਲਿਆ ਫਿਰ ਉੱਥੇ ਰੋਲ ਫੇਮ ਟਰੱਕ ਚ ਬੈਠੇ ਨੇ ਘਰ ਫੋਨ ਲਾਇਆ ਤੇ ਘਰ ਦੇ ਇੱਥੇ ਬੈਠੇ ਸੀ ਕੈਨੇਡਾ ਚੱਲ ਗਿਆ ਸਾਡਾ ਮੁੰਡਾ ਫੋਨ ਨਹੀਂ ਕਰਦਾ ਪਤਾ ਨਹੀਂ 18 ਦਿਨ ਹੋ ਗਏ ਕਿੱਥੇ ਆ ਘਰਦਿਆਂ ਨੂੰ ਫੋਨ ਲਾਇਆ ਘਰ ਦੇ ਵੀ ਉਧਰੋਂ ਤੁਰ ਪਏ ਪਰ ਉਹ ਜਾਂਟ ਚੱਕ ਲਿਆ ਜਾਂਟ ਨੂੰ ਤਾਂ ਆਪ ਨਹੀਂ ਪਤਾ ਉਹਨੂੰ ਵੀ ਉਹਨੇ ਚੱਕ ਲਿਆ ਉੱਥੇ ਰੈਸਟ ਕਰਵਾਇਆ ਪਰ ਉਹਨੂੰ ਪਤਾ ਹੀ ਕੁਛ ਨਹੀਂ ਫਿਰ ਉੱਥੋਂ ਅਨਮੋਲ ਮੇਰੇ ਗੋਰਖਪੁਰ ਪਹੁੰਚੇ ਆ ਗੋਰਖਪੁਰ ਦੇਖ ਅਨਮੋਲ ਵੀਰੇ ਮੇਰੇ ਕੋਲ ਬਈਏ ਰਹਿ ਕੇ ਗਏ ਸੀ ਦੇਖ ਪ੍ਰਮਾਤਮਾ ਨੇ ਜਿਵੇਂ ਰੱਖਣੇ ਉਹ ਮੇਰੇ ਕੋਲ ਗੰਨਾ ਛਲਾਈ ਕਰਦੇ ਸੀਗੇ ਉਹ ਦੂਰੋਂ ਦੇਖ ਕੇ ਨਾ ਇਦਾਂ ਗੋਰਪਾਹ ਡਰਿਓ ਸੀਗੇ ਸਾਨੂੰ ਵੀ ਪੂਰਾ ਡਰ ਵੀ ਅਲੱਗ ਹੈ ਨਾ ਬੰਦੇ ਦੇਖਣ ਸਾਰਾ ਹਰੇਕ ਬੰਦਾ ਸਾਨੂੰ ਸ਼ੱਕੀ ਦੇ ਸੀ ਉਹ ਦੂਰੋਂ ਖੜਿਓ ਮੈਨੂੰ ਦੇਖ ਕੇ ਬਾਹ ਮਾਰਿਆ ਉਹ ਮਨਜੋਤ ਭਾਈ ਮਨਜੋਤ ਭਾਈ ਜੋਤ ਭਾਈ ਮੈਨੂੰ ਜੋਤ ਕਹਿੰਦੇ ਜੋਤ ਭਾਈ ਮੈਨੂੰ ਚਲੋ ਦੌੜੇ ਮੈਂ ਵੀ ਦੌੜ ਪਿਆ ਉਹਨਾਂ ਨੂੰ ਦੇਖ ਕੇ ਵੀ ਅਸੀਂ ਦੌੜ ਪੇ ਆ ਗਏ ਮੁੜ ਕੇ ਫੇ ਉਹਨਾਂ ਵੀ ਸਾਨੂੰ ਬੜਾ ਕਹਿੰਦੇ ਸੀ ਤੁਹਾਡੇ ਕੋਲ ਬਈਏ ਰਹਿ ਅਸੀਂ ਤੁਹਾਡੇ ਗੰਨਾ ਛੇਲਦੇ ਆ ਹਰਿੰਦਰ ਬਈਏ ਇਹਦੇ ਤੂੰ ਸਾਨੂੰ ਭੇਜਿਆ ਸੀ ਗੰਨੇ ਚੱਲ ਦੇਖੋ ਨਹੀਂ ਸਾਨੂੰ ਉਹਨੂੰ ਮੈਂ ਜਦੋਂ ਗਾਹਣੀ ਦੇ ਸੀ ਮੈਂਟੋ ਮੈਂਟੋ ਨਹੀਂ ਉਥੇ ਗੋਰਖਪੁਰ ਬੰਦੇ ਇਕੱਠੇ ਕਰ ਲਏ ਉਹਨੇ ਸਾਨੂੰ ਰੇਲਵੇ 'ਚ ਚੜਾਇਆ ਉੱਥੋਂ ਸਾਡੇ ਫੈਮਲੀ ਨੂੰ ਕਹਤਾ ਤੂੰ ਹਿਮਾਲੇ ਰੋ ਸਾਡੀ ਫੈਮਲੀ ਹਿਮਾਲੇ ਨੂੰ ਤੁਰਿਓ ਸੀਗੇ ਹਿਮਾਲੇ ਰੋ ਕੇ ਫਿਰ ਬਾਈ ਟ੍ਰੇਨ ਹਿਮਾਲੇ ਆ ਤੇ ਪਰ ਜਦੋਂ ਆਏ ਨਾ ਮਤਲਬ ਗੱਲ ਨਹੀਂ ਉਹ ਦੱਸਦੇ ਆ ਵੀ ਮੈਨੂੰ ਤਾਂ ਉਹ ਮ ਪਰ ਤਿੰਨ ਦਿਨ ਫੇ ਹਸਪੀਟਲ ਐਡਮਿਟ ਰਹੇ ਮਨ ਲਓ ਜ਼ਿੰਦਗੀ ਨੇ ਨਾ ਟਰਨਿੰਗ ਪੁਆਇੰਟ ਲੈ ਲਿਆ ਤੁਹਾਨੂੰ ਸੁਣ ਕੇ ਵੀ ਮੈਂ ਹਿੱਲਿਆ ਪਿਆ ਮੇਰਾ ਰੋਮ ਰੋਮ શરીਰ ਦਾ ਦੇਖੋ ਤੇ ਉਹ ਨਾ ਜ਼ਿੰਦਗੀ ਨੇ ਨਾ ਟਰਨਿੰਗ ਪੁਆਇੰਟ ਲੈ ਲਿਆ ਪਰ ਉਹ ਮੈਂ ਬੜਾ ਉਹਦੇ ਵਿੱਚ ਮੈਂ ਜਦੋਂ ਆਪਾਂ ਨਾ ਉਹ ਮੈਨੂੰ ਹਜੇ ਤੱਕ ਕੋਈ ਕਈ ਚੀਜ਼ਾਂ ਜਿਹੜੀਆਂ ਉਹ ਦਿਲੋਂ ਚ ਨਹੀਂ ਭੁੱਲਦੀਆਂ ਜਦੋਂ ਆਪਾਂ ਬੈਠੇ ਸੀ ਮੈਂ ਆਪਣਾ ਮੇਰਾ ਭਰਾ ਸੀ ਉਹਦੇ ਇੱਕ ਵਾਰੀ ਪਹਿਲੀ ਵਾਰ ਬਾਹ ਫੜੀ ਰਾਤ ਨੂੰ ਮੈਂ ਕਿਹਾ ਅਸੀਂ ਬਚਣਾ ਨਹੀਂ ਵੀ ਅਸੀਂ ਨਹੀਂ ਬਚਣਾ ਵੀ ਐਦਾਂ ਜਦੋਂ ਕਰਦੇ ਜਿਹੜਾ ਸਾਡਾ ਬੰਦਾ ਸੀਗਾ ਡਿਊਟੀ ਨੂੰ ਦਿੰਦਾ ਸੀਗਾ ਨਾ ਉਹ ਦੇਖੀ ਜਾਵੇ ਉਹਦੇ ਮਨ 'ਚ ਪਤਾ ਨਹੀਂ ਕੀ ਹੈ ਉਹ ਮੈਨੂੰ ਪਤਾ ਹੀ ਕਹਿੰਦਾ ਮਰੀਦ ਅਮਰ ਕਹਿੰਦਾ ਮਨਜੋਤ ਇੱਕ ਮੈਂ ਤੈਨੂੰ ਬਾਤ ਕਹਿਣੀ ਹੈ ਕਹਿੰਦਾ ਆਪਸੇ ਕਹਿੰਦਾ ਜੋ ਹਮ ਚਾਹਤੇ ਹਾਂ ਉਹ ਹੋਤਾ ਨਹੀਂ ਹੈ ਵੀ ਅਲੱਗ ਹੋ ਰਹਾ ਹੈ ਜੋ ਆਪਾਂ ਹਮ ਚਾਹਤੇ ਹਾਂ ਉਹ ਖਦਾ ਹਾਂ ਵੀ ਉਹ ਹੋਤਾ ਨਹੀਂ ਹੈ ਤੇ ਮਰੀ ਕਿਸਮਤ ਬਹੁਤ ਅੱਛੀ ਪਤਾ ਨਹੀਂ ਉਹਦੇ ਪਰਮਾਤਮਾ ਵੱਲੋਂ ਜਾਂ ਉਹਨਾਂ ਨੇ ਸਾਨੂੰ ਉਦਾਂ ਵਸੇ ਚੜਾਇਆ ਜਾਂ ਉਹਨਾਂ ਨੇ ਬੰਦੇ ਲਾਏ ਜਾਂ ਕੀ ਸਿਸਟਮ ਹੋ ਉਸਨੂੰ ਪਰਮਾਤਮਾ ਵੱਲੋਂ ਵੀ ਚੀਜ਼ ਬਣੀ ਪਰ ਉਹਨੇ ਮੈਨੂੰ ਇਹ ਗੱਲ ਕਹੀ ਵੀ ਕਹਿੰਦਾ ਤੇਰਾ ਪਰਮਾਤਮਾ ਉੱਪਰ ਵਾਲਾ ਸਾਥ ਦੇ ਰਿਹਾ ਹੈ ਪਰ ਪ੍ਰਮਾਤਮਾ ਨੇ ਮੈਨੂੰ ਇੱਧਰ ਨੂੰ ਸੇਵਾ ਲੈਣੀ ਸੀ ਚਾਹੇ ਗਈ 2011 ਚ ਇਹ ਹੋਇਆ 2000 13 ਚ ਮੇਰੀ ਮੈਰਿਜ ਹੋਈ ਉਦੋਂ ਬਾਈ ਜਦੋਂ ਤੁਸੀਂ 2011 ਚ ਦੱਸ ਰਹੇ ਹੋ ਉਦੋਂ ਕੇਸ ਰੱਖੇ ਹੋ ਸੀ ਤੁਸੀਂ ਨਹੀਂ ਉਦੋਂ ਕੇਸ ਘਟੇ ਅਸਾਂ ਮਤਲਬ ਉਦੋਂ ਜਿਹੜੀ ਤੁਸੀਂ ਲਾਈਫ ਦੱਸ ਰਹੇ ਹੋ ਪੁਰਾਣੀਆਂ ਚੋਂ ਨਿਕਲ ਕੇ ਜੇ ਕੈਨੇਡਾ ਜਾਣਾ ਹਾਂ ਕੈਨੇਡਾ ਜਾਣਾ ਸੀ ਜੋ ਦੌੜ ਭੱਜ ਕਰਦੇ ਇੱਧਰ ਉੱਧਰ ਦੀਆਂ ਇੱਕ ਟਰੱਕ ਵਾਲੇ ਨੇ ਜ਼ਿੰਦਗੀ ਬਚਾਈ ਜ਼ਿੰਦਗੀ ਬਚਾਈ ਵਾਹ ਜ਼ਿੰਦਗੀ ਬਚਾਈ ਉਹਨੇ ਸਾਨੂੰ ਦੇਖ ਕਿੱਥੇ ਕਿਦਾਂ ਮਤਲਬ ਬੜਾ ਉਹਦਾ ਟਰੱਕ ਵਾਲੇ ਦਾ ਬੜਾ ਧੰਨਵਾਦ ਕੀਤਾ ਬਾਅਦ ਵਿੱਚ ਉਹਨੇ ਸਾਨੂੰ ਪੈਸੇ ਵੀ ਦਿੱਤੇ ਵਾਚਾ ਸੀਧੂ ਫੋਨ 'ਚ ਪੈਸੇ ਵਿਵਾਏ ਉਹ ਭਈਏ ਮੇਰੇ ਹੁਣ ਤੱਕ ਆਉਂਦੇ ਰਹਿ ਗੰਨਾ ਛੱਲਣੋਂ ਉਹ ਜਿਹੜੇ ਸਾਨੂੰ ਗੋਰਖਪੁਰ ਮਿਲੇ ਉਹ ਸਾਨੂੰ ਹੁਣ ਤੱਕ ਆਉਂਦੇ ਬਈ ਕਿੰਨੀ ਸੋਣੀ ਕਿਹਦੇ ਚੋਂ ਗੱਲ ਸਿੱਖ ਰਿਆ ਮੈਂ ਕਿ ਉਹਦਾ ਟਰੱਕ ਵਾਲਾ ਧਰਮ ਪਤਾ ਤੁਹਾਨੂੰ ਨਹੀਂ ਕੁਝ ਓਏ ਹੋਏ ਦੇਖੋ ਪੰਜਾਬੀ ਪੰਜਾਬੀ ਉਹ ਸਿਗਾ ਨਹੀਂ ਪੰਜਾਬ ਦਾ ਤੇ ਬਈ ਤੁਹਾਡੇ ਤੋਂ ਸਿੱਖਣ ਵਾਲੀ ਗੱਲ ਆ ਮਤਲਬ ਜੇ ਮੈਂ ਬੇਨਤੀ ਕਰਾਂਗਾ ਪੂਰਾ ਪੰਜਾਬ ਜਾਂ ਪੂਰੇ ਪੰਜਾਬੀ ਇਹ ਗੱਲ ਸੁਣਨ ਤੁਸੀਂ ਦੇਖੋ ਕਿ ਕਿਵੇਂ ਇਹ ਬੱਲੀ ਵਾਰੀ ਸਟੋਰੀ ਸੁਣੀ ਬਈ ਮੈਂ ਯਾਰ ਤੁਹਾਡੇ ਕਿਸੇ ਇੰਟਰਵਿਊ 'ਚ ਕਿਤੇ ਮੈਂ ਕਿਸੇ 'ਚ ਸ਼ੇਅਰ ਨਹੀਂ ਕੀਤੀ ਇਹ ਸਾਡਾ ਜਿਹੜਾ ਇਹ ਜਿਹੜੀ ਹੈ ਨਾ ਸਾਰੇ ਇਲਾਕੇ ਦੇ ਵਿੱਚ ਉਹ ਤੋਂ ਅਖਬਾਰਾਂ 'ਚ ਛਪੀ ਇਹ ਚੀਜ਼ ਵੀ ਇਦਾਂ ਮੁੰਡੇ ਦੋ ਸਾਡੇ ਏਰੀਆ ਹਰਿਆਣਾ ਦੋ ਤਾਂ ਹਰਿਆਣਾ ਦੇ ਸੀ ਜਿਹੜੇ ਦੋ ਇਹ ਆਏ ਆ ਹਰਿੰਦਰ ਮੇਰਾ ਵੀਰਾ ਭਰਾਵਾ ਵਾਂਗੂ ਮੈਂ ਆਉਣ ਲੱਗੇ ਉਹਨੂੰ ਫੋਨ ਕਰਕੇ ਆ ਮੈਂ ਕਿਹਾ ਮੈਂ ਤੇਰੀ ਗੱਲ ਕਰਨੀ ਮੈਂ ਕਦੀ ਕੀਤੀ ਨਹੀਂ ਅਨਮੋਲ ਦੀ ਮੈਂ ਇੰਟਰਵਿਊ ਚ ਗੱਲ ਤੇ ਮੈਂ ਉਹਨੂੰ ਹਨਾ ਗੱਲਬਾਤ ਕਰਦਾ ਸੀ ਇਦਾਂ ਮਤਲਬ ਉਹ ਚੀਜ਼ਾਂ ਜਿਹੜੀਆਂ ਨਾ ਇਕੱਠੇ ਰਹਿ ਇੱਕ ਇੱਕ ਪਲ ਵੀ ਅੱਜ ਮੌਤ ਹੋਣਾ ਗਈ ਜਦੋਂ ਨਾ ਰਾਤ ਨੂੰ ਅਨਮੋਲ ਵੀਰੇ ਇੱਕ ਇੱਕ ਅਸਲ ਦੇ ਵਿੱਚ ਨਾ ਮੈਨੂੰ ਗੋਲੀ ਅਸਰ ਨਹੀਂ ਸੀ ਕਰਦੀ ਰਾਤ ਦੀ ਇਹ ਵੀ ਮੈਂ ਤੁਹਾਨੂੰ ਹੁਣ ਦੱਸ ਦਿੰਦਾ ਅੱਛਾ ਜੀ ਗੋਲੀ ਅਸਰ ਨਹੀਂ ਸੀ ਕਰਦੀ ਕਿਉਂਕਿ ਉਦੋਂ ਸਾਡਾ ਸਿਸਟਮ ਹੋਰ ਸੀ ਉਹ ਮੁੰਡੇ ਹੋਰ ਸੀਗੇ ਮੈਨੂੰ ਮੈਂ ਰਾਤ ਨੂੰ ਜਾਗਦਾ ਰਹਿੰਦਾ ਸੀ ਮੈਨੂੰ ਮੈਨੂੰ ਉਹਨਾਂ ਨੇ ਦੇਖ ਲਿਆ ਵੀ ਇੱਥੇ ਗੋਲੀ ਅਸਰ ਨਹੀਂ ਕਰ ਰਹੀ ਉਹਨੇ ਮੇਰੀ ਡੋਜ਼ ਵਧਾ ਦਿੱਤੀ अच्छा जी उन्होंने मेरी डोज ਵਧਾਤੀ ਰਾਤ ਨੂੰ ਜਦੋਂ ਹੋਣੀ ਕਿਉਂਕਿ ਅਸੀਂ ਸਾਡੀ ਜ਼ਿੰਦਗੀ ਹੋਰ ਸੀ ਇੱਥੇ ਸਿਸਟਮ ਉਹ ਮਾੜੀ ਮੋਟੀ ਗੋਲੀ ਨਾ ਉਹਨੇ ਦੇਖ ਲਿਆ ਉਹ ਨਾਲ ਜ਼ਰੀ ਨਹੀਂ ਕੀਤੀ ਪਰ ਰਾਤ ਨੂੰ ਮੈਂ ਘੇਸਲਾ ਜਿਹਾ ਹੋਈ ਜਾਣਾ ਤੇ ਸੌਰੀ ਮੈਂ ਸੌਰੀ ਇੰਟਰਰਪਟ ਕਰ ਰਿਹਾ ਮਾੜੀ ਮੋਟੀ ਗੋਲੀ ਅਸਰ ਨਹੀਂ ਕਰਦੀ ਮਤਲਬ ਉਹ ਸਭ ਵੜੀਆਂ ਵੜੀਆਂ ਗੋਲੀਆਂ ਚੱਕ ਗਿਆ ਜੀ ਉਹਦਾ ਨਮੂਲ ਵੀਰੇ ਫਿਰ ਬਣਾ ਉਦੋਂ ਕੋਈ ਜ਼ਿੰਦਗੀ ਹੋਰ ਸੀ ਫਿਰ ਜਦੋਂ ਕੀਤੀ ਨਾ ਮੈਨੂੰ ਮੈਂ ਰਾਤ ਨੂੰ ਦੇਖਣੀ ਚੀਕਾਂ ਵੱਜਣੀਆਂ ਮੈਂ ਮੁੰਡਿਆਂ ਨੂੰ ਮੈਂ ਕਿਹਾ ਰਾਤ ਤੂੰ ਤਾਂ ਸੁੱਤੇ ਤੂੰ ਜਾ ਤੈਨੂੰ ਉਹਨੂੰ ਸੁੱਤੇ ਮੈਂ ਕਿਹਾ ਰਾਤ ਤੈਨੂੰ ਇਦਾਂ ਹੋਈ ਆ ਵੇ ਕਮਰੇ ਚੋਂ ਅੱਲਗ ਚ ਸਾਨੂੰ ਇਹ ਤਾਂ ਬਾਥਰੂਮ ਸੀਗਾ ਬਾਹਰ ਨੂੰ ਸਾਨੂੰ ਇਦਾਂ ਐ ਕਰਨ ਦੀ ਵੀ ਇਜਾਜ਼ਤ ਨਹੀਂ ਸੀ ਸਿੱਧਾ ਬਾਥਰੂਮ ਨੂੰ ਜਾਣਾ ਅੱਛਾ ਜੀ ਹਾਂ ਨਾਲ ਜਾਣਾ ਬੋਈ ਫਿਲਮੀ ਸਟੋਰੀ ਚੱਲ ਰਹੀ ਪੂਰੀ ਪੂਰੀ ਪੂਰੇ 18 ਦਿਨ ਮੈਂ ਜਾ ਕੇ ਬਾਥਰੂਮ ਚ ਦੇਖਣਾ ਵੀ ਕਿੱਥੋਂ ਨਿਕਲ ਸਕਾਂ ਤੇ ਕਿੱਥੇ ਨਿਕਲਣਾ ਉਹ ਤਾਂ ਆਪ ਦੱਸਦੇ ਹੁੰਦੇ ਸੀ ਨੂੰ ਮੋਲ ਵੀਰੇ ਵੀ ਆਪਾਂ ਨਾ 4 ਫੁੱਟ ਟੋਆ ਗੱਡੀ ਦਾ ਬੰਦਾ ਦੱਬ ਕੇ ਨਾ ਲੂਣ ਪਾ ਦਿੱਤਾ ਉਹ ਜਿਹੜਾ ਬੰਦਾ ਜਿਹੜਾ ਉਹਨਾਂ ਮੇਰਾ ਪਿਆਰ ਵੜਾ ਪੈ ਗਿਆ ਜਿਹੜਾ ਅੰਦਰ ਸੀਗਾ ਨਾ ਬੈਠਾ ਆ ਕੋਈ ਪ੍ਰਮਾਤਮਾ ਬੋਲੂਈ ਕੋਈ ਹਰੇਕ ਉਹ ਬਾਕੀਆਂ ਨੂੰ ਮੇਰੇ ਨਾਲ ਕਰਨ ਬਹੁਤ ਲੱਗਦਾ ਪਾਸ਼ਾ ਸਮਝ ਆਂਦੀ ਬਈ ਹਿੰਦੀ ਹਾਂ ਹਿੰਦੀ ਹਿੰਦੀ ਬੋਲਦੀ ਸੀ ਉਹ ਹਿੰਦੀ ਬੋਲਦੀ ਵਿੱਚ ਤਾਂ ਪੰਜਾਬੀ ਵੀ ਬੋਲਦੀ ਸੀ ਜਿਹੜੇ ਮੀਨ ਸੀ ਉਹ ਪੰਜਾਬੀ ਬੋਲਦੀ ਸੀ ਪੂਰੇ ਆ ਨਾ ਪੰਜਾਬੀ ਗੱਲਬਾਤ ਕਰਨ ਇਹ ਵੀ ਦੇਖਦੇ ਕੋਡਵਾਰਡ ਦੇ ਵਿੱਚ ਤਾਂ ਨਹੀਂ ਕੋਈ ਇਹ ਨਹੀਂ ਗੱਲਬਾਤ ਕੀਤੀ ਪਹਿਲਾਂ ਦੱਸੂ ਕੋਡ ਦੇ ਵਿੱਚ ਦੇਖਦੇ ਆ ਜਿੰਨੀ ਗੱਲ ਕਰਨੀ ਉਨੀ ਕਰਨ ਸਮਝ ਗਿਆ ਹਣਾ ਬਹੁਤ ਬੜੀ ਜ਼ਿੰਦਗੀ ਉਹ ਹਣਾ ਕੱਟੀ ਉਹਦੇ ਨਾਲ ਇੱਕ ਬੜਾ ੱੱਕਾ ਜਿਹਾ ਲੱਗਾ ਹਣਾ ਮੈਂ ਕਈ ਸਾਲ ਉਹ ਚੀਜ਼ਾਂ ਦੇਖਦੇ ਰਹੇ ਵੀ ਵੀ ਇਦਾਂ ਵੀ ਸਾਡੇ ਨਾਲ ਉਹੀ ਬਚ ਕੇ ਆ ਗਏ ਬਾ ਜੀ ਜੀ ਪਰਮਾਤਮਾ ਨੇ ਕੀਤੀ ਵੀ ਚਲੋ ਫਿਰ ਇਧਰ ਨੂੰ ਆਉਣਾ ਰੱਬ ਵੱਲੋਂ ਜ਼ਿੰਦਗੀ ਗਿਫਟ ਹੋ ਗਈ ਜਦ ਰੱਬ ਦੇ ਲੇਖੇ ਲਾਤੀ ਲੇਖੇ ਲਾਤੀ ਉਹ ਫਿਰ ਅਮੋਲ ਬਰੀ ਪਰਮਾਤਮਾ ਵੱਲੋਂ ਫਿਰ 2013 ਚ ਮੈਰਿਜ ਹੋਈ ਫਿਰ ਜਿਹੜੀ ਸੰਸਥਾ ਦੀ ਸ਼ੁਰੂਆਤ ਜਿਹੜੀ ਤੂੰ ਕਹਿਣਾ ਕਿਵੇਂ ਇੱਧਰੋਂ ਆਈ ਹੈ ਸੰਸਥਾ 2015 ਦੇ ਵਿੱਚ ਅਸੀਂ ਮੈਂ 14 ਦੇ ਵਿੱਚ ਅਮਰਤ ਸ਼ਕ ਲਿਆ ਸੀਗਾ 14 ਦੇ ਵਿੱਚ ਮੇਰੀ ਨਾ ਵਾਈਫ ਜਿਹੜੇ ਹੈਗੇ ਉਹ ਬਹੁਤ ਨੇਤਨੇਮੀ ਉਹ ਪਰਿਵਾਰ ਬੜਾ ਸੀ ਇਤਨੇਮੀ ਦਾ ਗੁਰੂ ਨੂੰ ਹਨਾ ਆਣ ਮੰਨਣ ਵਾਲੇ ਹੈ ਨਾ ਸਾਰਾ ਅਮਰਤਾਰੀ ਪਰਿਵਾਰ ਸਾਡਾ ਆਪੋਜੀਟ ਉਹਨਾਂ ਦਾ ਏਦਾਂ ਸੇਮ ਹੈ ਨਾ ਫਿਰ ਲਾ ਮੇਰੀ ਜੋਈ ਬਈ ਹਾਂ ਇਹ ਵੀ ਡਿਸਕਲੋਸ ਮੈਂ ਕਰਾ ਰਿਹਾ ਅ ਮੇਰਾ ਥੋੜੀ ਦੂਰੀ ਹੈ ਮੇਰੇ ਹਨਾ ਗੁਰਦੁਆਰਾ ਸਾਹਿਬ ਆਰਾਮਪੁਰ ਖੇੜਾ ਸਾਹਿਬ ਉਹਦੇ ਲੱਗੀ ਕਰਾ ਹਾਂ ਜੀ ਫਿਰ ਭਾਈ ਜੋੜੀ ਕਿੱਦਾਂ ਮਿਲੀ ਕਿ ਉਹ ਪਟਾ ਪੂਰੇ ਗੁਰਸਿੱਖ ਪਰਿਵਾਰ ਤੇ ਪੂਰੇ ਨਿਤਨਾਮ ਵਾਲੇ ਇਧਰ ਨੂੰ ਇਦਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਆਰਾਮਪੁਰ ਖੇੜਾ ਸਾਹਿਬ ਮੈਂ ਉੱਥੇ ਮੰਨਦਾ ਪਉਂਦਾ ਮੈਂ ਸਾਲਾਗੇ ਸੰਤਾਂ ਜੀ ਉਹ ਮੈਂ ਗੁਰਦੁਆਰੇ ਸਾਹਿਬ ਨੂੰ ਉੱਥੇ ਮੈਂ ਜਾਣਾ ਸੀਗਾ ਉੱਥੇ ਸੇਵਾ ਕਰਦਾ ਸੀ ਮੈਂ ਦਿਨ ਰਾਤ ਇੱਕ ਸੇਵਾ ਸੰਤ ਭਾਬਾ ਨਾਮ ਸਿੰਘ ਜੀ ਨੇ ਬਹੁਤ ਕੁਝ ਦਿੱਤਾ ਮੈਨੂੰ ਤੇ ਹੁਣ ਉੱਥੇ ਸੰਤ ਸੇਵਾ ਸਿੰਘ ਜੀ ਬੈਠੇ ਆ ਉਹ ਉੱਥ ਉਥੇ ਮੈਂ ਜਗਾਂ ਨੂੰ ਉਥੇ ਮੈਂ ਜੋੜਾ ਕਰ ਲਾਉਣਾ ਹੁੰਦਾ ਸੀ ਉਹ ਸਾਰਾ ਪਰਿਵਾਰ ਉਸ ਸਥਾਨ ਨੂੰ ਬਹੁਤ ਮੰਨਦੇ ਸੀ ਉਹ ਫਿਰ ਉਹ ਲੱਗੇ ਹੀ ਰਹਿੰਦੇ ਸੀ ਸਾਡਾ ਥੋੜੀ ਦੂਰ ਪਿੰਡ ਆ ਤੇ ਮਤਲਬ 2 ਕਿਲੋਮੀਟਰ ਦਾ ਹੀ ਬਗਵਾ ਸਾਡੇ ਤੇ ਤੇ ਉੱਥੇ ਆਉਂਦੇ ਜਾਂਦੇ ਨੂੰ ਇਦਾਂ ਹੀ ਮਤਲਬ ਪਰਮਾਤਮਾ ਵੱਲੋਂ ਵੀ ਜੇ ਤਾਂ ਕਰੀਏ ਵੀ ਨਹੀਂ ਇਹ ਜੀਵ ਇਨਸਾਨ ਤੇ ਇਦਾਂ ਹੀ ਪਰਮਾਤਮਾ ਵੱਲੋਂ ਹੋ ਗਈ ਫਿਰ ਮੈਂ ਬੜੀ ਸੇਵਾ ਮਤਲਬ ਜੇ ਅਸਲ ਦੇ ਵਿੱਚ ਜਿਹੜੀ ਬਾਹਰ ਜਾਣ ਦੀ ਕਨਸੈਪਟ ਆ ਉਹ ਵੀ ਇੱਥੇ ਹੀ ਹੋਈ ਸੀ ਘਰ ਦੇ ਕਹਿੰਦੇ ਸੀ ਲੜਾਈ ਝਗੜਾ ਕਰਦਾ ਜੇ ਬਾਹਰ ਜਾਊਗਾ ਤਾਂ ਅਸੀਂ ਮੈਰਿਜ ਕਰਾਂਗੇ ਅੱਛਾ ਇਹ ਸੁਧਰ ਜਾਣਗੇ ਲੋਕ ਮਾਵਾ ਨੂੰ ਲੱਗਦਾ ਮਾਵਾ ਨੂੰ ਲੱਗਦਾ ਵੀ ਇੱਥੇ ਲੜਾਈ ਝਗੜੇ ਪਰਚੇ ਚੱਲਦੇ ਆ ਸਾਡੀ ਕੁੜੀ ਹਰੇਕ ਬੰਦਾ ਆਪਣੀ ਸੋਚਦਾ ਹੀ ਆ ਵੀ ਜੇ ਮੈਂ ਕੁੜੀ ਭੇਜਨੀ ਆ ਤਾਂ ਮੈਂ ਕਿੱਥੇ ਭੇਜੂੰਗਾ ਵੀ ਇਹ ਤਾਂ ਝਗੜੇ ਪਿਲਨੇ ਹੀ ਕਰਦੇ ਆ ਨਾ ਵੀ ਲੜਾਈ ਝਗੜੇ ਕਰਦੇ ਆ ਚਲੋ ਕਈ ਕਹਿੰਦੇ ਜ਼ਮੀਨ ਹੈਗੀ ਆ ਜਾਇਦਾਤ ਹੈਗੀ ਆ ਪਰ ਕਹਿੰਦੇ ਜ਼ਮੀਨ ਜਾਇਦਾਤਾਂ ਤਾਂ ਖਤਮ ਹੋਣ ਦੀਆਂ ਵੀ ਟਾਈਮ ਨਹੀਂ ਲੱਗਦੀ ਜੀ ਜੀ ਸਹੀ ਗੱਲ ਹੈ ਜਿਹੜੀ ਇਹ ਲੈਂਡ ਦੇ ਵਿੱਚ ਪੈ ਗਿਆ ਇਹ ਤਾਂ ਖਤਮ ਹੋਣ ਨਹੀਂ ਖਾਂਦੇ ਖਾਂਦੇ ਆ ਕਹਿੰਦੇ ਕੋਈ ਵੀ ਖਾਲੀ ਉਹ ਤਾਂ ਯਾਰ ਪਾਇਆ ਕਈ ਅਸੀਂ ਬਿਜ਼ਨਸ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪਰਮਾ ਕਿਉਂਕਿ ਉਹ ਕਾਰਬਜ਼ਾਰ ਪਾਇਆ ਉਹ ਜਿੱਥੇ ਸੰਤ ਬਾਬਾ ਹਰਨਾਮ ਸਿੰਘ ਜੀ ਉਹਨਾਂ ਦੀ ਸੇਵਾ ਸਿੰਘ ਜੀ ਉਹਨਾਂ ਨੇ ਜਗ੍ਹਾ ਦਿੱਤੀ ਸੀ ਉੱਥੇ ਕਾਰਬਜ਼ਾਰ ਪਾਇਆ ਸੀ ਕਾਰਬਜ਼ਾਰ ਪਾਉਣ ਦੀ ਅਸੀਂ ਜਦੋਂ ਗੱਡੀਆਂ ਸਾਡੇ ਕੋਲ ਲੈਣ ਜਾਣੀਆਂ ਮੈਂ ਗੱਡੀ ਪੁੱਛਣੀ ਕਿੱਥੇ ਆ ਉਹ ਸਾਡਾ ਮੇਰਾ ਕੋਲ ਮੈਂ ਕਿ ਗੱਡੀ ਕਿੱਥੇ ਉਹ ਫਰੈਂਡ ਉਹ ਲੈ ਗਿਆ ਉਹ ਲੈ ਗਿਆ ਕੁਝ ਗੱਡੀ ਲੱਭਣੀ ਨਹੀਂ ਜਿੰਨੇ ਕਨੇ ਗੱਡੀ ਦੇਖਣ ਉਹਨਾਂ ਗੱਡੀ ਲੱਭਣੀ ਨਹੀਂ ਤੇ ਗੱਡੀ ਜਦੋਂ ਆਣੀ ਜੇ ਕਦੇ ਮੈਂ ਬਿਠਾ ਵੀ ਲੈਣੇ ਮੈਨੂੰ ਆ ਜਾ ਜਿੰਨ ਗੱਡੀ ਸੀ ਉਹ ਬਿਠਾਏ ਮੈਂ ਕਿਹਾ ਬਿਠੋ ਬਿਠਾਉਂਦੀ ਪਈ ਆ ਉਹ ਜਦੋਂ ਆਏ ਉਹ ਬਾਹਰ ਨਿਕਲਦੇ ਸਾਰੀ ਗੱਡੀ ਖੜੀ ਕੀਤੀ ਚਾਰਕ ਜਾਨੇ ਨਿਕਲੇ ਕੋਈ ਬਾਲਕੇ ਦੇ ਕਿਸੇ ਪਾਸੇ ਨੂੰ ਕੋਈ ਕੋਈ ਕਦੀ ਕਿਸੇ ਨੂੰ ਕਿਸੇ ਨੇ ਕੋਈ ਨੇ ਕਿਰਪਾਨ ਪਾਈ ਹੋਏ ਵਿੱਚ ਉਹ ਪਹਿਲਾਂ ਆਉਂਦੇ ਦੇਖ ਕੇ ਉਹ ਮੈਨੂੰ ਹੈਦਰ ਵਿਜਾਦ ਕਹਿੰਦੇ ਨਹੀਂ ਠੀਕ ਆ ਜੀ ਧੰਨਵਾਦ ਤੈਨੂੰ ਗੱਡੀ ਚਾਹੀਦੀ ਗੱਡੀ ਨਹੀਂ ਚਾਹੀਦੀ ਗੱਡੀ ਨਹੀਂ ਚਾਹੀਦੀ ਬਸ ਉਹ ਦੇਖ ਕੇ ਤਾਂ ਉਹ ਗਾਂ ਕਹਿੰਗਾ ਗੱਡੀ ਕਿਹਨੇ ਲੈਣੀ ਹੈ ਉੱਥੇ ਸਾਡੇ ਕੋਲ ਉੱਥੇ ਬਸ ਐਵੇਂ ਸਾਲਖੰਡ ਅਸੀਂ ਕਾਰਬਜਾਰੀ ਪਾ ਰੱਖਿਆ ਐਵੇਂ ਪਰ ਫਿਰ ਉਹ ਕਹਿੰਦੇ ਵੀ ਨਹੀਂ ਅਸੀਂ ਬਿਆਨ ਫਿਰ ਤਾਂ ਕਰਕੇ ਅਸੀਂ ਬਾਹਰ ਨੂੰ ਸੋਚੀ ਮਾਲਬੁੱਦ ਦਸਾਂ ਗਿਣਾਂ ਦੇ ਵਿੱਚ ਵੀ ਮੈਂ ਫੈਮਿਲੀ ਨੂੰ ਵੀ ਨਹੀਂ ਦਾਨਾ ਦੱਸਿਆ ਪ੍ਰਮਾਤਮਾ ਬਲੂ ਉੱਧਰ ਨੂੰ ਚੋਲ ਪਏ ਉੱਧਰੋਂ ਆਣ ਕੇ ਫਿਰ ਜਿਹੜੀ ਸੰਸਤਾ ਦੀ ਸ਼ੁਰੂਆਤ ਹੋਈ ਨਾ ਇੱਕ ਮਿੰਟ ਬਾਈ ਦੀਦੀਦਾਰ ਬਹੁਤ ਵੱਡਾ ਰੋਲਾ ਤੁਹਾਡੀ ਜ਼ਿੰਦਗੀ ਬਰਨਣ ਦੇ ਵਿੱਚ ਹਾਂ ਕੀ ਬਾਤ ਹੈ ਉਦੋਂ ਅਮਰਧਾਰੀ ਉਹਨੇ ਜਦੋਂ ਅਮਰ ਤੇ ਸ਼ਿਕਾਇਆ ਵੀ ਪਾਠ ਕਰਨਾ ਉਹਨੇ ਸਵੇਰੇ ਉੱਠ ਕੇ ਜਿਹੜੀ ਮੇਰੀ ਉਧਰਲੀ ਜ਼ਿੰਦਗੀ ਸੀ ਹੈ ਨਾ ਉਹਨੂੰ ਬਾਹਰ ਕੱਢਣ ਦੇ ਵਿੱਚ ਜਦੋਂ ਬੜਾ ਵੱਡਾ ਜੁਰਮ ਸਾਰੀ ਸਾਰੀ ਮਿਸ ਕਰ ਰਿਹਾ ਪੈਣੇ ਤੁਹਾਨੂੰ ਤੁਹਾਡਾ ਵੀ ਅਵਾਰਡ ਕਰਨਾ ਚਾਹੀਦਾ ਸੀ ਅਗਲਾ ਆਪਾਂ ਦੀਦੀ ਨਾਲ ਕਰਾਂ ਅੱਛਾ ਉਹਨੇ ਨਾ ਮੈਨੂੰ ਮਤਲਬ ਬਾਣੀ ਪੜਨਾ ਸਵੇਰੇ ਉੱਠ ਪੜਨਾ ਉਹਨੇ ਬਾਣੀ ਪੜੀ ਜਾਣੀ ਲੱਗੇ ਮੈਂ ਜਦੋਂ ਜਦੋਂ ਇਸ ਚੀਜ਼ ਦੇ ਵਿੱਚ ਇਧਰੋਂ ਆਇਆ ਨਾ 2013 ਚ ਮੈਨੂੰ ਗੁਰਦੁਆ ਮੈਂ ਨਾ ਸਾਰੇ ਮੈਨੂੰ ਜੱਕ ਤੋਂ ਮੈਨੂੰ ਉਹ ਕੀਤੇ ਨੂੰ ਸਿੰਘ ਸਜਾ ਤਿੰਨ ਚਾਰ ਦਿਨ ਪਹਿਲਾਂ ਹੀ ਸਾਡੇ ਝਗੜਾ ਹੋ ਗਿਆ ਨਾਲ ਹੀ ਫਿਰ ਉਹਨੇ ਸਿੰਘ ਸਜ ਕੇ ਅਨੰਦਪੁਰ ਸਾਹਿਬ ਤੋਂ ਗੁਰੂ ਦੇ ਲਾੜ ਲੜ ਕੇ ਆਏ ਅਨੰਦਪੁਰ ਸਾਹਿਬ ਘਰ ਵਾਪਸੀ ਕੀਤੀ ਜਦੋਂ ਹੀ ਅਸੀਂ ਆਏ ਉਹਨੂੰ ਗੁਰਦੁਆਰਾ ਸਾਹਿਬ ਵੀ ਮੈਨੂੰ ਰੱਖਿਆ ਮੈਨੂੰ ਉੱਥੋਂ ਨਹੀਂ ਨਿਕਲਣ ਦਿੱਤਾ ਵੀ ਜਦੋਂ ਮੈਨੂੰ ਮਾੜਾ ਜੀ ਵੀ ਮੇਰੇ ਗਲਤ ਪਾਸੇ ਨੂੰ ਜਾਣਾ ਤਾਂ ਮੈਂ ਗੁਰੂ ਦਾ ਆਸਰਾ ਲੈਣਾ ਮੈਂ ਅੱਜ ਤੱਕ ਵੀ ਮੈਂ ਨੌਜਵਾਨਾਂ ਨੂੰ ਕਹਿੰਦਾ ਹਾਂ ਜੀ ਕਿਤੇ ਗਲਤ ਪਾਸੇ ਆਉਂਦਾ ਨਾ ਯਾਰ ਕਵਰੀ ਗੁਰੂ ਦੇ ਚਰਨਾਂ 'ਚ ਬਹਿ ਕੇ ਦੇਖੋ ਉਦਾਂ ਹੀ ਬਹਿ ਕੇ ਗੱਲਾਂ ਬਾਤਾਂ ਹੀ ਕਰ ਲਓ ਉਹਦੇ ਨਾਲ ਗੁਰੂ ਨਾਲ ਆਪੇ ਮਨ ਦੇ ਵਿੱਚ ਤੁਹਾਨੂੰ ਉਧਰ ਉਹਨੇ ਗੱਲ ਹੀ ਨਹੀਂ ਆਉਣ ਦੇਣੀ ਤੁਹਾਨੂੰ ਮੈਨੂੰ ਲੱਗ ਰਿਹਾ ਮੇਰੇ ਅਰ ਤੱਕ ਦਾ ਬੈਸਟ ਪੋਡਕਾਸਟ ਆਏਗਾ ਜਿਹੜਾ ਮੇਰਾ ਫੇਵਰੇਟ ਬਣੇ ਸੀਰੀਅਸਲੀ ਤੇ ਬਸ ਉਹਨੂੰ ਨਾ ਮੈਂ ਉਹਨੂੰ ਕਹਿੰਦਾ ਮੈਂ ਕਿਹਾ ਤੂੰ ਬਹਿ ਕੇ ਦੇਖੋ ਮੈਂ ਉੱਥੇ ਨਾ ਉੱਥੇ ਪ੍ਰਮਾਤਮਾ ਵੱਲੋਂ ਮੈਂ ਬਿਠਾ ਰਹਿਣਾ ਸਾਰਾ ਸਾਰਾ ਦਿਨ ਗੁਰੂ ਘਰ ਆਪਣੇ ਪਿੰਡ ਹੀ ਬਸ ਮੈਨੂੰ ਉਹਨੇ ਜਦੋਂ ਮੈਨੂੰ ਕਰਨਾ ਆ ਲੱਗਣਾ ਉਹਨੇ ਪਾਠ ਕਰਨ ਲੱਪਣਾ ਬੜਾ ਹਨਾ ਬਾਣੀ ਨੇ ਮੈਨੂੰ ਬਹੁਤ ਇਦਨ ਸਪੈਰ ਕਰਕੇ ਇਦ ਬਾਈ ਤੁਸੀਂ ਸਪੈਸ਼ਲ ਬੱਚੇ ਰੱਬ ਦੇ ਪਹਿਲਾਂ ਤੁਹਾਨੂੰ ਟਰੱਕ ਵਾਲੇ ਨੇ ਜ਼ਿੰਦਗੀ ਬਚਾਈ ਫਿਰ ਹੁਣ ਦੀਦੀ ਨੇ ਤੁਹਾਡੀ ਜ਼ਿੰਦਗੀ ਬਦਲ ਦਿੱਤੀ ਜ਼ਿੰਦਗੀ ਬਚਾਈ ਦੇਖ ਲਾ ਹਨਾ ਮੈਂ 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 ਤਾਂ ਉਹ ਵੀ ਸੋਚ ਰਹਾ ਕਿ ਮੈਨੂੰ ਲੋਕ ਕਹਿੰਦੇ ਨੇ ਕਿ ਕੱਲ ਨੂੰ ਤੇਰਾ ਵਿਆਹ ਹੋਣਾ ਤੂੰ ਕਿਵੇਂ ਕਰੇਗਾ ਦੇਖੋ ਜੀਤੀ ਜਾਗਤੀ ਐਗਜ਼ੈਂਪਲ ਬਾਈ ਨੇ ਵਿਆਹ ਤੋਂ ਬਾਅਦ ਸੰਸਥਾ ਸ਼ੁਰੂ ਕੀਤੀ ਫਿਰ ਸੰਸਥਾ ਦੀ ਸ਼ੁਰੂਆਤ ਕਿਵੇਂ ਬਣੀ ਬਾਈ ਸੰਸਥਾ ਦੀ ਸ਼ੁਰੂਆਤ ਇਵੇਂ ਅਨਮੋਲ ਵੀਰੀ ਦੋ ਜਦੋਂ ਅਮਰਤ ਸ਼ਾਕੇ ਸਿੰਘ ਸਜੇ ਨਾ ਮੈਂ ਨਾ ਜਦੋਂ ਐਨ ਬਿਲਕੁਲ ਹੋ ਗਿਆ ਮੈਂ ਮੈਨੂੰ ਇਹ ਹੋਣ ਲੱਗ ਪਿਆ ਮੈਂ ਨਸ਼ੇ ਵਾਲੇ ਬੰਦੇ ਜਿਹੜੇ ਵੇ ਮੈਂ ਪਿੰਡ ਪਿੰਡ ਜਾ ਕੇ ਘਰ ਘਰ ਸਮਝਾ ਕੇ ਆ ਬੰਦੇ ਬਣ ਜਾਓ ਨਹੀਂ ਤਾਂ ਬਣਾਵਾਂਗੇ ਹਨਾ ਵੀ ਚਲੋ ਆਪਾਂ ਕਿਸੇ ਦਾ ਬੱਚਾ ਜਦੋਂ ਹੁੰਦਾ ਮੇਰੇ ਨਾਲ ਦੇ ਅਸਲ ਚ ਮੈਂ ਅਨਮੋਲ ਮੈਨੂੰ ਮੇਰੀ ਅੱਖੋਂ ਖੁੱਲੀ ਮੇਰੇ ਨਾਲ ਦੇ ਕਾਫੀ ਜੀ ਜਾ ਚੁੱਕੇ ਸੀ ਯਾਰ ਹੱਥੋਂ ਜਾ ਚੁੱਕੇ ਮੈਂ ਉਦਣ ਸੋਚਿਆ ਵੀ ਯਾਰ ਅਸੀਂ ਕਰਦੇ ਕੀ ਰਹੇ ਵੀ ਮੇਰੇ ਨਾਲ ਦੇ ਬੰਦੇ ਹੀ ਹਨੀ ਕੋਈ ਕੋਈ ਗਿਆ ਲੈਣ ਗਿਆ ਉਹ ਐਕਸੀਡੈਂਟ ਹੋ ਗਿਆ ਕੋਈ ਕੋਚ ਕਿਤੇ ਗਿਆ ਐਕਸੀਡੈਂਟ ਕੋ ਜਿਆਦਾ ਲਾਖ ਖਾ ਲਿਆ ਉਹ ਮਰ ਗਿਆ ਤੇ ਮੈਂ ਬੜਾ ਮੰਨ ਦੇ ਵਿੱਚ ਹਨਾ ਮੇਰੇ ਇਹ ਰਹੀ ਆ ਵੀ ਯਾਰ ਜ਼ਿੰਦਗੀ ਹੈ ਨਾ ਤੇ ਮੈਂ ਬੜਾ ਉਹਨੂੰ ਨਾ ਮਨ ਦੇ ਵਿੱਚ ਵੀ ਸੋਚਦਾ ਰਹਿਣਾ ਹੁੰਦਾ ਸੀਗਾ ਵੀ ਇਹਨੂੰ ਵੀ ਮਤਲਬ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਉਹਨੂੰ ਕੀਤੀ ਵੀ ਮੈਂ ਸੱਚੀ ਦਿਲੋਂ ਦੱਸਾਂ ਨਾ ਮੈਂ ਮੈਨੂੰ ਬੜਾ ਬੜਾ ਵਧੀਆ ਲੱਗ ਰਿਹਾ ਬਈ ਤੁਸੀਂ ਜਿਹੜੀ ਆਪਣੀ ਜਰਨੀ ਦੱਸ ਰਹੇ ਹੋ ਨਾ ਮੈਨੂੰ ਤਾਂ ਸੋਕੀ ਆਪਣੀ ਪਹਿਲੇ ਵਾਲੇ ਇੰਟਰੋਡਕਸ਼ਨ ਦੇਣ ਤੇ ਮਾਨ ਮਹਿਸੂਸ ਹੋ ਰਿਹਾ ਕਿ ਮੈਂ ਕਿੰਨੀ ਵਧੀਆ ਇੰਟਰੋਡਕਸ਼ਨ ਦਿੱਤੀ ਤੁਹਾਡੀ ਮੈਂ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਆ ਚੀਜ਼ਾਂ ਮੈਂ ਦੱਸੀਆਂ ਮੈਨੂੰ ਆਪ ਨੂੰ ਹੋਰ ਤਰ੍ਹਾਂ ਦੀ ਹੋਈ ਮੈਂ ਕਦੀ ਬੋਲੇ ਨਹੀਂ ਮੈਂ ਤੈਨੂੰ ਪਹਿਲੀ ਵਾਰ ਕਿਉਂ ਬਾਈ ਕਿਉਂ ਨਹੀਂ ਬੋਲੇ ਕਦੀ ਅੱਜ ਤੱਕ ਮੈਂ ਸੱਚੀ ਮੈਨੂੰ ਇਹ ਤਾਂ ਕਈ ਬੰਦੇ ਕਹਿੰਦੇ ਸੀਗੇ ਮੇਰੇ ਜਿਹੜੇ ਨਾ ਲੋਕਲ ਸੀਗੇ ਜਿਹੜੇ ਪ੍ਰੈਸ ਵਾਲੇ ਉਹ ਮੈਨੂੰ ਕਹਿੰਦੇ ਉਹ ਕਿਉਂਕਿ ਜ਼ਿੰਦਗੀ ਜਾਣਦੇ ਆ ਤੂੰ ਮੈਨੂੰ ਕਹਿੰਦੇ ਤੇਰੀ ਸਪੈਸ਼ਲ ਗੱਲ ਨਹੀਂ ਪਰ ਅੱਜ ਪਰਮਾਤਮਾ ਵੱਲੋਂ ਹੀ ਤੂੰ ਬੈਠਾ ਕਰਕੇ ਤੇਰੇ ਨਾਲੇ ਗੱਲ ਕਰਵਾਣਾ ਬਈ ਮੇਰਾ ਸਾਡੀ ਸਾਡੀ ਕਮਰੇ ਦੀ ਵਾਈਬ ਇਦਾਂ ਦੀ ਹੈ ਕਿ ਸਾਨੂੰ ਰੱਬ ਮੈਨੂੰ ਬੜੀ ਵਾਰੀ ਗੈਸਟ ਕਹਿੰਦੇ ਕਿ ਅਸੀਂ ਸੋਚ ਕੇ ਨਹੀਂ ਆਏ ਸੀ ਕਿੰਨਾ ਕੁ ਚੁੱਕਿਆ ਮੈਂ ਸੱਚੀ ਮੈਂ ਮੈਂ ਆਪਣੇ ਮੁੰਡੇ ਨੂੰ ਪੁੱਛਦਾ ਸੀਗਾ ਮੈਂ ਕਿਹਾ ਯਾਰ ਕੀ ਉੱਥੇ ਬੋਲੂ ਅਨਮੋਲ ਪੁੱਛੂਗਾ ਨਾ ਵੀ ਜਾਨਾ ਪਰ ਇਹ ਤਾਂ ਗੱਲਾਂ ਹੀ ਹੋਰ ਹੋ ਗਈਆਂ ਨਾ ਆਪਾਂ ਵੀਰੇ ਸਮਾਜ ਨੂੰ ਜੋ ਤੱਕ ਜਿੰਨੇ ਵੀ ਰੱਬ ਨੇ ਸਾਹ ਦਿੱਤੇ ਨੇ ਆਪਾਂ ਸਮਾਜ ਨੂੰ ਇਕੱਠੇ ਲੈ ਕੇ ਚੱਲਣਾ ਬਿਲਕੁਲ ਬੁਰਾਈ ਜੇ ਕਿਤੇ ਹੈਗੀ ਵੀ ਹੈ ਆਪਾਂ ਉਹਨੂੰ ਇਗਨੋਰ ਕਰਕੇ ਆਪਾਂ ਲਾ ਦੇਣਾ ਆਪਾਂ ਪੋਜ਼ਿਟਿਵਿਟੀ ਸੁਣਨ ਕਿ ਲੋਕ ਕਹਿਣ ਯਾਰ ਸਵਾਦ ਆ ਗਿਆ ਔਰ ਮੈਨੂੰ ਬਹੁਤ ਸਵਾਦ ਆ ਰਿਹਾ ਤੁਹਾਡਾ ਨਾਲ ਗੱਲ ਕਰਕੇ ਸੀਰੀਅਸਲੀ ਫਿਰ ਅਨਮੋਲ ਵੀਰੇ ਪ੍ਰਮਾਤਮਾ ਵੱਲੋਂ ਜਦੋਂ ਵੀ ਮੈਂ ਉਹਦੇ ਨਾਲ ਬੰਦਿਆਂ ਨਾਲ ਗੱਲਬਾਤ ਕੀਤੀ ਮੈਂ ਕਹਿਣਾ ਵੀ ਨਸ਼ਾ ਛੱਡ ਦਿਓ ਨਹੀਂ ਤਾਂ ਛੜਾਵਾਂਗੇ ਫਿਰ ਇਹਨਾਂ ਕਰਦੇ ਕਰਦੇ ਮੈਂ ਕੈਂਪ ਲਾਉਣ ਲੱਪਿਆ ਹਰੇਕ ਪਿੰਡ ਦੇ ਵਿੱਚ ਮੈਂ ਬੰਦਿਆਂ ਨੂੰ ਕੈਂਪ ਲਾਉਣ ਲੱਪਿਆ ਇੱਦਾਂ ਕਰਦੇ ਕਰਦੇ ਨਾ ਇੱਕ ਰੂਪੋਵਾਲ ਪਿੰਡ ਦੇ ਵਿੱਚ ਸਾਡੇ ਕੋਲ ਪਖੰਡੀ ਸੀਗਾ ਉਹ ਨਾ ਉਹ ਕਹਿੰਦਾ ਸੀ ਮੇਰੇ ਤੋਂ ਬਾਬਾ ਦੀਪ ਸਿੰਘ ਜੀ ਆਉਂਦੇ ਆ ਅੱਛਾ ਜੀ ਹਾਂ ਉਹ ਉਹਨੇ ਨਾ ਇਹਤੋਂ ਬਾਅਦ ਦਾ ਦਿਨ ਰੱਖਿਆ ਹੁੰਦਾ ਸੀ ਇਹਨ ਮੋਲਬੀਰੇ ਏਦਾਂ ਬਹਿ ਜਾਣਾ ਚੌਂਕੀ ਲਾ ਲੈਣੀ ਉਹਨੇ ਕਹਿ ਲੈਣਾ ਮੈਂ ਭਾਰਾ ਹੋ ਜਾਣਾ ਉਦੋਂ ਹੀ ਉਹ ਤਾਂ ਪਹਿਲਾਂ ਹੀ ਡੇਢ ਕਵਾਂਟ ਦਾ ਖਾ ਖਾ ਕੇ ਪਹਿਲਾਂ ਹੀ ਫੁੱਲਿਆ ਉਹਨੇ ਨਾਲ ਦੇ ਨੇ ਚੱਕਣਾ ਕਹਿੰਦਾ ਚੱਕ ਨਹੀਂ ਹੁੰਦਾ ਬਸ ਇਸੇ ਗੱਲ 'ਚ ਲੋਕਾਂ ਨੇ ਯਕੀਨ ਕਰ ਲਿਆ ਭਾਰਾ ਹੋ ਗਿਆ ਬਾਬਾ ਜੀ ਆ ਗਿਆ ਉੱਚ ਦੇਖ ਲੋ ਸਾਡੀ ਲੋਕਾਂ ਦੀ ਸੋਚ ਦੇਖ ਕਿੰਨਾ ਅਹਿਮ ਟੌਪਿਕ ਹੈ ਵੇ ਸ਼ੇਅਰ ਕਰਨ ਵਾਲਾ ਬਿਲਕੁਲ ਸੋਚ ਦੇਖ ਸਾਡੇ ਲੋਕਾਂ ਦੀ ਤੇ ਉਹ ਭਾਰਾ ਹੋ ਗਿਆ ਜੀ ਬਾਬਾ ਦੀਪ ਸਿੰਘ ਜੀ ਆ ਗਿਆ ਉਹਨੇ ਧੂਣੀ ਲਾਈਓ ਜਦੋਂ ਅਸੀਂ ਪਹਿਲੀ ਵਾਰ ਗੈਂ ਮੈਂ ਤੁਹਾਨੂੰ ਦੱਸਦਾ ਮੈਂ ਗਿਆ ਉੱਥੇ ਕਿੱਦਾਂ ਮੈਂ ਇਹ ਚਲੋ ਪ ਉਹ ਬੰਦਾ ਇਹੋ ਜਿਹਾ ਏਦਾਂ ਦਾ ਪਖੰਡੀ ਸੀ ਮੇਰੇ ਪਿੰਡ ਆਣ ਕੇ ਕਿਉਂਕਿ ਸਾਡਾ ਸੋਚਦਾ ਪੱਧਰ ਫਿਰ ਉਹ ਦੂਜੇ ਪਾਸੇੋਂ ਆਏ ਆਪਾਂ ਸੋਚਣ ਲੱਪੇ ਹਨਾ ਬਿਲ ਸਮਾਜ ਚ ਦੇਖਣ ਲੱਪੇ ਕੀ ਹੋਇਆ ਕੀ ਹੋ ਰਿਹਾ ਕਿਉਂਕਿ ਜਦੋਂ ਇਹ ਲੈਨ ਪਹਿਲੀ ਲੈਨ ਚ ਹੁੰਦਾ ਨਾ ਬੰਦਾ ਅਨਮੁਲਬੀਰੇ ਸੋਚਦਾ ਨਹੀਂ ਕੋਈ ਉਹਨੂੰ ਕੋਈ ਪਤਾ ਹੀ ਨਹੀਂ ਹੁੰਦਾ ਲੈਣਾ ਦੇਣਾ ਨਹੀਂ ਹੁੰਦਾ ਉਹਨੂੰ ਲੈਣਾ ਦੇਣਾ ਨਹੀਂ ਕੋਈ ਜੋੜਾ ਮਰਜੀ ਉਹਨੂੰ ਕੋਈ ਕਰਦਿਆਂ ਨਾ ਨਹੀਂ ਲੈਣਾ ਦੇਣਾ ਉਹਨੇ ਬਾਕੀ ਸਮਾਜ ਦਾ ਕੀ ਲੈਣਾ ਤੇ ਮੈਂ ਨਾ ਅਨਮੁਲਬੀਰੇ ਮੈਂ ਸੋਚਣ ਲੱਪਿਆ ਤੇ ਮੇਰੇ ਲਾਗੇ ਗਵਾਨ ਦੇ ਵਿੱਚ ਸੁਖਨੀ ਸਾਹਿਬ ਦਾ ਪਾਠ ਹੋਵੇ ਤੇ ਮੈਂ ਉੱਥੇ ਗਿਆ ਉਹ ਬੰਦਾ ਪੂਰਾ ਕੱਚੀ ਬਾਣੀ ਪੜੀ ਨਾ ਪੜਨ ਦਾ ਪਤਾ ਨਾ ਉਹਨੂੰ ਮਰਿਆਦਾ ਦਾ ਪਤਾ ਕਰ ਕਰਕੇ ਤੇ ਚਲ ਗਿਆ ਮੈਂ ਕਿਹਾ ਇਹ ਕੌਣਾ ਬੰਦਾ ਮੈਨੂੰ ਤਾਂ ਦਿੱਖਿਆ ਨਹੀਂ ਕਹਿੰਦੇ ਬਾਬਾ ਜੀ ਆ ਇੰਨੇ ਗਿਆ ਸੀ ਇਹਨਾਂ ਦੇ ਘਰ ਨਿਆਈ ਮੌਤ ਹੋਈ ਸੀ ਉਹ ਕਹਿੰਦਾ ਢਟਕਦਾ ਆ ਉਹਦਾ ਪਾਠ ਕਰਾਓ ਦੇਖੋ ਦੀ ਸੋਚ ਉਹਨੇ ਕੀ ਕਹਿ ਤਾ ਪਿੰਡ ਦੇ ਮੇਰੇ ਨੂੰ ਕਹਿ ਤਾ ਤੁਹਾਡੇ ਦਾ ਜਠੇਰੇ ਇਥੇ ਨੇ ਤੁਹਾਡੇ ਦਾ ਜਠੇਰੇ ਪਹਾੜ ਜਾ ਅਨਮੋਲ ਉਹ ਸਾਡੇ ਪਿੰਡ ਦੇ ਬਿਨਾਂ ਹੀ ਗੱਲ ਤੋਂ ਟਾਂਪੂ ਭਰਿਆ ਗੱਡੀਆਂ ਕੀਤੀਆਂ ਉਹ ਭਰਾਵਾ ਪਹਾੜ ਤੇ ਚੱਲ ਗਿਆ ਮੈਂ ਜਠੇਰੇ ਦੇਖਣ ਦੇਖੋ ਬੋਲਟੇ ਪਾਸੇ ਨੂੰ ਲੋਕਾਂ ਨੂੰ ਜਿੱਦ ਨੂੰ ਮਰਜ਼ੀ ਲਾ ਦੇ ਅੱਜ ਬਹੁਤ ਕਰ ਰਹੇ ਨੇ ਵੀਰੇ ਲੋਕ ਬੜੇ ਹਰ ਤੇ ਮੈਂ ਉਹਨੂੰ ਕੀਤੀ ਮੈਂ ਗੱਲ ਉਹ ਕੀਤੀ ਸਾਡੀਆਂ ਪਿੰਡ ਦੀਆਂ ਬੁੜੀਆਂ ਤੱਕ ਸੁਣਨੂ ਨਾ ਮੰਨਣ ਉਹ ਇੱਕ ਦੋ ਨੂੰ ਕਹਿਣਾ ਨਹੀਂ ਉਹ ਵੀ ਜਾਂਦੀ ਮੈਂ ਬੜਾ ਮਨ ਦੇ ਵਿੱਚ ਮੈਂ ਕਹਾ ਵੀ ਦੇਖਣਾ ਪੈਣਾ ਇਹ ਕੌਣ ਆ ਬੰਦਾ ਨਾ ਇਹ ਤਾਂ ਸਾਡੇ ਪਿੰਡ ਦੇ 17 18 ਕਹਤਾ ਸਾਰੇ ਜਦੋਂ ਮੈਂ ਪਿੰਡ ਚ ਵੜਦਾ ਕਹਿੰਦਾ ਸਾਰੇ ਖੰਭੇ ਦੇ ਬੇਟੇ ਹੁੰਦੇ ਆ ਜਿਹੜੇ ਮਰੇ ਹੋ ਆ ਅੱਛਾ ਜੀ ਹਾਂ ਕਹਿੰਦਾ ਸਾਰੇ ਬੰਦੇ ਖੰਭੇ ਤੇ ਬੈਠੇ ਹੋ ਆ ਉਹ ਕਹਿੰਦਾ ਕੁਛ ਨਾ ਕੁਛ ਮੰਗਦੇ ਆ ਕਿ ਕੀ 11000 ਰੁਪਇਆ ਦੋ ਨਾਲ ਸੁਖਨੀ ਸਾਹਿਬ ਦਾ ਪਾਠ ਕਰਾਓ ਤੇ ਨਾਲ ਮੈਨੂੰ ਦਕਸ਼ਣਾ ਦੋ 11000 ਰੁਪਇਆ ਤੇ ਮੈਂ ਉਹਦੇ ਵਿੱਚ ਕਰੂੰਗਾ ਸਾਡੇ ਉਹ ਮੰਗਦੇ ਨੇ ਹਾਂ ਮੰਗਦੇ ਨੇ ਭੇਟਾ ਕਹਿੰਦੇ ਭੇਟਾ ਨੇ ਨਾ ਤੇ ਉਹਨੇ ਆਪਣੇ ਧਕਵਾਂਜ ਰਚਿਆ ਸੀ ਚਲੋ ਜੀ ਸਾਰੇ ਲਾਪੇ ਉਹਨੂੰ ਲਾਪੇ ਕਰਨ ਤੇ ਜਿਹੜਾ ਹੁਣ ਅਨਮੋਲ ਵੀ ਸਾਰੇ ਦਾ ਦੁਖੀ ਆ ਯਾਰ ਕਿਹੜਾ ਕੋਈ ਨਾ ਕੋਈ ਦੁੱਖ ਕਿਸੇ ਨੂੰ ਦੁਖੀ ਕੈਸ਼ ਹੋ ਰਿਹਾ ਵੀਰ ਹਾਂ ਬਿਲਕੁਲ ਬਿਲਕੁਲ ਦੁਖੀ ਕੈਸ਼ ਹੋ ਰਿਹਾ ਤੇ ਉਹਦ ਨੂੰ ਹੋ ਗਿਆ ਤੇ ਮੈਂ ਮੈਂ ਉਹਦੇ ਬਾਰੇ ਪਤਾ ਕਰਾਇਆ ਉਹ ਬਾਰੇ ਪਤਾ ਕੀਤਾ ਉਹ ਦਿੱਲੀੋਂ ਇੱਕ ਔਰਤ ਨੂੰ ਨਿਠਾ ਕੇ ਲਿਆ ਕੇ ਪਿੰਡ ਦੇ ਵਿੱਚ ਲੱਕੜ ਦਾ ਕੰਮ ਕਰਦਾ ਸੀ ਉਹਨੂੰ ਕੋਈ ਕੰਮ ਨਹੀਂ ਦਿਸਿਆ ਉਹਦੀ ਲੱਤ ਟੁੱਟ ਗਈ ਜਿੱਦਾਂ ਕਿਤੇ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਉਹ ਪੇ ਦਾ ਪੁੱਤ ਮੰਜੇ ਤੇ ਪੈ ਗਿਆ ਉਹਨੇ ਰਿਸਰਚ ਕੀਤੀ ਉੱਥੇ ਬਾਬਾ ਬਣ ਗਿਆ ਉੱਥੇ ਮੈਨੂੰ ਇੰਨਾ ਪਤਾ ਲੱਗਾ ਉੱਥੇ ਹੀ ਬਾਬਾ ਬਣਤਾ ਸਾਡੇ ਲੋਕਾਂ ਨੇ ਉਹਨੂੰ ਜ਼ਿਆਦਾ ਚੱਕ ਲਈ ਹਾਈਪ ਦਿੱਤੀ ਬਈ ਇਹ ਨਾ ਹੋਵੇ ਤੁਹਾਡੀ ਗੱਲ ਸੁਣ ਕੇ ਬਾਬਾ ਬਣਨ ਦੀ ਤਰਕੀਬ ਹੈ ਜਿਹੜੀ ਲੋਕਾਂ ਨੂੰ ਪਤਾ ਲੱਗ ਜਵੇ ਲੋਕਾਂ ਨੂੰ ਪਤਾ ਲੱਗ ਜਵੇ ਫਿਰ ਉਸ ਤੋਂ ਬਾਅਦ ਮੈਂ 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 ਉਹਦੇ ਬਾਰੇ ਪਤਾ ਕੀਤਾ ਤੇ ਕਹਿੰਦੇ ਐਤਵਾਰ ਨੂੰ ਜੋ ਪਤਾ ਲੱਗਣਾ ਐਤਵਾਰ ਨੂੰ ਚਮਕੀ ਦੇਖਿਓ ਲੱਗਦੀ ਆ ਮਗਾ ਕੋਈ ਨਹੀਂ ਹਨਾ ਮੈਂ ਗੱਲਬਾਤ ਕੀਤੀ ਕਿਉਂਕਿ ਅਸੀਂ ਨਵੇਂ ਸੀ ਇੱਧਰ ਨੂੰ ਸਾਨੂੰ ਨਹੀਂ ਸੀ ਮੈਂ ਆਪਣੇ ਸਾਡੇ ਸਿੰਘ ਸੀਗੇ ਚਵਾਲ ਤੋਂ ਸਾਡੇ ਬਲਜਿੰਦਰ ਵੀ ਵੀਰ ਹੁਣਾਂ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਉਹ ਕਹਿੰਦੇ ਕੋਈ ਨਹੀਂ ਅਸੀਂ ਆ ਗਿਆ ਉਹ ਸਤਕਾਰ ਕਮੇਟੀ ਜਲਾਉਂਦੇ ਉਹਨਾਂ ਨਾਲ ਗੱਲ ਕੀਤੀ ਉਹ ਆਏ ਫਿਰ ਅਸੀਂ ਉਹਨਾਂ ਮੋਲ ਵੀਰੇ ਗਏ ਨਾ ਜਤਨ ਡੇਢ 200 ਬੀਬੀ ਬੈਠੀ ਹੋਈ ਏਦਾਂ ਬੇੜੇ ਦੇ ਵਿੱਚ ਆਪ ਉਹ ਅੰਦਰ ਬਿਠਾ ਕੱਲੀ ਕੱਲੀ ਬੀਬੀ ਜਾਵੇ ਟੋਕਨ ਲੱਗਣ ਵੀ ਆ ਤੇਰੀ ਵਾਰੀ ਤੇ ਉਹ ਤੇਰੀ ਜਦੋਂ ਅਸੀਂ ਅੰਦਰ ਗਏ ਤਾਂ ਬੜੇ ਅੰਦਰ ਤੇ ਉਹ ਹੋਇਆ ਜੀ ਭਾਰਾ ਜਾਂ ਤਾਂ ਪਹਿਲੇ ਹੋਇਆ ਉਹ ਲਾਂ ਕਿ ਉਹਦਾ ਕੰਮ ਹੁੰਦਾ ਸੀ ਹਨਾ ਜਦੋਂ ਆਪਾਂ ਕੁੰਡੀ ਲਾਈ ਕੁੰਡੀ ਲਾ ਕੇ ਅਸੀਂ ਅੰਦਰ ਵੜ ਗਏ ਅਸੀਂ ਚਾਰ ਜਾਨੇ ਸੀ ਸੱਚੀ ਗੱਲ ਸੋਚਣ ਦੀ ਗੱਲ ਉਹਨਾਂ ਕਹਿੰਦਾ ਭਾਰਾ ਹੋ ਬਾਬਾਗਣ ਕਹਿੰਦਾ ਜੀ ਨਾਲ ਹੀ ਉਹਨੇ ਕਹਿੰਦਾ ਜੀ ਮੈਂ ਮੇਰੇ ਕੋਲ ਇਦਾਂ ਹੋ ਗਿਆ ਉਹਦੇ ਨਾਲ ਉਹਨੇ ਲਾਗੇ ਸਿੰਘ ਸੀ ਉਹਨੇ ਇੱਕ ਬਿਮਾਰੀ ਚਪੇੜ ਕਹਿੰਦਾ ਜੀ ਮੈਂ ਪਖੰਡ ਕਰਦਾ ਓਏ ਹੋਏ ਨਾਲ ਹੀ ਬੋਲ ਪਿਆ ਕਹਿੰਦਾ ਜੀ ਮੈਂ ਪਖੰਡ ਕਰਦਾ ਹੱਥ ਜੋੜ ਤੇ ਉਸੇ ਟਾਈਮ ਫਿਰ ਆਏ ਕਿ ਲਿਆਈਆਂ ਬੀਬੀਆਂ ਬੀਬੀਆਂ ਨੂੰ ਜੋ ਦੱਸਿਆ ਬੀਬੀਆਂ ਮੂੰਹ ਲਕੋ ਲਕੋ ਕਲੀਆਂ ਕਲੀਆਂ ਦੌੜਨ ਵੀ ਕੈਮਰੇ ਵੀਡੀਓ ਬਣ ਲਈ ਕੈਮਰੇਮੈਨੋਂ ਕੱਲੀ ਕੱਲੀ ਬਾਹਰੋਂ ਦੌੜੇ ਵੀ ਮੀਰਾ ਨਾ ਨਾ ਅਜੇ ਫਿਰ ਉਹਨੂੰ ਗੁਰਦੁਆਰਾ ਸਾਹਿਬ ਲੈ ਗਏ ਉੱਥੋਂ ਲੋਸਮੈਂਟ ਕਰਾਈ ਮੈਂ ਪਖੰਡ ਕਰਦਾ ਬੋਲਿਆ ਪਖੰਡ ਕਰਦਾ ਮੇਰੇ ਵਿੱਚ ਕੁਝ ਨਹੀਂ ਹੈਗਾ ਮੈਨੂੰ ਮੈਨੂੰ ਨਾ ਮੰਨੋ ਵੀ ਦੇਖੋ ਦੀ ਕੋਠੀ ਬਣ ਗਈ ਗੱਡੀਆਂ ਲੈ ਲਈਆਂ ਉਹਨੇ ਥੋੜੇ ਸਮੇਂ ਦੇ ਵਿੱਚ ਹੀ ਦੇਖੋ ਉਹਦੇ ਪਿੰਡ ਦੇ ਦੱਸਣ ਕਹਿੰਦੇ ਵੀ ਇਹ ਤਾਂ ਪਖੰਡ ਇਹਨਾਂ ਚੱਲਣ ਲੱਪਿਆ ਨਾ ਰੋਕਿਆ ਗਿਆ ਤੇ ਪਤਾ ਨਹੀਂ ਬਣ ਗਿਆ ਡੇਰਾ ਬਣ ਜਾਣਾ ਵੱਡਾ ਡੇਰਾ ਪਿੰਡ ਚ ਡੇਰਾ ਬਣ ਗਿਆ ਡੇਰਾ ਬਣ ਜਣਾ ਤੇ ਪਿੰਡ ਦੇ ਬਹੁਤ ਖਿਲਾਫ ਸੀ ਫਿਰ ਗੁਰਦੁਆਰਾ ਸਾਹਿਬ ਚ ਲੋਸਮੈਂਟ ਕਰਵਾਈ ਉਹ ਤੋਂ ਵੀ ਮੈਂ ਪਖੰਡ ਕਰਦਾ ਵਿੱਚ ਕੁਝ ਨਹੀਂ ਫਿਰ ਉਤੋਂ ਜਿਹੜੀ ਇਹ ਨੀ ਜਿਹੜੀ ਉਹ ਬਾਬਾ ਦੀਪ ਸਿੰਘ ਜੀ ਮੇਰੇ ਪਿੰਡ ਦੇ ਵਿੱਚ ਅਸੀਂ ਇਲਾਕੇ ਦੇ ਨੌਜਵਾਨ ਵੀ ਇਕੱਠੇ ਹੋਏ ਮੇਰੇ ਪਿੰਡ ਦੇ ਵਿੱਚ ਹੀ ਫਿਰ ਇਹ ਹੀ ਮੀਟਿੰਗ ਰੱਖੀ ਵੀ ਇਹ ਯਾਰ ਅਸੀਂ ਤਾਂ ਕੰਮ ਕਰ ਰਹੇ ਆਂ ਵੀ ਉਹ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਆਪਾਂ ਵੀ ਆਪਾਂ ਇੱਕ ਕਾਰਜ ਕੀਤਾ ਆਉ ਦੱਸੋ ਇੱਕ ਸੁਸਾਇਟੀ ਬਣਾਈ ਓਏ ਹੋਏ ਵਾਹ ਉਦੋਂ 11 ਜਣੇ ਇਕੱਠੇ ਹੋਏ ਸਾਡੇ ਇਲਾਕੇ ਦੇ ਨੌਜਵਾਨ ਸਾਰੇ ਅਮਰਤਾਰੀ ਜਿਹੜੇ ਜਿਹੜੀ ਮੇਰੇ ਮੰਗੂ ਸੀ ਇਸ ਲੈਨ 'ਚ ਆਏ ਸੌਰੀ A to Z ਮੇਰੇ ਮੰਗੂ ਸੀ ਦੂਜੇ ਪਾਸੇ ਤੋਂ ਮੇਰੇ ਪਿੰਡ ਦੇ ਵਿੱਚ ਹੀ ਇਸ ਥਾਂ 'ਚ ਕੀਤੀ ਵੀ ਉਥੇ ਮੈਂ ਕਿਸੇ ਹੋਰ ਨੂੰ ਕਹਿਣਾ ਸੀ ਤੂੰ ਮੁੱਖ ਸੇਵਾਦਾਰ ਬਣ ਕਿਉਂਕਿ 11 ਰਜਿਸਟਰਡ ਕਰਾਉਣੀ ਸੀਗੀ ਉਹ ਕਹਿੰਦਾ ਨਹੀਂ ਮੈਂ ਨਹੀਂ ਬਣਨਾ ਵੀ ਚਲੋ ਤੁਹਾਡੇ ਪਰਿਵਾਰ ਚੋ ਵੀ ਹੈਗੀ ਆ ਗੱਡੀ ਗੁਡੀ ਸਾਧਨ ਹੈਗੇ ਆ ਤੁਸੀਂ ਤੂੰ ਲਿਆ ਵੀ ਸਕਦਾ ਜਾਣਾ ਪਿਆ ਕਿੱਦਾਂ ਕਰਾਂਗੇ ਚਲੋ ਉਹਨਾਂ ਨੇ ਮੈਨੂੰ ਉਹਨਾਂ ਸੇਵਾ ਮੈਂ ਬਣਦਾ ਨਹੀਂ ਸੀ ਨੂੰ ਮੋਲ ਵੀਰੇ ਮੈਂ ਨਹੀਂ ਮੈਂ ਕਿਹਾ ਮੈਂ ਨਹੀਂ ਸੇਵਾ ਲੈਣੀ ਵੀ ਤੁਸੀਂ ਹੋਰ ਨੂੰ ਦੋ ਮੈਂ ਉਸ ਨਾਲ ਇੱਕ ਜਦੋਂ ਬੰਦਾ ਕੋਈ ਪ੍ਰਬੰਧ ਕਰਦਾ ਹੁੰਦਾ ਨਾ ਬੰਦਾ ਕਹਿੰਦਾ ਉਹਨਾਂ ਯਾਰ ਮੈਂ ਆਪਣਾ ਮੈਂ ਬੰਦੇ ਨੂੰ ਚੱਲ ਹੁੰਦਾ ਵੀ ਇਹ ਚੱਲ ਸੇਵਾ ਮਿਲਦੀ ਪਰ ਉਹਨਾਂ ਕਹਿੰਦਾ ਨਾ ਨਹੀਂ ਮੈਂ ਨਹੀਂ ਯਾਰ ਕਹਿੰਦਾ ਮੈਂ ਕਿਸੇ ਨੂੰ ਕਮਾ ਅੱਗੇ ਮੈਂ ਕਿਸੇ ਨੂੰ ਕਮਾ ਅੱਗੇ ਹੋਰ ਨੂੰ ਲਾਉਣੇ ਮੈਂ ਉਹਦਾ ਨਾਮ ਲਿਆ ਉਹ ਕਹਿੰਦੇ ਨਹੀਂ ਉਹ ਆਪ ਹੀ ਉਹਨੇ ਕਹਿ ਦਿੱਤੀ ਵੀ ਹੋਰ ਬੰਦੇ ਬੁਲੇ ਨਹੀਂ ਤੈਨੂੰ ਲੁਬਣਾ ਚਲੋ ਜੀ ਉਸਲਾ ਸੇਵਾ ਚਲੋ ਦੇਤੀ ਅਰਦਾਸ ਬੇਨਤੀ ਕੀਤੀ ਉਸ ਦਿਨ ਅਨਮੋਲ ਵੀਰੇ ਗੁਰੂ ਸਾਹਿਬ ਦੀ ਹਜ਼ੂਰੀ ਚ ਬਿਆਕੇ ਨਾਲ ਹਕੂਨਾਮਾ ਸਾਹਿਬ ਲਿਆ ਗੁਰੂ ਸਾਹਿਬ ਨੇ ਬੜਾ ਵਧੀਆ ਹਨਾ ਹੁਕਮ ਦਿੱਤਾ ਵੀ ਤੁਸੀਂ ਵੀ ਮਿਹਨਤ ਸਵਾਰਤ ਕਰਨੀ ਆ ਨਾ ਵੀ ਮੈਂ ਹਕੂਨਾਮਾ ਸਾਹਿਬ ਦੀ ਵਿਆਖਿਆ ਗ੍ਰਾਂਥੀ ਸਿੰਘ ਨੇ ਕਰਕੇ ਦੱਸੀ ਕਹਿੰਦੇ ਤੁਸੀਂ ਇਹ ਕਰ ਗੁਰੂ ਸਾਹਿਬ ਕਹਿੰਦੇ ਨੂੰ ਨਿਸਵਾਰਤ ਕਰਨੀ ਸੇਵਾ ਕਰੋ ਡਟ ਕੇ ਕਰੋ ਤੁਹਾਨੂੰ ਪ੍ਰਮਾਤਮਾ ਦਾ ਡੇ ਨਾਲ ਬਸ ਉਸ ਦਿਨ ਤੋਂ 2015 ਚੋਂ ਅਸੀਂ ਫਿਰ ਇਹ ਚੱਲੇ ਆ ਅਨਮੋਲ ਵੀਰੇ ਰਜਿਸਟਰ ਕਰਾਈ ਜੇ ਤਾਂ ਜੀ ਫਿਰ ਗੁਰੂ ਸਾਹਿਬ ਨੇ ਦੇਖਿਆ ਹੀ ਨਹੀਂ ਪਿੱਛਾ ਮੁੜ ਕੇ ਫਿਰ ਤੁਨ ਅਮੋਲ ਵੀਰੇ ਅੱਜ ਸੰਸਥਾ ਉਹ ਤੋਂ ਬਾਬਾ ਦੀਪ ਸਿੰਘ ਜੀ ਪਹਿਲਾਂ ਭਾਈ ਮਰਦਾਨਾ ਜੀ ਦੇ ਨਾਂ ਤੇ ਬਣਾਉਣ ਲੱਗੇ ਪਰ ਫਿਰ ਉਹ ਗੱਲ ਬਣੀ ਵੀ ਭਾਈ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਤੁਸੀਂ ਇਹ ਕਾਰਵਾਈ ਪਾਈ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਬਣਾਓ ਕਿਉਂਕਿ ਬਾਬਾ ਦੀਪ ਸਿੰਘ ਦੇ ਇੱਕ ਬਾ ਪਰਮਾਤਮਾ ਹਨ ਵੀ ਚਲੋ ਬਾਬਾ ਜੀ ਉਹਨਾਂ ਦੇ ਨਾਂ ਤੇ ਤਾਂ ਇੱਕ ਕਲਾਈ ਬੜੀ ਵਰਤੀ ਵੀ ਇੱਕ ਵਿੱਚੋਂ ਬੜਾ ਵਧੀਆ ਸਿੰਘ ਸੀ ਉਹ ਕਹਿੰਦਾ ਵੀ ਬਾਬਾ ਇਹ ਨਾਮ ਦੇ ਵਿੱਚ ਬਹੁਤ ਕਲਾ ਭਾਈ ਬਾਬਾ ਦੀਪ ਸਿੰਘ ਜੀ ਬਾਰੇ ਆਪਾਂ ਗੱਲ ਕਰੀਏ ਦੋ ਕਮੈਂਟ ਤੁਸੀਂ ਪਲੀਜ਼ ਦੱਸੋ ਉਹਨਾਂ ਬਾਰੇ ਕੁਝ ਮੈਂ ਜਾਣਨਾ ਚਾਹਨਾ ਬਾਬਾ ਦੀਪ ਸਿੰਘ ਜੀ ਦੇਖੋ ਅਨਮੋਲ ਵੀਰੇ ਹਨਾ ਪੋਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਉਹਨਾਂ ਨੇ ਦੇਖੋ ਕਿੱਦਾਂ ਉਹਨਾਂ ਨੇ ਜ਼ੁਲਮ ਦੇ ਖਿਲਾਫ ਆ ਅਵਾਜ਼ ਚੱਕੀ ਹਨਾ ਦਮਨੀ ਟਕਸਾਲ ਦੇ ਪਹਿਲੇ ਮੁਖੀ ਸੀ ਉਹ ਤੇ ਉਹਨਾਂ ਨੇ ਬੜਾ ਸਿਰ ਧੜਤੇ ਐ ਨਾ ਲੱਤ ਗਿਆ ਫਿਰ ਵੀ ਲੜਦੇ ਰਹੇ ਹਨਾ ਫਿਰ ਵੀ ਲੜਦੇ ਰਹੇ ਤੇ ਅੱਜ ਦੇਖੋ ਕਿਦਾਂ ਉਹਨਾਂ ਦੇ ਨਾਂ ਦੀਆਂ ਕਿਦਾਂ ਬੜੀਆਂ ਮੈਨੂੰ ਅਨਮੋਲ ਵੀਰੇ ਬਾਹਰੋਂ ਲੋਕ ਉਹਨਾਂ ਨੂੰ ਇੰਨੇ ਮੰਨਦੇ ਆ ਨਾ ਇੰਨਾ ਲੋਕ ਜੋਤ ਜਗਾਉਂਦੇ ਉਹਨਾਂ ਦੇ ਨਾਂ ਤੇ ਬਾਬਾ ਦੀਪ ਸਿੰਘ ਜੀ ਦੀ ਬੜੀ ਗੁਰੂ ਸਾਹਿਬ ਦੀ ਕਿਰਪਾ ਉਹਨਾਂ ਨੇ ਉਹਨਾਂ ਨੇ ਸਾਨੂੰ ਇੱਥੇ ਤੱਕ ਲੈ ਜਾਣ ਦੇ ਵਿੱਚ ਨਾ ਜੇ ਕੁਝ ਹੋਵੇ ਉਹਨਾਂ ਨੇ ਪਹਚਾਇਆ ਸਾਨੂੰ ਇੱਥੇ ਤੱਕ ਸਾਨੂੰ ਲਿਆਉਣੇ ਵਾਲੇ ਹੀ ਬਾਬਾ ਦੀਪ ਸਿੰਘ ਜੀ ਆ ਨਹੀਂ ਤਾਂ ਸ਼ਾਇਦ ਕੋਈ ਹੋਰ ਹੁੰਦਾ ਮੈਂ ਵੀ ਡੋਲ ਜਾਂਦਾ ਜੀ ਕੋ ਸੰਸਥਾ ਦਾ ਨਾਮ ਹੋਰ ਹੁੰਦਾ ਮੈਂ ਵੀ ਡੋਲ ਜਣਾ ਕੋਈ ਬਾਬਾ ਦੀਪ ਸਿੰਘ ਜੀ ਨੇ ਨਹੀਂ ਡੋਲਣ ਦਿੱਤਾ ਇਹਨਾਂ ਨੇ ਬਹੁਤ ਹੈ ਬਾਈ ਤੁਹਾਡੀ ਪਿਆਰ ਹੈ ਹਾਂ ਉਹ ਬਾਹ ਫੜੀ ਫੜ ਕੇ ਦੇਖ ਅੱਜ ਅਨਮੋਲ ਵੀਰੇ ਕਿੱਥੇ ਸਾਨੂੰ ਸੰਸਥਾ ਚ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਬਈ ਕਿ ਆਪਾਂ ਇੰਨੀ ਡੀ ਮੈਂ ਦੇਖੋ ਮੇਰੇ ਜੀ ਵੀ ਕੋਈ ਐਸੀ ਕਲਾ ਹੈ ਜਿਹੜਾ ਮੈਂ ਤੁਹਾਡੇ ਪॉडਕਾਸਟ ਸ਼ੁਰੂ ਹੋਣ ਤੋਂ ਪਹਿਲਾਂ ਦੱਸਤਾ ਕਿ ਇਹ ਬੈਸਟ ਪॉडਕਾਸਟ ਜਾਏਗਾ ਔਰ ਇਹ ਜਾ ਰਿਹਾ ਚਲੋ ਬਾਸ ਪਰ ਹਮਾਤਮਾ ਨਹੀਂ ਚਲੋ ਇੱਕ ਗੱਲਾਂ ਹੀ ਕੀਤੀਆਂ ਅਨਮੋਲ ਵੀਰੇ ਮੈਂ ਤਾਂ ਕਈ ਗਏ ਕਦੀ ਕੀਤੀਆਂ ਨਹੀਂ ਤੇrna ਹੀ ਸ਼ੇਰ ਨਹੀਂ 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 ਪਰ ਬਈ ਮਜ਼ਾ ਆ ਰਿਹਾ ਮੈਨੂੰ ਵਧੀਆ ਲੱਗ ਰਿਹਾ ਬਾਈ ਬਾ ਜਦੋਂ ਸੰਸਥਾ ਬਣਾਤੀ ਫਿਰ ਅਸੀਂ ਪਿੰਡ ਪਿੰਡ ਦੇ ਵਿੱਚ ਨਾ ਘੁੰਮਣ ਲੱਪੇ ਜਿਵੇਂ ਧਾਰਨ ਕੇ ਪਾਸੇ ਨੂੰ ਆ ਗਏ ਵੀ ਨੌਜਵਾਨਾਂ ਨੂੰ ਮੈਂ ਮिन्नੂ ਸਿਗਾ ਮੈਂ ਬਾਣੀ ਨਾਲ ਜੋ ਜੋ ਮੈਨੂੰ ਮਿਲਿਆ ਉਹ ਜੋੜ ਕੇ ਮੈਂ ਵੀ ਮੈਂ ਮिन्नੂ ਮੈਂ ਮੇਰੀ ਮੇਰਾ ਮੂੜਾ ਪਿਆ ਮੈਂ ਨੌਜਵਾਨਾਂ ਨੂੰ ਹੋਰ ਜੋੜਾ ਤੇ ਮੈਂ ਪਿੰਡ ਪਿੰਡ ਦੇ ਵਿੱਚ ਨੌਜਵਾਨ ਲੱਭਣ ਲੱਪਿਆ ਨਮੂਲ ਵੀਰ ਜੀ ਰੇਕ ਪਿੰਡ ਦੇ ਵਿੱਚ ਜਾ ਕੇ ਵੀ ਜਿਹੜਾ ਕਰਦਾ ਉਹਦੀ ਬਾਹ ਫੜਨੀ ਫੇ ਮੈਨ ਨਸ਼ਾ ਛਡਾਊ ਕੇਂਦਰ ਭੇਜਣ ਲਾ ਪਿਆ ਫੇ ਮੈਂ ਪ੍ਰਚਾਰਕ ਲਿਆ ਕੇ ਪਿੰਡ 'ਚ ਹੀ ਪ੍ਰਚਾਰ ਕਰਾਉਣ ਲਾ ਪਿਆ ਨਸ਼ਾ ਨਕਲਾ ਇੱਕ ਧਾਰਮਿਕ ਫਿਲਮ ਦਿਖਾ ਲੈਣ ਲਾ ਪਏ ਅਸੀਂ ਇੱਕ ਉਸ ਟਾਈਮ ਇੱਕ ਵੱਡੀ ਕੈਂਪਰ ਲਿਆ ਫੇ ਪ੍ਰੋਜੈਕਟਰ ਲਿਆ ਪ੍ਰੋਜੈਕਟਰ ਲਿਆ ਕੇ ਫਿਲਮਾਂ ਦਿਖਾ ਲ ਕੇ ਧਾਰਮਿਕ ਫਿਰ ਉਥੇ ਪ੍ਰਚਾਰ ਕਰਨਾ ਪਿੰਡ ਪਿੰਡ ਫਿਰ ਅਨਮੋਲ ਵੀਰੇ ਜਿਵੇਂ ਸੰਸਥਾ ਨੂੰ ਇਧਰ ਮੋੜ ਕਿਵੇਂ ਟਰਨ ਲਿਆ ਧਾਰਮਿਕ ਪਾਸੇ ਖੇਤਰ ਦੇ ਨਾਲ ਜੇ स्टार्टिंग ਦੇ ਸੋਚਿਆ ਸੀ ਬਾਈ ਕਿ ਤੁਹਾਡੀ ਸੰਸਥਾ ਜਿਹੜਾ ਰੋਡ ਤੇ ਲੋਕਾਂ ਦੇ ਕੀੜੇ ਪਏ ਹੁੰਦੇ ਇਹ ਕਰ ਲੈ ਸੋਚਿਆ ਕੀ ਸੀਗਾ ਕਰਮ ਸੋਚਿਆ ਅਸਲ ਦੇ ਵਿੱਚ ਸੋਚਿਆ ਅਨਮੋਲ ਵੀਰੇ ਅਸੀਂ ਧਾਰਮਿਕ ਇਧਰ ਨੂੰ ਸੀਗਾ ਵੀ ਅਸੀਂ ਸਹੀ ਹੋਏ ਹਾਂ ਨਾ ਤੇ ਇਧਰ ਨੂੰ ਲੋਕਾਂ ਨੂੰ ਕੱਢੀ ਨਸ਼ੇ ਛਡਾਈਏ ਲੋਕਾਂ ਗੁਰੂ ਨਾਲ ਜੁੜੀ ਹਾਂ ਗੁਰੂ ਨਾਲ ਜੁੜੀ ਲੋਕਾਂ ਨੂੰ ਪਿੰਡ ਪਿੰਡ ਜਾ ਕੇ ਫਿਰ ਅਨਮੋਲ ਵੀਰੇ ਐਦਾਂ ਹੋਈ ਅਸੀਂ ਇੱਕ ਨਾ ਇੱਕ ਮਾਤਾ ਗੋਂਦਪੁਰ ਵਿੱਚ ਇੱਕ ਮਾਤਾ ਸੀ ਉਹਦਾ ਮੰਦਬੁੱਧੀ ਬੱਚਾ ਹੈ ਰੋਜ਼ ਗੁਰਦੁਆਰਾ ਸਾਹਿਬ ਤੁਰ ਕੇ 2.5 ਕਿਲੋਮੀਟਰ ਰੋਟੀ ਖਾਣ ਜਾਂਦੀ ਸੀ ਜਦੋਂ ਮੈਂ ਉਹਦੇ ਘਰ ਗਿਆ ਨਾ ਉਹਨੇ ਜਦੋਂ ਆਪਣਾ ਦੁਖੜਾ ਰਹਾ ਮੰਦਬੁੱਧੀ ਬੱਚਾ ਉਹਦਾ ਕਹਿੰਦੀ ਮੈਂ ਰੋਟੀ ਨੂੰ ਆਵਾਜਾਂ ਮੈਂ ਉਹਨੂੰ ਕਿਹਾ ਮਾਤਾ ਘਰ ਮੈਂ ਅਸੀਂ ਪਿੰਡ ਚ ਪਹਿਲਾਂ ਢੇੜਾ ਦੇਣਾ ਪਿੰਡ ਚ ਘੁੰਮਣਾ ਵੀ ਨੌਜਵਾਨ ਹੈਗੇ ਤਾਂ ਘੁੰਮਦੇ ਘੁੰਮਦੇ ਮੈਨੂੰ ਉੱਥੇ ਚਲੇ ਗਿਆ ਵੀ ਪਿੰਡ ਤੁਹਾਡੇ ਪਿੰਡ ਚ ਸ਼ਾਮ ਨੂੰ ਫਿਲਮ ਦੇਖੋਣੀ ਤੂੰ ਆ ਤੇ ਮੈਂ ਉਹਨੂੰ ਮਾਤਾ ਨੂੰ ਕਿਹਾ ਤਾਂ ਮਾਤਾ ਨਾਲ ਮੇਰੀ ਗੱਲ ਚਲੀ ਮਾਤਾ ਕਹਿੰਦੀ ਵੀ ਮੈਂ ਤਾਂ ਪੁੱਤ ਮੈਂ ਕੀ ਹੋਣਾ ਮੈਂ ਤਾਂ ਰੋਟੀ ਦੀ ਫਿਕਰ ਪਈ ਮੈਂ ਗੁਰਦੁਆਰਾ ਸਾਹਿਬ ਜਾ ਕੇ ਆਪ ਖਾ ਕੇ ਆਉਣੀ ਆਪਣੇ ਪੁੱਤ ਲਈ ਲੈ ਕੇ ਆਉਣੀ ਮੈਂ ਉਹਨੂੰ ਮਤਲਬ ਇਹ ਮੈਂ ਕਿਹਾ ਮਾਤਾ ਕਿਦਾਂ ਕਹਿੰਦੀ ਮੇਰਾ ਹੈ ਹੀ ਨਹੀਂ ਕੋਈ ਵੀ ਕਮਾਉਣ ਨੂੰ ਹੈ ਨਹੀਂ ਤੇ ਮੈਂ ਉਹਨੂੰ ਮਾਤਾ ਨੂੰ ਮੈਂ ਨਾ 2000 ਦਾ ਰਾਸ਼ਨ ਪਹਿਲੇ ਦਿਨ ਜਾ ਕੇ ਹਜੇ ਤੱਕ ਵੀ ਫੋਟੋਆਂ ਵੀ ਮੇਤ ਹੈ ਗਈ ਇਹ ਪਹਿਲਾ ਕੇਸ ਸੀ ਪਹਿਲਾ ਕੇਸ ਪਹਿਲਾ ਕੇਸ ਮੈਂ ਗੁਰਦੀ ਵਾਲਾ ਗਿਆ ਮੈਂ ਉਹ ਲੈ ਮੈਂ ਕਿਹਾ ਚੱਕ ਜਲਦੀ ਚੱਲ ਰਿਹਾ ਹਾਂ ਮੈਂ ਮੁੰਡੇ ਨੂੰ ਨਾਲ ਲਿਆ ਆਪਾਂ ਗਏ ਜਾ ਕੇ ਤੋਂ ਮੋਟਰਸਾ ਰਾਸ਼ਨ ਲਿਆ ਲਿਆ ਕੇ ਜਦੋਂ ਮਾਤਾ ਨੂੰ ਦਿੱਤਾ ਨਾ ਉਹਨੇ ਮਾਤਾ ਨੇ ਪਹਿਲੀ ਵਾਰ ਜ਼ਿੰਦਗੀ ਚ ਮੰਜੇ ਤੇ ਪਿਆ ਐਡਾ ਰਾਚਣ ਵੇਖਿਆ ਬੈਠ ਤੇ ਪਿਆ ਦੇਖਿਆ ਵੀ ਵੀ ਮੈਨੂੰ ਘਰ ਮੇਰੇ ਇੰਨਾ ਰਾਚਣ ਉਹਨੇ ਜਿਹੜਾ ਗੱਲ ਵਕੜੀ ਚ ਲਿਆ ਨਾ ਬਸ ਉਹੀ ਇੱਕ ਕਹਿ ਲਈ ਇਹ ਵੀ ਪਤਾ ਨਹੀਂ ਕੀ ਮਿਲ ਗਿਆ ਉਹ ਸਟਾਰਟਿੰਗ ਸੀ ਥੋੜੀ ਜ਼ਿੰਦਗੀ ਦੀ ਮੈਨੂੰ ਸੱਚੀ ਗੱਲ ਮੈਨੂੰ ਰਾਤ ਨੂੰ ਨੀਂਦ ਨਹੀਂ ਆਈ ਮੈਂ ਕਿਹਾ ਯਾਰ ਮਾਤਾ ਵੀ ਐਦਾਂ ਵੀ ਹੋ ਸਕਦੀ ਆ ਵੀ ਉਹਨੇ ਇੱਕ ਰੋਟੀ ਮਿਲ ਗਈ ਸਾਨੂੰ ਰੋਟੀ ਦੀ ਕਦਰ ਕੋਈ ਨਹੀਂ ਸੀ ਕਿਸੇ ਟਾਈਮ ਖਾਦੀ ਗਨਾ ਖਾਦੀ ਪਈਓ ਨੂੰ ਐ ਠੱਡਾ ਮਾਰ ਮਾਰ ਜਾਂਦੇ ਪਈਓ ਮਾਂ ਨੇ ਕਹਿਣਾ ਰੋਟੀ ਪਈ ਆ ਤੇ ਆਪਾਂ ਕਹਿਣਾ ਨਹੀਂ ਅਸੀਂ ਖਾਣੀ ਨਹੀਂ ਨਾ ਅਸੀਂ ਘਰ ਛੱਡ ਕੇ ਜਾਂਦੇ ਰਹੇ ਤੇ ਉਹ ਮਾਂ ਇੱਕ ਰੋਟੀ ਨੂੰ ਆਪਣੇ ਪੁੱਤ ਲਈ ਇਦਾਂ ਕਰਦੀ ਬੜਾ ਮੰਨ ਦੇ ਵਿੱਚ ਆਈ ਫਿਰ ਉਸੇ ਟਾਈਮ ਉਹ ਚਿੰਕ ਜੀ ਲੱਗੀ ਫਿਰ ਮਾਂ ਨੂੰ ਮੈਂ ਕਹਾ ਮਾਂ ਤੈਨੂੰ ਸਾਰਾ ਇੱਕ ਮਹੀਨਾ ਰਾਂਚੰਦਿਆ ਕਰਾਂਗੇ ਉਹ ਗੱਲ ਹੀ ਹੋ ਗਈ ਮਾਂ ਚੋਂ ਨਿਕਲ ਗਈ ਮੈਨੂੰ ਕੋਈ ਪਲਾਨ ਨਹੀਂ ਸੀ ਮੈਂ ਕਹਾ ਮਾਂ ਤੈਨੂੰ ਹਰੇਕ ਮਹੀਨੇ ਘਰ ਪਹੁੰਚਿਆ ਕਰੋ ਕਹਿੰਦੀ ਠੀਕ ਆ ਮੈਂ ਨਾ ਇਦਾਂ ਕਰਦੇ ਕਰਦੇ ਦੋ ਤਿੰਨ ਦਿਨ ਨਿਕਲ ਗਏ ਮੈਂ ਕਹਾ ਯਾਰ ਵੀ ਇਹ ਮਾਂ ਹੈਗੀ ਆ ਆਪਾਂ ਫੇਸਬੁੱਕ ਪੇਜ ਸੱਚ ਉਦੋਂ ਬਣਾ ਲਿਆ ਸੀ ਫੇਸਬੁੱਕ ਪੇਜ ਬਣਾ ਲਿਆ ਫੇਸਬੁੱਕ ਪੇਜ ਬਣਾ ਲਿਆ ਨਾਲ ਅਸੀਂ ਕਰਦੇ ਨੂੰ ਫੋਟੋ ਅਪਲੋਡ ਕਰਤੀ ਇਕੋ ਹੀ ਇੱਕ ਲੋਕਾਂ ਦੀ ਵੀ ਹੈ ਨਾ ਲੋਕਾਂ ਨੇ ਵੀ ਮੇਰੀ ਜ਼ਿੰਦਗੀ ਪਹਿਲਾਂ ਦੇਖੀ ਸੀ ਮੇਰੇ ਇਲਾਕੇ ਨੇ ਹੁੰਦਾ ਹੈ ਬਈ ਅੰਦਰੋਂ ਮਨ ਹੁੰਦਾ ਕਿ ਕਿਹੜੀ ਜ਼ਿੰਦਗੀ ਕੀ ਸੀ ਦੂਜੀ ਵੀ ਮਨਜੋਤ ਅੱਬਲ ਤਾਂ ਪਹਿਲੇ ਜ਼ਿਆਦਾਤਰ ਤਾਂ ਲੋਕ ਇਹ ਕਹਿੰਦੇ ਸੀ 90% ਹਾਂ ਇਹਨੇ ਹਾਰਟਕਟ ਜਾਣਾ ਇਹਦਾ ਹਿਸਾਬ ਕਿਤਾਬ ਹੋਰ ਹੈ ਨਾ ਉਹ ਅਸਲ ਚਾ ਬਈ ਇੱਕ ਚੀਜ਼ ਹੋਰ ਹੈ ਸਾਡੇ ਸਮਾਜ ਚ ਸਾਡੇ ਸਮਾਜ ਚ ਜੇ ਕੋਈ ਬੰਦਾ ਬਦਲਦਾ ਹੈ ਨਾ ਹਾਂ ਉਹਨੂੰ ਉਹਨਾਂ ਨੂੰ ਖੁਸ਼ੀ ਘੱਟ ਹੁੰਦੀ ਹੈ ਕਿ ਬਦਲ ਰਿਹਾ ਉਹਨਾਂ ਨੂੰ ਨਾ ਅੰਦਰੋਂ ਹੁੰਦਾ ਹੈ ਕਿ ਇਹ ਫਟਾਫਟ ਵਾਪਸੀ ਕਦੋਂ ਮਾਰੇਗਾ ਵਾਪਸੀ ਕਦੋਂ ਮਾਰੇ ਮੈਂ ਤਾਂ ਇੱਕ ਮੈਂ ਵੀਡੀਓ ਦੇਖ ਲਈਦੀ ਫੇਸਬੁੱਕ ਤੇ ਇੱਕ ਨਾ ਕਾਰ ਸ਼ੌਂਦੇ ਦੀ ਜਦੋਂ ਜਾਈ ਥੱਲੇ ਵੱਜਣੋਂ ਹੁੰਦਾ ਸੀ ਐ ਹੋ ਜਾਂਦੇ ਸੀਗੇ ਲੋਕ ਅਸਲ 'ਚ ਚਾਹੁੰਦੇ ਨੇ ਭਾਈ ਕਿ ਕਦੋਂ ਤੁਸੀਂ ਆਪਣੇ ਬੋਲਾਂ ਤੋਂ ਵਾਪਸ ਮੁੜੋ ਤੇ ਕਦੋਂ ਤੁਹਾਡੀ ਨੈਗੇਟਿਵਿਟੀ ਹੋਵੇ ਕਦੋਂ ਮਨਜੋਤ ਵੀਰੇ ਨੂੰ ਲੋਕ ਗਲਤ ਬੋਲਣ ਤੇ ਇਹ ਵਾਪਸ ਮੁੜ ਕੇ ਫਿਰ ਉਹ ਹੀ ਜ਼ਿੰਦਗੀ ਹੈ ਮੈਂ ਨਾ ਮੈਨੂੰ ਲੋਕਾਂ ਮੈਂ ਐਵੇਂ ਮੈਨੂੰ ਗੱਲਾਂ ਸੁਣਨ ਨੂੰ ਮਿਲਣੀਆਂ ਉਹ ਤੇਰੇ ਬਾਰੇ ਉਹ ਆ ਗੱਲ ਕਰਦਾ ਸੀ ਉਹ ਤਾਂ ਕਹਿੰਦੇ ਨਾ ਇੱਕ ਉਹ ਵੀ ਫੇ ਮਿਲੀ ਆ ਸਾਵੇ ਜੇ ਇਹ ਗੱਲ ਕਰਦਾ ਸੀ ਕੋਈ ਨਹੀਂ ਆਪਾਂ ਬੈਠੇ ਆ ਨਾ ਰੈਗੂਲਰ ਕਰਾਂਗੇ ਨਾ ਮੈਂ ਜੇ ਇਹ ਗੱਲ ਇੱਕ ਪਰਮਾਤਮਾ ਵਾਂਗੂ ਫੇ ਕਰਦਿਆਂ ਨੂੰ ਇੱਕ ਪਰਿਵਾਰ ਹੋਇਆ ਫੇ ਦੂ ਪਿੰਡਾਂ ਚ ਲੱਭਣ ਲੱਪੇ ਕਿਉਂਕਿ ਸਰਕਲ ਤਾਂ ਪਹਿਲੇ ਪਿੰਡਾਂ ਚ ਬਣਿਆ ਮੈਂ ਫੋਨ ਮਾਰਿਆ ਯਾਰ ਤੇਰੇ ਪਿੰਡ ਦਾ ਨਹੀਂ ਇਦਾਂ ਦੀ ਕੋਈ ਮਾਤਾ ਕੀ ਦੇਖੀ ਹਨਾ ਫੇ ਜਾ ਕੇ ਦੇਖਣਾ ਜਦੋਂ ਸਾਡਾ ਏਰੀਆ ਨਾ ਅਨਮੋਲ ਵੀਰੇ ਪਹਿਲਾਂ ਪਹਾੜ ਜੇ ਏਰੀਆ ਪੈ ਜਾਂਦਾ ਬਹੁਤ ਜ਼ਿਆਦਾ ਪਰਿਵਾਰ ਆਹ ਜਾਨੀ ਟਿੱਬਿਆਂ ਦਾ ਨਹੀਂ ਸਾਡੇ ਤੋਂ 10 ਕਿਲੋਮੀਟਰ ਦੂਤੋਂ ਪਹਾੜ ਸ਼ੁਰੂ ਹੋ ਜਾਂਦੇ 10 15 ਕਿਲੋਮੀਟਰ ਦੂਰ ਪਰ ਸਾਡਾ ਏਰੀਆ ਥੋੜਾ ਬਹੁਤ ਵਧੀਆ ਜ਼ਮੀਨਾਂ ਸਾਡਾ ਏਰੀਆ ਬਾਈ ਜੋਗ ਵਧੀਆ ਜ਼ਮੀਨਾਂ ਸਾਡੇ ਤੋਂ 10 15 ਦੂਰ ਦੂਰ ਆ ਤੇ ਮੈਂ ਨਾ ਉਧਰ ਲੋਕ ਕੰਢੀ ਏਰੀਆ ਵੱਜਦਾ ਉਧਰ ਲੋਕਾਂ ਨੂੰ ਕੋਈ ਕਮਾਈ ਦਾ ਸਾਧਨ ਨਹੀਂ ਸੀ ਜ਼ਿਆਦਾ ਬਹੁਤ ਜ਼ਿਆਦਾ ਲੋਕ ਹੈ ਨਾ ਗਰੀਬੀ ਵਾਲੇ ਸੀਗੇ ਤੇ ਮੈਂ ਜਦੋਂ ਘਰ ਘਰ ਜਾ ਕੇ ਲੱਭਣੀਆਂ ਪਿੰਡ ਪਿੰਡ ਸ਼ੁਰੂ ਕਰਦੇ ਮੈਨੂੰ ਬਹੁਤ ਪਰਿਵਾਰ ਮਿਲੇ ਪਿੰਡਾਂ ਗਾਈ ਜਿਵੇਂ ਅਨਮੋਲ ਤੂੰ ਹੀ ਸ਼ੁਰੂ ਕੀਤੀ ਫਿਰ ਤਾਂ ਗਾਂਦ ਗਾਂ ਡੰਗਦਾ ਜਾ ਫੁੱਕ ਪੈ ਗਈ ਫੁੱਕ ਪੈ ਗਈ ਫਿਰ ਤਾਂ ਇਹ ਹੋ ਗਈ ਵੀ ਜਦੋਂ ਰਾਤ ਨੂੰ ਜਾ ਕੇ ਨਾ ਤਸੱਲੀ ਨਾਲ ਬਹਿਣਾ ਫਿਰ ਦੇਖਣਾ ਯਾਰ ਮੈਂ ਤਾਂ ਆ ਕਰਕੇ ਆਇਆ ਮਾਂ ਨੂੰ ਤਸੱਲੀ ਹੋਣੀ ਫਿਰ ਕਰਦੇ ਕਰਦੇ 50 ਪਰਿਵਾਰ ਹੋਏ 50 ਪਰਿਵਾਰ ਅਸੀਂ ਲੱਭ ਲੈ ਫਾਰਮ ਭਰ ਲੈ ਉਹਨਾਂ ਦਾ ਬਕਾਇਦਾ ਅਸੀਂ ਪਿੰਡ ਪਿੰਡ ਜਾ ਕੇ ਉਹਨਾਂ ਦੀ ਪੂਰੀ ਦੇਖਣਾ ਵੀ ਇਹਨੂੰ ਕਮਾਈ ਦਾ ਕੋਈ ਸਾਧਨ ਤਾਂ ਨਹੀਂ ਕੋਈ ਇਹਨੂੰ ਕੋਈ ਹੋਰ ਤਾਂ ਨਹੀਂ ਹੈਲਪ ਕਰਦਾ ਫਿਰ ਉਹਨੂੰ ਅਸੀਂ ਪਿੰਡ ਪਿੰਡ ਘਰ ਘਰ ਜਾ ਕੇ ਫਿਰ ਗੜਦੀ ਵਾਲਾ ਸੀ ਦਫ਼ਤਰ ਲਿਆ ਪਹਿਲੀ ਵਾਰ ਅਸੀਂ ਇੱਕ ਦੁਕਾਨ ਕਰਾਏ ਤੇ ਲੈ ਲਈ ਪਹਿਲਾਂ ਤਾਂ ਕੋਈ ਦਵੇ ਹੀ ਨਾ ਸਾਨੂੰ ਐਨਜੀਓ ਵਾਲਿਆਂ ਨੂੰ ਨਹੀਂ ਦਿੰਦੇ ਨਾ ਵੀ ਨਹੀਂ ਉਹ ਕਹਿੰਦੇ ਫਿਰ ਕੀਤਾ-ਕੀਤਾ ਚਲੋ ਉਹਨੇ ਕਾਰ ਕਰ ਲਿਆ ਗਿਆ ਤੇ ਚਲੋ ਫੈਮਿਲੀ ਦਾ ਬੈਕਗ੍ਰਾਉਂਡ ਦੇਖ ਕੇ ਮੈਂ ਫਾਦਰ ਸਾਹਿਬ ਦੀ ਪਾਈ ਗੁਵਾਈ ਗੁਈ ਕਰਕੇ ਤਾਂ ਚਲੋ ਨਹੀਂ ਦੇਤੀ ਮੈਨੂੰ ਜਦੋਂ ਉਹਨਾਂ ਨੇ ਕਰਕੇ ਤਾਂ ਉੱਥੇ ਫਿਰ ਮੈਂ ਅਹੀਂ ਦਫ਼ਤਰ ਬਣਾਤਾ ਪਹਿਲਾਂ ਦਫ਼ਤਰ ਬਣਾ ਕੇ ਚਾਲੂ ਕੀਤਾ ਪਹਿਲੀ ਵਾਰ ਰਾਸ਼ਨ ਬਣ ਸਮਾਗਮ ਉੱਥੇ ਕੀਤਾ ਓਏ ਹੋਏ ਉੱਥੇ ਪਰਮਾਨੰਥ ਵਾਲੋ ਸਾਰੀ ਵਧੀਆ ਸਖਸੀਤਾ ਆਈਆਂ ਬੜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਅਰਦਾਸ ਬੇਨਤੀ ਕੀਤੀ ਬਸ ਫਿਰ ਮੈਨੂੰ 50 100 150 200 ਪਰਿਵਾਰ 300 ਹਰ ਮਹੀਨੇ ਹਰ ਇੱਕ ਮਹੀਨੇ 400 ਫੈਮਿਲੀ ਨੂੰ ਰਾਸ਼ਨ ਉਹ ਫੈਮਿਲੀ ਉਹ ਅਨਮੋਲ ਵੀਰੇ ਜਿਨ੍ਹਾਂ ਦੇ ਬੱਚੇ ਹੀ ਹਨ ਨਹੀਂਗੇ ਸੋ ਉਸ ਦਾ ਇਨਕਮ ਜ਼ੀਰੋ ਹੈ ਬਿਲਕੁਲ ਜ਼ੀਰੋ ਅਸੀਂ ਜਿਹੜੀ ਉਹ ਵੀ ਭੈਣਾਂ ਜਿਹੜੀਆਂ ਬਿੱਡੂ ਆ ਜਿਨ੍ਹਾਂ ਦੇ ਬੱਚੇ ਛੋਟੇ ਆ ਹੁਣ ਕਮਾਈ ਵਾਲੇ ਸਾਧਨ ਤੇ ਉਹ ਕਮਾਉਣ ਲੱਪੇ ਆ ਫਿਰ ਕੱਢ ਦਿੱਤੇ ਗਏ ਆਪ ਹੀ ਭੈਣਾਂ ਆ ਜਾਂਦੀਆਂ ਸਾਡੇ ਕੋਲ ਵੀਰੇ ਵੀ ਮੇਰਾ ਬੱਚਾ ਕਮਾਉਣ ਲੱਪੇ ਆ ਪੜਨੋਂ ਹਟ ਗਿਆ ਉਹ ਇੰਨੀ ਦਿਲ ਨੂੰ ਹੁੰਦੀ ਨਾ ਜਦੋਂ ਇਹ ਆ ਜਦੋਂ ਇਮਾਨਦਾਰੀ ਜਦੋਂ ਕੋਈ ਦਿਖਾਵੇ ਬਈ ਕੁਝ ਹੁੰਦੀ ਉਹ ਉਹ ਗੱਲ ਦੀ ਹੋਰ ਜਦੋਂ ਸਾਨੂੰ ਕੋਈ ਉਦਾਂ ਝੂਠ ਬੋਲ ਕੇ ਲਈ ਜਾਵੇ ਨਾ ਉਹ ਚਲੋ ਕਹਿੰਦੇ ਆ ਪਤਾ ਸਾਨੂੰ ਲੱਗ ਜਾਂਦਾ ਝੂਠ ਬੋਲ ਲਿਆ ਪਰ ਜਦੋਂ ਕੋਈ ਇਮਾਨਦਾਰ ਆਣ ਕੇ ਇਹ ਗੱਲ ਕਵੇ ਨਾ ਵੀ ਮੇਰਾ ਤੁਸੀਂ ਰਾਸ਼ਨ ਕੱਢ ਦੋ ਤੁਸੀਂ ਮੇਰਾ ਬਹੁਤ ਸਾਰਿਆ ਉਹਦਾ ਵੱਖਰਾ ਹੀ ਮਤਲਬ ਵਾਹ ਜੀ ਦਾ ਉਹਦਾ ਬਕਰ ਫਿਰ ਮੈਨੂੰ ਆਣ ਕੇ ਜਦੋਂ ਇਦਾਂ ਲਾਪੀਆਂ ਫਿਰ ਹੁਣ ਪਰਿਵਾਰ ਬਹੁਤ ਕਹਿਣ ਲਾ ਪਿਆ ਹੁਣ ਇਸ ਟਾਈਮ 300 ਪਰਿਵਾਰ ਆ ਸਾਡੇ ਕੋਲ ਸਾਡਾ ਮੇਰੇ ਨਾਲ ਮੇਰੇ ਵੀਰ ਹਰਜੀਤ ਗੁਰਿੰਦਰ ਸਿੰਘ ਮੈਲਬੌਰਨ ਇਦਾਂ ਦੇ ਵੀਰ ਜਿਹੜੇ ਬਹੁਤ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਜਿਹੜੇ ਮੇਰੇ ਨਾਲ ਮੋਢੇ ਨਾਲ ਮੋਢਾ ਸਾਭੀ ਹਰਪ੍ਰੀਤ ਇਦਾਂ ਦੇ ਭਰਾ ਜਿਹੜੇ ਮੇਰੇ ਨਾਲ ਪੜਿਓ ਸੀ ਗੁਰਿੰਦਰ ਮਹਿਲਬਾਂਤ ਤੁਸੀਂਗਾ ਉਹ ਮੇਰੇ ਨਾਲ ਪੜਿਆ ਸੀ ਉਹਨੇ ਮੈਨੂੰ ਫੇਸਬੁੱਕ ਦੇ ਜਰੀਏ ਮਿਲ ਗਿਆ ਮੈਂ ਤਾਂ ਇਹ ਸੋਚੀ ਜਨਾ ਬਾਈ ਕਿ ਜੇ ਤੁਸੀਂ ਆਪਣੀ ਆਈ ਤੇ ਆਓ ਚਲੋ ਮੈਨੂੰ ਨਹੀਂ ਪਤਾ ਉਹ ਵਰਡ ਮੈਨੂੰ ਯੂਜ਼ ਕਰਨਾ ਚਾਹੀਦਾ ਹੈ ਕਿ ਨਹੀਂ ਪਰ ਤੁਸੀਂ ਇੱਕ ਗੈਂਗਸਟਰਾਂ ਵਾਲੀ ਜ਼ਿੰਦਗੀ ਚੋਂ ਨਿਕਲ ਕੇ ਕਹਿ ਸਕਦੇ ਆਂ ਆਪਾਂ ਗੈਂਗਸਟਰ ਉਧਰਲੀ ਜ਼ਿੰਦਗੀ ਚੋਂ ਨਿਕਲ ਕੇ ਇੱਧਰ ਆ ਕੇ ਤੁਸੀਂ ਹਲਾ ਹੀ ਦਿੱਤਾ ਸਿਸਟਮ ਤੇ ਅੱਜ ਸਭ ਤੋਂ ਜ਼ਿਆਦਾ ਪੰਜਾਬ ਚ ਮੁਖੀ ਇਹੀ ਬਣਿਆ ਹੋਇਆ ਹੈ ਵਿਸ਼ਾ ਗੈਂਗਸਟਰਿਜ਼ਮ ਗੋਲੀਆਂ ਲੜਾਈਆਂ ਅੱਜ ਦੱਸਣਾ ਵੀ ਬਹੁਤ ਮੈਂ ਸੱਚੀ ਗੱਲ ਮੋਰ ਵੀਰ ਦੱਸ ਦਿੱਤਾ ਨਾ ਵੀ ਮੇਜਰ ਕੋਈ ਸਾਡੇ ਵਾਲ ਦੇਖ ਕੇ ਕੋਈ ਮੁੜਿਆ ਵੀ ਕੁਝ ਨਹੀਂ ਹੈਗਾ। ਇਹੀ ਫਾਇਦਾ ਵੀਰੇ ਪੌਡਕਾਸਟਿੰਗ ਦਾ ਇਹੀ ਫਾਇਦਾ ਹੈ। ਕਈ ਯੂਥ ਸੱਚੀ ਉਹ ਜੀ ਬਦਲਣਾ ਚਾਹੁੰਦੀ ਹੈ ਬਾਈ ਸਾਡੇ ਵਾਲੇ ਆਪਾਂ ਯੂਥ ਨੂੰ ਗਾਲ੍ਹਾਂ ਕੱਢਦੇ ਆਂ ਬਈ ਯੂਥ ਮਾੜਾ ਏ ਉਹ ਨਸ਼ਈ ਆ ਪਰ ਸਾਡੀ ਯੂਥ ਨੂੰ ਸੇਧ ਦੇਣ ਵਾਲਾ ਕੌਣ ਆ ਡਾਇਰੈਕਸ਼ਨ ਕੌਣ ਦੇ ਕੌਣ ਦੌਣ ਦੇ ਹੁਣ ਮੈਨੂੰ ਖੁਦ ਪੋਡਕਾਸਟ 'ਚ ਬੈਠ ਕੇ ਯਕੀਨ ਮੰਨਿਓ ਕੈਮਰੇ ਬੰਦ ਵੀ ਹੋਣ ਤਾਂ ਮੈਨੂੰ ਬੜਾ ਚੰਗਾ ਲੱਗ ਰਿਹਾ ਕੈਮਰੇ ਭੁੱਲ ਜਾ ਕਿਉਂਕਿ ਆਪਾਂ ਕੁਝ ਪਲਾਨ ਨਹੀਂ ਕੀਤਾ ਪਲਾਨ ਨਹੀਂ ਕੀਤਾ ਨਾ ਮੈਂ ਲਿਖ ਕੇ ਬੈਠਾ ਨਾ ਤੁਸੀਂ ਇੱਕ ਵਾਈਬ ਦੀ ਜਦੋਂ ਵਾਈਬ ਜੁੜ ਜਾਵੇ ਫਿਰ ਜਿੰਨੇ ਦੇਖੋ ਬਦਲਣਾ ਜਿਹੜਾ ਪੋਡਕਾਸਟ ਸੁਨੇਗਾ ਕਿ ਯਾਰ ਮੈਂ ਅੱਜ ਚੰਗੀ ਚੀਜ਼ ਸਿੱਖਣੀ ਆ ਨਾ ਮਨਜੂਦ ਬਈ ਜ਼ਿੰਦਗੀ 'ਚ ਬਦਲ ਜਾਏਗਾ ਬਦਲ ਜਾਏਗਾ ਜਿੰ ਅਸੀਂ ਤਾਂ ਕਹਿੰਦੇ ਹੁਣ ਨੌਜਵਾਨਾਂ ਨੂੰ ਜਦੋਂ ਕਈ ਵਾਰ ਏਦਾਂ ਦਾ ਮਿਲਦਾ ਨਾ ਸਾਡੇ ਕੋਲ ਬਹੁਤ ਮਾਂ ਮਾਨ ਕੇ ਰੋਂਦੀਆਂ ਹਨ ਮੋਲ ਵੀਰੇ ਜਦੋਂ ਘਰ ਦੇ ਭਾਂਡੇ ਤੱਕ ਵੇਚ ਜਾਂਦੇ ਆ ਕੋ ਬਾਲਟੀਆਂ ਤੱਕ ਆਪਣੇ ਬੱਚੇ ਲੈ ਜਾਂਦੇ ਕੱਢ ਕੱਢਾ ਨਸ਼ਿਆਂ ਦੇ ਵਿੱਚ ਤੇ ਆਪਾਂ ਬੱਚਿਆਂ ਨੂੰ ਬਿਠਾ ਕੇ ਸਮਝਾਉਣਾ ਮੈਂ ਆਪਣੇ ਕੋਲ ਲੈ ਆਉਣਾ ਸੇਵਾ ਘਰ ਚ ਆਉਣਾ ਮੈਂ ਨਾਲ ਰੱਖਦਾ ਨਾਲ ਮੈਂ ਕਿਹਾ ਚੱਲ ਤੂੰ ਨਾਲ ਰੱਖ ਕੇ ਉਹਨਾਂ ਨੂੰ ਕਮਾ ਕੇ ਨਹੀਂ ਦੌੜ ਜਾਂਦੇ ਆ ਫਿਰ ਲੈ ਆਉਣੇ ਫਿਰ ਮੈਂ ਨਸ਼ਾ ਛਡਾਊ ਕੇਂਦਰਾਂ 'ਚ ਭੇਜ ਦਿੰਨਾ ਮੇਰੇ ਪਿੰਡ ਦਾ ਇੱਕ ਨੌਜਵਾਨ ਮੈਂ 16ਵੀਂ ਵਾਰ ਨਸ਼ਾ ਛਡਾਊ ਕੇਂਦਰ ਭੇਜ ਛੱਡਿਆ ਕਿ ਨਹੀਂ ਛੱਡਿਆ ਨਹੀਂ ਮੈਂ ਤੁਸੀਂ ਦੱਸੋ ਇਸ ਜ਼ਿੰਦਗੀ ਦੇ ਮੈਂ ਉਹ ਉਹ ਮੈਂ ਉਹਨੂੰ ਨਾ ਉਹ ਕੀ ਕਰਦਾ ਬੰਦਾ ਉਹਦਾ ਨਾ ਮੱਲਾ ਅਹਿਲੇ ਸੰਗਰੂਰ ਨਸ਼ਾ ਛਡਾਊ ਕੇਂਦਰ ਮੈਂ ਸਾਰੇ ਪੰਜਾਬ ਦੇ ਨਸ਼ਾ ਛਡਾਊ ਕੇਂਦਰ ਕਮਾਤੀ ਉਹ ਉਹ ਪਤਾ ਕੀ ਕਰਦਾ ਪੇ ਦਾ ਪੁੱਤ ਉਹਦੀ ਮਾਂ ਆ ਕੱਲੀ ਬਜ਼ੁਰਗ ਰੋਂਦੀ ਜਦੋਂ ਕਰ ਲਾਉਂਦੀ ਨਾ ਪੇ ਸਿਰਤੇ ਨਹੀਂ ਪਤਾ ਨਹੀਂ ਉਹ ਪੈਨਸ਼ਨ ਲੈਂਦੀ ਆ ਥੋੜੀ ਉਹ ਉਹ ਕੀ ਕਰਦਾ ਆਪਣੀ ਮਾਂ ਨੂੰ ਕੁੱਟ ਕੇ ਪੈਨਸ਼ਨ ਲੈ ਜਾਂਦਾ ਤੇ ਉਹ ਜਦੋਂ ਕੀ ਕਰਦਾ ਮੈਂ ਉਹਨੂੰ ਮੈਂ ਲੈ ਜਾਂਦਾ ਮੈਨੂੰ ਦੇਖ ਲਾ 2 2.5 ਸਾਲ ਹੋ ਗਿਆ ਉਹਦੇ ਪਿੱਛੇ ਲੱਗੇ ਨੂੰ ਮੈਂ ਲੈ ਜਾਂਦਾ ਮੈਂ ਨਸ਼ਾ ਛਡਾਊ ਕੇਂਦਰ ਭਰਤੀ ਕਰਾਉਣਾ ਉਥੇ ਰਹਿੰਦਾ 6 ਮਹੀਨੇ ਜਦੋਂ ਆਉਂਦਾ 2-4 ਦਿਨ ਰਹੂਗਾ ਫੇਰ ਦੌੜ ਜਊਗਾ ਮੇਰੇ ਤੋਂ ਮੈਂ ਫੇਰ ਕਹਿੰਦਾ ਮੈਂ ਕਿਹਾ ਤੂੰ ਦੌੜ ਮੈਂ ਤੈਨੂੰ ਛੱਡਣਾ ਨਹੀਂ ਮੈਂ ਕਿਹਾ ਤੂੰ ਜੋ ਮਰ ਜਾ ਮੈਂ ਤੈਨੂੰ ਸੁਧਾਰਨਾ ਚਾਹੇ ਤੂੰ ਮੇਤੋਂ ਮੈਂ ਜ਼ਿੰਦਗੀ ਤੇ ਹੋਣਗੀਆਂ ਜਦ ਤੂੰ ਹੈ ਨਹੀਂ ਮੈਂ ਕਿਹਾ ਫੇਰ ਐਂਡ ਤੱਕ ਰਜਾਂਗਾ ਮੈਂ ਕਿਹਾ ਮੈਂ ਉਹ ਕੀ ਕਰਦਾ ਉਹਨੂੰ ਮੈਂ ਲਿਆਉਣਾ ਲਿਆ ਕੇ ਨਸ਼ਾ ਛਡੋ ਕੇਂਦਰ ਭਰਦਿਆਂ ਨਾਲ ਫੇਰ ਦੌੜ ਜਾਂਦਾ ਮੈਂ ਫੇਰ ਲਿਆਉਂਦਾ ਚੱਕ ਕੇ ਫੇਰ ਨਸ਼ਾ ਛਡਾਉ ਕੇਂਦਰ ਏਦਾਂ ਹੀ ਚੱਲਣ ਦੀ ਉਹ 16ਵਾਂ ਸੈਂਟਰ ਸੰਗਰੂਰ ਚ ਚਲੇ ਗਿਆ ਉਹ 2.5 ਸਾਲ ਹੋ ਗਏ ਉਹਦੇ ਪਿੱਛੇ ਮੈਨੂੰ ਫਿਰਦੇ अच्छा जी चोरी वो सामान ਚੱਕ ਕੇ ਲੈ ਗਿਆ ਲਾਗੇ ਘਰ ਦੇ ਵਿੱਚੋਂ ਫੇਰ ਮੈਂ ਉਦੋਂ ਜਾ ਕੇ ਮੜਾਇਆ ਦੁਕਾਨ ਤੇ ਜਾ ਕੇ ਸਮਾਨ ਵੀ ਨਾਲ ਉਹਨੂੰ ਫੜ ਕੇ ਸਮਾਂ ਮੈਂ ਫੇਰ ਭੇਜ ਦਿੱਤਾ ਹੁਣ ਸੈਂਟਰ ਤੇ ਮੈਨੂੰ ਇਦਾਂ ਮੈਂ ਕਹਿੰਦਾ ਮੈਂ ਉਹਨੂੰ ਸਮਝਾਉਣਾ ਸੀ ਅਸਲ ਜਿਹ ਵਿੱਚ ਕਈ ਨੌਜਵਾਨਾਂ ਨੂੰ ਸਾਡੇ ਸਮਝਣਾ ਨਹੀਂ ਚਾਹੁੰਦੇ ਗਰਮਾਣੀ ਨਾ ਮੈਂ ਮੈਂ ਉਹਨਾਂ ਨਾਲ ਜੁੜ ਕੇ ਦੇਖੋ ਸਾਡੇ ਗੁਰੂ ਸਾਹਿਬ ਦਾ ਪ੍ਰਕਾਸ਼ ਮੈਂ ਉੱਥੇ ਲਿਜਾ ਕੇ ਨਾਲ ਹੱਥ ਲਾ ਕੇ ਉੱਥੇ ਬਿਠਾਉਣਾ ਨਾਲ ਬਿਠਾਉਣਾ ਹੁੰਦਾ ਬੈਠ ਬੈਠੇ ਮੈਂ ਜੋੜਦਾ ਸੀ ਮਨ ਨੂੰ ਜੋ ਕਿਉਂਕਿ ਕੋਸ਼ਿਸ਼ ਤਾਂ ਆਪ ਨੂੰ ਕਰਨੀ ਪੈਣੀ ਹੈ ਬਈ ਤੁਸੀਂ ਦੱਸੋ ਮੇਰੇ ਕੋਲ ਵੀ ਬੜੀ ਯੂਥ ਬਾਈ ਫੋਨ ਕਰਦੀ ਸੀ ਨਸ਼ਾ ਛੱਡਣਾ ਚਾਹੁੰਦੇ ਆ ਪਿੱਛੇ ਮੈਂ ਕੋਸ਼ਿਸ਼ ਵੀ ਕੀਤੀ ਸੀ ਬਾਈ ਹਾਂਜੀ ਪੰਜਾਬ 'ਚ ਅਸੀਂ ਕੋਸ਼ਿਸ਼ ਕੀਤੀ ਕਿ ਯੂਥ ਨੂੰ ਨਸ਼ੇ 'ਚੋਂ ਕੱਢੀਏ ਤਾਂ ਅਸੀਂ ਕੀ ਕਰਦੇ ਸੀਗੇ ਬਾਈ ਜਿਵੇਂ ਕੋਈ ਪੇਸ਼ੈਂਟ ਆ ਗਿਆ ਨਸ਼ੇ ਕਰਨ ਵਾਲਾ ਅਸੀਂ ਉਹਨੂੰ ਆਸ਼ਰਮ ਐਡਮਿਟ ਕਰਾਉਂਦੇ ਸੀਗੇ ਨਸ਼ਾ ਛਡਾਊ ਕੇਂਦਰ ਹਾਂ ਪਰ ਮੈਨੂੰ ਸ਼ਰਮ ਆ ਰਹੀ ਉਹਨੇ ਦੱਸਦੇ ਹੋਏ ਕਿ ਅਜੇ ਤੱਕ ਜਿੰਨੇ ਵੀ ਅਸੀਂ ਭੇਜੇ ਨੇ ਉਹਦੇ ਚੋਂ 50% ਨਸ਼ਾ ਛੱਡਿਆ ਪਜਾਨੇ ਨਹੀਂ ਛੱਡਿਆ ਇੱਕ ਸਹੀ ਤਰੀਕਾ ਜੇ ਇਸ ਪੋਡਕਾਸਟ ਨੂੰ ਸੁਣਨ ਵਾਲਾ ਵੀਰ ਕੋਈ ਨਸ਼ਾ ਕਰਦਾ ਉਹਨੇ ਛੱਡਣਾ ਤੁਹਾਡੇ ਹਸਾਬ ਨਾਲ ਤੁਸੀਂ ਜ਼ਿੰਦਗੀ ਚੋਂ ਬਾਹਰ ਆਏ ਹੋ ਸਭ ਤੋਂ ਪਹਿਲਾਂ ਪ੍ਰੋਸੈਸ ਉਹ ਪਹਿਲਾ ਜਿਹੜਾ ਸਟੈਪ ਆਉ ਕੀ ਚੱਕੇ ਅਨਮੂਲ ਬੀਰੀ ਜਿਹੜਾ ਨਸ਼ਾ ਛਡਾਊ ਕੇਂਦਰਾਂ ਨਾਲ ਇੱਕ ਟਾਈਮ ਟਪਾਇਆ ਜਾ ਸਕਦਾ ਨਸ਼ਾ ਛਡਾਣ ਦਾ ਕੋਈ ਸਾਧਨ ਨਹੀਂ ਹੈਗਾ ਅਸਲ ਦੇ ਵਿੱਚ ਜੀ ਬਿਲਕੁਲ ਸਹੀ ਗੱਲ ਹੈ ਬਾਈ ਐਗਰੀ ਜਿੰਨੇ ਪਰਸੈਂਟ 50% ਤੂੰ ਜਿੰਨੇ ਬਾਕੀਆਂ ਦਾ ਵੀ ਉਹਨਾਂ ਦਾ ਜੀਵਨ ਦੇਖੀ ਚੈੱਕ ਕਰਕੇ ਸਾਰੇ ਹੀ ਲੱਗ ਗਏ ਹੋਣਗੇ 1 2 ਜੇ ਹੋਣਗੇ 100 ਦੇ 100 ਹੀ ਲੱਗੇ ਹੋਣਗੇ ਲੱਗੇ ਹੋਣਗੇ ਕਿਉਂਕਿ ਜਿਹੜਾ ਨਸ਼ਾ ਉਹ ਘਰ ਚ ਤੰਗ ਕਰਦਾ ਅਸੀਂ ਕੀ ਕਹਿ ਦਿੰਨੇ ਆ ਨਸ਼ਾ ਛਡਾਊ ਕੇਂਦਰ ਭੇਜ ਦੋ ਟਾਈਮ ਟਪ ਹੋ ਜਾਊਗਾ ਪਰ ਅਸਲ ਦੇ ਵਿੱਚ ਕੋਈ ਨਹੀਂ ਹੈਗਾ ਨਸ਼ਾ ਬੰਨ ਕੇ ਛਡਾਇਆ ਹੀ ਨਹੀਂ ਜਾ ਸਕਦਾ ਅਸਲ ਦੇ ਵਿੱਚ ਤਾਂ ਮੇਰਾ ਗੁਰੂ ਸਾਹਿਬ ਦੀ ਉਹਨ ਜਿਹੜਾ ਨੌਜਵਾਨ ਕਰਦਾ ਉਹਨੂੰ ਹਟਾ ਕੇ ਉਹਨੂੰ ਕਿਸੇ ਪਾਸੇ ਦਿਸ਼ਾ ਦੇਣੀ ਪੈਣੀ ਆ ਉਹਨੂੰ ਗੁਰੂ ਨਾਲ ਜੋੜਨਾ ਪੈਣਾ ਗੁਰੂ ਨਾਲ ਜੋੜਨਾ ਪੈਣਾ ਮੈਂ ਤਾਂ ਸਭ ਤੋਂ ਵੱਡਾ ਮੈਨੂੰ ਤਾਂ ਇਹ ਆ ਮੈਂ ਤਾਂ ਬਾਣੀ ਨਾਲ ਜੁੜ ਕੇ ਦੇਖਿਆ ਜਿੰਨੇ ਸਾਡੇ ਹੋਰ ਨੌਜਵਾਨ ਮੇਰੇ ਨਾਲ ਸੀਗੇ 11 ਮੈਂਬਰ ਸੀਗੇ ਉਹ ਸਾਰੇ ਹੀ ਤਕਰੀਬਨ ਉਹ ਤੋਂ ਅੱਧੇ ਤੋਂ ਜ਼ਿਆਦਾ ਇਹੋ ਜੀ ਉਹ ਸਾਰੇ ਹੀ ਅਸੀਂ ਜਿਹੜੇ ਬਾਣੀ ਨਾਲ ਜੁੜ ਕੇ ਹਟਿਆ ਹਜੇ ਤੱਕ ਰਵੀ ਪੈਰਾ ਦੇ ਰਹੇ ਆ ਗੁਰੂ ਸਾਹਿਬ ਦੀ ਐਨ ਪੂਰੀ ਆ ਨਾ ਬਜੂ ਦਾ ਮਤਲਬ ਵੀਰੇ ਜੇ ਕੋਈ ਬੰਦਾ ਨਸ਼ਾ ਕਰਦਾ ਗੁਰਦੁਆਰਾ ਸਾਹਿਬ ਜਾਵੇ ਜਾਵੇ ਪਾਠ ਕਰੇ ਪਾਠ ਕਰੇ ਜੇ ਨਹੀਂ ਪਾਠ ਕਰਾਂ ਦਾ ਵੈਗੁਰੂ ਵੈਗੁਰੂ ਕਰੇ ਮਨ ਜੋੜੇ ਬਿਰਤੀ ਜੋੜੇ ਗੁਰੂ ਸਾਹਿਬ ਕਿਉਂਕਿ ਜਦੋਂ ਬੰਦਾ ਬਹਿਣ ਲੱਗਦਾ ਨਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਦੇ ਆਪਣਾ ਪਨ ਮਿਲਦਾ ਉਹਨੂੰ ਹੈਨਾ ਕੋਈ ਵੀ ਮੰਦਿਰ ਜਾਵੇ ਮੰਦਿਰ ਤੇ ਜਾ ਕੇ ਵੀ ਜਦੋਂ ਸ਼ਾਂਤੀ ਦੇ ਨਾਲ ਬੈਠਾ ਜਾ ਕੇ ਜਦੋਂ ਕਿਦਾਂ ਨਾ ਅੰਦਰੋਂ ਕਨੈਕਟੀਵਿਟੀ ਜੁੜਦੀ ਬਈ ਕਨੈਕਟੀਵਿਟੀ ਜੋੜਦੀ ਆ ਬੰਦੇ ਨੂੰ ਲੱਗਦਾ ਯਾਰ ਮੈਂ ਜੇ ਜੋੜਨਾ ਬੰਦੇ ਨੂੰ ਅਸਲ ਦੇ ਵਿੱਚ ਤਰਨਾ ਦਾ ਪਹਿਣਾ ਹਾਂ ਤੁਰਨਾ ਦਾ ਪਹਿਣਾ ਛੱਡਣਾ ਚਾਹੁੰਦਾ ਹਾਂ ਤੇ ਜੇ ਹੁਣ ਉੱਥੇ ਜਾ ਕੇ ਗੋਲ ਕੈਂ ਹੀ ਦੇਖੀ ਜਾਣੀ ਆ ਵੋ ਗੋਲ ਕੁਝ ਪੈਸੇ ਕਿੱਦਾਂ ਕੱਢਣੇ ਆ ਫਿਰ ਆ ਕਰਦੇ ਨੇ ਅਸੀਂ ਪਿੱਛੇ ਸੁਣਿਆ ਸੀ ਨਸ਼ੇੜੀ ਐ ਕਰਦੇ ਨੇ ਨਸ਼ੇੜੇ ਕਰਦੇ ਆ ਉਹ ਜਾ ਕੇ ਰਾਤ ਨੂੰ ਸਵੇਰੇ ਕਰਾਈ ਕਰਕੇ ਸ਼ਾਮ ਨੂੰ ਉਹ ਵੀ ਗਲਤ ਮੈਂ ਇੱਕ ਇੱਕ ਗੱਲ ਕਰਦਾ ਵੀ ਜੋੜਨਾ ਆਪ ਨੂੰ ਥੋੜਾ ਜਿਆ ਕਰਨਾ ਪੈਣਾ ਬਾਕੀ ਬਾਕੀ ਜਿਹੜੀ ਨਸ਼ਾ ਛਡਾਊ ਕੇਂਦਰ ਆ ਇਹ ਤਾਂ ਇੱਕ ਬਿਜ਼ਨਸ ਬਣ ਚੁੱਕਿਆ ਆ ਹਾਂ ਮੋਲ ਵੀਰੇ ਸਭ ਤੋਂ ਜ਼ਿਆਦਾ ਤਾਂ ਬਿਜ਼ਨਸ ਆ ਕਿਚੇ ਖਬਰ ਸੁਣੀ ਸੀ ਬਾਈ ਆਪਾਂ ਕਿ ਨਸ਼ਾ ਛਡਾਊ ਕੇਂਦਰ ਚ ਬੰਦਾ ਮਾਰਤਾ ਸੀਗਾ ਤੇ ਬਦੋਂ ਨਹਿਰ ਚ ਛੋਟਿਆ ਹੈ ਉਹ ਵੀ ਚੱਲਦਾ ਨਸ਼ਾ ਮਾਰਕਟਾਈ ਚ ਚੱਲਦੀ ਆ ਬਹੁਤ ਜ਼ਿਆਦਾ ਜਦੋਂ ਅਸਲ ਦੇ ਵਿੱਚ ਕੀ ਕਰਦੇ ਆ ਇਹਨਾਂ ਨੂੰ ਸਮਝਾਉਣਾ ਪੈਂਦਾ ਇਹ ਜ਼ਿਆਦਾਤਰ ਜਿਹੜੇ ਬੰਦੇ ਆ ਉਹ ਕੁੱਟ ਕੇ ਸਮਝਾਉਂਦੇ ਆ ਮਾਰਕਟਾਈ ਕਰਕੇ ਨਸ਼ੇ ਵਾਲੇ ਬੰਦੇ ਨੂੰ ਕੁੱਟ ਕੇ ਹੋਰ ਅੰਦਰ ਨੂੰ ਉਹਦੇ ਅੰਦਰ ਭਰ ਦੇਣੀ ਆ ਮਤਲਬ ਗੁੱਸਾ ਭਰ ਦੇਣਾ ਉਹਦੇ ਵਿੱਚ ਉਹ ਕਰਦੇ ਆਂ ਪ੍ਰਤੀ ਬਾਹਰ ਨਿਕਲਣ ਦੇ ਮੈਂ ਤੁਹਾਨੂੰ ਐ ਕਰਨਾ ਹੈ ਨਾ ਉਹ ਕੰਦਰੀ ਭਰੀ ਜਾਣਾ ਉਹ ਫਿਰ ਕੋਟੀ ਜਾਣਾ ਜੇ ਉਹ ਗਲਤੀਆਂ ਨੇ ਕੋਈ ਰੂਲ ਬੋਸ ਟ੍ਰਿਕ ਕਰਦੇ ਨੇ ਉਹਨੂੰ ਕੁੱਟ ਮਾਰ ਕੇ ਉਹਨੂੰ ਕਰ ਦੇਣਾ ਉਹ ਗਲਤ ਮਾਰੀ ਕੌੜਾ ਹੋ ਜਾਂਦਾ ਬੰਦਾ ਕੌੜਾ ਹੋ ਜਾਂਦਾ ਬੰਦਾ ਫਿਰ ਜਦੋਂ ਫਿਰ ਅਗਲੇ ਪੈਣ ਲੱਗਦਾ ਉਹ ਮਾਰ ਕਟਾਈ ਕਰਕੇ ਤੇ ਮਰ ਜਾਂਦੇ ਅੰਦਰ ਹੀ ਕਹਿ ਦਿੰਦੇ ਬੰਦੇ ਤੂੰ ਇਹਨੂੰ ਕੁੱਟੇ ਜਿਹੜੇ ਅੰਦਰ ਨਸ਼ਾ ਛੱਡੇ ਵਾਲੇ ਹੁੰਦੇ ਉਹੀ ਕੁੱਟਣ ਲਾਪਨਦੇ ਅੰਦਰ ਜਾ ਕੇ ਉਹ ਕਈ ਕੀ ਕਰਦੇ ਬਾਹਰ ਕਿਸੇ ਨੂੰ ਕਿਹਾ ਕੁਝ ਨਹੀਂ ਹੁੰਦਾ ਅੰਦਰ ਜਾ ਕੇ ਉਹਨਾਂ ਨੂੰ ਕੱਲਾ ਬੰਦਾ ਮਿਲ ਜਾਂਦਾ ਕੁੱਟਣ ਨੂੰ ਵੱਧ ਘੱਟ ਸੱਟ ਲੱਗੇ ਤਾਂ ਮਰ ਗਿਆ ਮੁੜ ਕੇ ਹਾ ਕੰਮ ਕਰਦੇ ਆ ਫਿਰ ਉਹਨੂੰ ਛਪਾਉਣ ਦੇ ਲਈ ਜਿਹੜਾ ਇਦਾਂ ਦਾ ਕਾਰਾ ਕੀਤਾ ਹੁੰਦਾ ਉਹ ਸੌ ਝੂਠ ਬੋਲਦੇ ਗਲਤ ਕਲ ਕਈ ਕਈ ਨਸ਼ਾ ਛਡੋ ਕੇਂਦਰ ਹੈਗੇ ਜਿਹੜੇ ਬਾਣੀ ਨਾਲ ਜੋੜਦੇ ਉਹ ਗੁਰੂ ਨਾਲ ਜੋੜ ਕੇ ਆ ਮੇਰਾ ਵੀਰ ਵੱਡਾ ਭਾਈ ਆ ਜੱਗਾ ਵੀਰ ਕਪੂਰਥਲ ਉਹ ਗੁਰਬਾਣੀ ਨਾਲ ਜੋੜਦਾ ਆਣਾ ਗੁਰਮਾਣੀ ਨਾਲ ਜੋੜਦਾ ਸਾਰਿਆਂ ਜਾ ਕੇ ਆਣਾ ਗੁਰਮਾਣੀ ਨਾਲ ਕਰਦੇ ਆ ਜੋੜ ਦੇ ਗੁਰੂ ਨਾਲ ਜੋੜ ਕੇ ਹਟਾਉਂਦੇ ਆ ਬਹੁਤ ਬੰਦੇ ਹਟ ਗਏ ਕਈ ਬੰਦੇ ਹੈਗੇ ਆ ਕਈ ਜਿਹੜੇ ਹੈਗੇ ਤਦਾ ਤੱਕਰ ਨਸ਼ਾ ਹੁਣ ਮੇਰੇ ਮੇਰੇ ਲੱਗ ਗਿਆ ਮਿਆਣੀ ਹੈ ਇੱਕ ਨਸ਼ਾ ਛਡਾਊ ਕੇਂਦਰ ਮੇਰੇ ਉਥੇ 12 ਬੰਦੇ ਐਡਮਟ ਆ ਅੱਛਾ ਜੀ ਹਾਂ 12 ਬੰਦੇ ਐਡਮਟ ਆ ਮੇਤੋਂ ਪੈਸੇ ਨਹੀਂ ਲੈਂਦੇਓ ਮੈਨੂੰ ਹਾਂ ਮੈਨੂੰ ਕਹਿੰਦੇ ਵੀ ਚਲੋ ਉਹ ਆਪਣੇ ਤਾਂ ਚਲੋ ਹਣਾ ਉਹਨਾਂ ਦਾ ਬਿਜ਼ਨਸ ਕਰਦੇ ਆ ਪਰ ਮੇਰੇ ਤੋਂ ਪੈਸਾ ਨਹੀਂ ਲੈਂਦੇ ਮੈਨੂੰ ਕਹਿੰਦੇ ਵੀ ਤਿੰਦਰਾ ਉਹ ਮੈਨੂੰ ਮੈਨੂੰ ਫੋਨ ਮਾਰਦੰਨਾ ਵੀ ਬਾਈ ਇਥੋਂ ਬੰਦੇ ਕੋ ਮਾਂ ਆਈ ਆ ਕਿਉਂਕਿ ਮੈਂ ਜੈਨੂਅਲ ਕੇਸ ਭੇਜਣਾ ਇਹ ਨਹੀਂ ਵੀ ਆਪਾਂ ਜਿਹੜਾ ਕਰਦਾ ਜਿਹਦੇ ਘਰ ਦਾ ਸਭ ਕੁਝ ਹੀ ਵਿਕ ਗਿਆ ਅਸੀਂ ਉਹ ਭੇਜਣਾ ਨੀੜੀ ਪੂਰਾ ਹਾਂ ਨੀੜੀ ਪੀ ਪੂਰ ਭੇਜਣਾ ਉਹਨੇ 12 ਬੰਦੇ ਸਾਡੇ ਰੱਖਿਓ ਆ ਪਰ ਉਹ ਟਾਈਮ ਟਪੋਈ ਆ ਉਹ ਤਾਂ ਜਦੋਂ ਹੁਣ ਹੈ ਗਿਆ ਮੈਂ ਅੰਦਰੋਂ ਜਾ ਕੇ ਲਿਆਉਣੇ ਆ ਨਾਲ ਰੱਖ ਕੇ ਦੇਖਣੇ ਆ ਜੇ ਤਾਂ ਉਹ ਰੱਖ ਛੱਡ ਗਏ ਤਾਂ ਠੀਕ ਹੈ ਨਹੀਂ ਤਾਂ ਫਿਰ ਜ਼ਿਆਦਾਤਰ ਤੋਂ ਘਰਾਂ 'ਚ ਜਾ ਕੇ ਫੇਰ ਉਹੀ ਕੰਮ ਕਰ ਲੈਂਦੇ ਜ਼ਿਆਦਾ ਇੱਕ ਹੋਰ ਅਨਮੋਲ ਵੀਰ ਘਰਦਿਆਂ ਦਾ ਬਹੁਤ ਵੱਡਾ ਯੋਗਦਾਨ ਇਹਦੇ ਬਾਰੇ ਵੀ ਜਰੂਰ ਦੱਸੋ ਬਾਈ ਘਰਦਿਆਂ ਦਾ ਇਦਾਂ ਆ ਹੁਣ ਮੈਂ ਦੋ ਭਰਾ ਇੱਕ ਧੂਤਾਂ ਤੋਂ ਲੈ ਕੇ ਆਇਆ ਮੇਰੀ ਉਹਦੀ ਮਾਤਾ ਕਹਿੰਦੀ ਸੀ ਘਰ ਦੀ ਨਾ ਇੱਕ ਬਾਲਟੀ ਹੁੰਦੀ ਨਾ ਰੰਗ ਵਾਲੀ ਉੱਤ ਨਹਾਉਣ ਨੂੰ ਰੱਖ ਦਿੰਦੇ ਤਾਂ ਉਹ ਵੀ ਚੱਕ ਕੇ ਵੇਚਿਆ ਕੀ ਇੱਕ ਮਾਂ ਨਹਾਉਣ ਵਾਲੀ ਬਾਲਟੀ ਕਿਸੇ ਤੋਂ ਮੰਗ ਲੈ ਮੈਂ ਨਹਾਉਣਾ ਕਰਨਾ ਕੀ ਹੁੰਦੀ ਉਹ ਵੀ ਚੱਕ ਕੇ ਵੇਚਿਆ ਦੋ ਇੱਕ ਵਿਆਹ ਸੀ ਇੱਕ ਕਬਾਰਾ ਮੈਂ ਚੱਕ ਕੇ ਲਿਆ ਕੇ ਐਡਮਿਟ ਕਰਵਾਏ ਬਿਲਕੁਲ ਛੱਡ ਗਏ ਮੈਂ ਆਪਣੇ ਕੋਲ ਰੱਖੇ ਇੱਕ ਭਰਾ ਤਾਂ ਬਿਲਕੁਲ ਠੀਕ ਹੋ ਗਿਆ ਜਿਹੜਾ ਵਿਆਹ ਸੀ ਉਹਦੀ ਘਰ ਵਾਲੀ ਕਹਿਣ ਲੱਗੀ ਵੀ ਅਸੀਂ ਵਿਆਹ ਜਾਣਾ ਸਹੁਰੇ ਮੈਨੂੰ ਕਿਹਾ ਰੁਕ ਜਾ ਭੈਣੇ 10 ਦਿਨ ਤਾਂ ਹੋਇਆ ਇਹਨੂੰ ਰੁਕ ਜਾ ਹਜੇ ਤੱਕ ਕੋ ਸਹੀ ਨਹੀਂ ਹੈਗੇ ਨਹੀਂ ਨਹੀਂ ਅਸੀਂ ਜਾਣਾ ਆ ਜਾਣਾ ਉਹ ਵਿਆਹ ਗਿਆ ਉਥੋਂ ਲਾ ਕੇ ਬਹਿ ਗਿਆ ਬਸ ਚੁੱਪ ਕਰਕੇ ਲਾ ਲਿਆ ਉਹਨੂੰ ਫੇਰ ਦੁਬਾਨ ਲਾ ਲਿਆ ਘਰ ਚਲ ਗਿਆ ਓਵਰਡੋਸ ਹੋ ਗਿਆ ਮੈਂ ਕਿਹਾ ਮੈਂ ਨਹੀਂ ਹੁਣ ਜਾਣਾ ਜਦ ਤੁਹਾਡਾ ਫਰਜ ਸੀ ਹਜੇ ਤੱਕ ਕੋ ਪ੍ਰੋਪਰ ਠੀਕ ਨਹੀਂ ਤੂੰ ਹੀ ਲੰਦ ਦੂਜਾ ਭਰਾ 6 ਮਹੀਨੇ ਅਨਮੋਲ ਵੀਰੇ ਮੇਰੇ ਨਾਲ ਸੇਵਾ ਕੀਤੀ ਕਈਆਂ ਵੀਡੀਓ ਚ ਵੀ ਸਾਡੇ ਆਈਆਂ ਹੁਣ ਬਿਲਕੁਲ ਠੀਕ ਨਹੀਂ ਨਹੀਂ ਉਹ 6 ਮਹੀਨੇ ਦੱਸਣਾ ਮਾਂ ਉਹਦੀ ਫੋਨ ਕਰਨ ਲੱਗੀ ਮੈਂ ਉਹਨੂੰ ਕਿਹਾ ਮੈਂ ਕਿਹਾ ਤੁਹਾਡਾ ਜਿਹੜਾ ਆਪਾਂ ਚਲੋ ਸੰਸਤਾ ਵੱਲੋਂ ਜੋ ਤੁਹਾਡਾ ਖਰਚਾ ਉਹ ਵੀ ਆਪਾਂ ਸਮਾਨ ਦਿਆ ਕਰਾਂਗੇ ਤੁਸੀਂ ਸਾਡੇ ਕੋ ਰਹਿਣ ਦਿਓ ਇਹਦੀ ਜ਼ਿੰਦਗੀ ਮੈਨੂੰ ਬਹੁਤ ਵਧੀਆ ਅਨਮੋਲ ਵੀਰੇ ਲੱਗਦਾ ਨਾ ਜਦੋਂ ਇੰਦਾ ਛੱਡ ਕੇ ਨਾਲ ਤੁਰੇ ਨਾ ਇੱਕ ਡਾਗ ਨਾਲ ਇਹਦਾ ਨਾਲ ਤੁਰੇ ਕੋਈ ਬਿਮਾਰੀ ਨੇ ਉਸ ਬੜਾ ਫੈਲੀ ਹੋਈ ਰਹਿੰਦੀ ਆਉਂਦੀ ਹੈ ਨਾ ਉਹ ਐਂ ਲੱਗਦਾ ਜਿਵੇਂ ਰੱਬ ਭਾਵੇਂ ਹਾਂ ਵੀ ਇਹਦੀ ਅਸੀਂ ਜ਼ਿੰਦਗੀ ਆਹ ਹੈ ਉਹ ਕਈ ਵਾਰੀ ਬੰਦੇ ਵੀ ਵਿੱਚੋਂ ਕਹਿੰਦੇ ਵੀ ਆਹ ਭਾਜੀ ਅਸੀਂ ਆਹ ਹਾਲਾਤ ਸੀਗੇ ਹਨਾ ਕਿਉਂਕਿ ਉਹ ਨਿਕਲਣਾ ਚਾਹੁੰਦੇ ਪਰ ਉਹਨਾਂ ਦੀ ਮਜਬੂਰੀ ਜਿਹੀ ਹੈ ਨਾ ਇਹ ਸਭ ਤੋਂ ਵੱਡੀ ਉਹ ਮੁਰਕੇ ਦੀ ਮਾਤਾ ਨੇ ਕਹਿਤਾ ਪੁੱਤ ਖੇਤ ਬੋਣੇ ਵਾਲੇ ਇਹਨੂੰ ਭੇਜੀ ਮੈਂ ਬਥੇਰਾ ਗਿਆ ਮਾਤਾ ਨਾ ਮੰਗਾ ਮਾ ਨਾ ਮੰਗਾ ਮੈਨੂੰ ਉੱਥੇ ਸਹੀ ਨਹੀਂ ਹੈਗਾ ਨਾ ਮੰਨੀ ਨਹੀਂ ਕਹਿੰਦੀ 4 ਦਿਨ ਦੇ ਵਿੱਚ ਫੇਰ ਭੇਜ ਦੇਣਾ ਫਿਰ ਅਨਮੋਲ ਬੇਰੇ ਚਲ ਗਿਆ ਲਾਲਿਆ ਉੱਥੇ ਜਾ ਕੇ ਫਿਰ ਉੱਥੇ ਗੱਲ ਕੀਆ 4 ਦਿਨ ਬਾਅਦ ਉਹਦੇ ਯਾਰਾਂ ਦੋਸਤਾਂ ਨੇ ਉਹਨਾਂ ਕੰਡੈਕਟ ਕੀਤਾ ਇੱਕ ਇਹ ਵੀ ਬਹੁਤ ਹੈ ਜਿਹੜੀ ਨਾਲ ਦੀ ਮੈਜੋਰਟੀ ਹੁੰਦੀ ਆ ਬੰਦੇ ਉਹਦੀ ਹਨਾ ਉਹ ਸਰਕਲ ਜਿਹੜਾ ਉਹ ਕੀ ਸੋਚ ਸੋਚਦੇ ਆ ਉਹਨੇ ਜਾਣ ਕੇ ਫੇਰ ਲਾਤਾ ਫਿਰ ਅਜੇ ਉਹੀ ਦੋਨੇ ਭਰਾ ਉਹੀ ਉੱਥੇ ਘੁੰਮ ਰਹੇ ਆ ਇਹ ਪਿੱਛੇ ਜੇ ਇੱਕ ਵੀਡੀਓ ਆਈ ਸੀ ਉਹ ਦੁਕਾਨ ਤੇ ਜਾ ਕੇ ਪੈਸੇ ਮੰਗਦਾ ਸੀ ਉਹਦਾ ਜਿਹੜਾ ਵੱਡਾ ਭਰਾ ਸੀ ਹਾਂਜੀ ਹਾਂਜੀ ਹਾਂ ਉਹ ਸਾਡੇ ਨਾਂ ਤੇ ਜਾ ਕੇ ਪੈਸੇ ਮੰਗਾ 50 ਰੁਪਏ ਦੋ ਤੇਲ ਪੋਣਾ ਦੁਕਾਨ ਵਾਲੇ ਦੇ ਹੀ ਜਾਂਦੇ ਪੰਜਾ ਛਿਆ ਜਾਣਿਆਂ ਤੋਂ ਮੰਗ ਕਿਉਂ ਨਹੀਂ ਆਪਣਾ ਇਹ ਸਿਸਟਮ ਬੰਦਾ ਬਣਾਣਾ ਸਮਝਾਉਣਾ ਤਾਂ ਚਾਹੁੰਦਾ ਪਰ ਮਨ ਇਹ ਹੁੰਦਾ ਵੀ ਬੰਦੇ ਨੂੰ ਆਪ ਘਰਦਿਆਂ ਨੂੰ ਵੀ ਤੁਰਨਾ ਪੈਣਾ ਤੇ ਬੰਦੇ ਨੂੰ ਵੀ ਮੜ ਜੀ ਹਿੰਮਤ ਕਰਨੀ ਪੈਣੀ ਇਸ ਜਾਲ ਚ ਜਦੋਂ ਟਾਈਮ ਨਿਕਲ ਜਾਂਦਾ ਨਾ ਇੱਕ ਬੰਦੇ ਦੀ 26 27 ਸਾਲ ਦੀ ਉਮਰ ਤੋਂ ਨਿਕਲ ਜਾਂਦੀ ਫਿਰ ਬੰਦੇ ਨੂੰ ਸੋਚ ਵੀ ਉਹਦੀ ਹੋਰ ਹੋ ਜਾਂਦੀ ਹੈ ਫਿਰ ਬੰਦੇ ਨੂੰ ਹੁਣ ਮੇਰੇ ਨਾਲ ਦੇ ਅਨਮੋਲ ਵੀਰੇ ਕਈ ਹਜੇ ਤੱਕਰ ਵੀ ਨਹੀਂ ਹਟਦੇ ਹਜੇ ਤੱਕਰ ਵੀ ਨਹੀਂ ਹਟਦੇ ਉਹ ਲੱਗੇ ਪਏ ਆ ਤੁਹਾਡੇ ਸਾਹਿਬ ਨਾਲ ਬਈ ਨਸ਼ਾ ਕਿਵੇਂ ਛੱਡਿਆ ਜਾ ਬੰਦ ਕਿਵੇਂ ਕਰਾਇਆ ਜਾ ਸਕਦਾ ਪੰਜਾਬ ਚੋਂ ਤੁਹਾਡੀ ਰਾਇ ਕੀ ਇਸ ਗੱਲ ਤੇ ਬੰਦ ਅਨਮੋਲ ਵੀਰ ਜੇ ਸਰਕਾਰਾਂ ਚਾਹਵੇ ਨਾ ਇਹ ਸੱਚੀ ਗੱਲ ਸਰਕਾਰਾਂ ਤੇ ਪਬਲਿਕ ਰਲ ਕੇ ਕਿਵੇਂ ਪਬਲਿਕ ਹੁਣ ਕਿਦਾਂ ਮੁਹਿੰਮ ਚੱਲੀ ਸੀ ਪਿੰਡ-ਪਿੰਡ ਦੇ ਵਿੱਚ ਕਮੇਟੀਆਂ ਬਣੀਆਂ ਸੀ ਅਸੀਂ ਬੰਨ ਨਹੀਂ ਦੇਣਾ ਪਿੰਡ ਦੇ ਵਿੱਚ ਪਿੱਛੇ ਬਈ ਉਹ ਜਿਹੜਾ ਬਾਈ ਸੀਗਾ ਕੀ ਨਾਮ ਸੀ ਉਹਨਾਂ ਦਾ ਜਿਨ੍ਹਾਂ ਨੇ ਅੰਦਰ ਵੀ ਜਾ ਕੇ ਆਏ ਨੇ ਨੇ ਪ੍ਰਵਿੰਦਰ ਝੋਟਾ ਝੋਟਾ ਜੀ ਉਹਨਾਂ ਦੀ ਕੀ ਗਾਣੀ ਤੁਸੀਂ ਉਹਨਾਂ ਦਾ ਵੀ ਬੜਾ ਸਾਥ ਦੇਣਾ ਉਹ ਸਭ ਤੋਂ ਵਧੀਆ ਗੱਲ ਤੁਹਾਡੀ ਬਈ ਤੁਸੀਂ ਆਪਣੇ ਆਸ਼ਰਮ ਤੇ ਐਨਜੀਓ ਚਲਾਉਣ ਦੇ ਨਾਲ-ਨਾਲ ਹੋਰ ਪੰਜਾਬ ਦੇ ਬੜੇ ਮੁੱਦਿਆਂ ਦੇ ਤੁਸੀਂ ਬੋਲਦੇ ਹੋ ਹੱਕ 'ਚ ਤੁਸੀਂ ਖੜਦੇ ਹੋ ਹਾਂਜੀ ਅਨਮੋਲ ਵੀਰ ਜਿੰਨਾ ਕਿ ਸਮਾਜ ਦੇ ਵਿੱਚ ਨਾ ਕੋਈ ਵੀ ਹੋਵੇ ਜਦੋਂ ਕੋਈ ਚੰਗਾ ਕੰਮ ਕਰਦਾ ਹੋਵੇ ਜਾਂ ਉਹਦਾ ਕੋਈ ਵੀ ਆਪਾਂ ਜਿੰਨੇ ਜੋਗੇ ਆਗੇ ਖੜ ਜਾਈਦਾ ਹਰੇਕ ਪਾਸੇ ਨੂੰ ਤੇ ਮੈਂ ਉਹਦੇ ਅਸੀਂ ਧਰਨਿਆਂ ਤੇ ਵੀ ਗਏ ਆ ਉਹਦੇ ਤੇ ਤੇ ਉਹ ਬੜਾ ਵਧੀਆ ਕੰਮ ਕਰਦਾ ਹਟਾਰਿਆ ਨੌਜਵਾਨਾਂ ਨੂੰ ਦੇਖੇ ਜਿਹੜੇ ਵੇਚਦੇ ਉਹਨਾਂ ਡਰ ਪਊਗਾ ਨਾ ਵੀ ਮੈਂ ਵੇਚਿਆ ਤਾਂ ਮੈਂ ਉਹਨੂੰ ਕਹਿੰਦਾ ਇਹ ਹਟ ਸਕਦੇ ਆ ਪਰਚਿਆਂ ਨਾਲ ਤਾਂ ਡਰਦੀ ਨਹੀਂ ਉਹਨੂੰ ਬੋ ਚਾਰ ਚਾਰ ਪੰਜ ਪੰਜ ਤਾਂ ਪਰਚੇ ਇਹਨਾਂ ਤੇ ਹੋਏ ਹੋਏ ਉਹਨਾਂ ਤੋਂ ਤਾਂ ਇਹਨੂੰ ਡਰ ਨਹੀਂ ਜਮਾਨਤ ਕਰਾਈ ਫੇ ਜਾਣ ਕੇ ਲੱਗ ਗੱਲ ਤੇ ਇਹ ਆ ਵੀ ਉਹ ਜਦੋਂ ਉਹਨਾਂ ਨੂੰ ਪਤਾ ਬੇਚਤੀ ਹੋਣੀ ਆ ਸਾਡੀ ਅਸੀਂ ਨਹੀਂ ਇਹ ਕੰਮ ਕਰਨਾ ਵੀ ਐਦਾਂ ਆ ਹੋਣੀ ਆ ਸਾਡੀ ਮਿੱਟੀ ਪਲੀਤ ਉਹ ਨਹੀਂ ਸਾਡੇ ਬੱਚੇ ਤੇ ਉਹ ਡਰਨ ਹਟ ਰਹੇ ਲੋਕ ਹਟੇ ਵੀ ਬਹੁਤ ਪਰ ਫਿਰ ਮੁੜ ਕੇ ਗੱਲ ਕੀ ਇਹ ਦੇ ਵਿੱਚ ਸਰਕਾਰਾਂ ਨੂੰ ਸਾਥ ਦੇਣਾ ਚਾਹੀਦਾ ਉਹਨਾਂ ਸਰਕਾਰਾਂ ਜੇ ਉਹਨੂੰ ਚਾਕੇ ਪਰਚੇ ਪ੍ਰਸ਼ਾਸਨ ਨੇ ਦੇ ਦੇਣੇ ਤਾਂ ਫਿਰ ਤਾਂ ਗਲਤ ਗੱਲ ਹੋ ਜਾਏਗੀ ਬਈ ਮੈਂ ਛੋਟੇ ਵੀਰਾਂ ਨੂੰ ਕਦੀ ਮਿਲਿਆ ਨਹੀਂ ਪਰ ਚਲੋ ਮੈਂ ਉਹਨਾਂ ਦੇ ਜ਼ਰੀਏ ਤੁਹਾਡੇ ਕੋਲ ਇੱਕ ਗੱਲ ਪੁੱਛਣਾ ਚਾਹੁੰਦਾ ਜਿਵੇਂ ਇਹ ਚੀਜ਼ਾਂ ਚ ਜਿੱਦਾਂ ਉਹਨਾਂ ਨੇ ਰੀਤ ਸ਼ੁਰੂ ਕੀਤੀ ਕਿ ਜਿਹੜਾ ਤੁਹਾਡੇ ਇਲਾਕੇ ਚ ਨਸ਼ਾ ਵੇਚਦਾ ਉਹਦੇ ਜੁੱਤੀਆਂ ਦਾ ਹਾਰ ਪਾਓ ਮੂੰਹ ਕਾਲਾ ਕਰੋ ਤੁਹਾਨੂੰ ਲੱਗਦਾ ਇਹਦੇ ਵਿੱਚ ਲੋਕ ਆਪਣੀ ਪਰਸਨਲ ਰੰਜਿਸ਼ ਕਰਨ ਲਈ ਵੀ ਕਰ ਸਕਦੇ ਨੇ ਜਾਂ ਪਹਿਲਾਂ ਸਬੂਤ ਫੜਿਆ ਜਾਵੇ ਉਸ ਬੰਦੇ ਦਾ ਹਾਂ ਬਿਲਕੁਲ ਇੱਕ ਜੀੜੀ ਹੈ ਨਾ ਇੱਕ ਇਹ ਗੱਲ ਹੋਈ ਸੀਗੀ ਵੀ ਜਿਹੜੇ ਕਮੇਟ ਪਰ ਜਿਹੜਾ ਸਬੂਤ ਹੀ ਆ ਗਿਆ ਹੁਣ ਆ ਇਹ ਨਾ ਬਿਲਕੁਲ ਕੈਮਰੇ ਦੇ ਮੁੱਲੇ ਉਹ ਫੜਦਾ ਵੇਚਦਾ ਫੜਿਆ ਉਹ ਤਾਂ ਪੱਕਾ ਦਿਖ ਰਿਆ ਨਾ ਵੀ ਇਹ ਬੇਜਰਾ ਮੂੰਹੋਂ ਵੀ ਮੰਨ ਰਿਆ ਮੈਂ ਸਬੂਤ ਆ ਗਿਆ ਜੇ ਫਿਰ ਸਬੂਤ ਆ ਗਿਆ ਉਹਦਾ ਪਰ ਜਿਹੜਾ ਬੰਦਾ ਉਹ ਕਰ ਰਿਆ ਆ ਵੀ ਕਮੇਟੀਆਂ ਕੱਢ ਰਹੀਆਂ ਰੰਜਿਸ਼ਾਂ ਉਹਦੇ ਪਰਚੇ ਦੇ ਸਾਰੀ ਕਮੇਟੀ ਗਈ ਜਾ ਕੇ ਉਹਦਾ ਬਿਲਕੁਲ ਨਾਂ ਲੈ ਕੇ ਉਹਦਾ ਪ੍ਰੂਫ ਨਹੀਂ ਉੱਤੇ ਜਾ ਕੇ ਪਰਚਾ ਪਵਾ ਦੇਣਾ ਉਹ ਗਲਤ ਪਿੱਛੇ ਜੇ ਇੱਕ ਚਿੱਠੀਆਂ ਪਾਉਣ ਦਾ ਚੱਲਿਆ ਸੀ ਨਮੂਲ ਵੀਰੇ ਵੀ ਇੱਕ ਬਣਾਇਆ ਸੀ ਸਰਕਾਰ ਨੇ ਵੀ ਚਿੱਠੀਆਂ ਪਾ ਕੇ ਆਪਣਾ ਨਾਂ ਤੁਹਾਡਾ ਨਾਂ ਨਹੀਂ ਸ਼ੋ ਹੋਊਗਾ ਚਿੱਠੀਆਂ ਪਾ ਦਿਓ ਬਹੁਤ ਗਲਤ ਵੀ ਆ ਬੜੀਆਂ ਲੋਕਾਂ ਨੇ ਆਪਣੀਆਂ ਰੰਜਿਸ਼ਾਂ ਦੇ ਵਿੱਚ ਚਿੱਠੀਆਂ ਪਾਤੀਆਂ ਇਹ ਵੇਚਦਾ ਜਦੋਂ ਇਨਕੁਆਰੀ ਆਉਂਦੀ ਸੀ ਥਾਣਿਆਂ ਦੇ ਵਿੱਚ ਤਾਂ ਉਹ ਪਤਾ ਲੱਗਦਾ ਸੀ ਹਾਂ ਮੇ ਮੇਰੇ ਕੋ ਸਰਪੰਚੀ ਵੀ ਚਲੋ ਹੈਗੀ ਮੈਂ ਮੈਨੂੰ ਥਾਣੇ 'ਚ ਸੱਦਦੇ ਤੇ ਉਹ ਮੈਨੂੰ ਲੋਕ ਕਹਿੰਦੇ ਵੀ ਤੇਰੇ ਪਿੰਡ ਦਾ ਆ ਬੰਦੇ ਨੇ ਚਿੱਠੀ ਉਹਦੇ ਪਤਾ ਹੀ ਨਹੀਂ ਲੱਗਦਾ ਕਿੰਨੇ ਪਾਈ ਇਹ ਵੀ ਚੀਜ਼ ਹੋ ਜਾਂਦੀ ਹੈ ਅੱਛਾ ਨਜਾਇਜ਼ ਬੰਦਿਆਂ ਤੋਂ ਵੀ ਜਿੱਕਨੇ ਨਹੀਂ ਨਜਾਇਜ਼ ਬੜੀ ਚਿੱਠੀਆਂ ਪੈ ਜਾਂਦੀਆਂ ਚਿੱਠੀਆਂ ਭਈ ਤੁਸੀਂ ਇਹ ਕਾਸ਼ਰਮ ਵੀ ਚਲਾਨੇ ਹੋ ਚ ਕਿੰਨੇ ਬੰਦੇ ਹੁਣ ਰਹਿ ਰਹੇ ਨੇ ਹੁਣ ਅਨਮੋਲ ਵੀਰੇ ਇਸ ਟਾਈਮ ਸਾਡੇ ਕੋਲ 104 ਜਣੇ ਆ ਇਸ ਟਾਈਮ ਅੱਛਾ ਉਹਨਾਂ ਬਾਰੇ ਵਿੱਚ ਕੁਝ ਦੱਸੋ ਉਹਨਾਂ ਉਹਦੀ ਸ਼ੁਰੂਆਤ ਕਿਵੇਂ ਹੋਈ ਤੁਸੀਂ ਆਸ਼ਰਮ ਦੀ ਉਹਨਾਂ ਨੇ ਮ ਉਤਨ ਮੂਲਬੀਰੀ ਜਦੋਂ ਆਪਾਂ ਰਾਸ਼ਨ ਦੇਣਾ ਸ਼ੁਰੂ ਕਰ ਦਿੱਤਾ ਨਾ ਰਾਸ਼ਨ ਵੰਡਣਾ ਸ਼ੁਰੂ ਕਰ ਦਿੱਤਾ 400 ਫੈਮਿਲੀ ਸਾਡੇ ਕੋ ਗੜਦੀ ਵਾਲਾ ਆਉਣ ਲੱਪੀ ਨਿਰੰਤਰ ਚੱਲ ਪਿਆ 2017 ਦੇ ਵਿੱਚ ਆ ਨਾ ਬਹੁਤ ਮੇਰੇ ਨਾ ਏਰੀਏ ਦੇ ਵਿੱਚ ਬਹੁਤ ਜਿਆਦਾ ਐਂਬੂਲੈਂਸ ਦੀ ਬੜੀ ਕਾੜ ਸੀ ਮੈਂ ਹਰੇਕ ਕੋਈ ਐਕਸੀਡੈਂਟ ਹੋਣਾ ਹਸਪੀਟਲ ਇਲਾਜ ਕਰਾਉਣਾ ਉਹ ਵੀ ਕੋਈ ਬੱਚੀਆਂ ਦੀ ਮੈਰਿਜ ਕਰਾਉਣੀ ਇਹ 2015 ਤੋਂ ਨਾਲੋ ਨਾਲ ਹੀ ਚੱਲ ਪਿਆ ਕਿਉਂਕਿ ਪਿੰਡ 'ਚ ਜਿਹੜੀ ਕਿਸੇ ਨੇ ਮੁਸ਼ਕਲ ਦੱਸਣੀ ਸਾਨੂੰ ਹੁੰਦਾ ਸੀ ਅਸੀਂ ਯਾਰ ਇਹਦੀ ਮੁਸ਼ਕਲ ਦੇ ਵਿੱਚ ਆਈਏ ਹਨਾ ਇਹਦਾ ਅਸੀਂ ਜਿਹੜਾ ਭਾਰ ਆ ਉਹ ਹਲਕਾ ਕਰੀਏ ਜੇ ਕਿਸੇ ਬੱਚੀ ਦੀ ਪੜ੍ਹਾਈ ਦੀ ਫੀਸ ਆ ਉਹ ਤਾਰਨੀ ਫਿਰ ਅਸੀਂ ਉਹਦੇ ਘਰ ਵੀ ਉਦੋਂ ਸਾਡੀ ਸੰਸਥਾ ਵੱਲੋਂ ਫਿਰ ਬਣਾਉਣ ਲੱਗਿਆ ਸੀ ਘਰ ਵੀ ਬਹੁਤ ਕਾਫੀ ਕਮਰੇ ਬਣਾਏ ਛੱਤਾਂ ਚੇਂਜ ਕਰਵਾਈਆਂ ਉਹਦੇ ਸਾਡੇ ਹਾਲਾਤ ਨੂੰ ਮੈਂ ਦੱਸਿਆ ਬੜੇ ਮਾੜੇ ਸੀਗੇ ਉਧਰ ਬਾਲ ਚੇਂਜ ਕਰਵਾਇਆ ਫਿਰ 2017 ਦੇ ਵਿੱਚ ਨਾ ਜਦੋਂ ਗੁਰਪ੍ਰੀਤ ਵੀਰੇ ਨੇ ਬਣਾਈ ਮੈਂ ਗੁਰਪ੍ਰੀਤ ਵੀਰੇ ਤੋਂ 2016 ਦੇ ਵਿੱਚ ਐਂਡ ਦੇ ਵਿੱਚ 10ਵੇਂ ਮਹੀਨੇ ਦੇ ਵਿੱਚ ਗਿਆ ਸੀ 16 ਦੇ ਵਿੱਚ ਐਂਡ ਦੇ ਵਿੱਚ 10ਵੇਂ ਮਹੀਨੇ 'ਚ ਮੈਂ ਗਿਆ ਮੈਂ ਜਾ ਕੇ ਗੁਰਪ੍ਰੀਤ ਵੀਰਾ ਉਦੋਂ ਬਾਹਰ ਸਾਡੇ ਮੋਟਰ ਤੇ ਰੱਖੇ ਹੋ ਹਾਂ ਹਾਂਜੀ 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 ਮੈਨੂੰ ਪਤਾ ਮੈਂ ਜਾ ਕੇ ਗੁਰਪ੍ਰੀਤ ਵੀਰੇ ਨਾਲ ਮੈਂ ਗੱਲਬਾਤ ਕੀਤੀ ਤੇ ਉਦੋਂ ਸਾਡੇ ਕੋਲ ਸੇਵਾ ਆਈ ਸੀ ਲੂਟਨ ਦੀ ਸੰਗ ਜੁਕੇ ਵਾਲੇ ਨੇ ਭੇਜੀ ਸੀ ਤੇ ਮੈਂ ਸੇਵਾ ਦਿੱਤੀ ਤੇ ਮੈਂ ਗੁਰਪ੍ਰੀਤ ਵੀਰ ਨੇ ਇਦਾਂ ਗੱਲ ਕੀਤੀ ਮੈਂ ਕਿਹਾ ਬਾਈ ਜੀ ਅਸੀਂ ਵੀ ਸੇਵਾ ਕਰਦੇ ਆਂ ਇਦਾਂ ਵੀ ਵੀ ਜਦੋਂ ਕਿ ਸਾਨੂੰ ਕੋਈ ਮਿਲਦਾ ਤਾਂ ਮੈਂ ਤੁਹਾਨੂੰ ਕਰ ਸਕਦਾ ਨਾ ਗੁਰਵੀਰ ਵੀਰ ਕਹਿੰਦਾ ਹਾਂ ਤੁਸੀਂ ਕੋਈ ਨਹੀਂ ਕਰ ਮੈਂ ਉਦੋਂ ਗੁਰਪ੍ਰੀਤ ਵੀਰ ਨੇ ਜਦੋਂ ਇਦਾਂ ਗੱਲ ਕਰਕੇ ਆਹੀਂ ਵਾਪਸ ਆਏ ਤਾਂ ਮੈਨੂੰ ਨਾ 2017 26 ਜਨਵਰੀ ਨੂੰ ਬਾਬਾ ਦੀਪ ਸਿੰਘ ਦਾ ਪ੍ਰਕਾਸ਼ ਦਿਹਾੜਾ ਹੁੰਦਾ ਅਨਮੋਲ ਵੀਰੇ ਅਸੀਂ ਹਰ ਇੱਕ ਸਾਲ ਉਦੋਂ ਦਸਤਾਰ ਕੰਪੀਟੀਸ਼ਨ ਕੋਈ ਖੂਨਦਾਨ ਕੈਂਪ ਇਦਾਂ ਲਾਉਂਦੇ ਸੀ ਤੇ ਮੈਂ 26 ਜਨਵਰੀ ਨੂੰ ਦਸਤਾਰ ਕੰਪੀਟੀਸ਼ਨ ਕਰਾ ਕੇ ਆਏ ਤਾਂ ਮੈਨੂੰ ਇੱਕ ਕਾਲ ਆਈ ਰਮਦਾਸਪੁਰ ਤੋਂ ਉਹਦਾ ਫੋਨ ਆਇਆ ਮੈਨੂੰ ਆ ਦੇਬੀ ਮੁੰਡਾ ਸਾਡਾ ਉਹ ਟੀਮ ਮੈਂਬਰੀ ਉਹਦਾ ਫੋਨ ਆਇਆ ਕਹਿੰਦਾ ਮੇਰੇ ਪਿੰਡ 'ਚ ਨੇ ਇੱਕ ਲੋਾਰਸ ਬੰਦਾ ਫਿਰਦਾ 7-8 ਦਿਨ ਹੋ ਗਿਆ ਵੀ ਉਹ دیکھیਏ ਮੈਂ ਕਹਾ ਹਾਂ ਮੈਂ ਕਹਾ ਤੂੰ ਕੋਈ ਗੱਲ ਕਿਉਂਕਿ ਸਾਰੇ ਲਾਪੇ ਕਰਨ ਮੇਰੇ ਵਾਲੇ ਵਾਲੇ ਏਰੀਏ ਦੇ ਵੀ ਲਾਪੇ ਮੈਂ ਉਹਨਾਂ ਕੀ ਕੀਤਾ ਜਦੋਂ ਆਪਾਂ ਉਦੋਂ ਗੱਡੀਆਂ ਉਹਨੂੰ ਪਾਈਆਂ ਉਹ ਪਿੰਡ ਦੇ ਸਰਪੰਚ ਨੇ ਉਦੋਂ ਮੀਂਹ ਬੜੇ ਪੈ 26 ਜਨਵਰੀ 2017 7-8 ਦਿਨ ਲਗਾਤਾਰ ਮੀਂਹ ਪੈ ਉਹਨਾਂ ਹੀ ਸਰਪੰਚ ਨੇ ਚੌਂਕੀਦਾਰ ਨੇ ਡਰਦਿਆਂ ਨੇ ਬਸੇ ਚੜਾਤਾ ਲਿਬੜਿਆ ਲੈਟਰਿੰਗ ਬਾਥਰੂਮ ਬੱਸ ਵਾਲਾ ਚੜਾਵੇ ਨਾ ਉਥੇ ਦੱਸ ਦੇ ਗਵਾ ਉਹ ਕਹਿੰਦੇ ੱੱਕੇ ਨਾ ਹੀ ਚੜਾਤਾ ਲੈ ਜਾ ਲੈ ਜਾ ਮੇਰੇ ਪਿੰਡ ਨਾ ਮਰ ਜਾ ਕਿਤੇ ਮਤਲਬ ਇਹ ਸੋਚ ਸੀ ਸਾਰੇ ਉਥੋਂ ਚੜਾ ਕੇ ਮੁੜ ਕੇ ਫਿਰ ਗੜੋ ਗੜਦੀ ਵਾਲਾ ਬੱਸ ਵਾਲਾ ਆਇਆ ਉਹਨੇ ਉੱਥੇ ਅੱਡੇ ਚਲਾਤਾ ਅੱਡੇ 'ਚ ਹੀ ਖੜਾ ਸਵੇਰ ਤੋਂ ਲੈ ਕੇ 26 ਜਨਮੇ ਸ਼ਾਮ ਨੂੰ 5 6 ਵਜੇ ਅਨਮੋਲ ਵੀਰੇ ਗਏ ਆ ਲੈਟਰਿੰਗ ਨਾਲ ਲਿਬੜਿਆ ਬੁਰੇ ਹਾਲ ਜਦੋਂ ਉਹ ਦੇਖਿਆ ਨਾ ਜਾ ਕੇ ਕਿਉਂਕਿ ਅਸੀਂ ਵੀਡੀਓ ਅਨਮੋਲ ਵੀਰੇ ਦੀ ਦੇ ਉਹਦੀ ਪ੍ਰਾਈਵੇਸੀ ਦੀ ਦੇਖਦੇ ਸੀ ਜੀ ਤੇ ਪਰ ਉਹ ਜਾ ਕੇ ਅੱਖੀ ਉਹ ਹਾਲ ਦੇਖ ਲਿਆ ਵੀ ਕਿਹਾ ਇਦਾਂ ਵੀ ਹਨਾ ਫੇਰ ਮੈਂ ਉਹਨੂੰ ਕੀਤਾ ਮੈਂ ਕਿਹਾ ਮੈਂ ਕਿਹਾ ਚਲੋ ਪਹਿਲਾਂ ਫੇ ਗੁਰਪੀ ਵੀਰੇ ਨਾਲ ਬਾਅਦ ਚ ਸੰਪਰਕ ਕਰਦੇ ਪਹਿਲਾਂ ਇਹਨੂੰ ਲੈ ਜਾਂਦੇ ਮੈਂ ਡਾਕਟਰ ਦੇ ਲੈ ਗਿਆ ਬੁਖਾਰ ਉਹਦਾ ਮਤਲਬ 7-8 ਦਿਨ ਤੋਂ ਖਾਦਾ ਪੀਤਾ ਹੀ ਕੁਝ ਨਹੀਂ ਉਹਨੇ ਮਤਲਬ ਖਤਮ ਹੋ ਜਾਣਾ ਮੈਂ ਨਾ ਗੁਰ ਡਾਕਟਰ ਦੇ ਲੈ ਗਿਆ ਡਾਕਟਰ ਨੇ ਕਹਿੰਦਾ ਪਹਿਲਾਂ ਨਿਲਾ ਕੇ ਲਿਓ ਵੀ ਅਸੀਂ ਮੈਂ ਨਹੀਂ ਦਬਾਣ ਦੇਣਾ ਇਹਨੂੰ ਪਹਿਲਾਂ ਨਿਲਾ ਕੇ ਲਓ ਮੈਨਾਂ ਅਨਮੋਲਬੀਰੀ ਉਹਨੂੰ ਮੈਂ ਦੇਖਾ ਕਿੱਥੇ ਲੈ ਕੇ ਜਾਵਾਂ ਵੀ ਹਨਾ ਵੀ ਘਰ ਜ਼ਿੰਮੇਦਾਰਾ ਵੀ ਆ ਘਰ ਨੂੰ ਕਹਿਣਾ ਖਰੇ ਕੰਮ ਕਰਾਉਣ ਨੂੰ ਜਾਂ ਕੁਝ ਵੀ ਇਧਰ ਨੂੰ ਨਹੀਂ ਕੋਈ ਕਿਉਂਕਿ ਘਰ ਦੇ ਵੀ ਹਜੇ ਤੱਕ ਪਰਪਰ ਉਹ ਕਹਿਣੋ ਤੂੰ ਜਿਹੜੀ ਮੈਂ ਤੈਨੂੰ ਦੱਸਿਆ ਵੀ ਅਗੇ ਹੋਇਆ ਕੀ ਹੈ ਨਾ ਮੈਂ ਨਾ ਇੱਕ ਗੜ੍ਹ ਕਿਰਾਏ ਤੇ ਨਾ ਇੱਕ ਕਮਰੇ ਮਿਲਦੇ ਸੀਗੇ ਉੱਥੇ ਐਸ ਐਚਓ ਰਹਿੰਦਾ ਸੀ ਥਾਣੇ ਵਾਲਾ ਉਹ ਸਾਡੇ ਦਫ਼ਤਰ ਦੇ ਪਿਛਲੇ ਪਾਸੇ ਸੀਗਾ ਉਹ ਰਹਿ ਕੇ ਗਿਆ ਏ ਉਹ ਮੈਨੂੰ ਪਤਾ ਕਿਰਾਏ ਤੇ ਮਿਲਦੇ ਉੱਥੋਂ ਚਲ ਗਿਆ ਸੀ ਐਸ ਐਚਓ ਮੈਂ ਉੱਥੇ ਜਾ ਕੇ ਗਿਆ ਉਹ ਕਿਰਾਏ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਨੂੰ ਨਿੜਾਉਣ ਨੂੰ ਨਾ ਕਮਰਾ ਚਾਹੀਦਾ ਉਹ ਕ ਮੈਂ ਨਿਲਾ ਹਟਲਾ ਕੇ ਉਹਦੀ ਜ਼ਿੰਦਗੀ ਦੇਖੀ ਨਾ ਸੱਚੀ ਇੱਕ ਅੱਖਾਂ ਨਾਲ ਦੇਖ ਲਈ ਬਰਦਲ ਜੀ ਕੁਝ ਪਿੰਟ ਪਹਿਲਾਂ ਕਿਦਾਂ ਸੀ ਨਿਲਾ ਕੇ ਹੀ ਕਿਵੇਂ ਹੋ ਗਿਆ ਫਿਰ ਮੈਂ ਡਾਕਟਰ ਉੱਥੇ ਹੀ ਸੱਦ ਕੇ ਉੱਥੇ ਇਲਾਜ ਕਰਵਾਇਆ ਉਹਨੂੰ ਬੁਖਾਰ ਚੜਿਆ ਫਿਰ ਉਹਨੂੰ ਰੋਟੀ ਮੈਂ ਨਾ ਫਿਰ ਬਾਅਦ ਵਿੱਚ ਨੀਰਾ ਹੋ ਗਿਆ ਰੋਟੀ ਕਹਿੰਦੇ ਮੇਰੇ ਨਾਲ ਦੇ ਜਿਹੜੇ 4-5 ਜਾਣੇ ਮੈਨੂੰ ਕਹਿੰਦੇ ਕੀ ਕਰਨਾ ਹੁਣ ਮੈਂ ਕਿਹਾ ਹੁਣ ਤਾਂ ਨੀਰਾ ਹੋ ਗਿਆ ਹੁਣ ਕੀ ਕਰਨਾ ਹੁਣ ਸਵੇਰੇ ਦੇਖਾਂਗੇ ਜੋਗਾ ਕਹਿੰਦੇ ਇਹਦਾ ਕੀ ਇਹ ਨੂੰ ਛੱਡਿਆ ਉਹਨੇ ਕਿਤੇ ਮੈਂ ਕਹਾ ਦਿਮਾਗ ਖਰਾਵਾ ਤੁਹਾਡਾ ਇੱਥੇ ਹੁਣ ਮੈਂ ਕਹਾ ਲੈ ਕੇ ਆਇਆ ਇਹਨੂੰ ਹੁਣ ਰਾਤ ਨੂੰ ਫੇਰ ਛੱਡਿਆ ਹੁਣਾ ਵੀ ਕਹਿੰਦੇ ਮੈਂ ਮੈਂ ਕਹਾ ਰਹਿਣਾ ਕਹਿੰਦੇ ਰਹੂਗਾ ਕੌਣ ਮੈਂ ਕਹਾ ਰਵਾਂਗੇ ਸਾਰੇ ਹੀ ਅਸੀਂ ਭਰਾ ਰਵਾਂਗੇ ਕਹਿੰਦੇ ਨਾ 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 ਇਹ ਨਹੀਂ ਇਹ ਰਾਤ ਨੂੰ ਮਾਰ ਦਿੱਤਾ ਜਾਂ ਮਰ ਗਿਆ ਤੂੰ ਤਾਂ ਪਰਚਾ ਕਰਾਉਂਗਾ ਹਾਂ ਮੇਰੇ ਨਾਲ ਦੇ ਉਦਣ ਤਿੰਨ ਜਾਣੇ ਸਾਥ ਛੱਡ ਗਿਆ ਮੇਰਾ ਉਧਰ ਉਧਰ ਕੱਲੇ ਮੈਂ ਨਾਲ ਉਹ ਮੂਲ ਵੀ ਉਹ ਰਾਤ ਵੀ ਚੇਤੇ ਨਹੀਂ ਭੁੱਲਣੀ ਮੈਂ ਘਰ ਵੀ ਨਾ ਦੱਸਾਂ ਮੈਂ ਵੀ ਮੈਂ ਆਉਣਾ ਨਹੀਂ ਨੇਰਾ ਹੋ ਗਿਆ ਮਨੂਜ ਜੀ ਸਿਕਾ ਉਹ ਨਾ ਹਜੇ ਤੱਕ ਵੀ ਸਾਡੇ ਕੋਲ ਹੈਗਾ ਉਹ ਇਦਾਂ ਹੀ ਦੇਖਦਾ ਰਹਿੰਦਾ ਜਦੋਂ ਤੂੰ ਆਉਣਾ ਨਾ ਇਦਾਂ ਹੀ ਦੇਖਦਾ ਰਹਿੰਦਾ ਉਹ ਅੱਛਾ ਜੀ ਜੀ ਉਹ ਸਾਰੀ ਰਾਤ ਨਾ ਇਦਾਂ ਕੋਨੇ 'ਚ ਬਹਿ ਗਿਆ ਡਾਕਟਰ ਡੂਟਰ ਹੋ ਕੇ ਦਵਾਈ ਦੇ ਕੇ ਚਲ ਗਿਆ ਰੋਟੀ ਪਾਣੀ ਖੁਲਾਤੀ ਪਹਿਲੀ ਵਾਰ ਅਸੀਂ ਜ਼ਿੰਦਗੀ 'ਚ ਰਹਿਣਾ ਇਦਾਂ ਨਾ ਸਾਰੀ ਰਾਤ ਮੈਂ ਵੀ ਇਦਾਂ ਹੀ ਦੇਖਦਾ ਰਿਹਾ ਉਹ ਮੇਰੇ ਨਾਲੋਂ ਮੈਂ ਵੀ ਕਿੱਦਾਂ ਮੈਂ ਵੀ ਅਹੀਂ ਕੋਨਿਆਂ 'ਚ ਬੜ ਕੇ ਅਹੀਂ ਬੈਠੇ ਰਹੇ ਵੀ ਕੋਈ ਸੱਚੀ ਗੱਲ ਨਾ ਹੋ ਜਾਏ ਮਾਰਨਾ ਦੇਵੇ ਕੋਈ ਸਾਰੀ ਰਾਤ ਇੱਕ ਮੇਰੇ ਨਾਲ ਬਿਛਾਲ ਇੱਕ ਮੁੰਡਾ ਹਜੇ ਤੱਕ ਵੀ ਟੀਮ ਮੈਂਬਰ ਹੈਗਾ ਉਹ ਵਿਚਾਰਾ ਸੇਵਾ ਨੂੰ ਫਿਰ ਉਦਣ ਹੀ ਉਦਣ ਪਹਿਲੇ ਦਿਨ ਕਿਉਂਕਿ ਮੇਰੇ ਤਾਂ ਸਾਹ ਛੱਡ ਗਏ ਸੀ ਮੇਰੇ ਤਾਂ ਟੀਮ ਮੈਂਬਰ ਸਾਰੇ ਵੀ ਤੂੰ ਪਰਚਾ ਕਰਾ ਲੈਣਾ ਇਹ ਕੱਲ ਨੂੰ ਮਰ ਗਿਆ ਇੱਕ ਤਾਂ ਲੋਕ ਪਹਿਲੇ ਨਹੀਂ ਜੀਣ ਦਿੰਦੇ ਵੀ ਪਤਾ ਨਹੀਂ ਕੀ ਕਰਦੇ ਤੋ ਇਹ ਪਰਚਾ ਹੋ ਜਾਣਾ ਇਹ ਹੁੰਦਾ ਬਈ ਅੱਜ ਵੀ ਹੁੰਦਾ ਲੋਕ ਡਰਦੇ ਨੇ ਸੇਵਾ ਕਰਦੇ ਹੋ ਕਿ ਰੋਡ ਤੇ ਐਕਸੀਡੈਂਟ ਹੋ ਗਿਆ ਐਵੇਂ ਚੱਕ ਲਿਆ ਮਰ ਗਿਆ ਸਾਡੇ ਨਾਲ ਪੱਲੇ ਪੈ ਜਾ ਹਾਂ ਪੱਲੇ ਨਾਲ ਪੈ ਜਾ ਬਸ ਇਹ ਹੁੰਦੀ ਮੈਂ ਨਾ ਉਦਣ ਗੱਲਬਾਤ ਕੀਤੀ ਤੇ ਸਾਰੀ ਰਾਤ ਉਹ ਇਦਾਂ ਦੇਖ ਰਹੀ ਜੁਆ ਇਸੋ ਤੇ ਮੈਂ ਉਹਨੂੰ ਕਮਾ ਉਹਨੂੰ ਨਾਲ ਦੇ ਨੂੰ ਗਈ ਆ ਮੈਂ ਤੂੰ ਉਠੂਗਾ ਤੂੰ ਕਰ ਦੇਖੂਗਾ ਦੇਖੀ ਜਾਊਗਾ ਭਾਜੀ ਤੂੰ ਮੇਰਾ ਸਾਥ ਦੇ ਮੈਂ ਫੇਰ ਦੇਖਣਾ ساری ਰਾਤ ਹੀ ਉਹ ਵੀ ਐ ਹਜੇ ਤੱਕ ਵੀ ਦੇਖਦਾ ਰਹਿੰਦਾ ਉਹ ਹਜੇ ਤੇ ਚਲੋ ਜੀ ਉਹ ਵੀ ਨਹੀਂ ਸੁੱਤਾ ਕਿਉਂਕਿ ਸਾਨੂੰ ਨੀਂਦ ਦੀ ਉਹਨੂੰ ਡਿਪਰੈਸ਼ਨ ਦਵਾਈ ਸੀਗੀ ਦੇਣੀ ਪਣੀ ਫੇਸ ਆਉਣਾ ਤੇ ਡਾਕਟਰ ਨੂੰ ਵੀ ਸਮਝ ਨਹੀਂ ਆਈ ਡਾਕਟਰਾਂ ਨੂੰ ਵੀ ਇਹ ਤਰੀਕਾ ਤੇ ਚਲੋ ਜੀ ਦਵਾਈ ਦੁਵਾਈ ਦੁਵਾਈ ਖਵਾ ਕੇ ਸਵੇਰੇ ਹਨਾ ਫੇਰ ਮੈਂ ਸੰਪਰਕ ਕਰਨਾ ਸ਼ੁਰੂ ਕਰਤਾ ਗੁਰਪ੍ਰੀਤ ਵੀਰੇ ਨਾਲ ਕੀਤਾ ਤੇ ਗੁਰਪ੍ਰੀਤ ਵੀਰੇ ਦੇ ਵੀ ਮੋਟਰ ਤੇ ਉਸ ਟਾਈਮ ਪੂਰਾ ਪ੍ਰਬੰਧ ਨਹੀਂ ਸੀ ਨਹੀਂ ਸੀ ਨਹੀਂ ਸੀ ਪ੍ਰਬੰਧ ਹਨਾ ਤੇ ਬਾਈ ਕਹਿੰਦਾ ਕੋਈ ਨਹੀਂ ਬਾਈ ਕਹਿੰਦਾ ਲੈ ਆਓ ਕੋਈ ਚੱਕਰ ਨਹੀਂ ਪਰ ਹਜੇ ਤੱਕ ਰਮੇਰਾ ਨਾ ਪ੍ਰੋਪਰ ਕਰਨਾ ਉਦੋਂ 15 16 ਤੋਂ ਉੱਪਰ ਹੀ ਸੀਗੇ ਬੰਦੇ ਚਲੋ ਫਿਰ ਮੈਂ ਨਾ ਇੱਕ ਕਈਆਂ ਆਸ਼ਰਮਾਂ 'ਚ ਹੋਰਾਂ ਦੇ ਵੀ ਕੰਟੈਕਟ ਕੀਤੇ ਚਲੋ ਨਾਂ ਨਹੀਂ ਲੈਣਾ ਕਈ ਆਸ਼ਰਮਾਂ 'ਚ ਇੱਥੇ ਸਾਡੇ ਜਲੰਧਰ ਲੱਗ ਗਿਆ ਉਹਨਾਂ ਦਾ ਤਾਂ ਲਵਾਂਗੇ ਉਹ ਸਾਡੇ ਰਾਮਾ ਮੰਡੀ ਆਓ ਉਹ ਡੋਨੇਸ਼ਨ ਵੀ ਇਕੱਠੀ ਕਰਦੇ ਆ ਉਹ ਡੋਨੇਸ਼ਨ ਵੀ ਇਕੱਠੀ ਕਰਦੇ ਸੀ ਅਸੀਂ ਪਾਉਂਦੇ ਵੀ ਸੀ ਉਨ ਮੂਲ ਵੀਰੇ ਉਹਨਾਂ ਨੇ ਮੈਨੂੰ ਇਦਾਂ ਨਾ ਮਾਰੀ ਆ ਆਪਾਂ ਬੜੇ ਆਸ ਸੀ ਉਹਨਾਂ ਤੇ ਉਹਨਾਂ ਨੇ ਨਾ ਕਰਤੀ ਕਿਉਂਕਿ ਜਿਹੜੇ ਬਿਜ਼ਨਸ ਚੱਲ ਰਿਹਾ ਹੈ ਇਹ ਚੀਜ਼ ਦਾ ਕਈ ਆਸ਼ਰਮਾਂ ਦੇ ਨਾਂ ਤੇ ਬਿਜ਼ਨਸ ਚੱਲ ਰਿਹਾ ਮੈਂ ਉਧਰ ਦੇਖਿਆ ਵੀ ਯਾਰ ਇਹ ਤਾਂ ਹੈ ਹੀ ਨਹੀਂ ਇਹਨਾਂ ਦਾ ਨਾਂ ਬੜਾ ਵੀ ਇਹ ਕਹਿੰਦੇ ਵੀ ਅਸੀਂ ਇਦਾਂ ਉਹਨਾਂ ਨੇ ਅਨਮੂਲ ਵੀਰੇ ਨਾਂ ਕਰਤੀ ਮੈਂ ਨਾ ਬੜਾ ਪਰੇਸ਼ਾਨ ਜਿਆ ਵੀ ਹੁਣ ਕੀ ਕਰੀਤਾ ਜਾਵੇ ਹਨਾ ਵੀ ਨਾ ਹੀ ਮਿਲ ਗਈ ਮੈਂ ਠਾਣੇ ਗਿਆ ਠਾਣੇ ਵਾਲਿਆਂ ਨੇ ਵੀ ਮੈਨੂੰ ਮਨਾ ਕਰਤਾ ਵੀ ਜਿੱਥੋਂ ਲਿਆਂ ਛੱਡ ਦੇ ਇਹ ਤਾਂ ਤੂੰ ਕੀ ਕਰਨਾ ਮੈਂ ਨਾ ਬੜਾ ਪਰੇਸ਼ਾਨ ਮੈਂ ਫੇਸਬੁੱਕ ਤੇ ਫੋਟੋਆਂ ਪਾਤੀਆਂ ਫੇਰ ਤਾਂ ਅਨ ਉਹ ਲੋਕਾਂ ਨੇ ਦੇਖ ਲਿਆ ਪਹਿਲੀਆਂ ਬਾਅਦ ਚ ਉਹ ਇੱਕ ਬੜਾ ਮਨ ਨੂੰ ਹੋਇਆ ਵੀ ਵੀ ਇੰਨਾ ਵੀ ਇਦਾਂ ਵੀ ਹੋ ਸਕਦੀ ਹੈ ਕਿਉਂਕਿ ਉਹਦੋਂ ਕੋ ਨਵੇਂ ਨਵੇਂ ਗੁਰਪ੍ਰੀਤ ਵੀਰੇ ਤੋਂ ਅਨਸਪਾਇਰ ਹੋਏ ਹਨਾ ਅਨਸਪਾਇਰ ਉਧਰੋਂ ਫੋਟੋਆਂ ਉਹਨੇ ਬਾਈ ਨੇ ਪਾਈਆਂ ਸੀ ਜਾਂ ਉਧਰੋਂ ਅਸੀਂ ਦੇਖੀਆਂ ਮੈਨੂੰ ਵੀ ਬੜਾ ਆਪਣੇ ਆਪ ਨੂੰ ਆਉਣ ਲੱਗ ਪਿਆ ਵੀ ਆਪਾਂ ਕਿਸੇ ਦੀ ਜ਼ਿੰਦਗੀ ਬਦਲ ਦਿੱਤੀ ਬਈ ਤੁਸੀਂ ਇਹ ਮੰਨਦੇ ਹੋ ਕਿ ਇਹ ਜਿਹੜੀ ਪ੍ਰਥਾ ਹੈ ਰੋੜਾਂ ਤੋਂ ਬੰਦੇ ਚੱਕਣ ਵਾਲੀ ਗੁਰਪ੍ਰੀਤ ਬਾਈ ਕਰਕੇ ਪੰਜਾਬ 'ਚ ਸ਼ੁਰੂ ਹੋਈ ਬਿਲਕੁਲ ਬਿਲਕੁਲ ਇਸ ਵਿੱਚ ਕੋਈ ਦੋ ਰਹਿਣਾ ਹਨਾ ਉਹਨਾਂ ਦੀ ਦੇਣ ਬਹੁਤ ਹੈ ਨਹੀਂ ਤਾਂ ਇਹਨਾਂ ਲੋਕਾਂ ਨੂੰ ਮੈਂ ਅੱਜ ਤੋਂ ਪਹਿਲਾਂ ਕਦੀ ਉਹਨਾਂ ਦੇ ਵੀਡੀਓਜ਼ ਤੋਂ ਪਹਿ ਇਹ ਇਹਦੇ ਵਿੱਚ ਕੋਈ ਨਹੀਂ ਉਹ ਬਾਈ ਨੇ ਬੜਾ ਵੱਡਾ ਭਰਾਇਆ ਬੜੀ ਮਹਿਜਤ ਕਰਵਾਉਣੀ ਕਿੰਨੀ ਯੂਥ ਪੰਜਾਬ ਦੇ ਵਿੱਚੋਂ ਜਿੰਨੇ ਆਸ਼ਰਮ ਜਿਹੜੇ ਅਸਲ 'ਚ ਤੁਹਾਡੇ ਅਰਗੇ ਵੀਰ ਆ ਕੰਮ ਕਰਨ ਵਾਲੇ ਪਾਲ ਕਰੋੜ ਦੇ ਜਿਹੜੇ ਅਸਲੀ 'ਚ ਕੰਮ ਕਰਨ ਵਾਲੇ ਹਾਂ ਇੱਕ ਤਾਂ ਤੁਸੀਂ ਦੱਸੋ ਗੁਪਤ ਵਾਲੇ ਉਹ ਤਾਂ ਅੱਜ ਵੀ ਹੈਗੇ ਨੇ ਜਿਹੜੇ ਨਾਮ ਦੀ ਐਨ ਜੀਓ ਚਲਾਈ ਹੋਈ ਦੀ ਸਾਡੀ ਐਨ ਜੀਓ ਨੂੰ 25 ਸਾਲ ਹੋ ਗਏ ਸਾਡੀ ਐਨ ਜੀਓ ਨੂੰ 20 ਸਾਲ ਹੋ ਗਏ ਪਰ ਕੰਮ 20 ਸਾਲ ਦਾ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਉਹਨਾਂ ਨੇ ਸਿਰਫ ਨਾਂ ਦੇ ਬਣਾਇਓ ਆ ਉਹ ਸਿਰਫ ਜਾ ਦਾ ਸਰਟੀਫਿਕੇਟ ਬਣਾ ਕੇ ਦਿੰਦੇ ਆ ਪੈਸੇ ਲੈਂਦੇ 20000 ਰੁਪਇਆ ਜਾਂ ਕੀ ਕਰਦੇ ਉਹਨੂੰ ਪੱਕੀਆਂ ਗੋਲਕਾਂ ਲਾ ਕੇ ਉਹੀ 40 ਕ ਬੰਦੇ ਰੱਖਿਓ ਆ ਉਹੀ ਦਿਖਾ ਲੈਣਾ ਵੀ ਆ ਜੀ ਫੋਟੋਆਂ ਦਿਖਾਤੀਆਂ ਫੋਟੋਆਂ ਦਿਖਾਤੀਆਂ ਡੋਨੇਸ਼ਨ ਇਕੱਠੀ ਕਰ ਲਈ ਜਾਂ ਕੀ ਕਰਦੇ ਆ ਜਿਹੜਾ ਮੈਂ ਨਾ ਇੱਕ ਮੈਂ ਹੁਣ ਚਲੋ ਇਹ ਟੌਪਿਕ ਤੋਂ ਇੱਕ ਮਿੰਟ ਬਾਹਰ ਮੈਂ ਜਾਵਾਂ ਉਹ ਇਹ ਆਸ਼ਰਮਾਂ ਦੀ ਸਾਡੇ ਨਾਂ ਤੇ ਗੜਦੀ ਵਾਲਾ ਇੱਕ ਬੰਦਾ ਡੋਨੇਸ਼ਨ ਇਕੱਠੀ ਕਰੇ ਨਾਲ ਉਹ ਆ ਲੈ ਕੇ ਬਕਸਾ ਬਕਸਾ ਲੈ ਕੇ ਮੈਨੂੰ ਨਾ ਫੋਨ ਆਇਆ ਇੱਕ ਪੜੋਰੀ ਬਣ ਤੋਂ ਕਹਿੰਦਾ ਬਾਈ ਜੀ ਇਹ ਕਹਿੰਦਾ ਤੁਹਾਡੇ ਤੁਹਾਡੇ ਨਾਂ ਤੇ ਕੋਈ ਬੰਦਾ ਆਇਆ ਡੋਨੇਸ਼ਨ ਮੰਗਦਾ ਮੈਂ ਕਹਿਆ ਯਾਰ ਡੋਨੇਸ਼ਨ ਤਾਂ ਅਸੀਂ ਸਾਡਾ ਤਾਂ ਕੋਈ ਬੰਦਾ ਜਾਂਦਾ ਹੀ ਨਹੀਂ ਅਸੀਂ ਤਾਂ ਕਹਿੰਦੇ ਹੀ ਨਹੀਂ ਕਿਸੇ ਇਹ ਕੌਣ ਕਹਿੰਦੇ ਵੀ ਨਹੀਂ ਮੈਂ ਨਾ ਮੈਂ ਕਹਾਂ ਤੁਸੀਂ ਕਹਿੰਦੇ ਉਹ 5000 ਦਾ ਚੈੱਕ ਲੈ ਗਿਆ ਐਨ ਆਰ ਆਏ ਸੀ ਉਹ ਕੀ ਦੇਖਦੇ ਐਨ ਆਰ ਹਰਿਆਣੇ ਹਰਿਆਣੇ ਦੇ ਲਾਗੇ ਦੇ ਪਿੰਡ ਆ ਉਹ ਸਾਰਾ ਪਿੰਡ ਹੀ ਤਕਰੀਬਨ ਇਦਾਂ ਆ ਵਸੀ ਵਜੀਦ ਉਹਨੂੰ ਨਾਮ ਆ ਉਹਨਾਂ ਦਾ ਬੰਦਿਆਂ ਦਾ ਉਹ ਪਿੰਡ ਦਾ ਉਹ ਸਾਰੇ ਹੀ ਤਕਰੀਬਨ ਉੱਥੇ ਕਈ ਹੱਦ ਤੱਕਰ ਬੰਦੇ ਉੱਥੇ ਇਦਾਂ ਕੰਮ ਕਰਦੇ ਉਹ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਉਹ ਕੀ ਕਰਦੇ ਹੋ ਐਨਆਰ ਆ ਹੀ ਦੇਖਣਗੇ ਕਿਹੜੇ ਬਣ ਚ ਆਇਆ ਉੱਥੇ ਜਾਣਗੇ ਪਹਿਲਾਂ ਦੇਖਣਗੇ ਆਸ਼ਰਮ ਦਾ ਜੇ ਦੇਖਿਆ ਵੀ ਨਹੀਂ ਇਹ ਸੰਸਥਾ ਹੁਣ ਆ ਕੰਮ ਕਰਦੀ ਐ ਉਹਨਾਂ ਦਾ ਸਾਡਾ ਨਾਂ ਲੈ ਦੇਣਗੇ ਬੰਦੇ ਕੀ ਕਰਦੇ ਐ ਐਨਆਰ ਹੀ ਉਹੀ ਅਸੀਂ ਗੱਲ ਕਰਦੇ ਆ ਨਾ ਵੀ ਦੇ ਕਿਤ ਪਰਖ ਕੇ ਜੋਨਮੋਲ ਵੀ ਇਹ ਗੱਲ ਕਰਦਾ ਯਾਰ ਬਹੁਤ ਇੱਥੇ ਹੀ ਆਉਣਾ ਹੜਾ ਵਾਲੇ ਕੰਮ ਤੇ ਨਹੀਂ ਆਵਾਂਗੇ ਮੈਂ ਪਿੱਛੇ ਵੀਰੇ ਬੜੇ ਸਵਾਲ ਨੇ ਬਈ ਇਹਨੂੰ ਆਉਣਾ ਤੇ ਹੈਗਾ ਟਾਈਮ ਨਹੀਂ ਨਹੀਂ ਬਈ ਅਸੀਂ ਉਹ ਵੀਰੇ ਰਹਿ ਕੇ ਸਾਨੂੰ ਬੇਇੱਜ਼ਤ ਨਾ ਕਰੋ ਭਰਾਵਾਂ ਵੱਡੇ ਮੈਂ ਹਨਾ ਮੈਨਾਂ ਉਹਨੂੰ ਅਨੂ ਮੈਨੂੰ ਕੀਤਾ ਤਾਂ ਉਹ ਉਹਨੇ ਕਹਿੰਨਾ ਮੈਂ ਕਿਹਾ ਉਹ ਕਹਿੰਦਾ 5000 ਦਾ ਚੈੱਕ ਲੈ ਗਿਆ ਇੰਨੇ ਆ ਨਾ ਚੈੱਕ ਲੈ ਗਿਆ ਮੈਂ ਕੈਨਸਲ ਕਰਾਣਾ ਉਹਨੇ ਨਾ ਜਾ ਕੇ ਕੈਨਸਲ ਕਰਾਤਾ ਚੈੱਕ ਦੁਬਾਰਾ ਉਹਨੇ ਫੇਦਾ ਲੈਣਾ ਆਉਣਾ ਸੀ ਉਹਨੇ ਆ ਗਿਆ ਲੈਣਾ ਉਹ ਲੈਣਾ ਆ ਗਿਆ ਤੇ ਉਹਦੇ ਉਹ ਚੈੱਕ ਲੈ ਕੇ ਉਥੋਂ 5000 ਦਾ ਲੈ ਕੇ ਨਿਕਲੇ ਜਾਂ ਗੜਦੀ ਵਾਲਾ ਆ ਅਸੀਂ ਉਥੋਂ ਫੇ ਫੜ ਲਿਆ ਮੈਂ ਉਹਨੂੰ ਬਿਠਾ ਲਿਆ ਮੈਂ ਕਿਹਾ ਦੱਸ ਪਹਿਲਾਂ ਤਾਂ ਨਾ ਮੁੰਡੇ ਮੇਰੇ ਬੜੇ ਗਰਮ ਮੈਂ ਕਹਿੰਦਾ ਸੱਚ ਬੋਲਨੀ ਵੀ ਕੀ ਤੇਰਾ ਕਹਿੰਦਾ ਭਾਜੀ ਉਹਨੇ ਕੱਢਿਆ ਗੁਰੂ ਨਾਨਕ ਸਾਹਿਬ ਨਾਨਕ ਆਸ਼ਰਮ ਕੱਡਿਆ ਲਿਖਿਆ ਮੈਂ ਫੋਨ ਲਾਇਆ ਮੈਂ ਕਿਹਾ ਜੀ ਆਪ ਹੁੰਦਾ ਸਾਡਾ ਮੈਂਬਰ ਆ ਜੀ ਸਾਡਾ ਮੈਂਬਰ ਆ ਜੀ ਮੈਂ ਕਿਹਾ ਯਾਰ ਤੁਹਾਡਾ ਮੈਂਬਰ ਤਾਂ ਸਾਡਾ ਨਾਂ ਕਿਉਂ ਲੈਂਦਾ ਬਿਲਕੁਲ ਮੈਂ ਫੋਨ ਉੱਥੇ ਲਾਇਆ ਜਣ ਚੈੱਕ ਉਹ ਕਹਿੰਦੇ ਤੇਰਾ ਨਾਂ ਤੁਹਾਡੇ ਸੰਸਥਾ ਦਾ ਨਾਂ ਲਿਆ ਇਸ ਮੰਦਿਰ ਨੇ ਮੈਂ ਮੂੰਹ ਤੇ ਕਰਾ ਉਹਨੇ ਫਿਰ ਜਦੋਂ ਸਖਤ ਹੋਏ ਜਦੋਂ ਆਪਾਂ ਲੈ ਕੇ ਪੁਲਿਸ ਵੀ ਸੱਦੀ ਫਿਰ ਉਹਨੇ ਦੱਸਿਆ ਕਹਿੰਦਾ 70% ਅਸੀਂ ਲੈ ਰਹੇ ਹਾਂ 30% ਉਹ ਲੈ ਰਹੇ ਆ ਜਿੰਨਾ ਜਾਂਦਾ 70 30 ਦੀ ਰੇਸ਼ਿਓ ਚੱਲਦੀ ਆ ਬੰਦੇ ਛੱਡੇ ਹੋਏ ਨੇ ਛੱਡਿਓ ਬੰਦੇ ਬਿਲਕੁਲ ਸਹੀ ਮੈਂ ਕਹਿੰਦਾ ਕਿੰਨੇ ਕਹਿੰਦਾ 2500 ਬੰਦਾ ਕਲੈਕਸ਼ਨ ਕਰ ਰਿਆ ਹੈ ਇਦਾਂ ਹੀ ਹੁੰਦਾ ਬਈ 2500 ਬੰਦਾ ਮੈਂ ਹੈਰਾਨ ਰਹਿ ਗਿਆ ਉਹ ਬੰਦਿਆਂ ਨੂੰ ਲਾਇਆ ਮੈਂ ਉਹਨਾਂ ਨੂੰ ਫੋਨ ਲਾ ਮੈਂ ਕਹਿੰਦਾ ਯਾਰ ਤੁਹਾਡੇ ਨਾਂ ਤੇ ਠਗੀ ਸਾਡੇ ਨਾਂ ਤੇ ਵੀ ਮਾਰੀ ਜਾ ਰਹੇ ਤੁਸੀਂ ਸ਼ਰਮ ਤੁਸੀਂ ਫੇਸਬੁੱਕ ਤੇ ਦੇਖਿਆ ਹੋਊਗਾ ਕਿ ਕਿੰਨੀਆਂ ਅੱਜ ਕੱਲ ਸਾਨੂੰ ਮੈਨੂੰ ਫੋਨ ਕਰਦੇ ਨੇ ਕਿ ਅਸੀਂ ਹਾਇਦਰਾਬਾਦ ਐਨਜੀਓ ਤੋਂ ਬੋਲ ਰਹੇ ਆ ਬੰਦਾ ਸੜ ਗਿਆ ਮੈਂ ਦੇਖਿਆ ਤੇਰੀ ਵੀਡੀਓ ਬੜੇ ਕਰਦੇ ਨੇ ਬਹੁਤ ਕਰੇ ਉਹ ਇੱਕ ਹੀ ਸਾਡੇ ਨਾਂ ਤੇ ਠਗੀ ਜਿਹੜੀ ਮਾਰਨੀ ਬੜਾ ਇਹਨ ਇਦੂ ਗਣੇ ਮੋਰੋ ਗਣੋ ਭਾਈ ਐਨ ਆਰ ਆਈ ਕਿਵੇਂ ਵਿਚਾਰਾ ਬਾਹਰ ਬੈਠਾ ਤੜਪਦਾ ਤੁਹਾਡੀ ਵੀਡੀਓਜ਼ ਦੇਖਦਾ ਜਾਂ ਗੁਰਪ੍ਰੀਤ ਭਾਈ ਵੀਡੀਓ ਦੇਖਦਾ ਸਾਡੇ ਥੋੜੇ ਜਿਹਾ ਪ੍ਰੋਟੋਕਾਲ ਐਸੇ ਨਹੀਂ ਜੀ ਇੱਥੇ ਆਓ ਹਾਂ ਬਿਲਕੁਲ ਬਿਲਕੁਲ ਅਸੀਂ ਖਾਤਾ ਨੰਬਰ ਐ ਨਹੀਂ ਖੁੱਲੇ ਦਿੱਤੇ ਹੋਏ ਵੀ ਲੋਪ ਪਾ ਦੋ ਮੈਂ ਮੋਰੋ ਇਹਦੀ ਜਾਨਾ ਵੀ ਇਧਰੋਂ ਹੜਾਂ ਦੇ ਵਿੱਚ ਕਿਵੇਂ ਮੈਸੇਜ ਹੂ ਹੋਈ ਆ ਫਿਰ ਉਸ ਤੋਂ ਬਾਅਦ ਨਾ ਮੈਂ ਉਹਨੂੰ ਕੀਤੀ ਮੈਂ ਉਹਨੂੰ ਗੱਲਬਾਤ ਕੀਤੀ ਮੈਂ ਕਿਹਾ ਤੂੰ ਯਾਰ ਆਹ ਕੀਤੀ ਉਹਨੂੰ ਚਾਕੇ ਸੀ ਥਾਣੇ ਦਿੱਤਾ ਥਾਣੇ ਵਾਲਿਆਂ ਨੇ ਰਪਈਆ 10000 ਲੈ ਆ ਛੱਡ ਦਿੱਤਾ ਉਹਨੇ ਮੈਨੂੰ ਕਹਿੰਦੇ ਪਿਆਨਾਂ ਦੇ ਗਾਉ ਮੈਂ ਕਹਾਂ ਯਾਰ ਇੱਥੇ ਪਰਚਾ ਕਰਾਉਂਗਾ ਮੁੜ ਕੇ ਮੈਂ ਕੂਟ ਕਚੈਰੀਆਂ ਤੁਰਿਆ ਫਿਰੂਆਂ ਤੁਸੀਂ ਆਪਣੇ ਹਿਸਾਬ ਨਾਲ ਕਰੋ ਉਹਨੇ 10000 ਮੈਨੂੰ ਪਛਾਣ ਨੂੰ ਪਤਾ ਲੱਗਾ ਉਹ ਤਾਂ 10000 ਲੈ ਕੇ ਠਾਣੇ ਵਾਲੇ ਛੱਡ ਦਿੱਤ ਜਿਹੜਾ ਐਦਾਂ ਦੇ ਤਾਂ ਕੰਮ ਚੱਲਦਾ ਸਿਸਟਮ ਮੁੜ ਕੇ ਉਹ ਚਲੋ ਆਪਾਂ ਲੋਕਾਂ ਨੂੰ ਵੀਡੀਓ ਪਾਈਏ ਅਵੇਅਰ ਕੀਤਾ ਵੀ ਤੁਸੀਂ ਆ ਸਾਡੇ ਨਾਲ ਅਸੀਂ ਧਰਨੀ ਅਸੀਂ ਲੋਕਾਂ ਨੂੰ ਦੱਸ ਆ ਕਿ ਕਿਸੇ ਵੀ ਸੰਸਥਾ ਦੇ ਨਾਮ ਤੇ ਮੈਨੂੰ ਲੱਗਦਾ ਐਂ ਹੀ ਬਾਈ ਚੈੱਕ ਨਹੀਂ ਦੇਣਾ ਚਾਹੀਦਾ ਜਾ ਕੇ ਸੰਸਥਾ ਦੇਖ ਕੇ ਆਓ ਬਿਲਕੁਲ ਮੈਂ ਉਹਨਾਂ ਨੂੰ ਬਾਈ ਨੂੰ ਪੁੱਛ ਵੀ ਮੈਂ ਤੁਹਾਡੇ ਨਾਂ ਲਿਆ ਮੈਂ ਦੇ ਤਾ ਮੈਂ ਕਹਿੰਦਾ ਯਾਰ ਹਾਂ ਹਾਂ ਉਹ ਵੀਡੀਓਜ਼ ਦੇਖਦੇ ਨੇ ਫੇਸਬੁੱਕ ਤੇ ਹੁੰਦਾ ਹੈ ਉਹ ਨਹੀਂ ਨਾਂ ਲਿਆ ਕਿ ਵਿਚਾਰਿਆਂ ਦਿੱਤੀ ਉਹ ਨਹੀਂ ਕਹਤੋ ਵੀ ਤੁਹਾਡੇ ਨਾਂ ਲਿਆ ਮੈਂ ਕਹਿੰਦਾ ਯਾਰ ਮਾੜਾ ਮੋਟਾ ਸਾਡੇ ਤਾਂ ਬਾਈ ਕੀ ਹੁੰਦਾ ਹੈ ਫੇਸਬੁੱਕ ਤੇ ਨਾ ਕਮੈਂਟ ਚ ਕਈ ਵਾਰ ਕੋਈ ਐਨ ਆਰ ਆਈ ਲਿਖ ਦਿੰਦਾ ਲਿਖ ਦਿੰਦਾ ਕਿ ਆਈ ਵਾਂਟ ਟੂ ਹੈਲਪ ਫੇਕ ਬੰਦੇ ਉਹਨਾਂ ਦੇ ਕਮੈਂਟ ਤੋਂ ਆਈਡੀ 'ਚ ਮੈਸੇਜ ਪਾਉਂਦੇ ਨੇ ਮੇਰੇ ਨਾਮ ਦੀ ਆਈਡੀ ਬਣਾ ਕੇ ਉਹਨਾਂ ਨੂੰ ਲੱਗਦਾ ਕਿ ਅਨਮੋਲ ਦਾ ਮੈਸੇਜ ਆਇਆ ਕਿ ਬਾਈ ਦੀ ਤੁਹਾਡਾ ਕਮੈਂਟ ਆਇਆ ਸੀਗਾ ਆ ਸੇਵਾ ਭੇਜ ਦਿਓ ਤੇ ਲੋਕ ਭੇਜ ਰਹੇ ਨੇ ਭੇਜ ਰਹੇ ਦੱਸੋ ਲੋਕ ਅਸਲ ਵਿੱਚ ਲੋਕਾਂ ਕੋਲ ਟਾਈਮ ਨਹੀਂ ਹੈਗਾ ਮਨ ਮੋਲਬੀਰੇ ਜਦੋਂ ਅਸੀਂ ਕਹਿੰਨੇ ਆ ਨਾ ਆਓ ਕਿ ਆਓ ਆਉ ਆਣ ਕੇ ਦੇਖੋ ਚਲੋ ਕੋ ਰਿਸ਼ਤੇਦਾਰ ਭੇਜ ਦੋ ਤਾਂ ਰਿਸ਼ਤੇਦਾਰ ਤੇ ਕਿਹਨੂੰ ਯਕੀਨ ਨਹੀਂ ਹੁੰਦਾ ਰਿਸ਼ਤੇਦਾਰ ਕਹਿੰਦੇ ਰਿਸ਼ਤੇਦਾਰ ਦੀ ਸੁਣ ਲੋ ਇੱਕ ਰਿਸ਼ਤੇਦਾਰ ਨੂੰ ਐਨ ਆਰ ਆਈ ਨੇ ਸਾਡੇ ਲੱਖ ਰੁਪਏ ਭੇਜਿਆ ਉਹ ਸੇਵਾ ਕਰਕੇ 20000 ਤੇ ਮੈਨੂੰ ਐਨ ਆਰ ਆਈ ਦਾ ਫੋਨ ਆਇਆ ਕਹਿੰਦਾ ਨਮੋਲ ਮੈਂ ਲੱਖ ਰੁਪਏ ਜਾ ਹੁਣ ਰਿਸ਼ਤੇਦਾਰ ਬੀਅਰ ਕਰਕੇ ਗਿਆ ਜੇ ਮੈਂ ਦੱਸਾਂ ਤਾਂ ਕਲੇਸ਼ ਪੈਂਦਾ ਆ ਮੈਂ ਗੋਲ ਮੋਲ ਜੀ ਗੱਲ ਕਰਕੇ ਨਾ ਮੈਂ ਕਹਿੰਦਾ ਬੜਾ ਧੰਨਵਾਦ ਬਾਈ ਜੀ ਤੁਹਾਡੀ ਦੋ ਪੇਸ਼ੈਂਟਾਂ ਨੂੰ 10-10000 ਸੇਵਾ ਲੱਗ ਗਈ ਹੈ 20000 ਸੇਵਾ ਜੀ ਕਹਿੰਦਾ 20 ਮੈਂ ਤਾਂ ਭੇ ਇਹ ਵਰ ਕਹਿੰਦੇ ਵੀ ਰਿਸ਼ਤੇਦਾਰਾਂ ਨੂੰ ਨਹੀਂ ਅਸੀਂ ਮੈਂ ਕਹਿੰਦਾ ਨਾ ਰਿਸ਼ਤੇਦਾਰ ਭੇਜੋ ਜਾਂ ਕੋਈ ਸਾਖ ਸੰਬੰਧੀ ਨਹੀਂ ਅਸੀਂ ਰਿਸ਼ਤੇਦਾਰ ਨਹੀਂ ਭੇਜ ਸਕਦੇ ਤੁਸੀਂ ਹੋਰ ਕਰੋ ਹਨਾ ਵੀ ਉਹ ਆਪਣਾ ਦੱਸਣ ਲੱਪੰਦੇ ਅਸੀਂ ਤਾਂ ਪਹਿਲੇ ਹਾਲਾਤ ਮਾੜੇ ਤੁਸੀਂ ਹੋਰਾਂ ਨੂੰ ਦੇਈ ਜਾਂਦੇ ਆ ਨਾ ਇਦਾਂ ਫਿਰ ਉਹ ਕਰਨ ਕੀ ਬਈ ਇਹਨੇ ਨਹੀਂ ਕਰਨ ਕੀ ਕਰਨ ਕੀ ਉਹੀ ਤਾਂ ਗੱਲ ਅਨਮੋਲ ਵੀਰੇ ਵੀ ਉਹਨਾਂ ਨੂੰ ਵੀ ਚਾਹੀ ਮਨਾ ਜਦੋਂ ਚਲੋ ਆਏ ਆ ਪਰ ਸਾਲ ਦੋ ਸਾਲ ਬਾਅਦ ਆਓ ਤਾਂ ਦੇਖ ਕੇ ਜਾਓ ਨਾ ਕਿਉਂਕਿ ਅਸਲ ਦੇ ਵਿੱਚ ਪੈਸਾ ਨਾਲ ਦੀ ਇਦਾਂ ਦੀ ਚੀਜ਼ਾਂ ਦਾ ਮool ਵੀਰੇ ਯਕੀਨ ਤਾਂ ਹੁੰਦਾ ਜਿਹੜੇ ਹੁਣ ਭੇਜਦੇ ਵੀ ਉਹਨਾਂ ਨੂੰ ਵੀ ਹੁੰਦੀ ਯਾਰ ਮੇਰੀ ਲੱਗੀ ਆ ਸਹੀ ਜਗ੍ਹਾ ਲੱਗੀ ਚਾਹੇ ਕੋਈ ਵੀ ਆ ਮਨ ਦੇ ਵਿੱਚ ਤਾਂ ਆ ਹੀ ਜਾਂਦਾ ਹੁੰਦਾ ਬਈ ਹੁੰਦਾ ਹੁਣ ਤਾਂ ਹੜਾਂ ਦੇ ਵਿੱਚ ਦੀ ਗੱਲ ਆ ਅਨਮੋਲ ਵੀਰੇ ਆਪਾਂ ਕਿੱਥੇ ਸੀ ਪਹਿਲਾਂ ਹੜਾਂ ਤੇ ਆ ਜੀ ਇਹ ਹੜਾ ਹਾਂ ਜੀ ਹਾਂ ਜੀ ਬਈ ਮੈਂ ਤਾਂ ਹੜਾ ਤੇ ਆਣੇ ਸੀ ਕਿ ਹੜਾਂ ਨੇ ਤੁਸੀਂ ਬੜੀ ਸੇਵਾ ਨਿਭਾਉਂਦੇ ਹੋ ਇੱਕ ਸਵਾਲ ਮੇਰਾ ਇਹ ਵੀ ਆ ਬਈ ਮੈਂ ਜੋ ਤੁਹਾਨੂੰ ਦੇਖਦਾ ਤੁਸੀਂ ਨਾ ਬੜੇ ਅਸਲੀ ਸੇਵਾ ਕਰਨ ਵਾਲੇ ਹੋ ਅਸਲੀ ਮਤਲਬ ਕਿ ਤੁਸੀਂ ਕੈਮਰੇ ਮੋਰੇ ਨਹੀਂ ਪਾਣੀ 'ਚ ਜਾਂਦੇ ਕਿ ਹਾਂਜੀ ਬਾਈ ਵੀਡੀਓ ਆਨ ਹੋ ਗਈ ਤੇ ਮੈਂ ਉਤਰਾਂ ਕੁੜਤਾ ਪਾਵਾ ਮਾਂ ਲੈ ਕੇ ਪਾਣੀ 'ਚ ਤੁਸੀਂ ਲੱਗੇ ਰਹਨੇ ਹੋ ਤੁਹਾਡੀ ਸ਼ਕਲ ਦਾ ਰੰਗ ਦੱਸਦਾ ਹੈ ਤੁਹਾਡੀ ਥੋੜੀ ਜੀ ਪੱਗ ਉੱਪਰ ਹੁੰਦੀ ਹੈ ਨਾ ਤਾਂ ਚਮੜੀ ਦਾ ਰੰਗ ਪਤਾ ਲੱਗ ਜਾਂਦਾ ਕਿ ਇਧਰੋਂ ਪੂਰਾ ਕਾਲਾ ਹੋਇਆ ਹੈ ਬਰਾਊਨ ਤੇ ਇਧਰੋਂ ਵਾਈਟ ਜਾਂ ਬਾਵਾ ਦਾ ਰੰਗ ਕਈ ਲੋਕ ਸਿਰਫ ਹੀਰੋ ਬਣ ਕੇ ਤੁਹਾਡੀ ਵੀਡੀਓ 'ਚ ਆ ਕੇ ਕਿ ਜੀ ਚਲੋ ਜੀ ਅਸੀਂ ਮਨਜੋਤ ਬਾਈ ਨਾਲ ਲੱਗੇ ਹੋਇਆ 10 ਮਿੰਟ ਸੇਵਾ ਕੀਤੀ ਘੰਟਾ ਨਿਕਲ ਗਿਆ ਤੇ ਮਨਜੋਤ ਬਾਈ ਤੇ 24 ਘੰਟੇ ਲੱਗਾ ਹੋਇਆ ਹੁੰਦਾ ਬਹੁਤ ਬਹੁਤ ਹੁੰਦਾ ਕਿ ਇਹਨਾਂ ਨੂੰ ਮੁੱਲ ਵੀਰੇ ਕਈ ਮੇਰੇ ਹਜ ਕਿਸਤੇ ਨੇ ਉਠਾਇਆ ਜੀ ਬਿਠਾਇਆ ਉਹ ਵੀ ਵੀਡੀਓ ਬਣਾ ਲਈ ਹਾਂ ਵੀ ਕਿਸਤੀ ਚ ਨਹੀਂ ਆਇਆ ਵੀ ਕਿਸਤੀ ਚ ਇਦਾਂ ਬਿਠਾ ਕੇ ਲੈ ਵੀ ਅਸੀਂ ਪਾਤੀ ਲੈ ਵੀਆਂ ਨਾ ਕਈ ਬੰਦੇ ਮੇਰੇ ਨਾਲ ਨਾਰਾਜ਼ ਆ ਕਈ ਆਣ ਕੇ ਉੱਥੇ ਖੜ੍ਹ ਜਾਂਦੇ ਆ ਮੈਂ ਨਾ ਅਨਮੋਲ ਵੀਰੇ ਜਦੋਂ ਮੈਂ ਕਰਦਾ ਹਾਂ ਨਾ ਮੈਨੂੰ ਪਤਾ ਲੱਗ ਜਾਂਦਾ ਬੰਦੇ ਆ ਗਏ ਮੈਂ ਉਦਾਂ ਹੀ ਆਪਣੀ ਮਰਜ਼ੀ ਨਾਲ ਆਇਆ ਘਰ ਕਰਕੇ ਨਿਕਲਿਆ ਗੱਲ ਕੋ ਨਹੀਂ ਉਹ ਪਹਿਲਾਂ ਖੜੇ ਰੇ ਦੇ ਰਹੇ ਦੇ ਵੀ ਇੱਕ ਮੈਨੂੰ ਸਾਨੂੰ ਇਹਨੇ ਬੁਲਾਇਆ ਨਹੀਂ ਜਾਂ ਹੁਣ ਯਾਰ ਮੈਂ ਦੇਖ ਅਨਮੋਲ ਵੀਰੇ ਚਾਰ ਜਾਣੇ ਤਾਂ ਸਾਡੀ ਟੀਮ ਦੇ ਬੰਦੇ ਆ ਜੇ ਨਹੀਂ ਜਾ ਕੇ ਕੰਮ ਕਰਨਾ ਜੇ ਨਹੀਂ ਉੱਥੇ ਕੋਈ ਰੈਸਕਿਊ ਵੀ ਕਰਨਾ ਸਮਾਨ ਲੈ ਕੇ ਜਾਣਾ ਅਸਲੀ ਸੇਵਾ ਕਰਨਾ ਜਿਹੜੀ ਜਿਹੜੀ ਉੱਥੋਂ 10 ਜਣੇ ਬਿਠਾ ਕੇ ਵੀ ਲਿਆਉਣੇ ਆ ਕੋਈ ਉਹ ਟਰੱਕ ਥੋੜਾ ਆ ਜਾਂ ਵੀ ਆਪਾਂ ਜਿਹੜਾ ਮਰਜੀ ਜੱ ਸ਼ੇਪ ਆ ਵੋਟ ਆ ਲਿਮਟ ਬਿਠਾ ਸਕਦੇ ਹੈਨਾ ਹੁਣ ਅਨਮੋਲਬੀਰੀ ਉੱਥੋਂ ਆਪਾਂ ਮੰਡੀ ਕਾਲੂ ਪਿੰਡ ਦੇ ਵਿੱਚੋਂ ਇੱਕ ਬੱਚੀ ਉਦਾਂ ਉੱਪਰ ਸੀਗੀ ਉਹਦੀ ਮਾਂ ਨਾ ਕਿ ਉਹਦਾ ਫੜਾਉਣ ਲੱਗੀ 7 ਸਾਲ ਦੀ ਬੱਚੀ ਉਹ 7 ਸਾਲ ਦੀ ਬੱਚੀ ਸਾਡੀ ਟੀਮ ਨੂੰ ਫੜਾਉਣ ਲੱਗੀ ਉਹ ਤੀਵੀਂ ਆਦਮੀ ਲੜ ਪਿਆ ਤੀਮੀ ਕਹਿੰਦੀ ਵੀ ਮੈਂ ਤੈਨੂੰ ਕੱਲ ਦਾ ਲੌਸਮੈਂਟ ਹੋਈ ਐ ਮੈਂ ਤੈਨੂੰ ਕਿਹਾ ਚਲ ਜਾ ਘਰ ਖਾਲੀ ਕਰ ਦੇ ਤੂੰ ਕੱਲ ਦਾ ਨਹੀਂ ਕੀਤਾ ਮੈਂ ਨਹੀਂ ਹੁਣ ਜਾਣਾ ਕੋਠੇ ਤੇ ਚੜ੍ਹੇ ਉਹ ਤਾਂ 8 ਫੁੱਟ ਪਾਣੀ ਚੜ੍ਹ ਗਿਆ ਉਹ ਥੱਲੇ ਬੋਟ ਖੜੀ ਘਰ ਵਾਲਾ ਕਹਿੰਦਾ ਨਿਕਲ ਜਲਦੀ ਉਹ ਗਾਲਾਂ ਕੱਢੇ ਜਲਦੀ ਬਹਿ ਬੋਰਡ ਚ ਕੋਠੇ ਉੱਪਰ ਦੇ ਬੱਚੇ ਦਾ ਫੜਾਉਂਦੇ ਉਹ ਬੱਚੀ ਸੀ 7 ਸਾਲ ਦੀ ਘਰ ਵਾਲਾ ਵਿੱਚ ਜਨਾਨੀ ਉੱਪਰ ਸੀ ਉਹ ਖਿਜੀਓ ਨੇ ਬੱਚੀ ਦਾ ਫੜਾਉਂਦੀ ਫੜਾਉਂਦੀ ਨੇ ਬੱਚੀ ਸਿਰ ਤੇ ਹੁਣ ਸਾਡਾ ਟੀਮ ਮੈਂਬਰ ਸੀ ਮਾਰੀ ਮਿੰਟ ਦੀ ਛਾਲ ਉਹਨੇ ਮਿਰਚੋਂ ਨਾਲ ਹੀ ਕੱਢ ਲੈਂਦੀ ਤੇ ਜੇ ਉੱਥੇ ਹੁੰਦੇ ਅਣਜਾਣ ਬੰਦੇ ਬਿਠੋ ਵੀਡੀਓ ਬਣਾ ਲੈ ਹੁੰਦੇ ਉਹਨਾਂ ਨੇ ਜਾਣਾ ਸੀ ਮੈਂ ਕਿਹਾ ਸਵਾਲ ਹੀ ਨਹੀਂ ਪੈਦਾ ਹੁੰਦਾ ਜਦ ਕੋ ਪੈਰ ਵੀ ਲਾਜਣ ਮੁਸ਼ਕ ਪਾਣੀ ਇੰਨਾ ਹਵ ਸਮਾਰ ਦੀ ਮੁਸ਼ਕ ਮਾਰਦੀ ਪਾਣੀ ਨੂੰ ਹੱਥ ਲਾ ਕੇ ਨਹੀਂ ਰਾਜੀ ਮੈਂ ਤੁਹਾਡੀਆਂ ਵੀਡੀਓ ਚ ਬਈ ਤੁਹਾਡੀ ਸ਼ਕਲ ਪੜ ਲੈਂਦਾ ਸੀ ਕਿ ਤੁਸੀਂ ਬਿਨਾ ਕੈਮਰੇ ਨੂੰ ਧਿਆਨ ਦਿੱਤੇ ਤੁਸੀਂ ਵੀਡੀਓਗ੍ਰਾਫੀ ਚ ਇੰਨਾ ਵਿਸ਼ਵਾਸ ਨੂੰ ਦਿਖਦੇ ਜਿਨਾ ਤੁਸੀਂ ਸੇਵਾ ਚ ਰੱਖਦੇ ਬਿਲਕੁਲ ਕੀ ਅਨਮੋਲ ਵੀਰੇ ਵੀਡੀਓਗ੍ਰਾਫੀ ਵੀ ਜ਼ਰੂਰੀ ਹੁੰਦੀ ਇਦਾਂ ਹੁੰਦੀ ਆ ਵੀ ਕਈ ਵਾਰੀ ਬੰਦੇ ਕਹਿੰਦੇ ਆ ਯਾਰ ਸਾਡੇ ਨਾਲ ਨਹੀਂ ਤੁਸੀਂ ਮਦਦ ਲੈ ਕੇ ਆਏ ਸਾਨੂੰ ਉਹ ਕਰਨੀ ਜ਼ਰੂਰੀ ਪੈਂਦੀ ਵੀ ਅਸੀਂ ਆਏ ਆ ਅਸੀਂ ਆ ਸਵੇਰ ਤੋਂ ਲੱਗੇ ਹੋਏ ਆ ਕਈ ਸਵਾਲ ਵੀ ਬੜੇ ਸ਼ਰਾਰਤੀ ਆਨਸਰ ਜਿਹੜੇ ਉਹ ਸ਼ਰਾਰਤੀ ਉਹ ਵੀ ਕਰਨ ਨੂੰ ਬੜੀ ਫਿਰ ਤਾਂ ਕਰਕੇ ਇਹ ਵੀ ਜ਼ਰੂਰੀ ਹੁੰਦੀ ਕਰਦੇ ਉਦੋਂ ਬੱਚੀ ਕੱਢੀ ਹਨਾ ਚਲੋ ਬੱਚੀ ਬਚ ਗਈ ਜੇ ਹੁਣ ਰੱਬ ਨਾ ਕਰੇ ਮੇਰੇ ਉਹ ਜਿਹੜੇ ਮੁੰਡੇ ਨੇ ਛਾਲ ਮਾਰੀ ਤੈਰਨਾ ਨਹੀਂ ਆਉਂਦਾ ਨੂੰ ਮੁੱਲ ਵੀ ਕਿਸੇ ਨੂੰ ਸਾਡੀ ਟੀਮ ਨੂੰ ਜਿੰਨਿਆਂ ਨੇ ਕੰਮ ਕੀਤਾ 30 30 ਜਾਣੇ ਟੀਮ ਪੂਰੀ ਪੱਕੀ ਤੀਆਂ ਚ ਕਿਸੇ ਨੂੰ ਵੀ ਤੈਰਨਾ ਨਹੀਂ ਆਉਂਦਾ ਛਾਲ ਪਜਾ ਫੁੱਟ ਪਾਣੀ ਚ ਮੁਰਾ ਲਓ ਉਹ ਜੈਕਟ ਪਾ ਕੇ ਵਿੱਚ ਵੜਦੇ ਆਲੇ ਮੈਨੂੰ ਕਈ ਵਾਰੀ ਪੁੱਛਦੇ ਹੁੰਦੇ ਵੀ ਯਾਰ ਤੁਸੀਂ ਟ੍ਰੇਨਿੰਗ ਕਿੱਥੋਂ ਲਈ ਆ ਮੈਨੂੰ ਮੈਨੂੰ ਨਾ ਮੇਰੇ ਡੀਸੀ ਸਾਹਿਬ ਸਾਡੇ ਕੋਮਲ ਮਿੱਤਲਾ ਬੜੇ ਉਹ ਵੀ ਬਹੁਤ ਵਧੀਆ ਸਰ ਉਹਨਾਂ ਨੇ ਮੈਨੂੰ ਕਿਹਾ ਵੀ ਟ੍ਰੇਨਿੰਗ ਕਿੱਦਾਂ ਹੈ ਨਾ ਇੱਕ ਮੰਤਰੀ ਸਾਹਿਬ ਉਹਨਾਂ ਨੇ ਵੀ ਬੋਲੇ ਟ੍ਰੇਨਿੰਗ ਮੈਂ ਉਹ ਮੇਰੇ ਨਾਲ ਬਹਿਗਾ ਮੰਤਰੀ ਸਾਹਿਬ ਜਿਹੜੇ ਫਲੱਡ ਦੇ ਆ ਉਹਨਾਂ ਦੇ ਉਹ ਨਾਲ ਮੇਰੇ ਨਾਲ ਬਹਿਗਾ ਤੇ ਜਦੋਂ ਆਪਾਂ ਦਰਿਆ ਵਿੱਚੋਂ ਦੀ ਜਾਂਦੇ ਦਰਿਆ ਦੀਆਂ ਛੱਲਾਂ ਮਾਰਨ ਕਿਸ਼ਤੀ ਹੋਵੇ ਐ ਜਦੋਂ ਜਾਣ ਕੇ ਉਹ ਤਾਂ ਹਨੂਮਨ ਚਾਲੀਸਾ ਪੜਹੀ ਹੋਣੀ ਓਏ ਹੋਏ ਹਨੂਮਨ ਚਾਲੀਸਾ ਪੜ੍ਹ ਕੇ ਬਚਦਾ ਜਦੋਂ ਉੱtre ਗਏ ਤਾਂ ਉਹਨਾਂ ਨੇ ਡੀਸੀ ਸਾਹਿਬ ਨੂੰ ਫੋਨ ਲਾਇਆ ਮਨਜੋਤ ਦੀ ਟੀਮ ਇਹ ਤਾਂ ਉੱਪਰ ਆ ਫੌਜ ਤੋਂ ਵੀ ਇਹਨਾਂ ਨੇ ਮੈਨੂੰ ਬਚਾਇਆ ਮੈਂ ਤਾਂ ਹਨੂਮਨ ਚਾਲਿਆ ਪਤਾ ਨਹੀਂ ਕਿੱਦਾਂ ਲੈ ਕੇ ਮਤਲਬ ਇੰਨੀ ਉਹਨਾਂ ਨੇ ਗੱਲ ਕੀਤੀ ਫਿਰ ਉਹਨਾਂ ਨੇ ਮੈਨੂੰ ਗੱਲਬਾਤ ਕੀਤੀ ਵੀ ਤੂੰ ਇੱਕ ਕਿੱਦਾਂ ਹੈ ਨਾ ਮੈਂ ਉਹਨਾਂ ਨੂੰ ਦੱਸਦਾ ਸੀ ਮੈਂ ਕਿਹਾ ਵੀ ਮੇਰੀ ਟੀਮ ਨੂੰ ਕਿਸੇ ਨੂੰ ਤੈਰਨਾ ਨਹੀਂ ਆਉਂਦਾ ਕਹਿੰਦੇ ਕਿੱਦਾਂ ਮੈਂ ਕਿਹਾ ਇਹ ਮੈਂ ਝਾਕ ਕੇ ਖਲਾਇਓ ਆ ਮੈਂ ਕਿਹਾ ਇਹਨਾਂ ਦੀ ਮੈਂ ਦਰਿਆ ਆ ਸਾਡੇ ਮੈਂ ਪਹਿਲਾਂ ਮੈਂ ਹਾਲਕ ਦੇ ਬਾਅਦ ਕੀ ਕਰਦਾ ਹੁਣ ਸਾਰੀ ਟੀਮ ਨੂੰ ਬਿਠਾਉਣਾ ਦੋ ਲੈਣੇ ਆਪਣੇ ਗੋਤਾਖੋਰ ਨਾਲ ਟੀਮ ਚ ਬਿਠਾ ਕੇ ਜਦੋਂ ਪਹਿਲੀ ਵਾਰ ਸੀਗਾ 2000 ਅਸਲ ਦੇ ਵਿੱਚ 2019 ਚ ਅਸੀਂ ਕਿਸ਼ਤੀ ਲਈ ਸੀ ਜਦੋਂ ਪਹਿਲੀ ਵਾਰ ਹੜ ਆਏ ਸੀ 2019 ਚ ਕਿਸ਼ਤੀ ਲਈ ਸੀ ਜਦੋਂ ਹੜ ਹੜ ਇਦਾਂ ਆਏ ਸੀ ਅਨਮੋਲ ਵੀਰੇ 2019 ਦੇ ਵਿੱਚ ਜਦੋਂ ਫਲੱਡ ਆ ਗਿਆ ਜਦੋਂ ਆਪਾਂ ਪਾਣੀ ਦੇ ਰਾਚਣ ਲੈ ਕੇ ਜਦੋਂ ਆਪਾਂ ਪਿੰਡ ਚ ਗਏ ਸਾਰੇ ਲੋਕ ਕੋਠਿਆਂ ਤੇ ਚੜਿਓ ਸਾਰੇ ਲੋਕ ਕੋਠਿਆਂ ਤੇ ਚੜਿਓ ਆਵਾਜ਼ਾਂ ਦੇਣ ਅਸੀਂ ਉੱਤੇ ਜਾ ਕੇ ਰਾਚਣ ਲੈ ਕੇ ਗਏ ਹਾਂ ਉੱਥੇ ਹੁਣ ਜਾਈਏ ਕਿਦਾਂ ਮੁਰੇ ਕੋਈ ਕਿਸ਼ਤੀ ਹੋਵੇ ਤਾਂ ਜਾਈਏ ਪਹਿਲੀ ਵਾਰ ਕਿਸ਼ਤੀ ਫੇ ਉਹਦੋਂ ਅਸੀਂ ਕਿਰਾਏ ਤੇ ਲਈ ਤੇ ਉਹ ਵੀ ਮੇਰੇ ਨਾਲ ਦੇ ਟੀਮ ਉਹਦੋਂ ਲੜ ਪਈ ਵੀ ਤੂੰ 4.5 ਲੱਖ ਦੀ ਕਿਸ਼ਤੀ ਮੰਗਾਈ ਕਿਹਨੂੰ ਪੁੱਛ ਕੇ ਮੰਗਾਈ ਮੈਂ ਕਿਹਾ ਯਾਰ ਮੈਨੂੰ ਮੇਰੇ ਅੰਦਰੋਂ ਆਵਾਜ਼ ਆਈ ਆ ਵੀ ਉਹ ਲੋਕ ਦੀਦੇ ਨਾ ਦੇਖਦੇ ਆ ਵੀ ਬਾਈ ਚਾਂਸ ਰੱਬ ਨਾ ਕਰੇ ਪੰਜਾਂ ਕੋਈ ਪਹੁੰਚੇ ਭੁੱਖੇ ਨੂੰ ਦੇਰੇ ਇੱਕ ਦੀ ਜਾਨ ਬਚਾ ਲਈ ਤੇ ਮੈਂ ਕਿਹਾ ਸਾਡੇ ਕੀ ਪੈਸਾ ਬਿਲਕੁਲ ਮੈਂ ਕਿਹਾ ਸੀ ਬਰੂਦ ਦੇ ਢੇਰ ਤੇ ਬੈਠੇ ਆਂ ਪਾਕੜਾ ਸਾਡੀ ਸਿਰ ਤੇ ਆ ਜਦੋਂ ਭਰਨਾ ਤਰਾਸਦੀ ਆ ਕੁਦਰਤ ਆ ਜਦੋਂ ਵੀ ਆ ਗਈ ਉਹ ਨਹੀਂ ਪਾਣੀ ਛੱਡਣਾ ਉਹ ਨਹੀਂ ਤੁਹਾਨੂੰ ਨਹੀਂ ਦੇਖਣਾ ਪੰਜਾਬ ਦੇ ਵਿੱਚ ਉਹ ਨਹੀਂ ਬੰਨ ਬਚਾਉਣਾ ਆਪਣਾ ਉਹ ਨਹੀਂ ਡੈਮ ਬਚਾਉਣਾ ਜਦੋਂ ਨਹੀਂ ਦੇਖਣਾ ਉਹ ਨਹੀਂ ਖੁੱਲਣਗੇ ਨਹੀਂ ਛੱਡਣਾ ਮੇਰੀ ਮੰਨ ਦੇ ਵਿੱਚ ਮੇਰੀ ਭੂਆ ਦਾ ਮੁੰਡਾ ਮਹਾਰਾਸ਼ਟਰੋਂ ਨੇ ਉਹ ਲਈ ਮੈਂ ਕਿਹਾ ਉਹਨੂੰ ਉਹਨੇ 4.5 ਲੱਖ ਦੀ ਐਨਡੀਆਰਐਫ ਵਾਲੀ ਕਿਸ਼ਤੀ 2019 ਚ ਭੇਜਤੀ ਸੀ ਮੇਰੇ ਨਾਲ ਦੇ ਬੋਲਣੋਂ ਹਟ ਗਿਆ ਮੈਨੂੰ ਕਹਿੰਦੇ ਨਹੀਂ ਮੈਂ 2019 ਦੀ ਮੈਨੂੰ ਕਹਿੰਦੇ ਜੇ ਹੁਣ ਆ ਗਏ 20 ਸਾਲ ਬਾਅਦ ਹੜਾ ਇਹ ਮੁੜ ਕੇ ਕਿਸ਼ਤੀ ਕੀ ਕਰੂਗੀ ਮੈਂ ਕਿਹਾ ਕੋਈ ਚੀਜ਼ ਪੈਸਾ ਬ्यर्थ ਨਹੀਂ ਜਾਊਗਾ ਇਹ ਮੈਨੂੰ ਦੇਖਣ ਮੂਲ ਵੀਰੇ ਅੱਜ ਜਦੋਂ ਗੋਤਾਖੋਰ ਹੋਣਾ ਪੂਰੇ ਪੰਜਾਬ ਚੋਂ ਬੌੜੀਆਂ ਕੱਢਦੇ ਆਪਾਂ ਲਾਛਾਂ ਗੋਤਾਖੋਰ ਦੇ ਨਾਲ ਜਾਂਦੇ ਆ ਸਾਡਾ ਮੁੰਡਾ ਕਮਲ ਆ ਉਹ ਗੋਤਾਖੋਰ ਉੱਥੇ ਦਾ ਭਾਕੜੇ ਦੇ ਨੰਗਲ ਦਾ ਉਹ ਉਹਦੇ ਨਾਲ ਉਹ ਥੱਲੇ ਜਾਂਦਾ ਆ ਆਪਾਂ ਉਹਨੂੰ ਕਿਸ਼ਤੀ ਦਿੰਨੇ ਆ ਕਿਸ਼ਤੀ 25-30000 ਰੁਪਿਆ ਲੈ ਜਾਂਦਾ ਜੇ ਕੋਈ ਪ੍ਰਾਈਵੇਟ ਲੈ ਜਾਣੀ ਹੋਵੇ ਆਮ ਬੰਦੇ ਦੇ ਘਰ ਚ ਪਹਿਲਾਂ ਹੀ ਮੌਤ ਹੋਈ ਹੁੰਦੀ ਉੱਪਰ ਦੀ ਗੋਤਾਖੋਰ ਮੰਗਣ 30000 ਰੁਪਿਆ ਦਾ ਉਹ ਜੀ ਰੱਖੋ ਅਸੀਂ ਫੇਰ ਤੁਹਾਡੀ ਲਾਸ਼ ਕੱਢਣੀ ਓਏ ਹੋਏ ਕਿੱਡਾ ਫਿਰ ਦਾ ਕੰਮ ਹੈ ਹਾਂ ਫੇਰ ਕੀ ਕਰਦੇ ਆ ਗੋਤਾਖੋਰ ਥੱਲੇ ਜਾ ਕੇ ਡੈੱਡ ਬੋਡੀ ਨੂੰ ਦੇਖਿਆਉਂਦੇ ਆ ਵਿੱਚ ਲਟਕਾਇਆ ਹੁੰਦੇ ਬੰਨੇ ਹੁੰਦੇ ਉੱਪਰ ਜਾ ਕੇ ਉਹਨੂੰ ਟਾਇਮ ਟਪਾਈ ਜਾਣਾ ਜਦੋਂ ਬਣ ਗਿਆ ਨਾ 30 40000 ਇੱਕ ਦਿਨ ਦੇਖ ਲਿਆ ਫੈਮਿਲੀ ਖਰੀ ਆ ਡਰ ਚ ਆ ਉਹਨੂੰ ਇੱਕ ਦਿਨ ਟਪਾ ਦੇਣਾ ਉਹਨੂੰ ਦੋਏ ਦਿਨ ਬਕਾਣਾ 30000 ਰੁਪਿਆ 40 ਲੱਗਣਾ ਉਹ ਨਹੀਂ ਵਿਚਾਰਿਆ ਨੇ ਦੇਣਾ ਪੈਣਾ ਬੋੜੀ ਆ ਕਿ ਕਿੱਥੇ ਭੁਗਤਣਗੇ ਬਾਈ ਲੋਕ ਫ ਕਿਸੇ ਨੇ ਕੁਝ ਜਾਨ ਪਾਈ ਉਹ ਕੱਢ ਲਿਆਣੀ ਇਹ 2019 ਤੋਂ ਬਾਅਦ ਦੇ ਵਿੱਚ ਮੈਨੂੰ ਜਦੋਂ ਇਦਾਂ ਪਤਾ ਲੱਗਿਆ ਤਾਂ ਗੂਤਾਖੂਰ ਬੜਾ ਇਦਾਂ ਨੂੰ ਕਰ ਰਿਹਾ ਫੇਰ ਕੁਝ ਕੁਝ ਲੋਕ ਇਦਾਂ ਦੇ ਹਾਂ ਕੁਝ ਲੋਕ ਮੈਨੂੰ ਵੀ ਇਦਾਂ ਕਰ ਰਿਹਾ ਫੇਰ ਆਪਾਂ ਮੈਂ ਕਿਹਾ ਨਹੀਂ ਜਿੱਥੇ ਹਕੌਲ ਆਇਆ ਗੁਰੂਏ ਗਰੀਬ ਬੰਦਾ ਦੇਖਣਾ ਕਰਨਾ ਇਹ ਜੀ ਵੀ ਦਾ ਗੁਰੂ ਦਾ ਗੋਤਾ ਕਰੋ ਅਸੀਂ ਉਹ ਕਮਾਂ ਨਾਲ ਗੱਲ ਕੀਤੀ ਮੈਂ ਕਿਹਾ ਤੈਨੂੰ ਕੌਲਾਂ ਸਾਡੀਆਂ ਸੰਸਥਰੀਆਂ ਦੇ ਕਹਿੰਦਾ ਕੋਈ ਗੱਲ ਨਹੀਂ ਉਹਨੂੰ ਅਸੀਂ ਉਹਨੇ 1.5 ਲੱਖ ਦਾ ਉਹ ਪੂਰਾ ਲਿਆ ਸੂਟ ਹਨਾ ਲਿਆ ਸਾਰੀ ਆਕਸੀਜਨ ਸਿਲੰਡਰ ਐਂਕਾ ਉੱਥੇ ਵੀ ਉਹਨੂੰ ਸੇਵਾ ਦਿੱਤੀ ਕਹਿੰਦਾ ਠੀਕ ਆ ਭਾਜੀ ਅਸੀਂ ਉਹ ਲੈਤਾ ਲਾ ਲਾਤਾ ਅਸੀਂ ਉਹ ਵੀ ਲਾ ਪਏ ਕੱਢਣ ਫੇਰ ਮੈਨੂੰ ਗੱਲ ਕਰਨ ਮੈਂ ਕਿਹਾ ਹੁਣ ਦੱਸੋ ਕਿ ਇਸ ਤੀਕੇ ਦੇ ਕੰਮ ਆਈ ਹੈ ਜਦੋਂ ਕੈਦੀਆਂ ਲਾਛਾਂ ਕੱਢਣੀਆਂ ਹਨਾ ਇੱਕ ਵਿਚਾਰਾ ਨੰਗਲ ਤੋਂ ਨਾਰੀਆ ਰੋਣਣ ਗਿਆ ਬੀਸੀ ਕੀਤਾ ਮੁੰਡਾ ਵਿਚਾਰੇ ਨੇ ਕਿਤੇ ਉਹਨੂੰ ਕੰਮ ਨਹੀਂ ਲੱਗਦਾ ਸੀ ਉਹਨੂੰ ਕਦੇ ਪਣਜੀ ਨੇ ਦੱਸਤਾ ਵੀ ਤੂੰ ਨਾਰੀਅਲ ਰੋਡ ਉਹ ਵਿਚਾਰਾ ਰੋਣ ਲੱਗ ਗਿਆ ਤੇ ਲੱਗ ਗਿਆ ਰੋੜ ਗਿਆ ਸਾਰਾ ਪਰਿਵਾਰ ਵਿਚਾਰਾ ਗਰੀਬ ਪਰਿਵਾਰ ਉਹੀ ਕਮਾਉਣੇ ਵਾਲਾ ਹੁਣ ਉਤੋਂ ਜਾ ਕੇ ਉਤੋਂ ਕਹੀਏ ਵੀ ਤੂੰ ਪੈਸੇ ਦੇ ਤੇਰੀ ਲਾਸ਼ ਤਾਂ ਤੇਰੀ ਪੁੱਤ ਦੀ ਕੱਢਣ ਦੇਣੀ ਕਿੱਥੇ ਲੇਖਾ ਦੇਣਾ ਹਨ ਬਈ ਕਿੱਥੋਂ ਕਿੱਥੇ ਵਿਚਾਰਾ ਉਹ ਭਟਕਣ ਬਜ਼ੁਰਗ ਦੇਖਿਆ ਨਹੀਂ ਗਿਆ ਮੇਰੇ ਨਾਲ ਉਹਨੇ ਗੱਲ ਕੀਤੀ ਰੋਣ ਲੱਪਿਆ ਮੈਂ ਉਸੇ ਟਾਈਮ ਮਨ ਮੇਰਾ ਮੈਂ ਕਹਾ ਨਹੀਂ ਬਾਪੂ ਆ ਗਏ ਅਸੀਂ ਉਸੇ ਟਾਈਮ ਗੱਡੀ ਚੱਕੀ ਚੱਲ ਗਏ ਪਾਤੀ ਅਸੀਂ ਕਿਛਤੀ ਉਸੇ ਪਹਿਲੀ ਵਾਰ ਪਾਈ ਉਹਨੂੰ ਨਾਲ ਕਰਕੇ ਫਿਰ ਚੱਲ ਪਿਆ ਫਿਰ ਤਾਂ ਕੰਮ ਮਹਾਰਾਜ ਨੇ ਇਧਰ ਨੂੰ ਵੀ ਬਾੜੀਆਂ ਦੀ ਪਤਲੀਆਂ ਅਣਗਿਣਤ ਬਾੜੀਆਂ ਨਹੀਂ ਤਾਂ ਲਾਸ਼ ਜਿਹੜੀ ਪਾਣੀ ਦੇ ਵਿੱਚ ਹੁੰਦੀ ਫੁੱਲ ਹੋ ਜਾਂਦੀ ਹੈ ਪਾਣੀ ਦੀ ਮੌਤ ਸਭ ਤੋਂ ਭੈੜੀ ਹੁੰਦੀ ਹੈ ਲਾਸ਼ ਨਹੀਂ ਲੱਭਦੀ ਥੱਲੇ ਜਾ ਕੇ ਗਲ ਜਾਂਦੀ ਬਿਲਕੁਲ ਬਿਲਕੁਲ ਖੁੱਲ ਜਾਂਦੀ ਹੈ ਨਾ ਉਹ ਦੇਖਣੀ ਨਹੀਂ ਹੁੰਦੀ ਮਹਾਰਾਜ ਨੇ ਉਹ ਵੀ ਸੇਵਾ ਹੀ ਹੱਥਾਂ ਨਾਲ ਚੱਕ ਚੱਕ ਆਪ ਕੱਢ ਕੱਢ ਲਿਆ ਕੇ ਕਿੰਨੀ ਏ ਜੋਗੀ ਬਈ ਤੁਹਾਡੀ ਮੇਰੀ ਹੋ ਗਈ ਅਨਮੋਲ ਮੇਰੇ ਛਤੀ 36 ਸਾਲ ਬਾਈ ਤੁਸੀਂ ਟਾਈਮ ਕਿਦਾਂ ਦਿੰਨੇ ਹੋ ਪਰਿਵਾਰ ਨੂੰ ਆਪਣੇ ਤੁਸੀਂ ਜਿਹੜੀਆਂ ਸਟੋਰੀਆਂ ਦੱਸ ਰਹੇ ਹੋ ਇੱਕ ਮਿੰਟ ਦੀ ਵਹਿਲ ਨਹੀਂ ਲੱਗ ਰਹੀ ਕਿੰਨਾ ਮਤਲਬ ਤੁਸੀਂ ਫਿਰ ਫੈਮਿਲੀ ਨੂੰ ਟਾਈਮ ਕਿਵੇਂ ਦਿੰਨਾ ਫੈਮਿਲੀ ਨੂੰ ਟਾਈਮ ਅਨਮੋਲ ਵੀਰੇ ਬਸ ਜਦੋਂ ਘਰ ਦੇ ਆਉਂਦਾ ਬੱਚੀਆਂ ਦੇਖਦੀਆਂ ਹੁੰਦੀਆਂ ਪਰਸੋਂ ਦੋਨੇ ਬੱਚੀਆਂ ਮੈਂ ਪੰਜਾ ਛੇ ਦਿਨਾਂ ਬਾਅਦ ਘਰ ਆਇਆ ਇੱਕ ਮੇਰੀ 8 ਸਾਲ ਦੀ ਆ ਤੇ ਇੱਕ 5 ਸਾਲ ਦੀ ਆ ਉਹ ਦੋਨੇ ਜਾਣੀਆਂ ਲੜਦੀਆਂ ਸੀ ਵੀ ਮੈਂ ਪਹਿਲਾਂ ਕਿਉਂ ਪਹੁੰਚਣਾ ਦੋਨੇ ਇੱਕ ਦੂਨ ਨੂੰ ਫੜਨ ਓਏ ਹੋਏ ਪਾਪਾ ਨੂੰ ਜੱਫੀ ਕਿੱਥੇ ਪਾਉਣੀ ਹੈ ਵੀ ਕਿਹੜਾ ਜੱਫੀ ਪਾਉਣੀ ਹੈ ਉਹ ਦੋਨੇ ਜਾਣੀਆਂ ਲੜਨ ਉਹ ਕਹਿੰਨ ਮੈਂ ਜਾਣਾ ਉਹ ਕਹਿੰ ਬਚਪਨ ਤਾਂ ਇਹਨਾਂ ਦਾ ਵੀ ਵਿਚਾਰੀਆਂ ਨਾ 5-5 ਸਾਲ ਜਦੋਂ ਫੋਨ ਤੇ ਕਰ ਲੈਂਦੀਆਂ ਬੜਾ ਮਨ ਨੂੰ ਹੁੰਦਾ ਵੀ ਚਾਉਂਦੀਆਂ ਆ ਜਦੋਂ ਮੈਂ ਜਾਣਾ ਮੈਨੂੰ ਉਹ ਘਸਰਾਣੇ ਮਾਰ ਮਾਰ ਕੋਟਦੀਆਂ ਲੜਦੀਆਂ ਵੀ ਤੂੰ ਆਉਂਦਾ ਨਹੀਂ ਪਾਪਾ ਪਰ ਜ਼ਿੰਮੇਵਾਰੀਆਂ ਨਮੂਲ ਵੀਰੇ ਬਹੁਤ ਵੱਡੀ ਹੈ ਨਾ 100 ਸਬਾ ਵਾਡਾ ਪਰਿਵਾਰ ਤੁਹਾਡਾ ਵੱਡਾ ਹੈ ਉੱਥੇ ਵੀ ਹੈ ਨਾ ਜਦੋਂ ਚਲੋ ਟਾਈਮ ਹੁੰਦਾ ਮੈਂ ਨਾਲ ਲੈ ਜਾਂਦਾ ਚਲੋ ਆਪਾਂ ਟਾਈਮ ਕਰਦੇ ਪਰ ਕਿਸੇ ਹੱਦ ਤੱਕ ਟਾਈਮ ਦਾ ਦੇਣਾ ਚਲੋ ਕਰ ਰਹੇ ਐਡਜਸਟ ਪਰ ਇਹ ਆ ਮੇਰੀ ਵਾਈਫ ਦੀ ਬੜੀ ਵੱਡਾ ਤੈਨੂੰ ਪਹਿਲਾਂ ਦੱਸਿਆ ਉਹ ਰੋਲ ਉਹ ਕਦੀ ਮਹਿਸੂਸ ਹੀ ਨਹੀਂ ਹੋਣ ਦਿੰਦੀ ਹੈ ਨਾ ਚਲੋ ਜਦੋਂ ਸਾਰਾ ਘਰ ਮੇਰੇ ਮੇਰੇ ਚਾਚਾ ਜੀ ਸਾਡੇ ਸਾਰੇ ਹੀ ਅਸੀਂ ਇੱਕ ਮੇਰੀ ਦਾਦੀ ਆ ਹਜੇ ਤੱਕ ਵੀ ਮੇਰੀ ਦਾਦੀ ਆ ਅਸੀਂ ਪੈਸੇ ਦਾਦੀ ਆਪਣੀ ਤੋਂ ਮੰਗ ਕੇ ਲੈ ਕੇ ਜਾਂਦੇ ਮੈਂ ਕੁੜੀ ਦੀ ਫੀਸ ਤਾਂ ਨਹੀਂ ਮੈਂ ਦਾਦੀ ਤੋਂ ਮੰਗਦਾ ਸਭ ਤੋਂ ਖੂਬਸੂਰਤ ਗੱਲ ਇਸ ਪੋਡਕਾਸਟ ਦੀ ਇਹ ਹੈ ਹਾਂ ਸਭ ਤੋਂ ਦਾਦੀ ਕਿਤੇ ਨਾ ਮੇਰੀ ਉਹ ਹਜੇ ਤੱਕ ਵੀ ਖੂਂਡੀ ਪੂਰੀ ਕਾਇਮ ਆ ਉਹਦੀ ਵੀ ਜਦੋਂ ਕਿਤੇ ਜਾਣਾ ਆ ਜਾਂ ਕੁਝ ਵੀ ਆ ਵੀ ਜਦੋਂ ਕੋਈ ਵੀ ਸਮਾਨ ਵੀ ਆਉਂਦਾ ਨਾ ਤੇ ਘਰ ਦੇ ਵਿੱਚ ਕੋਈ ਫਰੂਟ ਵੀ ਆਉਣਾ ਦੇਖਣਾ ਪੈਸੇ ਲੈ ਕੇ ਗਿਆ ਸੀ ਤਾਂ ਕਦੇ ਆਏ ਪੈਸੇ ਇਹ ਗੱਲ ਆਂਦੀ ਤੇ ਉਹ ਉਹ ਇਹੋ ਜੀ ਬਜ਼ੁਰਗਾਂ ਨੇ ਹੁੰਦੀ ਤਿੰਨ ਮੇਰੇ ਫਾਦਰ ਸਾਹਿਬ ਮੇਰੇ ਚਾਚਾ ਜੀ ਨੇ ਛੋਟੇ ਜਿਹਨੇ ਮੈਰਿਜ ਨਹੀਂ ਕਰਾਈ ਚਾਚਾ ਜੀ ਦੇ ਮੇਰੇ ਦੋ ਬੇਟੇ ਆ ਤੇ ਆਪਾਂ ਇੱਕ ਜੁਆਇੰਟ ਫੈਮਿਲੀ ਇੱਕੋ ਛੱਤ ਥੱਲੇ ਰਹਿ ਰਹੇ ਆ ਸਾਰੀ ਖੇਤੀ ਬਾੜੀ ਸਾਰੀ ਸਾਂਝੀ ਸਾਡੀ ਸਾਰਾ ਮੈਨੂੰ ਘਰ ਦੀ ਕੋਈ ਟੈਨਸ਼ਨ ਨਹੀਂ ਮੇਰੀ ਬੱਚੀ ਦੀ ਫੀਸ ਆ ਤੂੰ ਸੱਚੀ ਮੰਨੀ ਮੈਨੂੰ ਮੈਨੂੰ ਘਰ ਦੀ ਬੱਚੀ ਦੀ ਫੀਸ ਵੀ ਨਹੀਂ ਪਤਾ ਕਿੰਨੀ ਆ ਤੁਹਾਡੇ ਸਾਰੇ ਘਰ ਦੇ ਦਾ ਪੁੱਣ ਵੀ ਤਾਂ ਫਿਰ ਤੁਸੀਂ ਇਕੱਲੇ ਕਰ ਰਹੇ ਹੋ ਨਾ ਜੋ ਤੁਸੀਂ ਕਮਾ ਕੇ ਉਹਨਾਂ ਨੂੰ ਦੇ ਰਹੇ ਹੋ ਉਹਨਾਂ ਸਾਰਿਆਂ ਨੇ ਵੀ ਇਕੱਠੇ ਹੋ ਕੇ ਠੀਕ ਮੇਰੇ ਇੱਕ ਨਾ ਦਾਦਾ ਜੀ ਬੜਾ ਸਾਡੇ ਨਾ ਉਹ ਅਸਲੀ ਚੇਣਕ ਜਿਹੜੀ ਇਦਾਂ ਲੱਗੀ ਸ਼ੁਰੂ ਤੋਂ ਗੱਡੀਆਂ ਘਰ ਦੇ ਵਿੱਚ ਸਾਰਾ ਪਿੰਡ ਦੀ ਬਿਉਣ ਜਾਣਾ ਕੋਈ ਮਰਗ ਹੋ ਜਣੀ ਮਕਾਨ ਵੀ ਗੱਡੀ ਚੀ ਜਾਣਾ ਟਰੈਕਟਰ ਟਰੈਲੀ ਤੇ ਜਾਣਾ ਉਹ ਇੱਕ ਚਿੰਕ ਜੀ ਹੁਣ ਕਹਿੰਦਾ ਨਾ ਨਹੀਂ ਕਰਨੀ ਦਾਦਾ ਮੇਰਾ ਕਹਿੰਦਾ ਹੁੰਦਾ ਨਾ ਨਹੀਂ ਕਰਨੀ ਕਿਸੇ ਨੂੰ ਕੋਈ ਇਦਾਂ ਨਹੀਂ ਕਰਨੀ ਹਾਂ ਤਾਂ ਕਰਕੇ ਮੇਰੇ ਇੱਕ ਚਿੰਕ ਜੀ ਸੀਗੀ ਸੇਵਾ ਦੀ ਮਹਾਰਾਜ ਨੇ ਉਹ ਨਹੀਂ ਹੁੰਦੀ ਕੋਈ ਨਾ ਕੋਈ ਤਾਂ ਹੁੰਦੀ ਆ ਬੰਦੇ ਦੇ ਵਿੱਚ ਹਾਂ ਬਈ ਆਪਾਂ ਨਾ ਨਹੀਂ ਕਰਨੀ ਕਿਸੇ ਨੂੰ ਉਹੀ ਚੀਜ਼ ਫਿਰ ਮੋਲਵੇਂ ਨੂੰ ਦੱਸਦਾ ਵੀ ਉਹ ਜਦੋਂ ਆਪਾਂ ਹੜਾਂ ਦੇ ਵਿੱਚ ਉਹ ਕਹਿੰਦੇ ਵੀ ਟ੍ਰੇਨਿੰਗ ਕਿਦਾਂ ਮੈਂ ਉਹ ਜਦੋਂ ਫਿਰ ਮੈਂ 2019 ਤੋਂ ਮੈਂ ਕਿਹਾ ਟ੍ਰੇਨਿੰਗ ਕਰਨੀ ਆ ਸਾਰੇ ਮੁੰਡਿਆਂ ਅਸੀਂ ਬਿਆਸ ਦਰਿਆ ਦੇ ਵਿੱਚ ਲਿਜਾ ਕੇ ਨਾ ਸਾਰੇ ਬੋਰਡ ਤੇ ਮੈਂ ਗੋਤਾ ਖਾਣ ਨੂੰ ਕਿਹਾ ਮੈਂ ਸਾਰੇ ਬੰਦੇ ਦਰਿਆ 'ਚ ਸਿੱਟਣੇ ਆ ਬੇ ਤੂੰ ਦੱਸ ਕਹਿੰਦਾ ਮੈਂ ਤੂੰ ਸਿੱਟ ਦੇ ਭਾਜੀ ਮਰ ਨਹੀਂ ਦਿਨਾ ਅੱਛਾ ਜੀ ਮੈਂ ਕਿਹਾ ਮੈਨੂੰ ਹੁਣ ਯਕੀਨ ਉਹ ਜੈਕਟ ਦਾ ਵੀ ਹੈ ਨਹੀਂ ਸੀ ਮੈਂ ਕਿਹਾ ਜੈਕਟ ਨਾਲ ਡੁੱਬ ਜਿਆ ਜਾਂ ਕੋਈ ਕਹਿੰਦਾ ਨਹੀਂ ਇਹ ਨਹੀਂ ਡੁੱਬਦੀ ਹੈ ਨਾ ਇਹਦੇ ਨਾਲ ਟੈਨਸ਼ਨ ਲੈ ਇਹਦੀ ਕੋਈ ਕਪੈਸਿਟੀ ਹੁੰਦੀ ਹੈ ਇਹ ਨਹੀਂ ਡੁੱਬਦੀ ਤੂੰ ਸਿੱਟ ਸਾਰੇ ਸਾਰੇ ਹਲਾਤ ਲੈ ਹਨਮੋਲ ਵਿਰੇ ਅਸੀਂ ਮੈਂ ਕਿਹਾ ਆਓ ਚਲਿਏ ਦਰਿਆ ਦੇ ਵਿੱਚ ਅੱਜ ਹੈ ਨਾ ਕਰਨੀਆਂ ਜਾਣਾ ਇਧਰੋਂ ਪਾਵਾਂਗੇ ਪਰੇ ਨੂੰ ਜਾਣਾ ਸਾਰੇ ਆ ਬੈਠੀ ਆ। ਕਿਸੇ ਨੇ ਨਹੀਂ ਦੱਸਿਆ। ਕਿਸੇ ਨੂੰ ਨਹੀਂ ਦੱਸਿਆ। ਮੈਂ ਕਹਾ ਚੱਕ ਚੱਕ ਅਨਮੋਲ ਇੱਕ ਸੁਪਾਰ ਪਲਮਾਨ ਬਿਠਾਇਆ ਉਹਨੂੰ ਮੈਂ ਕਹਾ ਚੱਕ ਚੱਕ ਸਿੱਟਣੇ ਆ। ਮਾਰੇ ਚੱਕ ਚੱਕ ਸਾਰੇ ਵਿੱਚ ਵਿੱਚ ਮੈਂ ਕਹਾ ਰਿੜਦੇ ਜਾਣ ਹੁਣ ਉਹ ਜੈਕਟ ਡੁੱਬਣ ਨਹੀਂ ਦਿੰਦੀ। ਹੱਥ ਪੈਰ ਮਾਰਨ ਪਰ ਉਹਨੇ ਡੁੱਬਣ ਨਹੀਂ ਦੇਣਾ ਸੀ। ਗੋਤਾਖੋਰ ਨਾਲ ਸੀ। ਚਲੋ ਜੀ ਉਹਨਾਂ ਦੇ ਝਾਕੇ ਖੁੱਲ ਗਏ। ਹੁਣ ਜਿੰਨਾ ਮਰਜ਼ੀ ਡੂੰਗਾ ਹੋਵੇ ਛਾਲ ਮਾਰ ਦਿੰਦੇ ਆ। ਹੁਣ ਜੇ ਬੋਟ ਦੇ ਵਿੱਚ ਬਹਿਣਾ ਅਸੀਂ ਤਾਂ ਨਹੀਂ ਸੀ ਬਿਠਾਉਂਦੇ ਵੀ ਯਾਰ ਹੁਣ ਵੀ ਮੈਂ ਚਲੋ ਬੋਰਡ ਕਾਂ ਦੇ ਵਿੱਚ ਸੁਣਦੇ ਹੋਣਗੇ ਸਾਰੇ ਤਾਂ ਗੁੱਸੇ ਮੇਰੇ ਨਾਲ ਕਹੀਏ ਕਿ ਉਹਨਾਂ ਨੇ ਸਾਨੂੰ ਨਹੀਂ ਪੁੱਛਿਆ ਅਸੀਂ ਕਿਸੇ ਦੀ ਜ਼ਿੰਦਗੀ ਜੇ ਉਥੇ ਬੱਚੀ ਦੀ ਨਾ ਹੁੰਦੀ ਜੇ ਬੱਚੀ ਚਲ ਜਾਂਦੀ ਕੌਣ ਉਹਦਾ ਲੇਖਾ ਦਿੰਦਾ ਅਸੀਂ ਕਿੱਥੇ ਆਪਣੇ ਆਪ ਨੂੰ ਕਰਦੇ ਆ ਵੀ ਇੱਕ ਸਕੈਂਟਾਂ ਦੀ ਗੇਮ ਹੋਈ ਆ ਮੁੰਡਾ ਬਾਹ ਕੱਢ ਕੇ ਕੱਢ ਕੇ ਲਿਆ ਜੇ ਉਥੇ ਉਹ ਇਕੱਲਾ ਹੀ ਚਲਾਉਣੇ ਵਾਲਾ ਹੁੰਦਾ ਇਕੱਲਾ ਹੀ ਮੋਬਾਈਲ ਵੀ ਫੜਦਾ ਉਹ ਹੁੰਦਾ ਸਾਰੇ ਨਵੇਂ ਮੁੰਡੇ ਹੁੰਦੇ ਕਿੰਨੇ ਛਾਲ ਮਾਰਨੀ ਸੀ ਉਥੇ ਮੁੰਡੇ ਸੀ ਸਾਡੀ ਟੀਮ ਪ੍ਰੋਪਰ ਸੀ 14 ਜਣਿਆਂ ਦੀ ਟੀਮ ਪ੍ਰੋਪਰ ਸੀ ਕਿਉਂਕਿ ਇੱਕ ਬੋਰਡ ਦੇ ਵਿੱਚ ਚੱਪੂ ਮਾਰਨੇ ਬਕੈਰਾ ਇੰਜਣ ਇੰਜਣ ਦੇ ਥੱਲੇ ਕੁਝ ਫਸ ਗਿਆ ਇੰਜਣ ਚੱਕਣਾ ਕੋਈ ਤਾਰ ਮੁਰੇ ਆ ਜਾਂਦੀ ਕਿਉਂਕਿ ਰੈਸਕਿਊ ਕਰਨੇ ਬੜਾ ਔਖਾ ਤਾਰਾਂ ਵੀ ਆਉਂਦੀਆਂ ਸੀ ਬਾੜਾਂ ਦੀਆਂ ਕੀਤੀਆਂ ਸੀ ਆ ਨੀਚੇ ਪਾਣੀ ਬਿਲਕੁਲ ਹੁੰਦੀ 12 ਕੀਤੀਆਂ ਸੀ ਕਈਆਂ ਨੇ ਖੇਤਾਂ 'ਚ ਕਈਆਂ ਦਾ ਕੁਝ ਟੂਬ ਲਾਂਦੀਆਂ ਡਰੇਵਰੀਆਂ ਸੀ ਉਹ ਵੀ ਦੇਖਣਾ ਬੜਾ ਔਖਾ ਸੀਗਾ ਪਰ ਪਰ ਪ੍ਰਮਾਤਮਾ ਨੇ ਬੜੀ ਸੇਵਾ ਅਨਮੋਲ ਵੀਰੇ ਐਤਕੀ ਫਿਰ ਇੱਕ ਕश्ती ਸੀ ਜਿਹੜਾ 2019 ਚ ਲਈ 2000 ਜਦੋਂ ਹੁਣ ਆਏ ਹੁਣ ਜਦੋਂ ਆਪਾਂ ਆਏ ਪਹਿਲਾਂ ਨਮਾ ਸ਼ਹਿਰ ਸੀ ਨਮਾ ਸ਼ਹਿਰ ਤੋਂ ਵੀਰ ਪਾਲਣਾ ਗੱਲ ਦੀ ਪਟਿਆਲੇ ਪਟਿਆਲੇ ਨੇ ਜਾਂਦੇ ਪਏ ਸੀ ਪਾਲਣਾ ਗੱਲ ਹੋਈ ਉਦੋਂ ਜਾਂਦੇ ਲੋਈਆਂ ਹੋ ਗਿਆ ਫੇਰ ਉਧਰੋਂ ਲੋਈਆਂ ਚੱਲ ਗਿਆ ਮੈਂ ਕਿਹਾ ਤਲ ਤੂੰ ਇੱਥੇ ਤਾਂ ਹੈਗਾ ਤੂੰ ਮੇਰਾ ਵੀਰ ਸਾਹਮ ਲੋਈਆਂ ਉੱਥੇ ਜੱਕਦਮ ਉੱਥੇ ਨਾ ਲੋਈਆਂ ਏਰੀਆ 8 8 9 9 ਫੁੱਟ ਪਾਣੀ ਜੜ ਜਾਂਦਾ ਨਾ ਅਮੋਲ ਵੀਰੇ ਘਰਾਂ ਦੇ ਉੱਪਰ ਉਥੇ ਏਰੀਆ ਬਹੁਤ ਨੀ ਮੈਂ ਉੱਥੇ ਘਰਾਂ ਚ ਫਸ ਜਾਂਦੇ ਲੋਕ ਵਿਚਾਰੇ ਤੂੰ ਨਿਕਨੇ ਕੇ ਬੱਚੇ ਜਦੋਂ ਰੋਂਦੇ ਆ ਨਾ ਉਹ ਵੀ ਇੱਕ ਮੈਂ ਕਿਹਾ ਦੇਖਣਾ ਦਿਲ ਦਹਿਲ ਜਾਂਦਾ ਜਦੋਂ ਪਹਿਲਾਂ ਅਸਲ ਦੇ ਵਿੱਚ ਹੜਾਂ ਦੀ ਜਿਹੜੀ ਗੱਲ ਆ ਨਾ ਉਹ 8-9 ਘੰਟੇ ਹੁੰਦੇ ਪਹਿਲੇ ਸਹੀ ਗੱਲ ਹੈ ਬਾਈ ਉਸ ਤੋਂ ਬਾਅਦ ਸਾਡੇ ਅਨਮੋਲ ਬੀਰੇ 80% ਜਿੰਨਾ ਦੇ ਸਬੰਧ ਆ ਸਾਰਾ ਵੇਸਟ ਗਿਆ ਸਾਡਾ ਹੜਾਂ ਦੇ ਵਿੱਚ 80% ਦਾ ਸਬੰਧ ਵੇਸਟ ਗਿਆ ਸਾਡਾ ਉਹ ਕਿਦਾਂ ਬਾਈ ਉਹ ਇਦਾਂ ਲੋਕਾਂ ਨੇ ਕੀ ਕੀਤਾ ਜਦੋਂ ਫੋਨ ਕਰਦੇ ਆਪਾਂ ਚੱਲ ਫੋਨ ਆ ਗਏ ਬਾਈ ਜੀ ਪਾਣੀ ਦੀ ਟਰਾਲੀ ਭੇਜਤੀ ਬਾਈ ਜੀ ਪਾਣੀ ਦਾ ਟਰੱਕ ਭੇਜਤਾ ਆ ਰਾਛਨ ਦਾ ਟਰੱਕ ਚੱਕ ਲਿਆ ਅਸੀਂ ਮਿਹਨਤ ਕਰ ਗਿਆ ਉਹ ਮਿਹਨਤ ਵੀ ਹੱਥਾਂ ਨਾਲ ਭੇਜੋ ਨਾ ਭੇਜੋ ਤੁਹਾਨੂੰ ਰੁਕ ਜਾਓ ਦਸਬੰਦ ਉਹ ਕੀ ਕੀਤਾ ਵੀਡੀਓ ਦੇਖੀ ਐਨਆਰਆਈ ਵੀਰ ਫੇ ਵਿਚਾਰੇ ਉਹਦੇ ਉਹਨੇ ਕੀਤਾ ਨਹੀਂ ਪੈਸਾ ਭੇਜਿਆ ਭਾਵਕ ਹੋ ਕੇ ਉਹ ਗਿਆ ਆਪਣੇ ਪਿੰਡਿਆਂ ਤੋਂ ਪਿੰਡਿਆਂ ਨੇ ਦੇਖਿਆ ਇਕੱਠਾ ਕਰ ਲਿਆ ਜਾਂ ਉਹ ਆਇਆ ਹੁਣ ਪਿੰਡਿਆਂ ਨੂੰ ਅਸੀਂ ਕਹੀਏ ਰੁਕ ਜਾਓ ਟਾਈਮ ਆਣਾ ਪਿੰਡ ਦੇ ਕਹਿਣ ਉੱਥੋਂ ਆਇਆ ਸਾਨੂੰ ਵੀਡੀਓ ਭੇਜਣੀ ਪੈਣੀ ਉਹ ਨਹੀਂ ਕਹਿਣਾ ਤੁਹਾਨੂੰ ਨਹੀਂ ਸਾਡੇ ਬਾਹਰ ਆ ਲੱਖ ਰੁਪਿਆ 10000 ਦੀ ਵੀਡੀਓ ਆ ਦਾ ਜਨ ਹਾਂ ਉਹਨੇ ਕੀ ਕੀਤਾ ਉਹਨੇ ਟਰੱਕ ਲੱਦਿਆ ਪਾਣੀ ਦਾ ਉਹਨੇ ਜੋ ਕੌ ਲੱਦਿਆ ਲੱਦ ਕੇ ਉਹਨੀ ਤੁਰ ਪਏ ਉੱਥੇ ਜਾ ਕੇ ਦੇਖਿਆ ਇੱਥੋਂ ਕਈ ਹੱਦ ਤੱਕ ਸਾਡੇ ਕੋਲ ਲੋਕ ਜਦੋਂ ਆਏ ਨਾ ਮੈਂ ਨਾ ਕਰਦਾ ਸੀ ਨਾ ਬੇਨਤੀਆਂ ਨਾ ਲੈ ਕੇ ਆਓ ਫਾਇਦਾ ਕੋਈ ਨਹੀਂ ਤੁਹਾਡਾ ਵੇਸਟ ਜਾਣੀ ਫੇਤੂ ਹੀ ਰੋਣਾ ਕਈ ਤਾਂ ਮੰਨੇ ਕਈ ਨਹੀਂ ਮੰਨੇ ਕਈ ਹੋ ਗਿਆ ਭਰ ਭਰ ਟਰਾਲੀਆਂ ਉੱਥੇ ਲੜ ਲੂੜ ਕੇ ਲੋਕਾਂ ਨਾਲ ਲੋਕ ਜਿਹੜੇ ਉੱਥੇ ਪਤਾ ਲੱਗਦਾ ਇਹ ਫਰਾਡ ਆ ਵੀਡੀਓ ਬਣਾਣ ਲੈ ਵੀਡੀਓ ਨਹੀਂ ਕਈ ਜਿਹੜੇ ਲੋਕ ਅਸਲ ਦੇ ਵਿੱਚ ਰਾਚਣ ਉੱਥੇ ਪਹੁੰਚਦਾ ਹੀ ਨਹੀਂ ਜਿਹੜੇ ਸਹੀ ਆ ਫਸੇ ਹੁੰਦੇ ਉਹਨਾਂ ਦਾ ਪਹੁੰਚ ਨਹੀਂ ਬਾਹਰੋਂ ਆਣ ਕੇ ਲੋਕ ਆਣ ਕੇ ਰਾਚਣ ਲੈ ਜਾਂਦੇ ਅੱਗੇ ਅੱਗੇ ਵਾਲੇ ਹਾਂ ਅੱਗੇ ਆਣੇ ਲੈ ਉਹ ਜਦੋਂ ਪਤਾ ਲੱਗਦਾ ਤਾਂ ਗਲਤ ਆ ਉੱਥੇ ਫਿਰ ਲੜ ਲੂੜ ਕੇ ਰਾਚਣ ਦੇ ਕੇ ਜਿੱਥੇ ਅਸੀਂ ਬੇਸ ਕੈਂਪ ਬਣਾਇਆ ਸੀ ਅਨਮੋਲ ਵੀਰੇ ਮੈਂ ਨਾ ਮੂਨਿਕ ਚਲ ਗਿਆ ਪਹਿਲਾਂ 3 ਦਿਨ ਉੱਥੇ ਲਾਏ ਲੋਈਆਂ ਤੋਂ ਮੂਨਿਕ ਆ ਗਿਆ ਤੇ ਮੂਨਿਕ ਚਲ ਗਿਆ ਜਦੋਂ ਮੈਂ 4 ਕਿ ਦਿਨ ਮੂਨਿਕ ਲਾ ਕੇ ਵਾਪਸ ਆਇਆ ਨਾ ਉੱਥੇ ਆ ਉੱਥੇ ਜਿੱਥੇ ਬੇਸ ਕੈਂਪ ਬਣਾਇਆ ਪੈਲਸ ਜੀ ਮੈਂ ਅਗਨਮੋਲ ਵੀ ਪਤਾ ਉਹਨਾਂ ਟਰਾਲੀਆਂ ਰਾਛਣੀ ਰਾਛਣ ਭਰ ਦਿੱਤਾ ਕਮਰੇ ਦੇ ਕਮਰੇ ਫੁੱਲ ਕੀਤੇ ਪਏ ਮੈਂ ਆਣ ਕੇ ਪੁੱਛਾਂ ਉਹ ਆ ਕਿੱਥੋਂ ਓਏ ਅਸੀਂ ਤਾਂ ਕਿਹਾ ਹੀ ਕਿਸੇ ਨੂੰ ਲੋਕ ਲੜ ਭੇੜ ਕੇ ਵੀ ਆਪੇ ਇਹ ਤਾਂ ਦੇਣਗੇ ਕਿਸੇ ਨੂੰ ਸਹੀ ਦੇਣਗੇ ਸਾਡਾ ਤਾਂ ਬਿਆਰ ਤੇ ਜਾ ਰਿਹਾ ਆਪੇ ਹੀ ਦੇਣਗੇ ਉੱਥੇ ਥੋੜਾ ਜਿਹਾ ਬੰਦਿਆ ਵੀਡੀਓ ਬੁੜੀਓ ਬਣਾਈ ਬਾਕੀ ਸਾਡੇ ਸੜ ਜਾਂਦੇ ਰਹੇ ਮੰਨਿਆਗਾ ਮੈਨੂੰ ਹਜੇ ਤੱਕਰ ਮੇਰੇ ਭਾਰ ਦੇ ਪੂਰੇ ਭਾਰ ਦਿੱਤੇ ਅਸੀਂ ਪਤ ਨਹੀਂ ਫਰੋਜ਼ਪੁਰ ਤੱਕਰ ਬਣਦੇ ਨੇ ਲੋਕਾਂ ਨੂੰ ਲੋਕਾਂ ਦਾ ਇੱਥੇ ਸਾਡਾ ਬਿਆਰ ਉੱਥੇ ਕੀ ਚਾਹੀਦੀ ਹੈ ਕਿ ਮੈਨੇਜਮੈਂਟ ਟੀਮ ਚਾਹੀਦੀ ਹੈ ਮੈਂ ਇਹ ਸਵਾਲ ਤੇ ਆ ਲੱਗਿਆ ਹੁਣ ਅਸਲ ਦੇ ਵਿੱਚ ਕੀ ਮੈਨੇਜਮੈਂਟ ਟੀਮ ਹੁਣ ਅਸੀਂ ਤਾਂ ਫਸੇ ਸੀ ਬੰਦੇ ਕੱਢਦੇ ਰੈਸਕਿਊ ਹੁਣ ਮੈਂ ਇੱਕ ਜਕੀ ਇੰਨੀ ਅਨਮੋਲ ਵੀਰੇ ਕਿਸੇ ਤੇ ਹਾਂ ਸੱਚ ਬਈ ਮੈਂ ਕਰੀ ਜਾਂਦਾ ਹਾਂ ਜੇ ਮੈਂ ਆਪਣੀ ਜਗ੍ਹਾ ਨਾ ਮੈਂ ਕਿਸੇ ਦੀ ਨਹੀਂ ਲੈ ਸਕਦਾ ਹਾਂ ਹਾਕੀ ਮੈਂ ਆਪਣੀ ਗਾਰੰਟੀ ਲੈ ਸਕਦਾ ਮੈਂ 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 ਆਪਣੀ ਮੈਂ ਕਿਸੇ ਦੀ ਨਹੀਂ ਲੈ ਸਕਦਾ ਵੀ ਮੈਂ ਹੁਣ ਮੈਂ ਤਾਂ ਕੱਢਦਾ ਪਿਆ ਬੰਦੇ ਬੰਦੇ ਫਸੇ ਹੋ ਪਏ ਬੁਰੇ ਹਾਲ ਆ ਲੋਕਾਂ ਦੇ ਲੋਕ ਤਰਾ ਤਰਾ ਕਰ ਮੈਂ ਤਾਂ ਜਾਣਾ ਉਧਰ ਤੇ ਪੁੱਛਿਓ ਕੋਈ ਪੈਸੇ ਮੰਗਾ ਕੇ ਕਹਣ ਉਹ ਇੱਥੇ ਮੈਂ ਸਮਾਨ ਵੰਡਣਾ ਹੁੰਦਾ ਉਹਦਾ ਕੌਣ ਕੀ ਕਰਦਾ ਹੈ। ਜੇ ਤਾਂ ਐਨਆਰਆਈ ਕੀ ਹੱਲ ਕਰਨ ਫਿਰ ਇਹਦਾ ਇਹਦਾ ਤੁਹਾਡੇ ਕੋਲ ਕੀ ਪਲਾਨ ਹੈ ਕਿ ਜਦੋਂ ਵੀ ਵੈਸੇ ਤਾਂ ਖੁਦਾ ਕਰੇ ਇਦਾਂ ਕਦੀ ਵੀ ਨਾ ਹੋਵੇ ਕਿ ਹੜਾ ਆਣ ਪਰ ਜੇ ਹੁੰਦਾ ਇਦਾਂ ਕੋਈ ਪੰਜਾਬ ਦੇ ਵਿੱਚ ਕੋਈ ਇਦਾਂ ਹੜ ਆਂਦੇ ਨੇ ਕੋਈ ਐਮਰਜੈਂਸੀ ਆਂਦੀ ਹੈ ਤੇ ਐਨਆਰਆਈ ਕਿੱਦਾਂ ਮੈਨੇਜ ਕਰਨ ਫਿਰ ਹੜਾਂ ਦੇ ਕੰਮ ਦੇ ਵਿੱਚ ਜਿਹੜੀ ਹੈ ਨਾ ਅਨਮੋਲ ਵੀਰੇ ਆਪਾਂ ਹੁਣ ਜਿਹੜੀ ਹੈ ਨਾ ਅਸਲ ਵਿੱਚ ਚਲੋ ਤੂੰ ਵੀ ਹੁਣ ਮੇਰਾ ਭਰਾ ਆਪਾਂ ਮਿਲ ਕੇ ਕੰਮ ਕਰੀਏ। ਕਿਉਂਕਿ ਅਸੀਂ ਦੇਖ ਲਿਆ ਇਹਦੇ ਵਿੱਚ ਬੰਦਿਆਂ ਚੰਗੇ ਬੰਦਿਆਂ ਦੀ ਲੋੜ ਆ। ਬੰਦੇ ਸਾਡੇ ਐਨਆਰਆਈ ਸਰਕਾਰ ਦੀ ਮੁਆਵਜ਼ੇ ਦੀ ਲੋੜ ਨਹੀਂ ਜੇ ਮੁਆਵਜ਼ਾ ਕਹਿਣ ਦਾ ਹੈ ਜਾਂ ਮਿਲਿਆ ਨਹੀਂ ਲੋਕ ਲੜਦੇ ਦੇਣਾ ਕਿ ਨਹੀਂ ਦੇਣਾ ਜੇ ਪੈਸਾ ਉਹੀ ਵਧੀਆ ਤਰੀਕੇ ਨਾਲ ਵਰਤਿਆ ਜਾਵੇ ਨਾ ਤੇ ਸਾਨੂੰ ਕਿਸੇ ਦੀ ਲੋੜ ਨਹੀਂ ਜੇ ਮੈਨੇਜਮੈਂਟ ਤਰੀਕੇ ਨਾਲ ਅਸੀਂ ਜਦੋਂ ਇੱਕ ਟੀਮਾਂ ਬਣ ਜਾਣ ਇੱਕ ਰੈਸਕਿਊ ਟੀਮ ਦੂਸਰੀ ਦੇਖੂਗੀ ਕਿਹੜੀ ਆਪਾਂ ਚੀਜ਼ ਕਿਹੜੀ ਚੀਜ਼ ਦੀ ਲੋੜ ਆ ਉਹਨੂੰ ਉਹ ਚੀਜ਼ ਪ੍ਰੋਬਲਮ ਕੀਤਾ ਹੁਣ ਇਹਨੂੰ ਅਗਲੇ ਨੂੰ ਤਾਂ ਹੈਗੀ ਆ ਉਹਦਾ ਪੱਕੇ ਉਪਕਾਏ ਰਾਚਣ ਦੀ ਜਦੋਂ ਬੰਦੇ ਕੱਢ ਕੇ ਲੈ ਪੱਕੇ ਉਦੀ ਰਾਚਣ ਦੀ ਲੋੜ ਅਸੀਂ ਉੱਥੇ ਸੁੱਕਾ ਰਾਚਣ ਦੇਈ ਜਾਂਦੇ ਆਂ ਸਾਨੂੰ ਬਈ ਹੜਾਂ ਦੇ ਵਿੱਚ ਘੱਟੋ ਘੱਟ 10-12 ਕਰੋੜ ਰੁਪਏ ਦੇ ਦਾਨ ਦੀ ਆਫਰ ਆਈ ਹੋਣੀ ਤੇ ਔਨ ਕੈਮਰਾ ਮੇਗਲ ਕਹ ਰਹੇ ਸੀ 1 ਰੁਪਏ ਵਿੱਚ ਲੱਤਾ ਕਿਉਂਕਿ ਹੜਾਂ ਦੇ ਵਿੱਚ ਜਦੋਂ ਅਸੀਂ ਵੀਡੀਓ ਪਾਤੀ ਤਾਂ ਸਾਰਾ ਫਲੋ ਆ ਗਿਆ ਕਿ 5 ਲੱਖ ਅਸੀਂ ਭੇਜ ਰਹੇ ਮੈਂ 1 ਰੁਪਿਆ ਵੀ ਕਿਸੇ ਕੋਲ ਨਹੀਂ ਲਿੱਤਾ ਮੈਂ ਕਹਿੰਦਾ ਜਸਦਨ ਲੋਡ ਪਈ ਤੁਹਾਨੂੰ ਅਸੀਂ ਆਪ ਵੀਡੀਓ ਪਾ ਦਾਂਗੇ ਕਿਉਂਕਿ ਮੈਂ ਖੁਦ ਦੇਖ ਕੇ ਆਇਆ ਹਾਂ ਲੰਗਰ ਦੀਆਂ 1000 ਟਰਾਲੀਆਂ ਪਾਣੀ ਦੀਆਂ 1000 ਟਰਾਲੀਆਂ ਮੈਂ ਕਹਿੰਦਾ ਯਾਰ ਇੱਥੇ ਮੇਰਾ ਹੋਣਾ ਵੀ ਕੋਈ ਫਾਇਦੇਦਾਨੀ ਫਾਇਦੇਦਾਨੀ ਅਸੀਂ ਸਿਰਫ ਤਾਂ ਗਏ ਕਿਉਂਕਿ ਲੋਕਾਂ ਨੇ ਸਾਨੂੰ ਡੰਡਾ ਹੁਣ ਮੈਨੂੰ ਪਤਾ ਮਨਜੋਤ ਵੀਰਾ ਲੱਗਿਆ ਹੋਇਆ ਪਟਿਆਲੇ ਮੈਂ ਸਿਰਫ ਉੱਥੇ ਜਾ ਰਿਹਾ ਇਸ ਲਈ ਕਿਉਂਕਿ ਲੋਕਾਂ ਨੂੰ ਮੈਂ ਦੱਸਣਾ ਕਿ ਭਰਾਵਾ ਇੱਕ ਜਰੀਆ ਵੀ ਪਹੁੰਚ ਗਈ ਹਾਲਾਂਕਿ ਸਾਡਾ ਕੰਮ ਸਿਰਫ ਬਾਈ ਇਹਦਾ ਹਸਪੀਟਲ ਦਾ ਹੈ ਅਸੀਂ ਕਾਊਂਟਰ ਨੰਬਰ ਫੰਡਿੰਗ ਵੀ ਲੈਂਦੇ ਸਾਨੂੰ ਦਿੱਕਤਾਂ ਬੜੀਆਂ ਆਉਂਦੀਆਂ ਟ੍ਰੈਵਲਿੰਗ ਕੌਣ ਕਰੂਗਾ ਟੀਮ ਮੈਂਬਰ ਕਿੱਥੋਂ ਜਾਣਗੇ ਸਮਾਨ ਕਿਦਾਂ ਖਰੀਦਾਂਗੇ ਹੁਣ ਐਮਰਜੈਂਸੀ ਸਾਡੇ ਕੋਲ ਕੋਈ ਫੰਡਿੰਗ ਤਾਂ ਪਈ ਨਹੀਂ ਕਿ ਭਾਈ ਹੜ ਆਗੇ ਤਾਂ ਖਰੀਦ ਲੋ ਸਮਾਨ ਖਰੀਦ ਲੋ ਖਰੀਦਦਾ ਸਮਾਨ ਅਸੀਂ ਤਾਂ ਇੱਕ ਸੋਸ਼ਲ ਮੀਡੀਆ ਤੇ ਛਾਏ ਜਿਆਦਾ ਪਏ ਆ ਤੇ ਅਸੀਂ ਲੋਕਾਂ ਨੂੰ ਦੱਸਿਆ ਕਿ ਭਾਈ ਮੈਂ ਹੜਾਂ ਤੇ ਸਿਰਫ ਕੋੜ ਕੋਈ ਵੀ ਨਹੀਂ ਹੈਗੀ ਨਹੀਂ ਇਹ ਬਿਲਕੁਲ ਗਲਤ ਜੀ ਸਹੀ ਹਾਈ ਅਨਮੋਲ ਜਿਹੜੀ ਗੱਲ ਹੁਣ ਤੂੰ ਕਹਿ ਤਾ ਲੋਕਾਂ ਨੂੰ ਵੀ ਨਹੀਂ ਚਾਹੀਦਾ ਤੇਰੇ ਵਿੱਚ ਸਿਕਾ ਵੀ ਮੈਂ ਐਵੇਂ ਹੁਣ ਸੁਬਾ ਬਲਾਲਮਾ ਨਾ ਵੀ ਗਲਤ ਹੋ ਗਿਆ ਨਾ ਵੀ ਇਦਾਂ ਹੀ ਅਸੀਂ ਕਿ ਬਹੁਤ ਜਣਾਂ ਨੂੰ ਕਿ ਆ ਜਿਹੜੇ ਤਾਂ ਹੁਣ ਖਾਸ ਸੀਗੇ ਬੰਦੇ ਸੀ ਉਹਨਾਂ ਨੇ ਤਾਂ ਬਿਨਾਂ ਪਚਜ ਕੋਈ ਚੀਜ਼ ਭੇਜ ਦਿੱਤੀਆਂ ਜਾਂ ਉਹ ਨਾ ਉਹ ਤਾਂ ਪਰ ਜਿਹੜੇ ਹੁਣ ਸਾਨੂੰ ਨਹੀਂ ਉਹਨਾਂ ਨੂੰ ਨਾ ਕਰਦੇ ਨੇ ਪਰ ਲੋਕਾਂ ਨੇ ਜੇ ਅਸੀਂ ਨਾ ਕੀਤੀ ਨਾ ਬੰਦੇ ਨੂੰ ਵੀ ਇੱਥੇ ਲੋੜ ਨਹੀਂ ਉਹ ਨਹੀਂ ਕਿਸੇ ਹੋਰ ਨੂੰ ਪੈਸੇ ਭੇਜ ਕੇ ਬਾਅਦ ਚ ਫੋਟੋ ਦੇਖਦੇ ਹੁੰਦੇ ਸੀ ਉੱਥੇ ਸੱਟ ਆਏ ਰਾਜ ਭੇਜ ਪਤਾ ਨਹੀਂ ਦਸਵੰਦ ਨੂੰ ਵੀ ਨਾ ਆਪਣੇ ਮਗਰੋਂ ਲਾਣਾ ਚਾਹੁੰਦੇ ਨੇ ਕੁਝ ਲੋਕ ਇਹ ਨਹੀਂ ਕਿ ਜੇ ਅੱਜ ਦਸਵੰਦ ਨਹੀਂ ਲੱਗਿਆ ਉਹ ਜੋੜ ਲਓ ਜਾਂ ਰੁਕ ਲਓ ਅਗਲੇ ਮਹੀਨੇ ਕਰ ਲਓ ਸਾਲ ਬਾਅਦ ਕਰ ਦੋ ਸਾਲ ਬਾਅਦ ਕਰ ਲਓ ਉਹਨਾਂ ਨੇ ਹੁੰਦਾ ਕਿ ਬਸ ਗੁਰਸੱਭ ਨਾਰਾਜ਼ ਹੋ ਜਾਣਗੇ ਜੇ ਦਸ ਯਾਨੀ ਕਿ ਸਾਡੇ ਭੈਣ ਭਰਾਵਾਂ ਦੇ ਤਰਾਸਦੀ ਆ ਤੇ ਤਾਂ ਸਾਡੇ ਬੰਦੇ ਜੱਕਦਮ ਟੁੱਟ ਕੇ ਪੈ ਜਾਂਦੇ ਆ ਪਰ ਉੱਥੇ ਸਾਨੂੰ ਸੰਭਲ ਕੇ ਚੱਲਣਾ ਚਾਹੀਦਾ ਸਾਨੂੰ ਪਤਾ ਨੇ ਕਮਾਈ ਦਿਸਵੰਦ ਕਿਤੇ ਐਵੇਂ ਨਹੀਂ ਕਮਾਇਆ ਜਾਂਦਾ ਬੜਾ ਇੱਕ ਇੱਕ ਰੁਪਈਆ ਬਣਾ ਮਿਹਨਤ ਨਾਲ ਕਮਾਇਆ ਜਾਂਦਾ ਉੱਥੇ ਜਦੋਂ ਸਾਡੇ ਅਸੀਂ ਵਿਅਰਥ ਜਾਂਦਾ ਨਾ ਤੂੰ ਮੰਨਣਾ ਨਹੀਂ ਮਨ ਮੋਰੇ ਬੜਾ ਮਨ ਕਰਦਾ ਹੁੰਦਾ ਬਾਈ ਹੁੰਦਾ ਬਿਲਕੁਲ ਮੈਂ ਵੀਡੀਓ ਚ ਵੀ ਕਿਹਾ ਹੱਥ ਬੰਨ ਮਨੋ ਯਾਰ ਨਾ ਭੇਜੋ ਨਾ ਭੇਜੋ ਬੇਨਤੀ ਆ ਤੁਹਾਡੇ ਮੋਰੇ ਨਹੀਂ ਭੇਜੋ ਹੁਣ ਸਾਡੇ ਬੰਦਿਆਂ ਨੇ ਜਦੋਂ ਇੱਕ ਬੋਰਡ ਨਾਲ ਸਾਡਾ ਨਹੀਂ ਸਰਿਆ ਸੀ ਮੈਂ ਜਦੋਂ ਆਪਾਂ ਲੋਈਆਂ ਸੀ ਮੂਨਕ ਸੀਗੇ ਨਾ ਮੂਨ ਕਰਦੇ ਕਰਦੇ ਇੱਕ ਦਿਨ ਦੇ ਵਿੱਚ ਮੈਂ ਵੋਟਾਂ ਨੂੰ ਜਦੋਂ ਮੈਂ ਲੋਈਆਂ ਸੀ ਉਦਣੇ ਹੀ ਕਹਿਤਾ ਦੋ ਵੋਟਾਂ ਆਪਾਂ ਇੱਕ ਬੋਲਾਂ ਬੂਟ ਸੰਗਤ ਨੇ ਸਾਡੇ ਮੇਰੇ ਭਰਾ ਸੀ ਚਾਰ ਉਹ ਕਹਿੰਦੇ ਯਾਰ ਇੱਕ ਨਾਲ ਸਰਦੀ ਵੀ ਵੱਡਾ ਇੰਜਣ ਹੈ ਕਿਉਂਕਿ ਵੀਡੀਓ ਦੇਖਦੇ ਹੀ ਇੰਜਣ ਪਹਿਲਾਂ 15 ਐਚਪੀ ਦਾ ਸੀ ਬਾਅਦ ਚ ਕਹਿੰਦੇ 30 ਦਾ ਲੈ ਸੀ 30 ਦਾ ਇੱਕ ਲੈ ਲਿਆ ਇੱਕ ਸਾਡੇ ਕੋਲ ਹੋਰ ਵੀਰ ਹੁਣੀ ਸੀਗੇ ਗਰਜੀਤ ਵੀਰ ਉਹਨਾਂ ਨੇ ਫੋਨ ਕੀਤਾ ਕਹਿੰਦਾ ਨਹੀਂ ਇੱਕ ਬੋਟ ਮੇਰੇ ਨਾਲ ਮੈਂ ਕਿਹਾ ਨਹੀਂ ਰਹਿਣ ਦੋ ਬੇ ਜਿਆਦਾ ਹਨਾ ਵੀ ਸਾਨੂੰ ਪਰ ਕੀ ਪਤਾ ਗਾਂ ਕੀ ਬਣਨਾ ਕੋਈ ਪ੍ਰਮਾਤਮਾ ਦੀ ਕੋਈ ਕਿਥੇ ਹੋਣਾ ਨਾ ਬਿਲਕੁਲ ਚਲੋ ਉਹਨੇ ਕਹਿੰਦੇ ਨਹੀਂ ਤੁਹਾਨੂੰ ਅਸੀਂ ਦੇਖਿਆ ਤੂੰ ਇੱਕ ਬੋਟ ਮੇਰੇ ਨਾਲ ਦੀ ਲੈ ਲਓ ਇਹ ਕੋ ਲਈਆਂ ਤਿੰਨ ਹੋ ਗਈਆਂ ਇੱਕ ਸਾਡੇ ਕੋਲ ਸਰਕਾਰੀ ਸਰਕਾਰੀ ਦੀ 10 ਦਾ ਅਨਮੋਲ ਵੀਰੇ ਜਦੋਂ ਨਾ ਲੋਈਆਂ ਆਪਾਂ ਗਏ ਜਦੋਂ ਇੱਕ ਬੋਟ ਸੀ ਸਾਡੇ ਕੋਲ ਜਿਹੜੀ ਮੈਂ 2019 ਵਾਲੀ ਦਾ ਜਦੋਂ ਲੋਕ ਸਾਰੇ ਕੋਠਿਆਂ ਤੇ ਚੜਿਓ ਤੇ ਮੇਰੇ ਕੋਲ ਉਥੋਂ ਹਲਕਾਂ ਚਾਰ ਜਿਆ ਆ ਉਹ ਮੈਨੂੰ ਕਹਿੰਦਾ ਪੁੱਤ ਵੀ ਸਾਡੇ ਬੰਦੇ ਇਥੋਂ ਕੱਢ ਕੇ ਲਿਆਉਣੇ ਮੈਂ ਕਿਹਾ ਬਾਈ ਜੀ ਤੁਸੀਂ ਤਾਂ ਸਰਕਾਰ ਚ ਵੀ ਤੁਸੀਂ ਫੋਨ ਮਾਰੋ ਲੈ ਕੇ ਆ ਹਾਂ ਬਿਲਕੁਲ ਹਨਾ ਵੀ ਤੁਹਾਡੇ ਕੋਲ ਕੀ ਹੈ ਨਹੀਂ ਕਹਿੰਦਾ ਯਾਰ ਅਛਾ ਉਹਨੂੰ ਦੇਖਿਆ ਵੀ ਨਹੀਂ ਹਨਾ ਉਹਨੇ ਫੇ ਫੋਨ ਮਾਰਿਆ ਉਥੇ ਉਹ ਕਹਿੰਦੇ ਹੈਗੀਆਂ ਜੀ ਪਈਆਂ ਬੰਦੇ ਲੈ ਆਓ ਉਹ ਮੇਰੇ ਕੋਲ ਕਹਿੰਦਾ ਯਾਰ ਚਲਾਉਣੀ ਕਿੰਨੇ ਆ ਮੈਂ ਕਿਹਾ ਯਾਰ ਕਹਿੰਦੇ ਹੈਗੀਆਂ ਬੋਟਾਂ ਕਹਿੰਦਾ ਬੋਟਾਂ ਮਿਲ ਜਾਣੀਆਂ ਪਰ ਚਲਾਉ ਕੋਣ ਮੈਂ ਅਗਾ ਚਲਾਉਣ ਨੂੰ ਬੰਦੇ ਛਡੋ ਬਾਧੂ ਮੇਰੇ ਕੋਲ ਤੁਸੀਂ ਲੈ ਕੇ ਆਓ ਲੋਕ ਤਾਂ ਤਰਾ ਤਰਾ ਕਾਂਡੇ ਮਰਨ ਦੇ ਲੋਕਾਂ ਕੋ ਪਾਣੀ ਨਹੀਂ ਲੋਕਾਂ ਬਾਹਰ ਨਾਉਣ ਪੈ ਤੂੰ ਹੀ ਲਾਓ ਮੇਰਾ ਮੁੰਡਾ ਉਹ ਨਾਲ ਇੱਕ ਭੇਜ ਦਿੱਤਾ ਜਦੋਂ ਜਿੱਥੇ ਲੈਣਗੇ ਨਾਲ ਮੋਲੇ ਵੀਰੇ ਉੱਥੇ ਮੇਰੇ ਮੁੰਡੇ ਦਾ ਫੋਨ ਹੋਇਆ ਮੈਂ ਅੰਦਰ ਗਿਆ ਕਹਿੰਦਾ ਪਾਜੀ ਮੈਂ ਕਹਾਂ ਹਾਂ ਕਹਿੰਦਾ ਇੱਥੇ 8 ਇੰਚ ਨਵੇਂ ਪੇਟੀ ਪੈਕ ਪਾ ਕਿੱਡੀ ਵੱਡਾ ਸਾਡਾ ਸਿਸਟਮ ਦਾ ਇੱਕ ਖਰਾਬੀ ਮੈਂ ਭਾਜੀ ਸਵਾਲ ਤੇ ਆਈ ਰਿਹਾ ਸੀ ਕਿ ਇੱਕ ਤਰੀਕ ਨੂੰ ਭਗਵੰਤ ਮਾਨ ਜੀ ਨੇ ਰੱਖਿਆ ਖੁੱਲਾ ਅਖਾੜਾ ਕਿ ਆਓ ਮੇਰੇ ਨਾਲ ਗੱਲਬਾਤ ਕਰੋ ਤੁਸੀਂ ਕੰਮ ਕਰ ਰਹੇ ਹੋ ਪੰਜਾਬ ਚ ਮੈਂ ਇਹ ਸਵਾਲ ਤੁਹਾਨੂੰ ਨਹੀਂ ਪੁੱਛਣਾ ਸੀ ਜੀ ਤੁਸੀਂ ਗਰਾਊਂਡ ਲੈਵਲ ਤੇ ਕੰਮ ਨਾ ਕਰ ਰਹੇ ਹੋ ਪਰ ਮੈਨੂੰ ਲੱਗਦਾ ਹੈ ਕਿ ਉਸ ਜਿਹੜਾ ਮਾਨ ਸਾਹਿਬ ਨੇ ਇਨਵਾਈਟ ਕੀਤਾ ਉਸ ਜਗ੍ਹਾ ਤੇ ਤੁਹਾਡੇ ਅਗੇ ਵੀਰ ਜਿਹੜੇ ਗਰਾਉਂਡ ਲੈਵਲ ਤੇ ਕੰਮ ਕਰ ਰਹੇ ਨੇ ਇਹ ਨਹੀਂ ਕਿ ਜਿਹੜੇ ਫੇਸਬੁੱਕ ਕੀ ਵਿਦਵਾਨ ਫੇਸਬੁੱਕਾਂ ਦਾ ਲਾਈਵ ਹੋਵੇ ਜਾਂ ਡਰਾਇੰਗ ਰੂਮਾਂ ਚ ਲਾਈਵ ਹੋਵੇ ਜਿਹੜੇ ਅਸਲ ਚ ਕਰ ਰਹੇ ਨੇ ਉਹਨਾਂ ਨੂੰ ਜਾ ਕੇ ਇੱਕ ਡਿਸਕਸ਼ਨ ਕਰਨੀ ਬਣਦੀ ਕੋਈ ਆਪਾਂ ਸਰਕਾਰ ਵਿਰੋਧੀ ਵੀ ਨਹੀਂ ਹੈ ਕਿ ਨਾਲ ਸਰਕਾਰ ਨਾਲ ਪਰ ਆਪਾਂ ਲੋਕਾਂ ਦੇ ਨਾਲ ਆ ਸਾਡੀ ਸੁਣਵਾਈ ਤਾਂ ਕਰਨ ਤੁਸੀਂ ਕਿਹੜੇ ਪੁਆਇੰਟਸ ਜਿਹੜੇ ਸਰਕਾਰ ਨੂੰ ਰੱਖਣਾ ਚਾਹੁੰਦੇ ਹੋ ਮੈਂ ਇਹ ਇਹ ਰੱਖਣਾ ਚਾਹੁੰ ਜਿਹੜਾ ਹਾੜਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਕੀਤੀ ਹਨ ਮੈਂ ਉਹ ਅੱਠ ਇੰਜਲ ਬੈਹੀ ਨਾ ਮੈਂ ਉਹਨੂੰ ਕਿਹਾ ਮੈਂ ਕਿਹਾ ਲੈ ਕੇ ਆ ਲਿਆ ਕੇ ਆਉਂਦੇ ਜਦੋਂ ਦੋ ਇੰਡੀਆਂ ਨਵੀਆਂ ਬੋਟਾਂ ਲੈ ਆਂਦੀਆਂ ਲਿਆ ਕੇ ਖੜੀਆਂ ਕਰਤੀਆਂ ਤੇ ਤੇਲ ਹੈ ਨਹੀਂ ਪਾਉਣ ਚਲਾਉਣ ਨੂੰ ਬੰਦਾ ਹੈ ਨਹੀਂ ਚਲਾਉਣ ਨੂੰ ਬੰਦੇ ਪਤਾ ਕਿ ਇਹਨਾਂ ਨੂੰ ਇਹ ਨਹੀਂ ਸਰਕਾਰ ਨੇ ਕਿਹੜੇ ਰੱਖਿਓ ਆ 2 1900 ਜਦੋਂ 1987 ਚੜ੍ਹ ਆਇਆ ਇਹ ਨਹੀਂ ਇੱਕ ਪਲਾਨ ਕੀਤੀ ਹਰੇਕ ਤਹਿਸੀਲ ਚ ਬੋਟਾਂ ਦੇਤੀਆਂ ਤੇ ਚਲਾਉਣ ਨੂੰ ਬੰਦੇ ਇਹਨਾਂ ਦੀ ਜ਼ਿੰਮੇਵਾਰੀਆਂ ਲਈਆਂ ਪਟਵਾਰੀਆਂ ਦੀਆਂ ਹੁਣ ਪਟਵਾਰੀ ਕਿਹੜਾ ਐ ਡੇ ਡੇ ਢੇਡ ਛੇੜੋ ਪਟਵਾਰੀ ਨੇ ਕਿਤੇ ਕੋਈ ਬੋਟ ਦੇ ਲਾ ਨਹੀਂ ਆਉਂਦੀ ਨਹੀਂ ਕੋਈ ਵੀ ਤੇ ਉਹ ਮੈਂ ਦੇਖਿਆ ਮੈਂ ਕਿਹਾ ਬੰਦੇ ਹੁਣ ਕਿਹੜੇ ਕਹਿੰਦੇ ਬੰਦੇ ਹੈ ਨਹੀਂ ਯਾਰ ਆਪਣੇ ਬੰਦੇ ਦੇ ਦਿਓ ਯਾਰ ਹਨਾ ਉੱਥੇ ਤਾਂ ਉਹਨੂੰ ਲੋਕ ਡਾਂਗ ਵੀ ਦੇਣ ਤੂੰ ਸਾਡਾ ਪੋਲੀਟਿਕਲ ਬੰਦਾ ਲੈ ਕੇ ਆ ਉਹ ਚਾਹੁੰਦਾ ਸੀ ਮੇਰੇ ਵਾਲੀ ਬੋਟ ਦੇ ਵਿੱਚ ਹੀ ਆਪਾਂ ਨੰਬਰ-ਨੰਬਰ ਬਣਾ ਲਈਏ ਮੈਂ ਕਿਹਾ ਆਹ ਕੰਮ ਤਾਂ ਨਹੀਂ ਮੈਂ ਹੋਣ ਦੇਣਾ ਚਲੋ ਸਾਡੀ ਟੀਮ ਨੇ ਉੱਥੇ ਦੋ ਵੋਟਾਂ ਕਿਸ਼ਤੀਆਂ ਸਰਕਾਰੀ ਚ ਲਾਈਆਂ ਸਾਡੀ ਟੀਮ ਨੇ ਚਲਾਈਆਂ ਤੇਲ ਵੀ ਅਸੀਂ ਪਵਾ ਕੇ ਉਹ ਵੀ ਚਲੋ ਲੈਣ ਦਾ ਕਰਕੇ ਅਸੀਂ ਲੋਕਾਂ ਨੂੰ ਕੱਢਿਆ ਰਾਛਣ ਪਚਾਇਆ ਸਾਰਾ ਕੁਝ ਕੀਤਾ ਏ ਟੂ ਜ਼ੈਡ ਕੰਮ ਕੀਤਾ ਚਲੋ ਉਸ ਤੋਂ ਬਾਅਦ ਅਸੀਂ ਮੂਨਕ ਚੱਲ ਗਏ ਫਿਰ ਦੋ ਤਾਂ ਅਸੀਂ ਆਪਣੀਆਂ ਹੀ ਲੈਂਦੀਆਂ ਫਿਰ ਉਸ ਤੋਂ ਬਾਅਦ ਜਦੋਂ ਆ ਗਏ ਫਿਰ ਜਿਹੜਾ ਸਾਡੇ ਪੌਂਗ ਟਾਈਮ ਸਾਡੇ ਵੱਲ ਤਬਾਈ ਹੋਈ ਜਦੋਂ ਪਾਣੀ ਛੱਡਿਆ ਉਹੀ ਦੋ ਬੋਟਾਂ ਨੇ ਇੰਨਾ ਕੰਮ ਕੀਤਾ ਗੱਲ ਛੱਡ ਦੇ ਅਨਮੋਲ ਵੀਰੇ ਮੈਂ ਉਹ ਗੱਲ ਕਰਦਾ ਇਹ ਤਾਂ ਸਾਰਾ ਕੁਝ ਹੋ ਗਿਆ ਹੁਣ ਕੀ ਕਰ ਰਹੀ ਹੈ ਸਰਕਾਰ ਚਲੋ ਸਾਰਾ ਨੰਗਿਆ ਸਾਰਾ ਸ਼ਾਂਤ ਹੋ ਗਿਆ ਅਸੀਂ ਵੀ ਬਹਿ ਗਏ ਚੁੱਪ ਕਰਕੇ ਹੁਣ ਸਰਕਾਰ ਨੇ ਕਿੰਨੀਆਂ ਕਿ ਬੋਟਾਂ ਲੈਣ ਦੀਆਂ ਕਿੰਨੀਆਂ ਕਿ ਜਦੋਂ ਲੋਈਆਂ ਸੀਗਾ ਜਦੋਂ ਪੌਂਗ ਡੈਮ ਚੋਂ 15 ਅਗਸਤ ਨੂੰ ਪਾਣੀ ਛੱਡਿਆ ਨਾ ਸਾਰੇ ਤਰੰਗਾ ਲਹਿਰਾ ਸਾਰੇ ਜੀ ਸਾਰੇ ਲੱਗਿਓ ਤੇ ਸਾਡੇ ਕਈ ਲੋਕ ਤੜਫ ਰਹੇ ਸੀ ਮੈਂ ਮੂਤਲਾ ਪਿੰਡ ਦੇ ਵਿੱਚ ਮੈਨੂੰ ਕਾਲ ਮੈਨੂੰ 6 ਵਜੇ ਕਾਲ ਆ ਗਈ ਸੀ ਜੱਟਵਾਲੀ ਪਿੰਡ ਤੋਂ ਵੀ ਸਾਡੇ ਗੁਰਦੁਆਰਾ ਸਾਹਿਬ ਦੀ ਲੈਨਾਂ ਲੱਗ ਗਿਆ ਪਾਣੀ ਲੋਕ ਤਾਂ ਕੋਠਿਆਂ 'ਤੇ ਚੜ ਗਏ ਗੁਰੂ ਸਾਹਿਬ ਗੁਰਦੁਆਰਾ ਸਾਹਿਬ 'ਚ ਪ੍ਰਕਾਸ਼ ਆ ਮੈਂ ਲੋਈਆਂ ਸੀ ਉਸ ਦਿਨ ਰਾਤ ਨੂੰ ਉਥੋਂ ਗੱਡੀ ਚੱਕੀ ਮੈਂ ਕਹਾ ਗੱਡੀ ਦੌੜੀ ਗਈ ਤੇ ਜਾ ਕੇ ਮੈਂ ਮੁੰਡੇ ਆਪਣੀ ਟੀਮ ਨੂੰ ਕਿ ਬੋਟਾਂ ਲੋਈਆਂ ਪਈਆਂ ਸੀ ਕਿਸ਼ਤੀਆਂ ਸਾਡੀਆਂ ਉੱਥੇ ਸੀ ਇੱਕ ਕਿਸ਼ਤੀ ਸਾਡੀ ਆਸ਼ਰਮ ਸੀ ਮੈਂ ਉਹਨਾਂ ਨੂੰ ਕਿਹਾ ਚੱਕੋ ਚੱਕ ਕੇ ਅਸੀਂ ਜਦੋਂ ਪਹੁੰਚੇ ਸਾਰੇ ਤਲੰਗਾ ਤਰੰਗਾ ਲਹਿਰਾ ਰਹੇ ਸੀ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਸਾਰੇ ਉੱਧਰ ਬਿਜੀ ਸੀ ਸਾਨੂੰ ਮੋਤਲਾ ਪਿੰਡ ਦੇ ਵਿੱਚੋਂ ਜਾ ਕੇ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਅਸੀਂ ਬਾਹਰ ਲਿਆਂਦਾ ਤੇ ਸਾਨੂੰ ਜੱਟ ਵੈਲੀ ਚੋਂ ਸੌਰੀ ਮੋਤਲਾ ਪਿੰਡ ਦੇ ਵਿੱਚ ਫੋਨ ਆਵੇ ਇੱਕ ਮੰਦਰ ਦੇ ਉੱਪਰ 6 ਜਾਨੇ ਪੁਜਾਰੀ ਸਣੇ ਮੰਦਰ ਦੇ ਉੱਪਰ ਚੜੇ ਜਦੋਂ ਉੱਥੇ ਅਨਮੋਲ ਵੀਰੇ ਗਿਆ ਬੋਟ ਬਾਟ ਕੱਸੀ ਸੋਰਾ ਪਿੰਡ ਖੜਾ ਕਹਿੰਦੇ ਜਾਓ ਆਓ ਭਾਜੀ ਉੱਥੇ ਦੇਖ ਲਾ ਅਨਮੋਲ ਵੀਰੇ ਕਿੱਥੋਂ ਲੋਈਆਂ ਤੇ ਕਿੱਥੇ ਅਸੀਂ ਪਠਾਨ ਕਿੱਥੇ ਮਕੇਰੀਆਂ ਤੋਂ ਗਾਂ ਉੱਥੇ ਤੱਕਰ ਗਏ ਦੇਖ ਲਾ ਸੀ ਕਿੱਡੀ ਦੂਰ ਸਾਨੂੰ 2 ਘੰਟੇ ਇੰਤਜ਼ਾਰ ਕੀਤਾ ਜੇ 2 ਘੰਟੇ ਚ ਕੁਛ ਨਾ ਕੁਛ ਹੋ ਜਾਂਦਾ ਮੰਦਰ ਵਾਲੇ ਬੰਦੇ ਕੱਢੇ ਕੱਢ ਕੇ ਨਾ ਮੈਂ ਉਹ ਬੰਦੇ ਨੂੰ ਕਿਹਾ ਵੀ ਇੱਥੇ ਇੱਕ ਪਰਿਵਾਰ ਦੇ ਪ੍ਰਵਾਸੀ ਮਜ਼ਦੂਰ ਆ ਅਸੀਂ ਉਹ ਜਦੋਂ ਡੇਰਾ ਸੀਗਾ ਪ੍ਰਵਾਸੀ ਦੇ ਬੱਚੇ ਛੋਟੇ ਛੋਟੇ ਕੋਠੇ ਦੇ ਚੜਿਓ ਜਦੋਂ ਅਸੀਂ ਬੋਟ ਅੰਦਰ ਪਾਇਆ ਤੇ ਦੋ ਬੱਕਰੀਆਂ ਮਰੀਆਂ ਆ ਉਹਦੀਆਂ ਤੇ ਬੇੜੇ ਚ ਪਈਆਂ ਤਰਨ ਇਦਾਂ ਮੈਂ ਉਹਨੂੰ ਬੰਦੇ ਨੂੰ ਕਿਹਾ ਮੈਂ ਕਿਹਾ ਵੀ ਇਹ ਯਾਰ ਕਿਦਾਂ ਕਹਿੰਦਾ ਭਾਜੀ ਜੱਕ ਤਾਂ ਪਾਣੀ ਆ ਗਿਆ ਪਤਾ ਹੀ ਨਹੀਂ ਲੱਗਾ ਅਸਲ ਦੇ ਵਿੱਚ ਪਾਣੀ ਆ ਗਿਆ ਸਰਕਾਰ ਨੂੰ ਨਹੀਂ ਪਤਾ ਤੇ ਬੰਦਿਆਂ ਨੂੰ ਵਿਚਾਰੇ ਇਹ ਨਹੀਂ ਦੱਸਣਾ ਸੀ ਇਹਨਾਂ ਨੂੰ ਆਪ ਹੀ ਨਹੀਂ ਪਤਾ ਵੀ ਕੀ ਹੋਣਾ ਉਤੋਂ ਬਾਅਦ ਦੋ ਬੱਕਰੀਆਂ ਮਰੀਆਂ ਤਾਂ ਲੰਗ ਨੇ ਮੈਂ ਉਹਨੂੰ ਬੰਦੇ ਨੂੰ ਕਿਹਾ ਜਿਹੜਾ ਸਾਡਾ ਬੰਦਾ ਲੋਕਲ ਬੰਦਾ ਇੱਕ ਵਿੱਚ ਨਾਲ ਲਈ ਦੇ ਮੈਂ ਕਿਹਾ ਯਾਰ ਵੀ ਇਹ ਤਾਂ ਬੜਾ ਕੰਮ ਖਰਾਬ ਬਾਕੀ ਡੇਰ ਕਹਿੰਦਾ ਭਾਜੀ ਇੱਕ ਇੱਥੋਂ 1.5 ਕਿਲੋਮੀਟਰ ਡੇਰਾ ਆ ਮੈਨੂੰ ਲੱਗਦਾ ਉਹ ਬੰਦੇ ਨੇ ਪਸ਼ੂ ਨਹੀਂ ਕੋਲੇ ਮੈਂ ਕਹਾਂ ਲਾਈਵ ਸਾਡਾ ਚੱਲ ਰਿਹਾ ਦੇਖਿਓ ਕਿਤੇ ਲਾਈ ਮੈਂ ਉਹਨਾਂ ਬੰਦਿਆਂ ਨੂੰ ਕਿਹਾ ਵੀ ਪ੍ਰਵਾਸੀ ਨੂੰ ਮੈਂ ਕਿਹਾ ਤੁਸੀਂ ਬੱਚੇ ਇੱਥੇ ਰੱਖੋ ਮੈਂ ਆ ਗਿਆ ਮੈਂ ਕਹਿੰਦਾ ਪਤਾ ਨਹੀਂ ਪੱਕਾ ਮੈਂ ਕਿਹਾ ਪੱਕਾ ਸ਼ੋਰ ਹੈ ਕਹਿੰਦਾ ਪੱਕਾ ਨਹੀਂ ਮੈਂ ਕਿਹਾ ਰਿਸਕ ਕਾ ਤੋ ਲੈਣਾ ਵੀ ਪੱਕਾ ਨਹੀਂ ਪਤਾ ਤੂੰ ਇਹ ਗੱਲ ਕਹਿ ਤੀ ਕਿਸੇ ਦੀ ਜਾਨ ਦਾ ਅਸੀਂ ਵੋਟ ਪਾਈ ਮਸ਼ੀਨ ਲੈ ਲੂਕੇ ਪੂਲਰਾਂ ਜਦੋਂ ਗਏ ਨਾ ਅਨਮੋਲ ਵੀਰੇ ਉਹ ਡੇਰੇ 'ਚ ਪਹੁੰਚੇ ਸਾਰੀਆਂ ਮੱਜਾਂ ਵੱਜੀਆਂ ਰਸੇ ਵੱਜਿਓ ਨਾਸਾਂ ਤੇ ਪਾਣੀ ਬੋਚ ਗਿਆ ਨਾਸਾਂ 'ਚੋਂ ਫਰ ਫਰ ਪਾਣੀ ਜਾਵੇ ਮਾਲ ਮਿੰਟ ਦੀ ਗੇਮ ਸੀਗੀ ਬਸ ਖਤਮ ਸੀ ਕਹਾਣੀ ਉੱਥੇ ਟਾਈਮ ਟੀਮ ਨੂੰ ਮਾਰਿਆ ਲਾਈਵ ਦੇ ਵਿੱਚ ਮੈਂ ਕਿਹਾ ਰਸੇ ਵੱਡੋ ਮਿੰਟੋ ਮੜ ਜਾ ਕੇ ਰਸੇ ਵੱਡੇ ਮੱਝਾਂ ਬਚੀਆਂ ਮੇਰੇ ਉਸੇ ਟਾਈਮ ਮੈਂ ਕਹਾਂ ਏਦਾਂ ਦਾ ਹੋਰ ਡੇਰਾ ਦੱਸ ਕਹਿੰਦਾ ਇੱਕ ਹੋਰ ਡੇਰਾ ਜਦੋਂ ਉੱਥੇ ਗਾਂ ਇੱਕ ਬੰਦਾ ਕੋਠੇ ਦੇ ਚੜਿਆ ਕੁੱਕੜਾਂ ਦੇ ਖੁੱਡੇ ਭਰਿਓ ਸਾਰੇ ਕੁੱਕੜਾਂ ਦੇ ਕੁੱਕੜ ਕਈ ਮਰ ਮਰ ਕੇ ਜਿਹੜਾ ਮਰੀ ਜਾਵੇ ਤਾਂ ਲੱਗੀ ਜਾਵੇ ਕੁੱਕੜਾਂ ਦੇ ਪਾਣੀ ਖੁੱਡਿਆਂ 'ਚ ਪਹੁੰਚ ਗਏ ਉਹ ਉਹ ਬੇਲਾ ਕੀਤਾ ਏਦਾਂ ਦੇ ਲੋਕ ਜੇ ਉਹ ਲੋਕਾਂ ਨੂੰ ਪਹਿਲਾਂ ਅਵੇਅਰ ਕੀਤਾ ਜਾਂਦਾ ਜਿਉ ਮੱਝਾਂ ਮਰ ਜਾਂਦੀਆਂ ਜੋ ਮੰਦਰ ਵਾਲੇ ਬੰਦੇ 22 ਚਾਂਸ ਇਨੇ ਬੰਦੇ ਪੁਜਾਰੀ ਉੱਥੇ ਸਾਰੇ ਸਾਰਾ ਪਰਿਵਾਰ ਸਿਗਾ ਜਿਉ ਉਹ ਉਹ ਕੁਛ ਹੋ ਜਾਂਦਾ ਕੌਣ ਇਹ ਚੀਜ਼ਾਂ ਨੁਕਸਾਨ ਦੇ ਮਤਲਬ ਗੱਲ ਹੈ ਨਹੀਂ ਸਿਸਟਮ ਨਹੀਂ ਹੈ ਜੀ ਪਤਾ ਸੀ ਸਿਸਟਮ ਨੂੰ ਵੀ ਸਾਡੇ ਕੋਲ ਹੈ ਨਹੀਂ ਕੁਝ ਵੀ ਸਾਨੂੰ ਐਨਜੀਓ ਨੂੰ ਪਹਿਲਾਂ ਹੀ ਆਗਾ ਲੋਕਾਂ ਨੂੰ ਪਹਿਲਾਂ ਦੱਸ ਦੋ ਇਹਨਾਂ ਨੂੰ ਮੰਗਲ ਚ ਸ਼ਰਮ ਆਉਂਦੀ ਹੈ ਨਾ ਭਾਈ ਸਰਕਾਰ ਹੁਣ ਜੇ ਕਿਤੇ ਤੁਹਾਡੇ ਵੀਰ ਨੂੰ ਫੋਨ ਕਰ ਦਵੇ ਕਿ ਬਾਈ ਜੀ ਸਾਨੂੰ ਇਦਾਂ ਮਦਦ ਦੀ ਲੋੜ ਹੈ ਤਾਂ ਉਹਨਾਂ ਦਾ ਕੱਦ ਨਹੀਂਵਾ ਹੋ ਜਾਏਗਾ ਹਾਂ ਬਸ ਹਾਈ ਹਾਈ ਨਹੀਂ ਪਤਾ ਵੀ ਨਮੂਲ ਵੀਰੇ ਵੀ ਹੈ ਨਹੀਂ ਕੁਝ ਵੀ ਮੈਨੂੰ ਜਿਹੜੇ ਮੇਰੇ ਆਪਣੇ ਆ ਜਿਹੜੇ ਵਿੱਚ ਹੈਗੇ ਆਫਸਰ ਉਹਨਾਂ ਨੇ ਮੈਨੂੰ ਦੱਸਤਾ ਸੀ ਮਨਜੋਤ ਵੀਰੇ ਕੁਝ ਵੀ ਹੈ ਨਹੀਂ ਗਾ ਇਹ ਨਾ ਕਿ ਸਾਡੇ ਤੇ ਤੇਰੀ ਪੰਜਾਬ ਤੇ ਕਰਜ਼ਾ 35000 ਕਰੋੜ ਰੁਪਏ ਦਾ ਐਵੇਂ ਥੋੜੀ ਨਵਾ ਚੱਕਿਆ ਉਹ ਤਾਂ ਹੁਣ ਖੁਸ਼ ਕਰਨ ਨੂੰ ਭਾਵੇਂ ਤੁਸੀਂ ਬਿਜਲੀ ਫਰੀ ਦੇਵਾਲੋ 1000 ਰੁਪਏ ਮਹੀਨਾ ਬੀਬੀਆਂ ਨੂੰ ਛੱਡ ਤੁਸੀਂ ਬੰਦਿਆਂ ਨੂੰ ਵੀ ਦੇ ਦੋ ਪਰ ਕਰਜ਼ਾ ਤਾਂ ਪੰਜਾਬ ਤੇ ਚੜ ਰਿਹਾ ਨਾ ਸਾਡੇ ਵਾਲੇ ਖੁਸ਼ ਨੇ ਕਿ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਜੀ 1000 ਰੁਪਏ ਮਿਲੂਗਾ ਜੀ ਆ ਆਊਗਾ ਜੀ ਆ ਆਊਗਾ ਪਰ ਅਸਲ ਦੇ ਵਿੱਚ ਕਰਜ਼ਾ ਤਾਂ ਸਾਡੇ ਤੇ ਚੜ ਰਿਹਾ ਚੜ ਰਿਹਾ ਉਹੀ ਪੈਟਰੋਲ ਡੀਜ਼ਲ ਮਹਿੰਗਾ ਹੋਊ ਟੈਕਸ ਆਊ ਦੁੱਧ ਦੇ ਰੇਟ ਵਧੂ ਹਰਦਾ ਕੀ ਤੁਹਾਨੂੰ ਇੰਨਾ ਕੁਸ਼ ਕਰਕੇ ਨਹੀਂ ਮੈਨੂੰ ਨਾ ਅਨਮੋਲ ਵੀਰੇ ਕੀ ਦੱਸਾਂ ਜਿਹੜੀ ਇਹ ਜ਼ਿੰਦਗੀ ਸਾਨੂੰ ਨਾ ਜਦੋਂ ਬੰਦਿਆਂ ਨੂੰ ਕੱਢਦੇ ਆ ਆਪਾਂ ਲੈ ਕੇ ਗਏ ਇੱਕ ਪਿੰਡਾਂ ਦੇ ਪਿੰਡ ਇੱਧਰ ਖਾਲੀ ਕੀਤੀ ਇਹ ਡੀਸੀ ਦੀ ਚਲੋ ਕਿਹਨਾਂ ਨੂੰ ਡੀਸੀ ਨੇ ਡੀਸੀ ਨੇ ਆਪ ਸਾਡੀ ਕੋਮਲ ਮਿੱਤਲਾ ਉਹਨੇ ਮੰਨਣ ਦੇ ਵਿੱਚ ਗੁਰੇਜ਼ ਨਹੀਂ ਕੀਤਾ ਕਿ ਮੰਨੀ ਵੀ ਐਨਡੀਆਰਐਫ ਨੂੰ ਛਾਮਾ ਪੈ ਜਾਣੀਆਂ ਸੀ ਬਾਬਾ ਦੀਪ ਸਿੰਘ ਦੀ ਟੀਮ ਨੇ 10 ਵਜੇ ਆਉਂਦੀ سپورਟ ਬੰਦੇ ਕੱਢਣੇ ਸ਼ੁਰੂ ਕਰ ਦਿੱਤੇ ਇਹਨਾਂ ਦੇ ਰਿਕਾਰਡ ਤੇ 2250 ਬੰਦਾ ਅਸੀਂ ਉਤ ਉਥੋਂ ਸਾਰੇ ਪਿੰਡਾਂ ਦੇ ਪਿੰਡ ਖਾਲੀ ਕੀਤੇ ਚਾਰ ਵੋਟਾਂ ਸਾਡੀਆਂ ਚੱਲੀਆਂ ਬਖ ਇਹ ਗਰੁੱਪ ਬਣਿਆ ਸੀ ਮੈਨੂੰ ਇਹ ਨਹੀਂ ਐਡ ਕਰ ਲਿਆ ਜਦੋਂ ਫੋਨ ਵਿੱਚ ਸਰਕਾਰੀ ਇਹਨਾਂ ਨੂੰ ਕਾਲ ਤਾਂ ਸਰਕਾਰੀ ਜਾਂਦੀ ਸੀ ਫੋਨ ਆਉਣਾ ਮੋਤਲਾ ਜੱਟ ਬੈਲੀ ਪਿੰਡ ਚ ਬੰਦੇ ਫਸੇ ਮੋਤਲਾ ਪਿੰਡ ਚ ਬੰਦੇ ਅਸੀਂ ਵੀ ਗਰੁੱਪ ਚ ਕਹਿੰਨੇ ਕਲੀਅਰ ਏਦਾਂ ਅਸੀਂ ਇਹਨਾਂ ਦਾ ਕੰਮ ਕੀਤਾ ਇਹਨਾਂ ਸਰਕਾਰੀ ਕਾਲਾਂ ਸਾਰੀਆਂ ਸੰਸਥਾ ਅਸੀਂ ਸਾਡੀ ਟੀਮ ਨੇ ਦੇਖਿਆ ਇਹ ਸਾਰਾ ਕਾਰਜ ਮੇਰੀ ਟੀਮ ਦੇ ਸਿਰ ਤੇ ਹੋਇਆ ਮੈਂ ਕੱਲ ਦਾ ਕੁਝ ਵੀ ਬੰਦਾ ਨਹੀਂ ਕਰ ਸਕਦਾ ਯੂਥ ਨੂੰ ਬੰਦੇ ਲਏ ਲੀਡਰਾਂ ਦੀ ਤੇ ਤੁਹਾਡੇ ਵਰਗੇ ਇੱਕ ਯੂਥ ਲੀਡਰ ਨੂੰ ਆਪਾਂ ਕਹਿੰਦੇ ਆ ਕਿ ਨੂੰ ਸੁਣੇ ਅਕਸਰ ਸੁਣਦਾ ਯੂਥ ਕੋਲੋਂ ਕਿ ਜੀ YouTube ਤੇ ਕਿ ਨੂੰ ਸੁਣੀਏ ਤੁਹਾਡੇ ਵਰਗੇ ਵੀਰ ਐਗਜ਼ਾਮਪਲ ਚਲੋ ਪਰਮਾਤਮਾ ਨੇ ਕਿਤੇ ਦੇ ਦਿੰਦੇ ਨੇ ਬਸ ਪਰਮਾਤਮਾ ਨੇ ਜਿੰਨੀ ਕਿ ਜੋਗੀ ਹੈਗੀ ਹਿੰਮਤ ਦਿੱਤੀ ਅਨਮੋਲ ਵੀਰੇ ਕਰ ਰਹੇ ਆ ਕਿਹੜੀ ਗੱਲ ਹੈ ਬਈ ਜਿਹੜੀ ਤੁਹਾਨੂੰ ਸਾਰਾ ਦਿਨ ਇੰਨਾ ਮੋਟੀਵੇਟ ਕਰਕੇ ਰੱਖਦੀ ਹੈ ਕੋਈ ਐਸੀ ਸਾਨੂੰ ਵੀ ਦੱਸੋ ਕੋਈ ਐਸਾ ਫਾਰਮੂਲਾ ਜਾਂ ਐਸਾ ਕੋਈ ਬਸ ਇਹ ਹੀ ਆ ਵੀ ਜਦੋਂ ਨਾ ਵੀ ਕੋਈ ਜਿੱਥੋਂ ਕੋਈ ਵੀ ਕਾਲ ਆਉਂਦੀ ਆ ਹੁਣ ਦੋ ਐਂਬੂਲੈਂਸਾਂ ਚੱਲਦੀਆਂ ਬਿਲਕੁਲ ਲੱਕੇ ਚ ਕੋਈ ਐਕਸੀਡੈਂਟ ਹੋ ਜਾਂਦਾ ਅਨਮੋਲ ਵੀਰ ਸਫੋਂ ਆ ਜਾਂਦਾ ਸਾਰੇ ਇਲਾਕੇ ਦੌੜ ਜੀ ਦਾ ਮਿੰਟ ਟੂ ਮਿੰਟ ਅਸੀਂ ਨਾ 40000 ਰੁਪਏ ਉੱਥੇ ਇਦਾਂ ਹੀ ਰੱਖਿਆ ਆ ਵੀ ਉਹ ਐਂਬੂਲੈਂਸਾਂ ਦਾ ਜੇ ਕੋਈ ਐਕਸੀਡੈਂਟ ਹੋਗਾ ਚੱਕ ਕੇ ਲੈ ਜਾਣਾ ਉਹਨਾਂ ਖਰਚਾ ਨਾ ਨਹੀਂ ਚੱਕ ਕੇ ਲਿਆ ਕੇ ਪ੍ਰਾਈਵੇਟ ਤੇ ਲੈ ਜਾਣਾ ਸਿਸਟਮ ਤੈਨੂੰ ਵੀ ਪਤਾ ਹੈ ਕਿਦਾਂ ਦਾ ਜਾਨ ਬਚਾਓ ਪਹਿਲਾਂ ਸਹੀ ਗੱਲ ਬਾਅਦ ਚ ਕਰਦੇ ਆਣ ਸਾਡੀ ਟੀਮ ਜਾਊ ਘਰ ਦੇ ਪ੍ਰਾਈਵੇਟ ਤੇ ਲ ਜਾਂਦੀ ਆ ਇਲਾਜ ਕਰਾਉਂਦੀ ਜੇ ਉਹ ਘਰ ਦਾ ਕੋਈ ਆ ਜਾਂਦਾ ਉਹਨੂੰ ਸ਼ਿਫਟ ਕਰਦੇ ਆਪਾਂ ਲੈ ਆਓ ਤਾਂ ਤੁਸੀਂ ਆ ਗਏ ਆ ਨਾ ਇਹ ਨਹੀਂ ਸਿਵਲ ਤੇ ਛੱਡ ਗਏ ਨਾ ਸਿਵਲ ਤੇ ਕੌਣ ਹਨ ਮੋਲ ਮੇਰੇ ਜਾਬਦਾ ਪੂਰਾ ਤਾਂ ਹੁਣ ਬੰਦਾ ਚੱਕਿਆ ਚੱਕ ਕੇ ਸਿਵਲ ਚ ਛੱਡਿਆ ਉਹ ਸਿਵਲ ਵਾਲਿਆਂ ਨੇ ਕਰਨਾ ਉਹ ਨਹੀਂ ਕਹਿਣਾ ਐਮ ਆਰ ਆਈ ਆ ਜੀ ਕਰਾਉਣੀ ਪੈਣੀ ਇਹਦੀ ਐਕਸਰਾ ਕਰਾਉਣਾ ਪੈਣਾ ਇਹਦੇ ਟੈਸਟ ਹੋਣੇ ਜੇ ਕੋਈ ਬੰਦਾ ਆਊਗਾ ਤਾਂ ਨਾਲ ਕੋਣ ਆ ਨਾਲ ਕੋਣ ਕੋਈ ਵੀ ਨਹੀਂ ਪਰ ਮੈਂ ਉਸ ਟਾਈਮ ਟੀਮ ਨੂੰ ਕਿਹਾ ਨਾ ਤੁਸੀਂ ਉਹਨਾਂ ਚ ਕਰੋਥੇ ਰਹਿਣਾ ਭਲਾ ਸਾਰਾ ਸਾਰਾ ਰਾਤ ਕੋਈ ਬੰਦਾ ਨਹੀਂ ਲੱਭਦਾ ਰੋ ਰਹਿ ਕੇ ਉਹ ਖਰਚਣਾ ਨਹੀਂ ਉਹਦੋਂ ਮਹਾਰਾਜ ਦੀ ਕਿਰਪਾ ਨਾਲ ਉਹ ਲਾਈਵ ਆ ਪ੍ਰਾਈਵੇਟ ਚ ਜਿਹੜਾ ਹਸਪੀਟਲ ਪਹਿਲਾਂ ਆਉਂਦਾ ਉੱਥੇ ਲੈ ਕੇ ਜਾਂਦੇ ਪਰ ਇਹ ਕਰੀਏ ਵੀ ਇਹ ਸਕੂਨ ਮਿਲਿਆ ਜਦੋਂ ਠੀਕ ਹੋ ਗਏ ਨਾ ਕਈ ਬੰਦੇ ਹੁਣ ਸਾਡੇ ਕੋਲ ਐਕਸੀਡੈਂਟ ਹੋਇ ਜਿਹੜੀ ਉਹ ਚੀਜ਼ ਹੁੰਦੀ ਨਾ ਉਹ ਵੱਖਰਾ ਹੀ ਉਹ ਚੀਜ਼ ਦਾ ਆਨੰਦ ਵੱਜਦਾ ਅਨਮੋਲ ਵੀਰੇ ਫਿਰ ਫਿਰ ਨੀ ਉਹ ਹੁਣ ਮੇਰੇ ਨਾਲ ਕਈ ਬੰਦੇ ਆ ਜਿਹੜੇ ਵਿਚਾਰੇ ਇੰਨੀ ਮਾੜੀ ਹਾਲਾਤ ਚ ਅਸੀਂ ਕੀੜਿਆਂ ਨਾਲ ਭਰੇਓ ਕੱਡ ਕੱਡ ਬੰਦੇ ਲੈ ਕੇ ਆਏ ਆ ਜਿਨ੍ਹਾਂ ਦੀਆਂ ਜ਼ਿੰਦਗੀਆਂ ਬਚਾਈਆਂ ਹਨ ਘਰ ਲੱਭ ਗਏ ਜੀ ਹਨ ਘਰ ਲੱਭ ਗਏ ਉਹ ਤਾਂ ਉਹ ਸਾਡੇ ਨਾਲ ਹੁਣ ਮੇਰੇ ਨਾਲ ਸੇਵਾ ਕਰਦੇ ਆ ਲੰਗਰ ਚ ਲੰਗਰ ਪਕਾਉਂਦੇ ਆ ਸਾਰੇ ਕੁਝ ਕਰਦੇ ਆ ਉਹ ਵੱਖਰੇ ਹੁਣ ਮੈਨੂੰ ਜਾਂਦਿਆਂ ਨੂੰ ਪਾਪਾ ਪਾਪਾ ਹੁਣ ਲਾਪੰਦੀ ਆ ਪਤਾ ਨਹੀਂ ਲੱਗਦਾ ਕਿੱਧਰੋਂ ਕਿੱਧਰੋਂ ਹੁਣ ਲਾਪੰਦੀ ਹੈ ਹਨਾ ਉਹ 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 ਨਾਲ ਛੋਟੀ ਛੋਟੀ ਉਮਰ ਚ ਬੜੀ ਵੱਡੀ ਪ੍ਰਾਪਤੀ ਕਰ ਲਈ ਬੰਦੇ ਨੇ ਹਨਾ ਬਿਲਕੁਲ ਚਲੋ ਪ੍ਰਮਾਤਮਾ ਨੇ ਨਾ ਇੱਕ ਸੇਵਾ ਮੈਂ ਕਹੀਏ ਵੀ ਮੈਂ ਮੈਂ ਗੱਲਾਂ ਵਿੱਚ ਸੇਵਾ ਸਾਡੀ ਜੁਮੇ ਲਈ ਸਾਨੂੰ ਪ੍ਰਮਾਤਮਾ ਨੇ ਇੱਕ ਹਨਾ ਚੁਣਿਆ ਵੀ ਤੁਹਾਨੂੰ ਤੁਹਾਨੂੰ ਕਿਉਂ ਲੱਗਦਾ ਕਿ ਤੁਹਾਨੂੰ ਇਹ ਇੰਨੀ ਚੀਜ਼ ਕਿਉਂ ਮਿਲੀ ਤੁਹਾਨੂੰ ਸੇਵਾ ਕਿਉਂ ਮਿਲੀ ਇਹ ਤੁਹਾਡੇ ਦਿਲ ਦੀ ਕੀ ਗੱਲ ਹੈ ਤੁਹਾਨੂੰ ਕੀ ਪਤਾ ਕੋਈ ਪਰਮਾਹੰਮ ਨੇ ਕਹਿ ਦਈਏ ਵੀ ਜਾਂ ਕੋਈ ਚੰਗੇ ਕਰਮ ਕਹਿ ਦਈਏ ਹਨਾ ਜਾਂ ਮੇਰੀ ਫੈਮਲੀ ਦੇ ਜਾਂ ਮੇਰੇ ਕੋਈ ਐ ਜੀ ਮੈਂ ਤਾਂ ਆਪ ਦੇਖਦਾ ਹਾਂ ਉਹਨਾਂ ਵੀ ਪਤਾ ਨਹੀਂ ਹਨਾ ਵੀ ਕਿੱਦਾਂ ਆ ਬਈ ਅਕਸਰ ਅਸੀਂ ਤੁਹਾਨੂੰ ਦੇਖਦੇ ਰਹਿੰਦੇ ਹਾਂ ਸਮਾਗਾਂ ਦੇ ਸਮਾਗਮਾਂ ਤੇ ਵੀ ਮਿਲਦੇ ਰਹਿੰਦੇ ਹਾਂ ਤੁਹਾਡੇ ਨਾਲ ਹਥਿਆਰ ਵਾਲੇ ਬੰਦੇ ਹੁੰਦੇ ਨੇ ਤੁਸੀਂ ਵੀ ਪਿਸਟਲ ਲਾਈ ਹੁੰਦੀ ਹੈ ਕੰਮ ਤੁਸੀਂ ਬਹੁਤ ਜ਼ਿਆਦਾ ਸੋਸਾਇਟੀ ਨੂੰ ਕਰ ਰਹੇ ਹੋ ਇਹ ਚੀਜ਼ਾਂ ਦੀ ਲੋਡ ਨਾਲ ਇਹ ਅਨਮੋਲ ਵੀਰੇ ਇਹ ਬੜੀਆ ਸਵਾਲ ਆ ਇਹ ਕਈ ਵਾਰੀ ਸਾਨੂੰ ਕਈ ਵਾਰੀ ਬੰਦਾ ਪੁੱਛ ਲਾਂਦਾ ਮੇਰੀ ਨਾ ਲੈਟਰ ਮੈਂ ਦਿਖਾ ਦਉ ਈਡੀਜੀਪੀ ਜਰਨਲ ਸਕਿਉਰਟੀ ਇੱਕ ਸਭ ਤੋਂ ਵੱਡੀ ਸਕਿਉਰਟੀ ਆ ਨਾ ਉਹ ਕਦੀ ਤਾਂ ਫੇਕ ਨਹੀਂ ਬਣਾ ਸਕਦੀ ਇਹ ਤਾਂ ਹੈ ਨਹੀਂ ਅਸੀਂ ਕਿਸੇ ਨੂੰ ਮੰਦਾ ਚੰਗਾ ਬੋਲ ਕੇ ਆਪਾਂ ਲੈ ਸਕਦੇ ਉਹਨਾਂ ਨੇ ਬਕਾਇਦਾ ਲਿਖਿਆ ਆ ਵੀ ਸਿਕਿਉਰਿਟੀ ਮਨਜੂਰਦੀ ਹੈ ਨਾ ਵੀ ਕੀਤੀ ਜਾਵੇ ਉਹਨਾਂ ਨੂੰ ਕੋਈ ਲੱਗਾ ਤਿੰਨ ਚਾਰ ਏਜੰਸੀਆਂ ਨੇ ਸਾਡੀ ਰੈਕੀ ਕਰਕੇ ਸਾਰਾ ਕੁਝ ਇਹਨਾਂ ਨੂੰ ਲੋਡ ਥ੍ਰੈਟ ਵੀ ਹੈਗੀ ਆ ਆਪਾਂ ਪਤਾ ਹੀ ਗੱਲ ਕੀ ਜਦੋਂ ਆਪਾਂ ਕਿਤੇ ਬੰਦੇ ਛੜਾਉਣਾ 2017 ਚ ਪਹਿਲਾ ਬੰਦਾ ਗੁਜਰਾں ਤੋਂ ਅਸੀਂ ਉੱਥੇ ਛੜਵਾਇਆ ਸੀ ਇੱਕ ਪਹਿਲੀ ਸਾਡੀ ਜ਼ਿੰਦਗੀ ਵੀ ਹੋਰ ਸੀ ਨਾਲ ਨਾਲ ਇਹ ਵੀ ਚੱਲੀ ਜਾਂਦੀ ਅਸੀਂ ਇਹ ਨਹੀਂ ਵੀ ਜਿੱਥੇ ਤੱਕਾ ਹੁੰਦਾ ਉਹਨਾਂ ਨੂੰ ਮੂਲ ਵੀਰੇ ਸਾਡੇ ਕਿਤੇ ਪ੍ਰਮਾਤਮਾ ਨਹੀਂ ਚਲੋ ਜਿੰਨੀ ਸੇਵਾ ਜਿੱਥੇ ਕੋ ਲੱਗਦਾ ਵੀ ਇਹ ਤਾਂ ਧੱਕਾ ਹੁੰਦਾ ਆਪਾਂ ਜਾ ਕੇ ਖੜ ਜਾਈਦਾ ਪ੍ਰਮਾਤਮਾ ਕਰੇ ਸਾਡਾ ਕੋ ਨੁਕਸਾਨ ਹੋਵੇ ਜਾਓ ਆਪਾਂ ਖੜ ਜਾਈਦਾ ਇਹੇ ਚੀਜ਼ਾਂ ਲਾ ਲਓ ਲੋਕਾਂ ਨੂੰ ਇਹ ਲੱਗਦਾ ਵੀ ਇਹ ਸਾਡੇ ਖਿਲਾਫ ਬੋਲਦਾ ਜਾਂ ਇਹ ਲਾ ਲਓ ਕੋਈ ਮਾਰਨ ਦੀਆਂ ਗਰੁੱਪ ਬਾਜੀ ਦੇ ਵਿੱਚ ਕੋ ਰਿਕਾਰਡਿੰਗਾਂ ਵਾਇਰਲ ਹੋਈਆਂ ਮੈਂ ਆਪਣੀ ਸਿਕਿਉਰਟੀ ਦੇਖੋ ਸ਼ਾਸਤ ਤਾ ਸਾਨੂੰ ਗੁਰੂ ਸਾਹਿਬ ਨੇ ਕਹੇ ਹਨ ਰੱਖਣੇ ਇਹ ਤਾਂ ਰਹੇ ਸ਼ੁਰੂ ਤੋਂ ਆ ਕਿਸੇ ਪਹਿਲਾਂ ਕਿਸੇ ਹੋਰ ਕਾਰਨ ਨਹੀਂ ਸੀ ਅੱਜ ਕਿਸੇ ਹੋਰ ਲਈ ਇਹਨੂੰ ਚੱਕਣਾ ਉਹ ਕਿਹੜੇ ਪਰਵ ਦੇ ਲਈ ਚੱਕ ਰਹੇ ਆ ਅਸੀਂ ਕਿਸੇ ਨਾਲ ਧੱਕਾ ਤਾਂ ਨਹੀਂ ਕਰ ਰਹੇ ਫੜ ਕੇ ਨਾ ਇਹ ਰੱਖਣਾ ਆਪਣੇ ਕੋਲ ਸਾਡੀ ਸੇਫਟੀ ਆ ਆਪਾਂ ਆਪਣੀ ਰੱਖਿਆ ਕਰਨੀ ਆ ਪਰ ਅਸੀਂ ਇਹ ਦੇਖਣਾ ਵੀ ਅਸੀਂ ਕਿਸੇ ਨੂੰ ਮਜਲੂਮ ਨੂੰ ਤਾਂ ਨਹੀਂ ਤੰਗ ਕਰ ਰਹੇ ਅਸੀਂ ਇਹ ਹਥਿਆਰ ਲੈ ਕੇ ਕਿਸੇ ਨੂੰ ਡਰਾ ਕੇ ਕਿਸੇ ਤੋਂ ਕਬਜ਼ੇ ਤਾਂ ਨਹੀਂ ਕਰਾ ਰਹੇ ਕਿਸੇ ਦੀ ਪ੍ਰਾਪਰਟੀ ਤਾਂ ਨਹੀਂ ਕਬਜ਼ਾ ਕਰ ਰਹੇ ਉਹ ਗਲਤ ਆ ਪਰ ਜੇ ਰੱਖਣਾ ਉਹ ਉਹ ਆਪਾਂ ਆਪਣੀ ਸੇਫਟੀ ਲਈ ਆਪਣੀ ਆ ਰੱਖ ਸਕਦੇ ਆ ਨਾ ਤੇ ਨਾਲੇ ਏਡੀਜਪੀ ਜਨਰਲ ਸਕਿਉਰਟੀ ਵਾਲਿਆਂ ਨੇ ਇਹ ਲੈਟਰ ਦਿੱਤਾ ਪਿਆ ਬਕਾਇਦਾ ਵੀ ਇਹਨੂੰ ਖਤਰਾ ਆ ਜਾਂ ਕੁਝ ਵੀ ਆ ਪਰ ਕਈ ਜਦੋਂ ਗੱਲ ਕਰਦੇ ਨੇ ਹਥਿਆਰਾਂ ਵਾਲੇ ਕੋ ਸੋਚੀਦਾ ਕਈ ਵਾਰੀ ਮਨ ਨੂੰ ਬੜਾ ਮਨ ਵੀ ਅਸੀਂ ਆਪਣੇ ਤੇ ਹੰਡਾ ਸਕਦੇ ਹਾਂ ਜੀ ਜਿਹੜੇ ਹੁਣ ਆ ਰੋਜ਼ ਨਿਤ ਗੋਲੀਆਂ ਮਾਰ ਰਹੇ ਆ ਯਾਰ ਉਹਨਾਂ ਨੂੰ ਤਾਂ ਕੋਈ ਹਥਿਆਰਾਂ ਬਾਰੇ ਪੁੱਛ ਨਹੀਂ ਰਿਹਾ ਹੈਨਾ ਕੋਈ ਹੈ ਕੋਈ ਕਾਨੂੰਨ ਰੋਜ਼ ਮਾਰ ਰਿਹਾ ਬੰਦਾ ਰੋਜ਼ ਬੰਦਾ ਕਿੱਦਾਂ ਨਿੱਥੇ ਲੋਕਾਂ ਤੇ ਗੋਲੀਆਂ ਮਾਰਵਾ ਘਰਾਂ 'ਚ ਨਹੀਂ ਬੰਦੇ ਸੀ ਕਰ ਗਏ ਘਰਾਂ 'ਚ ਵੱਡ-ਵੱਡੇ ਮਾਰ ਰਹੇ ਬਾਹਰੋਂ ਸ਼ੂਟਰ ਆਉਂਦੇ ਉਹ ਨਹੀਂ ਦੇਖਦੇ ਜੇ ਸਾਡੇ ਕੋਲ ਹੈਗਾ ਅਸੀਂ ਆਪਣੀ ਸੇਫਟੀ ਲਈ ਰੱਖਿਆ ਜੀ ਆਪਾਂ ਕਿਸੇ ਪਰ ਬੰਦਾ ਛੜਾਉਣ ਜਾਂਦੇ ਹੁਣ ਬੰਦਾ ਉਹ ਉਹਨੂੰ ਰੱਖਿਆ ਪਿਆ ਕੀ ਪਤਾ ਉਹਦੇ ਕੋਲ ਕੀ ਨਿਕਲਣਾ ਕੀ ਝਗੜਾ ਹੋਣਾ ਕੀ ਹੋਣਾ ਸਮਝ ਨਹੀਂ ਆਉ ਉਹ ਅਗਲਾ ਕੁਝ ਵੀ ਕੱਢ ਸਕਦਾ ਸਾਡੇ ਗਲ ਪੈ ਸਕਦਾ ਜੇ ਅਸੀਂ ਆਪਣੇ ਰੱਖਿਆ ਲਈ ਨਹੀਂ ਰੱਖ ਸਕਦੇ ਤਾਂ ਫਿਰ ਉਦੇ ਵਿੱਚ ਗਲਤ ਹਨਾ ਜਿਹੜੇ ਬੰਦੇ ਤੁਸੀਂ ਰੈਸਕਿਊ ਕਰਾਨੇ ਹੋ ਜਿਹੜੇ ਲੋਕਾਂ ਨੇ ਘਰੇ ਬੰਦੀ ਬਣਾ ਕੇ ਰੱਖੇ ਨੇ ਉਹਨਾਂ ਕੋਲ ਸਫਾਈਆਂ ਕਰਾਉਂਦੇ ਨੇ ਅਸਲ 'ਚ ਇਹ ਕੰਮ ਸਰਕਾਰ ਦਾ ਨਹੀਂ ਕਿਉਂਕਿ ਇੰਨੇ ਸਾਲਾਂ ਤੋਂ ਗੁਰਪ੍ਰੀਤ ਬਈ ਦੀ ਵੀਡੀਓਜ਼ ਤੁਹਾਡੀਆਂ ਵੀਡੀਓਜ਼ ਤੁਸੀਂ ਤੁਹਾਡੀਆਂ ਵੀਡੀਓਜ਼ ਮਿਲੀਅਨ ਤੱਕ ਜਾਂਦੀਆਂ ਨੇ ਮਤਲਬ ਕਿ ਲੋਕ ਦੇਖਦੇ ਨੇ ਤੇ ਓਬਵੀਅਸਲੀ ਗੱਲ ਹੈ ਕਿ ਸਰਕਾਰ ਵੀ ਦੇਖਦੀ ਹੈ ਤੇ ਸਰਕਾਰ ਕਿਉਂ ਨਹੀਂ ਕਦਮ ਚੁੱਕਦੀ ਇਹ ਬੰਦੇ ਛਡਾਉਣ ਲਈ ਤੇ ਪ੍ਰਾਈਵੇਟ ਆਪਾਂ ਭਰਾ ਜਾਣੇ ਆ ਉਸ ਤੁਹਾਡੀ ਗੱਲ ਸਹੀ ਉੱਥੇ ਲੜਾਈ ਹੋ ਸਕਦੀ ਹੈ ਕੋਈ ਇੱਕੋ ਬੰਦਾ ਹਾਂ ਅਨਮੋਲ ਵੀਰ ਮੈਂ ਨਾ 2017 ਤੋਂ ਬਹੁਤ ਐਕਟਿਵ ਰਿਆਂ ਇਹਦੇ ਛਡਾਉਣ ਦੇ ਮੈਨੂੰ ਪਤਾ ਬਈ ਮੈਂ 2020 ਕਿਚਨ ਆ ਬਹੁਤ ਘਟਾਤੀ ਮੈਂ ਆਪਣਾ ਏਰੀਆ ਹੀ ਦੇਖਦਾ ਦਸੂਆ ਹਰਿਆਣਾ ਗੜਦੀ ਵਾਲਾ ਮੇਰੇ ਏਰੀਆ ਚ ਤੂੰ ਆਣ ਕੇ ਦੇਖ ਲਈ ਮੇਰਾ ਵੀਰ ਤੈਨੂੰ ਕੋਈ ਬੰਦਾ ਗੁਲਾਮ ਨਹੀਂ ਦਿਸੂਗਾ ਜੇ ਕੋਈ ਹੈਗਾ ਆ ਉਹ ਕੋ ਚੋਰੀ ਰੱਖ ਸਕਦਾ ਉਹ ਬਖਰੀ ਗੱਲਾਂ ਭਰਨੇ ਮੈਂ ਕਿਹਾ ਮੈਂ ਆਪਣਾ ਏਰੀਆ ਦਾ ਸੰਭਾ ਮੈਨੂੰ ਪਤਾ ਮੈਂ ਥੱਕ ਹਾਰ ਗਿਆ ਅਨਮੋਲ ਵੀਰੇ ਇਹਨੇ ਮੈਂ ਸਰਕਾਰਾਂ ਤੱਕ ਬੰਦਾ ਛਡਾਉਣੇ ਸਾਨੂੰ ਕਈ ਵੀਰ ਕਹਿੰਦੇ ਤੂੰ ਕਾਨੂੰਨੀ ਕਾਰਵਾਈ ਨੇ ਕਾਨੂੰਨੀ ਕਾਰਵਾਈ ਕੀ ਕਰੇ ਮੈਂ ਤਿੰਨ ਪਰਚੇ ਕਰਾਏ ਅਨਮੋਲ ਵੀਰੇ ਤਿੰਨ ਚੀਜ਼ਾਂ ਹਾਂ ਲੜ ਕੇ ਧਰਨੇ ਲਾ ਕੇ ਮੈਂ ਤਿੰਨ ਪਰਚੇ ਕਰਵਾਇਓ ਮੁੜ ਕੇ ਇੱਕ ਦੇ ਪਰਚਾ ਕਰਵਾਇਆ 12 ਸਾਲ ਬਾਅਦ ਸਾਧੂ ਰਧਾਵਿਆਂ ਤੋਂ ਛੁਡਾਇਆ ਤੇ ਭੋਗਪੁਰ ਲਾਗੇ ਪਿੰਡ ਸਿਗਾ ਉਹ ਉੱਥੋਂ ਸਾਧੂ ਉਹਦੇ ਪਰਿਵਾਰ ਆਇਆ ਪਰਚਾ ਕਰਾਇਆ ਮੈਂ ਲੜਕੇ ਦੇ ਸੋਹੇ ਥਾਣੇ ਮੋਰੇ ਬਹਿ ਕੇ ਸਾਢੇ 4 ਲੱਖ ਚ ਪਰਿਵਾਰ ਆ ਜੀ ਨਾਮਾ ਕਰ ਗਿਆ ਜਿਨ੍ਹਾਂ ਦਾ ਸਾਢੇ 4 ਲੱਖ ਛੜਾਇਆ ਛੜਾ ਸਾਨੂੰ ਪਤਾ ਵੀ ਨਹੀਂ ਲੱਗਾ ਸਾਢੇ 4 ਲੱਖ ਚ ਉਹਦੇ ਮਾਂ ਤੇ ਰਿਸ਼ਤੇਦਾਰ ਪੈ ਕੇ ਰਾਜਨਾਮਾ ਕਰ ਗਏ ਫਿਰ ਤੁਸੀਂ ਮੈਨੂੰ ਦੱਸੋ ਵੀ ਆਪਾਂ ਕਿੱਧਰ ਨੂੰ ਜਾਈਏ ਕਿਹਦੇ ਨਾਲ ਸਾਨੂੰ ਪੁੱਛਿਆ ਵੀ ਨਹੀਂ ਫਿਰ ਪਰਚੇ ਅਸੀਂ ਲੜਦੇ ਰਹੀਏ ਹੁਣ ਦੋ ਪਰਚੇ ਹੋਰ ਤਿੰਨ ਪਰਚੇ ਕਰਾਇਕ ਉਹ ਕਰਾਈ ਹੋ ਤਾਂ ਰਾਜੀ ਨਾ ਕਰਕੇ ਦੋ ਪਰਚੇ ਕਰਾਏ ਉਹਨਾਂ ਨੂੰ ਤਰੀਕਾਂ ਤੇ ਲੈ ਜਾ ਕੇ ਜਾਣਾ ਉਹਨਾਂ ਨੂੰ ਸਾਰਾ ਉਹਨਾਂ ਜਦੋਂ ਪਰਿਵਾਰ ਮਿਲ ਜੇ ਪਰਿਵਾਰਾਂ ਦੇ ਦੇ ਉਹ ਸਮਝੌਤੇ ਕਰ ਜਾਂਦੇ ਆ ਕੋਈ ਤਰੀਕ ਤੇ ਨਹੀਂ ਆਉਂਦਾ ਇੱਕ ਬੰਦੇ ਨੇ ਪਰਚਾ ਕਰਾਇਆ ਉਹ ਬਿਹਾਰ ਦੇ ਵਿੱਚ ਉਹ ਤਰੀਕਾਂ ਤੇ ਨਹੀਂ ਆਉਣ ਡੇ ਉਹ ਸਜ਼ਾ ਤਾਂ ਤਾਂ ਹੋਊਗੀ ਉਹ ਹੁਣ ਪਿੱਛੇ ਉਹ ਮੇਰੇ ਮੇਰੇ ਕਦੇ ਬੰਦੇ ਪਾ ਕੇ ਮੈਨੂੰ ਆਈ ਜਾਂਦੇ ਵੇ ਸਾਡੀਆਂ ਗਵਾਹੀਆਂ ਹੀ ਕਰਾ ਦੋ ਸਾਡਾ ਛੜਕਾਰਾ ਸਾਡੇ ਖਿਲਾਫ ਹੀ ਕਰਾ ਦੋ ਗਵਾਹੀ ਉਹ ਬੰਦੇ ਨਹੀਂ ਆਉਣ ਡੇ ਉਹ ਕਿਤੇ ਕਰਾਂਗੇ ਪਰਚਾ ਅਸੀਂ ਪਰਚਾ ਵੀ ਨਹੀਂ ਕਾਨੂੰਨੀ ਕਰ ਵੀ ਸਾਡਾ ਨਹੀਂ ਕੋਈ ਸਾਥ ਦਿੰਦਾ ਫਿਰ ਅਸੀਂ ਇਹੀ ਕਰ ਸਕਦੇ ਬੰਦੇ ਲੈ ਆਉਣੇ ਪਰਿਵਾਰ ਨੂੰ ਮਿਲਾ ਦੇ ਨਹੀਂ ਅਸੀਂ ਤਾਂ ਹੁਣ ਜਦੋਂ ਕੋਈ ਬੰਦੇ ਦਾ ਪਤਾ ਲੱਗਦਾ ਮੈਂ ਜਾਣਾ ਉੱਥੇ ਜਾ ਕੇ ਆਪਾਂ ਪਰਿਵਾਰ ਦਾ ਪਤਾ ਕਰਾ ਕੇ ਅਸੀਂ ਪਰਿਵਾਰ ਲਿਆ ਕੇ ਉਹਨੂੰ ਪਰਿਵਾਰ ਨਾਲ ਮਿਲਾ ਦਿੰਦਾ ਫਿਰ ਹੁਣ ਕੀ ਜੇ ਦਾ ਜੇ ਦਾ ਪਰਿਵਾਰ ਆਉਂਦਾ ਆ ਉਹਨੂੰ ਉਹਦੀ ਉਹਦੀ ਸਹਾਇਤਾ ਕਰਾ ਲਈਦੀ ਵੀ ਤੂੰ ਇਹਦਾ ਖਰਚਾ ਦੇ ਨਹੀਂ ਤਾਂ ਅਸੀਂ ਪੈਸੇ ਨੂੰ ਵੀ ਪਿੱਛੇ ਨਹੀਂ ਕਰਦਾ ਅੱਜ ਤੱਕ ਕੋਈ ਬੰਦਾ ਕਹਦਾ ਵੀ ਪੈਸਾ ਲੈ ਗਏ ਨਾ ਅਸੀਂ ਪਰਿਵਾਰ ਆਉਂਦਾ ਪਰਿਵਾਰ ਨੂੰ ਸਾਹਮਣੇ ਬਿਠਾ ਕੇ ਕੰਪਰੋਮਾਈਜ਼ ਕਰਾ ਦਿਆ ਪਰ ਮੈਂ ਮੈਂ ਬਾਹਰ ਨਹੀਂ ਜਾਂਦਾ ਬਹੁਤ ਇੱਕ ਹੋਣ ਗਿਆ ਤਰਨ ਤਰਨ ਇੱਕ ਅ ਬੰਦਾ ਰੱਖਿਆ ਸੀ ਉਹਦੀ ਲਾਤ ਵਿੱਚ ਕੀੜੇ ਸੀ ساری ਜ਼ਿੰਦਗੀ ਕੰਮ ਕਰਾਇਆ ਪਰਿਵਾਰ ਗੁਰਸਿੱਖ ਪਰਿਵਾਰ ਅਮਰਤ ਸ਼ਕਿਆ ਦੇਖਣ ਮੋਲੇ ਅਮਰਤ ਸ਼ਕਿਆ ਆ ਘਰ ਦੇ ਵਿੱਚ ਵੀਡੀਓ ਪਈਓ ਕੀੜੇ ਪਈਓ ساری ਜ਼ਿੰਦਗੀ ਉਸ ਬੰਦੇ ਨੇ ਕੰਮ ਕੀਤਾ ਉਹ ਮੇ ਤੋਂ ਰਿਹਾ ਹੀ ਨਹੀਂ ਗਿਆ ਜਦੋਂ ਕੀੜੇ ਪਏ ਨਾ ਕੀੜੇ ਵਾਲਾ ਸ਼ਬਦ ਆ ਜਾਂਦਾ ਨਾ ਜਦੋਂ ਅਨਮੋਲ ਵੀਰੇ ਇੱਕ ਕੀੜਾ ਖਾਂਦਾ ਆ ਅਸੀਂ ਕੀੜੀ ਚਲਦੀ ਸਰੀਰ ਤੇ ਨਹੀਂ ਚਲਦੇ ਅਸੀਂ ਨਹੀਂ ਚਲਦੇ ਅਸੀਂ ਤੇ ਆਪਾਂ ਉਸੇ ਨੂੰ ਕਹਿੰਦੇ ਉਹ ਦੇਖ ਕੀੜਾ ਜਾਗਮ ਖਾਂਦਾ ਕਿੱਦਾਂ ਉਹਦੇ ਬੀਜ ਦੀ ਹੋਗੀ ਮਾਸ ਖਾ ਰਿਆ ਕਿੱਦਾਂ ਤੜਫ ਰਿਹਾ ਹੋ ਤੇ ਜਦੋਂ ਨੇ ਵੀਡੀਓ ਭੇਜੀ ਉਹ ਹਾਏ ਹਾਏ ਜਦੋਂ ਕਹਿੰਦਾ ਮੇਰਾ ਰਿਪੇਅਰ ਹੀ ਨਹੀਂ ਰੋਕੇ ਮੈਂ ਕਹਾ ਨਹੀਂ ਯਾਰ ਚਲੋ ਅਹੀਂ ਜਾ ਕੇ ਉਹ ਛਡਵਾ ਕੇ ਲਿਆਏ ਉਹ ਡੈਥ ਹੋ ਗਈ ਉਹਦੀ ਸਾਰੀ ਉਹਦੀ 2 ਗ੍ਰਾਮ ਬਲਾਡ ਜਦੋਂ ਮੈਂ ਲੈ ਕੇ ਆ ਹਸਪੀਟਲ ਐਡਮਨ ਕਰਾਇਆ 2 ਗ੍ਰਾਮ ਬਲੱਟ ਕੀ ਕਰਾਂਗੇ ਉੱਥੇ ਉਹ ਮਰਨ ਨੂੰ ਛੱਡਿਆ ਸੀ ਉਹ ਸਾਰਾ ਪਰਿਵਾਰ ਝੂਠ ਬੋਲੀ ਜਾਵੇ 8 ਦਿਨ ਹੋ ਗਿਆ ਸਫਾਈ ਨਹੀਂ ਜਾ ਕੰਮ ਕੀਤੀ ਉਹ ਦੇਖੀ ਕਦੇ ਵੀਡੀਓ ਉਹ ਝੂਠ ਹੀ ਬੋਲੀ ਗਿਆ ਯਾਰ ਗਾ ਅਮਰਤ ਛਾਕੇ ਯਾਰ ਝੂਠ ਬੋਲੀ ਜਾਵੇ ਅਸੀਂ ਧਰਮ ਦੀ ਤਾਂ ਕਹਿੰਦੇ ਆ ਉਹਨਾਂ ਨੂੰ ਕੌਣ ਕਊਗਾ ਧਰਮੀ ਉਹ ਇਦਾਂ ਦੇ ਪਖੰਡੀ ਲੋਕ ਹੈਗੇ ਆ ਨਾ ਵੀ ਸੱਚ ਦਾ ਬਾਣਾ ਪਾ ਕੇ ਕਈਏ ਵੀ ਇਹ ਝੂਠ ਬੋਲਦਾ ਭਾਈ ਮੈਨੂੰ ਪਤਾ ਨਹੀਂ ਇਹ ਸਵਾਲ ਪੁੱਛਣਾ ਚਾਹੀਦਾ ਕਿ ਨਹੀਂ ਪਰ ਮੈਂ ਪੁੱਛੂੰਗਾ ਕਿ ਕੁਝ ਲੋਕ ਵਾਕਈ ਧਰਮ ਦਾ ਜਾਂ ਧਰਮ ਦਾ ਲੈਂਦੇ ਨੇ ਪਰ ਛਾਵਾ ਆਪਣੇ ਆਪ ਦੀ ਛਵੀ ਢੱਕਣ ਲਈ ਆ ਗਲਤ ਕੰਮ ਕਰਨ ਦੇ ਲਈ ਇਹ ਬੋਰ ਬੋਰ ਦੇ ਬੰਦੇ ਹੈਗੇ ਕਿ ਕਿਦਾਂ ਪਛਾਣੇ ਜਾਣ ਬਾਈ ਪਛਾਣੇ ਉਹਨਾਂ ਦੀ ਹਰਕਤਾਂ ਤੋਂ ਹੀ ਪਤਾ ਲੱਗ ਜਾਂਦਾ ਮੋਲੇ ਵੀ ਪਛਾਣ ਹੀ ਜਾਂਦੇ ਪਤਾ ਲੱਗ ਜਾਂਦਾ ਜਿੱਦਾਂ ਕੋਈ ਕੋਈ ਬੰਦਾ ਸਾਡੇ ਪੰਜਾਬ ਚ ਖਾਸ ਕਰ ਜੋ ਕੋਈ ਪੰਜਾਬ ਚ ਮੂਨਾ ਬੰਦਾ ਤੁਰਿਆ ਹੋਇਆ ਤਾਂ ਉਹਨੂੰ ਉਸ ਹੱਬ ਨਾਲ ਦੇਖਦੇ ਨੇ ਪਰ ਜੇ ਕੋਈ ਬੰਦੇ ਨੇ ਪੱਗ ਪਾਈ ਹੈ ਦਾੜੀ ਰੱਖੀ ਹੈ ਕੇਸ ਰੱਖੇ ਨੇ ਤਾਂ ਉਹ ਉਹਦੇ ਲਈ ਮਨ ਚ ਕਿ ਇੱਜ਼ਤ ਤੇ ਸੇਫਟੀ ਆ ਜਾਂਦੀ ਹੈ ਕਿ ਸਰਦਾਰ ਜੀ ਖੜੇ ਨੇ ਇਹ ਗਲਤ ਗੱਲ ਨਹੀਂ ਕਰਨਗੇ ਇਤਨਾ ਸੇਫਟੀ ਹੈ ਕਿਤੇ ਉਸ ਛਵੀ ਨੂੰ ਖਰਾਬ ਕਰਨ ਲਈ ਲੋਕ ਜਾਂ ਉਹ ਛਵੀ ਇੱਕ ਵਧੀਆ ਛਵੀ ਹੈ ਤਾਂ ਉਹਦਾ ਸਹਾਰਾ ਤਾਂ ਨਹੀਂ ਲੈਣ ਲੱਗ ਗਏ ਕਿਤੇ ਕਿ ਕਿਸੇ ਨੂੰ ਜੇ ਕੋਈ ਡਿਫਾਲਟਰ ਹੈ ਜਾਂ ਕੋਈ ਨਸ਼ਾ ਵੇਚਣ ਵਾਲਾ ਉਹ ਦਾੜੀ ਰੱਖ ਲਵੇ ਜਾਂ ਉਹ ਕੇਸ ਰੱਖ ਲਵੇ ਲੋ ਜੀ ਮੈਂ ਅਨਮੋਲ ਵੀਰੇ ਜਿੱਦਣ ਮੈਨੂੰ ਨੇਪਾਲ ਚ ਲੈ ਕੇ ਗਿਆ ਉਹ ਲੈ ਕੇ ਹੀ ਮੈਨੂੰ ਪੱਗ ਵਾਲਾ ਗਿਆ ਮੈਨੂੰ ਉੱਥੋਂ ਦਿਲੋਂ ਦਿੱਲੀ ਨੂੰ ਕੀਤਾ ਸੀ ਉਹ ਪੱਗ ਬੰਨਿਆ ਸੀ ਬੜਾ ਵਧੀਆ ਬੰਦਾ ਸੀ ਵੀ ਦੇਖਿਆ ਵੀ ਹਾਂ ਵੀ ਇਹ ਨਹੀਂ ਕਰਨ ਗਿਆ ਜਿਹੜਾ ਸਾਡਾ ਅੰਮ੍ਰਿਤਸਰ ਵਾਲਾ ਜੀ ਅੰਡ ਸੀ ਉਹਦਾ ਗਾਂ ਪੱਗ ਵਾਲਾ ਜੀ ਅੰਡ ਸੀ ਸਾਨੂੰ ਉਹ ਲੈ ਕੇ ਹੀ ਉਹ ਗਿਆ ਜਿਹਦਾ ਹਜੇ ਤੱਕ ਰਤਾ ਪਤਾ ਨਹੀਂ ਸਿਰਫ ਅਸੀਂ ਪੱਗ ਦਾੜੀ ਦੇਖੀ ਉਹ ਵੀ ਉਹ ਪੱਗ ਬਣ ਕੇ ਆ ਆਪਣੇ ਵਧੀਆ ਬਣ ਕੇ ਆ ਸਾਡੇ ਮੂਰੇ ਹਜੇ ਤੱਕ ਨਹੀਂ ਆ ਜੇ ਮੇਰੇ ਮਨ ਦੇ ਵਿੱਚ ਹੁੰਦੀ ਵੀ ਆ ਯਾਰ ਇਹ ਤਾਂ ਇਦਾਂ ਕਰਦੇ ਆ ਨਾ ਪਰ ਗਲਤ ਬੰਦੇ ਹੈਗੇ ਹੀ ਹੈਗੇ ਆ ਜਿਹਨੇ ਰੂਪ ਧਾਰਨ ਕਰਕੇ ਉਹ ਸਿੱਖੀ ਦੇ ਵਿੱਚ ਵੜ ਕੇ ਥੱਲਿਓਂ ਖੁਰਾਂ ਲਾ ਰਹੇ ਆ ਸਿੱਖੀ ਨੂੰ ਖੁਰਾਂ ਲਾ ਰਹੇ ਆ ਕਿਉਂਕਿ ਬਹੁਤ ਨੌਜਵਾਨ ਮੇਰੇ ਨਾਲ ਜਦੋਂ ਆਪਾਂ ਇਧਰੋਂ ਗੁਰਸਿੱਖੀ ਚਾਹੇ ਸਾਡੇ ਨਾਲ ਕਈ ਬੰਦੇ ਇਹੋ ਜਿھے ਮੈਨੂੰ ਧਰਮ ਦਾ ਬਾਣਾ ਪਾ ਕੇ ਇਹੋ ਜਿਹੇ ਬੰਦੇ ਲਟੇਰੇ ਵੀ ਮਿਲੇ ਜਿਹੜੇ ਬੰਦੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟ ਰਹੇ ਸੀਗੇ ਲੋਕਾਂ ਨੂੰ ਜਦੋਂ ਆਪਾਂ ਇਹ ਇਧਰਲੇ ਪਾਸੇ ਆਏ ਉਹ ਬਾਬਿਆਂ ਦੇ ਨਾਲ ਪਖੰਡੀਆਂ ਨੂੰ ਕਰਕੇ ਉਹਨਾਂ ਦਾ ਪਖੰਡੀਆਂ ਦਾ ਜੋ ਮੂਰੇ ਪਿਆ ਹੋਣਾ ਉਹ ਚੱਕ ਕੇ ਜੇਬਾਂ 'ਚ ਪਾ ਲੈਣੇ ਹਨਾ ਇਦਾਂ ਦੇ ਬੰਦੇ ਵੀ ਮਿਲੇ ਮੈਨੂੰ ਕਿਵੇਂ ਫਿਰ ਉਹ ਪਰਖਦੇ ਕਿਵੇਂ ਉਹਨਾਂ ਨੂੰ ਜਦੋਂ ਦੌਰਾਨ ਕੋਈ ਸ਼ਰਾਰਤੀ ਅੰਸਰ ਆ ਕੇ ਜੁੜ ਜਾਂਦਾ ਤੁਹਾਡੇ ਨਾਲ ਸੇਵਾ ਦੇ ਵਿੱਚ ਜੁੜ ਜਾਂਦਾ ਪਰ ਉਹਦਾ ਸ਼ੈਤਾਨ ਦਿਮਾਗ ਕੁਛ ਹੋਰ ਹੁੰਦਾ ਫਿਰ ਤੁਸੀਂ ਛਾਂਟਦੇ ਕਿਦਾਂ ਪਹਿਲਾਂ ਪਹਿਲਾਂ ਅਨਮੋਲ ਵੀਰੇ ਅਸੀਂ ਪਹਿਲਾਂ ਪਹਿਲਾਂ ਸਾਡੇ ਨਾਲ ਜੁੜਦੇ ਰਹੇ ਹੁਣ ਜਦੋਂ ਪਤਾ ਲੱਗ ਗਿਆ ਹੁਣ ਅਨਮੋਲ ਵੀਰੇ ਅਸਲ ਦੇ ਵਿੱਚ ਛੱਡੀ ਦਿੱਤਾ ਜੋ ਛੱਟੀ ਕਰ ਲਿਆ ਕਈ ਵਾਰੀ ਬੰਦੇ ਨੂੰ ਕਰਦਾ ਹੁਣ ਤੇਰੇ ਲਾ ਕੇ ਚੱਲੀਏ ਸਰਕਲ ਜਿੰਨੇ ਵੱਡਾ ਸਭ ਤੋਂ ਐਂਪਲ ਤੇਰੀ ਆ ਮੈਂ ਤਾਂ ਇਹ ਕਹਾਂ ਕੋਤਾ ਗਾਲ ਕੀ ਡੀ ਬੰਦਿਆਂ ਨੂੰ ਸਾਹਬਣਾ ਬੜਾ ਔਖਾ ਸਾਰਿਆਂ ਨੂੰ ਤੁਸੀਂ 1 ਟੂ 1 ਟਾਈਮ ਨਹੀਂ ਦੇ ਸਕਦੇ ਹਰ ਬੰਦਾ ਚਾਹੁੰਦਾ ਮਨਜੋਤ ਵੀਰ ਨਾਲ ਮੇਰੀ ਸਿੱਧੀ ਹੋਵੇ ਮੈਂ ਫੋਨ ਕਰਾਂ ਮਨਜੋਤ ਵੀਰ ਇੱਕ ਰਿੰਗ ਤੇ ਫੋਨ ਚੱਕੇ ਜੇ ਮਨਜੋਤ ਵੀਰ ਦੇ ਭਰਾ ਨੇ ਫੋਨ ਚੱਕ ਲਿਆ ਤਾਂ ਮਨਜੋਤ ਵੀਰਾਂ ਜਾਣ ਕੇ ਹੁਣ ਹਵਾ ਕਰ ਰਿਹਾ ਜੀ ਗੱਲ ਨਹੀਂ ਕਰ ਰਿਹਾ ਉਹਨੂੰ ਇਹ ਨਹੀਂ ਪਤਾ ਮਨਜੋਤ ਵੀਰਾਂ ਬਿਜ਼ੀ ਬਿਜ਼ੀ ਕਿੰਨਾ ਆ ਇਹ ਸਾਰਾ ਨਹੀਂ ਚੱਲਦਾ ਬਦੀਆਂ ਜਿੰਨੇ ਜਿੰਨੇ ਮਾਰਦੀ ਮੈਨੂੰ ਵੀ ਕਿਹਾ ਸਾਡੀ ਸਾਡੇ ਤੁਹਾਡੇ ਨਾਂ ਤੇ ਬਣਾਉਣੀ ਪਰ ਨਹੀਂ ਉਹ ਆਸਾ ਹੀ ਕਿਸੇ ਨੂੰ ਬੰਦੇ ਨੇ ਜੋ ਜੋ ਤਪ ਤੁਸੀਂ ਹੰਡਾਇਆ ਵੀਰੇ 8 ਸਾਲ ਉਹ ਜਿਹੜਾ ਨਵਾਂ ਬੰਦਾ ਜੁੜਿਆ ਕਿਵੇਂ ਦੇਖ ਸਕਦੇ ਹੋ ਜੀ ਸਵਾਗਤ ਹੈ ਤੁਹਾਨੂੰ ਪਤਾ ਕਿਵੇਂ ਇੱਕ ਇੱਟ ਤੋਂ ਅੱਜ 150 ਬੰਦੇ ਰੱਖੀ ਫਿਰਦੇ ਹੋ ਤੁਸੀਂ ਕਿੱਡਾ ਸਿਸਟਮ ਚਲਾਈ ਫਿਰਦੇ ਹੋ ਨਵਾਂ ਬੰਦਾ 2 ਮਿੰਟ ਜਜ਼ਬਾਤੀ ਹੋ ਜਾਏਗਾ ਕਿ ਮਨਜੋਤ ਵੀਰੇ ਵਰਗਾ ਬਣਨਾ ਹੈ ਪਰ 8 ਸਾਲ ਲਾਏਗਾ ਤਾਂ ਹੀ ਸਮਝੇਗਾ ਬਿਲਕੁਲ ਲਾਊਗਾ ਘਰ ਮੈਂ ਝੋਖਣਾ ਪੈਂਦਾ ਮੈਂ ਤਪਣਾ ਪੈਂਦਾ ਹੈ ਹਨਾ ਗਰਮ ਪੱਠੀ ਦੇ ਵਿੱਚ ਕੱਲੀ-ਕੱਲੀਆਂ ਰਾਤਾਂ ਜਾਗ-ਜਾਗ ਹੁਣੇ ਹੀ ਲੱਗਦਾ ਸਾਨੂੰ ਇਦਾਂ ਲੱਗਦੇ ਐ ਘੁੰਮਦੇ ਪਰ ਇਹ ਦੇਖੋ ਵੀ ਉਹਨਾਂ ਨੇ ਕੀਤਾ ਕੀ ਆ ਮੇਰੇ ਜਿਹੜੇ ਨਾਲ ਦੇ ਆ ਉਹਨਾਂ ਨੂੰ ਪਤਾ ਕੋਈ ਨਹੀਂ ਸੀ ਸਾਡੇ ਸਾਹ ਦਿੰਦਾ ਹੁੰਦਾ ਜਦੋਂ ਅਸੀਂ ਕੱਲੇ-ਕੱਲੇ ਬੰਦੇ ਲੈ ਕੇ ਆਉਣ ਅੱਜ ਵੀ ਸਭ ਕੁਝ ਆ ਜਾਂਦੇ ਆ ਵੀ ਪਰ ਉਹਨੂੰ ਪਤਾ ਵੀ ਇਹਦੇ ਪਿੱਛੇ ਕੀ ਆ ਪਰ ਤੁਸੀਂ ਬਹੁਤ ਬਾ ਕਮਾਲ ਕੰਮ ਕਰ ਰਹੇ ਹੋ ਬਾਈ ਤੇ ਪਰ ਵੋਟਾਂ ਦੇ ਵਿੱਚ ਦੀ ਗੱਲ ਕਰਦੇ ਜਨਾ ਬੋਰਡ ਦੇ ਵਿੱਚ ਬਾਹਰੋਂ ਚਲਦੀਆਂ ਕੈਮਰਿਆਂ ਚ ਸੋਹਣੀਆਂ ਲੱਗਦੀਆਂ ਕਈ ਬੰਦੇ ਇਹੋ ਜਿਹੇ ਆਏ ਇੱਕ ਚੱਕਰ ਲਾ ਕੇ ਮੁੜ ਕੇ ਕਹੀਏ ਚਲੀਏ ਬਾਈ ਨਹੀਂ ਜਾਣਾ ਨਹੀਂ ਇਹ ਨਹੀਂ ਬਾਈ ਮੈਨੂੰ ਤਾਂ ਫੋਨ ਆ ਗਿਆ ਬਾਈ ਕਿਉਂਕਿ ਵਾ ਵੀਡੀਓ ਬਣਾ ਲਈ ਉਹ ਮੁੜ ਕੇ ਹੁਣ ਤਪਸ਼ ਪਵੇ ਥੱਲੇੋਂ ਉੱਪਰੋਂ ਧੁੱਪ ਥੱਲੇੋਂ ਜਦੋਂ ਤਪਣਾ ਆ ਹੁਣ ਕਈ ਈ ਦਾ ਲੈ ਕੇ ਬਹਿਣ ਐਨ ਪੈਕਪੂ ਕਰਕੇ ਵੀ ਸਾਡੀ ਸਗੇ ਨਾ ਖਰਾਬ ਹੋ। ਫੇ ਆਹ ਕਈ ਕਰੀਮਾਂ ਚੱਕੀ ਫਿਰਦੇ ਗਏ ਤੇ ਈ ਇਦਾਂ ਸਵਾਵਾ ਧੜੋ ਹੋਣੀਆਂ ਨਾ ਤੇ ਬਹੁਤ ਬੰਦੇ ਮੈਂ ਮੈਂ ਤੇ ਗੱਲ ਕਰਦਾ ਬੜਾ ਔਖਾ ਜਿਹੜਾ ਤੁਰਨਾ ਇਹ ਤਾਂ ਕਹਿਣਾ ਸੌਖਾ ਆ। ਮੈਨੂੰ ਕਈ ਆਪਣੇ ਯਾਰ ਕਹਿੰਦੇ ਯਾਰ ਇਹ ਚਲਦੀ ਸੁਣੀ ਲੱਗਦੀ ਹੈ ਕੈਮਰੇ ਦੇ ਵਿੱਚ ਹੀ ਉਹਦੇ ਵਿੱਚ ਵੀਡੀਓ ਦੇ ਵਿੱਚ ਇਹਦਾ ਬਹੁਤ ਬੁਰਾ ਹਾਲ ਆ ਕਈ ਵਾਰੀ ਇਦਾਂ ਕਹਿੰਣ ਵਿੱਚ ਚਲਦੀਆਂ ਜਦੋਂ ਥੋੜੀਕ ਦੂਰ ਗਏ ਵਾਪਸ ਲੈ ਚੱਲ ਯਾਰ ਹੁਣ ਇੱਥੋਂ ਗਾ ਵੀਡੀਓ ਬੁੜੀਓ ਬਣਾ ਲਈ ਵਾੜ ਮੈਂ ਕਿਹਾ ਹੁਣ ਨਹੀਂ ਬਾਪ ਜੀ ਨਹੀਂ ਤੁਹਾਨੂੰ ਲੱਗਦਾ ਲੋਕਾਂ ਨੂੰ ਪਤਾ ਇੰਨਾ ਸਭ ਪਰਖੰਡੀਆਂ ਦਾ ਤੇ ਦਿਲੋਂ ਲੋਕਾਂ ਨੂੰ ਪਤਾ 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 ਸਭ ਜਾਣ ਕੇ ਕਈ ਆਪਣੇ ਇਹ ਕਹਿ ਦਿੰਦੇ ਆ ਵੀ ਖਰੇ ਇਹਨਾਂ ਨੂੰ ਖਰੇ ਮੂਰਖੀ ਸਮਝਦੇ ਪਤਾ ਲੱਗ ਹੀ ਜਾਂਦਾ ਬੰਦਾ ਸਮਝਦਾ ਬੰਦਾ ਸਮਝਦਾ ਸਾਰੀ ਕੁਝ ਸਾਰਾ ਪਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਬਈ ਅਸੀਂ ਤੁਹਾਡੇ ਨਾਲ ਆਂ ਔਰ ਮੈਂ ਪਰਸਨਲੀ ਤੁਹਾਨੂੰ ਬੜਾ ਪਸੰਦ ਕਰਦਾ ਕਿਉਂਕਿ ਮੈਂ ਵੀ ਸਮਾਜ ਚ ਬੜੇ ਬੰਦਿਆਂ ਨੂੰ ਮਿਲਦਾ ਲੋਕ ਕਰਦੇ ਨੇ ਡਿਸਕ੍ਰਿਮੀਨੇਸ਼ਨ ਕਰਦੇ ਨੇ ਫਰਕ ਕਰਦੇ ਨੇ ਪਰ ਤੁਸੀਂ ਮੈਨੂੰ ਹਮੇਸ਼ਾ ਛੋਟੇ ਭਰਾ ਵਾਂਗੂ ਪਿਆਰ ਦਿੱਤਾ ਔਰ ਤੁਸੀਂ ਬਹੁਤ ਬਾ ਕਮਾਲ ਕੰਮ ਕਰ ਰਹੇ ਹੋ ਯੂਥ ਨੂੰ ਮੈਂ ਪੋਡਕਾਸਟ ਸੁਣਨ ਵਾਲਿਆਂ ਨੂੰ ਕਹੂੰਗਾ ਕਿ ਅਗਰ ਫੈਨ ਬਣਨਾ ਹੈ ਕਿ ਬੱਚੇ ਜਿਵੇਂ ਸੇ ਸਕੂਲ ਨਾਲ ਚ ਜਾਣੇ ਨਾ ਹੱਥ ਖੜੇ ਕਰਦੇ ਮੈਂ ਫਲਾਣਾ ਫੈਨ ਆ ਫੇ ਮੈਂ ਸੋਚਦਾ ਯਾਰ ਜਿਹਦੇ ਫੈਨ ਨੇ ਦੀ ਦੇਣ ਕੀ ਸਮਾਜ ਨੂੰ ਇਹਦੀ ਦੇਣੇ ਕਿਦੇ ਕੋਲ ਸਾਈਕਲ ਹੁੰਦਾ ਸੀਗਾ ਹੁਣ ਇਹਦੇ ਕੋਲ ਰੇਂਜ ਰੋਵਰ ਹੈ ਅੱਛਾ ਇਹਦੇ ਚ ਸਮਾਜ ਦਾ ਕੀ ਭਲਾ ਕੋਈ ਭਲਾ ਨਹੀਂ ਤਾਂ ਫੈਨ ਤਾਂ ਉਹਦੇ ਬਣੋ ਜਿਹੜਾ ਆਪਣੇ ਤੋਂ ਇਲਾਵਾ ਆਪਣਾ ਘਰ ਫੂਕੇ ਆਪਣੇ ਗੁਰੂਆਂ ਦੀ ਦੱਸੀ ਹੋਈ ਬਾਣੀ ਤੇ ਚੱਲ ਰਿਹਾ ਗੁਰੂ ਦੇ ਦੱਸਿਆ ਫਲਸਫੇ ਤੇ ਚੱਲ ਰਿਹਾ ਤਾਂ ਤੁਸੀਂ ਬਾਈ ਬਹੁਤ ਬਕੂਬੀਏ ਕੰਮ ਨਿਭਾ ਰਹੇ ਹੋ ਆਲ ਦਾ ਬੈਸਟ ਬਾਈ ਹਮੇਸ਼ਾ ਤੁਹਾਡੇ ਨਾਲ ਆ ਕਿਵੇਂ ਲੱਗਿਆ ਤੁਹਾਨੂੰ ਗੱਲਬਾਤ ਕਰਕੇ ਬਹੁਤ ਅਨਮੋਲ ਵੀਰੇ ਮੈਂ ਕੋਈ ਗੱਲ ਕਰਦਾ ਕੋਸ਼ਿਸ਼ ਬਹੁਤ ਕੀਤੀ ਪਰ ਸਿੱਧਾ ਪਲੇਟਫਾਰਮ ਹੀ ਨਹੀਂ ਮਿਲਿਆ ਸੀ ਤੇ ਅੱਜ ਮੈਂ ਕੱਲਾ ਜਦੋਂ ਕੋਈ ਬੰਦਾ ਮਿਲਦਾ ਹੁੰਦਾ ਸੀ ਨਾ ਕੋਈ ਇਦਾਂ ਦਾ ਤਾਂ ਮੈਂ ਉਹਨੂੰ ਆਪਣੀ ਜ਼ਿੰਦਗੀ ਦੱਸਦਾ ਕਿ ਕੇਂਦਰਾਂ ਵਾਲੇ ਸੱਦਦੇ ਆ ਤਾਂ ਮੈਂ ਉੱਥੇ ਜਾ ਕੇ ਆਪਣੀ ਜਰੂਰ ਸ਼ੇਅਰ ਕਰਦਾ ਪਰ ਇਦਾਂ ਕਦੀ ਪਬਲਿਕਲੀ ਆਪਾਂ ਨਹੀਂ ਕੀਤਾ ਸੀ ਪਰ ਅੱਜ ਭਰਾ ਬਹੁਤ ਤੇਰੇ ਨਾਲ ਭਰਾ ਨਾਲ ਬਹਿ ਕੇ ਕਦੀ ਬੈਠੇ ਵੀ ਅਸੀਂ ਇੰਨਾ ਚਿਰ ਪਹਿਲੀ ਵਾਰ ਤੇ ਦਿਲ ਦੀਆਂ ਗੱਲਾਂ ਖੁੱਲੀਆਂ ਆ ਤੇ ਬਹੁਤ ਵਧੀਆ ਲੱਗਾ ਮੇ ਆਡੀ ਵੀ ਪੜਾਹ ਜੀ ਸੀ ਅੰਦਰੋਂ ਨਿਕਲ ਗਈ ਤੁਸੀਂ ਬਹੁਤ ਘੈਂਟ ਇਨਸਾਨ ਹੋ ਬਾਈ ਔਰ ਮੇਰਾ ਤਾਂ ਫਰਜ਼ ਹੈ ਕਿ ਬਈ ਇਸ ਪੋਡਕਾਸਟ ਜਦੋਂ ਸ਼ੁਰੂ ਕੀਤੀ ਸੀ ਨਾ ਬਾਈ ਮੇਰਾ ਬਸ ਇਹੀ ਮਕਸਦ ਸੀਗਾ ਪਿੱਛੇ ਇਹ ਤੇ ਕਿ ਆਪਾਂ ਸਭ ਨੂੰ ਜੋੜੀਏ ਪਤਾ ਨਹੀਂ ਕਿੰਨਾ ਕੁ ਸਮਾਂ ਸਾਡੇ ਕੋਲ ਦੁਨੀਆ ਚ ਰਹਿਣ ਨੂੰ ਰੱਬ ਨੇ ਦਿੱਤਾ ਤਾਂ ਆਪਾਂ ਐਸੀ ਛਾਪ ਛੱਡ ਕੇ ਜਾਈਏ ਕਿ ਜਦੋਂ ਸਾਨੂੰ ਪਿੱਛੋਂ ਯਾਦ ਕੀਤਾ ਜਾਵੇ ਤਾਂ ਕਿ ਯਾਰ ਇਹ ਘਰ ਜੋੜਨ ਵਾਲਾ ਸੀ ਤੋੜਨ ਵਾਲਾ ਨਹੀਂ ਆਪਾਂ ਜੋੜਨ ਵਾਲਿਆਂ ਦੀ ਲਾਈਨ 'ਚ ਰਹਿਣਾ ਤੇ ਔਰ ਜੋੜਨ ਜਿਹੜੇ ਜੋੜਨ ਵਾਲੀ ਸੋਚ ਰੱਖਦੇ ਨੇ ਉਹੀ ਸਾਡੇ ਪੌਡਕਾਸਟ ਸੁਣ ਲਗੇ ਬਾਕੀਆਂ ਨੂੰ ਸਾਡੇ ਪੌਡਕਾਸਟ ਪਸੰਦ ਆਉਂਦੀਆਂ ਕੋਈ ਮਸਾਲਾ ਨਹੀਂ ਕੋਈ ਕਿਸੇ ਦੀ ਚੁਗਲੀ ਨਹੀਂ ਕੋਈ ਕਿਸੇ ਦਾ ਨਾਮ ਨਹੀਂ ਤੇ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ ਭਾਲਦੀ ਆ ਮਸਾਲਾ ਜਿਹਾ ਵੀ ਐਂ ਵਿਚਾਰ ਜੂ ਆਹ ਨਾ 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 ਬਿਲਕੁਲ ਨਹੀਂ ਭਾਈ ਸਾਡੇ ਪੋਡਕਾਸਟ ਘੱਟ ਚੱਲਣ ਕਿਉਂਕਿ ਸਾਡੀ ਆਡੀਅנס ਜਿਹੜੀ ਉਹ ਹੀ ਰੱਬ ਰੂਪੀ ਜਿਹਦਾਂ ਤੁਸੀਂ ਹੋ ਭਾਈ ਜਿਵੇਂ ਦਾ ਕੰਮ ਕਰ ਰਹੇ ਹੋ ਔਰ ਅਸੀਂ ਚਾਹਨੇ ਕਿ ਪੰਜਾਬ ਦਾ ਹਰ ਬੱਚਾ ਦੁਨੀਆ ਦਾ ਹਰ ਬੱਚਾ ਅਸੀਂ ਤਾਂ ਮੈਂ ਤਾਂ ਭਾਈ ਆ ਸਰਦਾਂ ਚ ਵੀ ਨਹੀਂ ਵਿਸ਼ਵਾਸ ਰੱਖਦਾ ਕਿ ਜੇ ਹੁਣ ਆਹ ਕੰਟਰੀ ਨੇ ਦੂਜੀ ਕੰਟਰੀ ਤੇ ਵਾਰ ਕਰਤਾ ਸਾਡੇ ਏਰੀਆ ਨੂੰ ਭੇਜ ਦੋ ਉੱਥੇ ਅਸੀਂ ਫਿਰ ਉੱਥੇ ਜਾ ਕੇ ਮਲਮਾ ਚੱਕੀ ਫਿਰਦਾਂਗੇ ਨਾ ਸਾਨੂੰ ਉੱਥੇ ਧਰਮ ਨਜ਼ਰ ਆਣਾ ਨਾ ਸਾਨੂੰ ਉੱਥੇ ਜਾਤ ਨਜ਼ਰ ਆਣੀ ਨਾ ਸਾਨੂੰ ਇਹ ਪਤਾ ਲੱਗਣਾ ਕਿ ਅਸੀਂ ਇੰਡੀਅਨ ਜੀ ਵੀ ਅੰਛਾ ਬਿਲਕੁਲ ਤੇ ਬੜਾ ਚੰਗਾ ਲੱਗਿਆ ਬਾਈ ਗੱਲਬਾਤ ਕਰਕੇ ਅਸੀਂ ਫੇਰ ਕਰਾਂਗੇ ਪੋਡਕਾਸਟ ਤੇ ਬਾਕੀ ਤੁਹਾਡਾ ਸਾਰਿਆਂ ਦਾ ਥੈਂਕ ਯੂ ਤੁਸੀਂ ਪੋਡਕਾਸਟ ਸੁਣਿਆ ਕਮੈਂਟ ਕਰਕੇ ਜ਼ਰੂਰ ਆਪਣਾ ਰਿਵਿਊ ਦਿਓ ਫੀਡਬੈਕ ਦਿਓ ਤੇ ਅਸੀਂ ਫੇਰ ਮਨਜੂਤ ਵੀਰ ਨੂੰ ਲੈ ਕੇ ਆਵਾਂਗੇ ਔਰ ਬਾਈ ਜਿਹੜੀ ਸੇਵਾ ਕਰ ਰਹੇ ਨੇ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਨਾਲ ਇਹਨਾਂ ਨਾਲ ਜੁੜੋ ਤੇ ਗੜਦੀਵਾਲ ਸੇਵਾ ਸੁਸਾਇਟੀ ਇਹਨਾਂ ਦਾ ਬਾਈ ਜੀ ਉੱਥੇ ਆਸ਼ਰਮ ਹੈ ਇਹਨਾਂ ਨਾਲ ਜੁੜੋ ਇਹਨਾਂ ਦੇ ਮਗਰ ਲੱਗੋ ਕਿ ਕਿਵੇਂ ਬਾਈ ਜੀ ਇਹ ਕਹਿੰਦੇ ਨੇ ਔਰ ਇਹਨਾਂ ਨੂੰ ਫੋਰਸ ਕਰਦੇ ਰਹੋ ਹਰ ਮਹੀਨੇ ਦੋ ਮਹੀਨੇ ਬਾਅਦ ਇੱਥੇ ਆ ਕੇ ਪੋ